ਦਲੀਪ ਘਰ ਦੀ ਵਾਨੰਦ ਨੋਵਲ ਹੈ ਇਹ ਹੁ ਹਮਾਰਾ ਜੀਵਨਾ ਕੱਚੇ ਪੱਕੇ ਘਰਾਂ ਵਾਲਾ ਛੋਟਾ ਜਿਹਾ ਪਿੰਡ ਪਿੰਡ ਦੀ ਕਿਤੋਂ ਸੁੱਕੀ ਕਿਤੋਂ ਗਿੱਲੀ ਵਿੰਗੀ ਟੇਢੀ ਵੀ ਹੀ ਬਹੀ ਦੇ ਪਰਲੇ ਸਿਰ ਉੱਤੇ ਮੋਕਲੇ ਜਿਹੇੜੀ ਵਾਲਾ ਨਰੇਣੀ ਅਮਲੀ ਦਾ ਘਰ ਭਾਨੋਂ ਘਰ ਸੰਭਲ ਰਹੀ ਹੈ ਨਹੀਂ ਬੇਬੇ ਸੰਤੀ ਤੂੰ ਕੁਛ ਸੁਣਿਆ ਹੈ ਕਹਿੰਦੇ ਨੇ ਗੰਗਾ ਦੇ ਨਹਾਉਣ ਗਿਆ ਨਰੈਣ ਅਮਲੀ ਤੀਵੀ ਲੈ ਆਇਆ। ਦਿਆਲੂ ਨੇ ਸਿਰ ਉੱਤੇ ਗੋਹੇ ਕੂੜੇ ਦੇ ਭਾਰੇ ਟੋਕਰੇ ਸਮੇਤ ਸੰਤੀ ਦੇ ਦਰਾਂ ਮੂਰੇ ਢੋਂਦਿਆਂ ਕਿਹਾ। ਆਹੋ ਕੂੜੇ ਗੰਗਾ ਮਾਈ ਸਭ ਦੀਆਂ ਪੌਣੀਆਂ ਪੂਰੀਆਂ ਕਰਦੀ ਐ। ਸੰਤੀ ਨੇ ਚਮਾਰਾਂ ਦੇ ਮੁੰਡੇ ਨੂੰ ਲੱਸੀ ਪਾਉਂਦਿਆਂ ਕਿਹਾ। ਨਹੀਂ ਜਾ ਵੱਡੇ ਦੀ ਚੰਗੀ ਭਲੀ ਸਾਪਤੀ ਤੀਵੀ ਐ। ਖਬਰ ਨਹੀਂ ਕਿਦਾ ਘਰ ਪੱਟ ਕੇ ਆਈ ਹੋ। ਆਪਣੇ ਮੁੰਡੇ ਨੂੰ ਸਕੂਲ ਭੇਜਣ ਲਈ ਵਾਲ ਗੌਂਦੀ ਬਚਨੀ ਬੋਲੀ ਮੈਂ ਤਾਂ ਮਾੜੀ ਜੀ ਕੰਦ ਉੱਤੋਂ ਦੀ ਝਾਕੀ ਸੀ ਭਜੜੇ ਪਿੱਟੇ ਦੀ ਮਟੁੱਕ ਮਟੁੱਕ ਕੰਮ ਕਰਦੀ ਤੁਰੀ ਫਿਰਦੀ ਐ ਜਿਵੇਂ ਪਿਓ ਦੀ ਸਿਹੇੜ ਦਾ ਘਰ ਹੋਵੇ ਦਿਆਲੂ ਨੇ ਆਪਣੀ ਭੈੰਗੀ ਅੱਖ ਨੂੰ ਜ਼ਰਾ ਕੁ ਮੀਚ ਕੇ ਕਿਹਾ ਨਹੀਂ ਹੋਰ ਇਹੋ ਜਿਹਿਆਂ ਨੂੰ ਸੰਗ ਸ਼ਰਮ ਕਾਦੀ ਜਿਨ੍ਹਾਂ ਨਿਤ ਖਸਮ ਬਦਲਨੀ ਹੋਈ ਬਚਨੀ ਮੁੰਡੇ ਦਾ ਕੱਸ ਕੇ ਜੂੜਾ ਕਰਦਿਆਂ ਬੋਲੀ ਬੇਬੇ ਦੁੱਖ ਨਾਲਾ ਮੁੰਡੇ ਨੇ ਰੋਣਾ ਅੱਖਾਂ ਹੋ ਕੇ ਕਿਹਾ ਕਿਦਰੇ ਨਹੀਂ ਵੇ ਗੁੜ ਦੇ ਕੇ ਜਾਨ ਲਈ ਹੋਈ ਬਿੰਦ ਨੂੰ ਫੇਰ ਬੁਦਰੀਆਂ ਖੰਡਾਈ ਫਿਰੇਗਾ ਕੁੜੇ ਬੱਚਣੀ ਆਪਾਂ ਨੂੰ ਕੀ ਪਤਾ ਅਗਲੀ ਨੇ ਕਾਹ ਤੋਂ ਅੱਖ ਚੱਬਿਆ ਉਹ ਕਿਹਦਾ ਦਿਲ ਕਰਦਾ ਆਪਣਾ ਟਿਕਾਣਾ ਛੱਡਣ ਨੂੰ ਸ਼ਾਂਤੀ ਮੱਕੀ ਦੀ ਰੋਟੀ ਦੇ ਖੰਨੇ ਨੂੰ ਹਥੇਲੀ ਉੱਤੇ ਮਲ ਕੇ ਚਿੜੀਆਂ ਲਈ ਭੋਰਾ ਚੂਰਾ ਕਰਦੀ ਕਹਿਣ ਲੱਗੀ ਜਾਣ ਦੇ ਬੇਬੇ ਅੱਜਕੱਲ ਬੁੱਧ ਭ੍ਰਸ਼ਟ ਹੁੰਦੀ ਨੂੰ ਚਿਰ ਨਹੀਂ ਲੱਗਦਾ ਉਹਨ ਉਤਮ ਬੋਣੀ ਦੀ ਧੀ ਦੀ ਗੱਲ ਲੈ ਲੈ ਛੱਡੇ ਨੇ ਮਾਪੇ ਕਿਤੇ ਖੜਨ ਜੋਗੇ ਦਿਆਲੂ ਨੇ ਠੰਡ ਦੀ ਮਾਰੀ ਭੁੰਜੇ ਡਿੱਗੀ ਕ ਪ੍ਰਿੰਡ ਨੂੰ ਜੁੱਤੀ ਨਾਲ ਮਸਲਦਿਆਂ ਕਿਆ ਭਾਨੋਂ ਨੂੰ ਕੜਛ ਚੁੱਕੀ ਆਉਂਦੀ ਦੇਖ ਸਭ ਮੁੱਤਰ ਮੁੱਤਰ ਉਸ ਵੱਲ ਝਾਕਣ ਲੱਗੀਆਂ ਬੇਬੇ ਆਗੈ ਭਾਨੋਂ ਨੇ ਸੰਤੀ ਦੇ ਓਟੇ ਕੋਲ ਚੁੱਲ੍ਹੇ ਵੱਲ ਝਾਕਦਿਆਂ ਪੁੱਛਿਆ ਆਹੋ ਬਥੇਰੀ ਆਖ ਸੰਤੀ ਨੇ ਉਹਦੇ ਸਧਾਰਨ ਜੇ ਮੂੰਹ ਵੱਲ ਤੱਕਦਿਆਂ ਕੜਛਾ ਫੜ ਲਿਆ। ਦਿਆ ਲੋਕ ਨੱਖੀ ਕਨੱਖੀ ਝਾਕਦੀ ਟੋਕਰਾ ਸੁੱਟਨ ਤੁਰ ਪਈ। ਬਚਨੀ ਮੁੰਡੇ ਦਾ ਜੂੜਾ ਕਰਕੇ ਕੰੰਗੀ ਉੱਤੇ ਕੋਈ ਜੂਨ ਲੀਖ ਲੱਭਣ ਲੱਗੀ। ਭਾਨੋਂ ਅੱਗ ਲੈ ਕੇ ਮੁੜ ਗਈ। ਕਿਉਂ ਬੇਬੇ? ਸੰਤੀ ਨਰੈਣ ਦੀ ਬਹੂ ਨੇ ਲੀੜੇ ਤਾਂ ਪੁਰਾਣੀ ਪਾਈ ਹੋਏ ਨੇ। ਬਚਨੀ ਨੇ ਕੰੰਗੀ ਚ ਫੂਕ ਮਾਰਦਿਆਂ ਕਿਹਾ। ਕੁੜੇ ਬਚਨੀ ਰੱਬ ਨੂੰ ਜਾਨ ਦੇਣੀ ਹੈ। ਉਹ ਵੇਖਣ ਨੂੰ ਤਾਂ ਗਊ ਵਰਗੀ ਲੱਗਦੀ ਐ ਬੇਬੇ ਤੂੰ ਨਹੀਂ ਜਾਣਦੀ ਇਹੋ ਜਿਹੀ ਜੀਆਂ ਨੂੰ ਬਥੇਰੇ ਚੋਚਲੇ ਕਰਨੇ ਆਉਂਦੇ ਹੁੰਦੇ ਨੇ ਗਊ ਵਰਗੀ ਹੁੰਦੀ ਤਾਂ ਅਮਲੀ ਨਾਲੀ ਤੋਰਾਂ ਦੀ ਕਿਹੜੇ ਹੋਏ ਤੋਂ ਕੱਚਾ 베ਰ ਲੈ ਕੇ ਕੋਹੜੇ ਹੋਏ ਤੋਂ ਕੱਚਾ 베ਰ ਲੈ ਕੇ ਖਾਣ ਨੂੰ ਚਿੱਤ ਨਹੀਂ ਕਰਦਾ ਮੇਰਾ ਘੋਰੀ ਐ ਮੂੰ ਤਾਂ ਬੱਚਣੀ ਰੱਬ ਹੀ ਜਾਣਦਾ ਪਰ ਇਸ ਉਮਰ ਵਿੱਚ ਤੀਵੀਆਂ ਉਹੀ ਨੀ ਤੋਰ ਪੈਂਦੀਆਂ ਹੁੰਦੀਆਂ ਆਸਰ ਮੱਤ ਦੀ ਗੱਲ ਹੋਰ ਹੁੰਦੀ ਐ ਨਿਆਣੀ ਸਿਆਣੀ ਉਮਰ ਚ ਤਾਂ ਪੈਰ ਤਿਲਕ ਜਾਂਦਾ ਹੈ ਪਰ ਇਹ ਤਾਂ ਖਾਸੀ ਪੱਕੀ ਉਮਰ ਦੀ ਲੱਗਦੀ ਹੈ ਮੇਰੇ ਖਿਆਲ ਚ ਹੋ ਉਹੀ ਠਾਈਆਂ ਧੀਆਂ ਦੇ ਗੇੜ ਚ ਚਲੋ ਬੇਬੇ ਕੁਛ ਵੀ ਹੈ ਨਰੈਣ ਅਮਲੀ ਦੇ ਤਾਂ ਭਾਗ ਖੁੱਲ ਗਏ ਦੋ ਵੇਲੇ ਹੱਥ ਫੂਕਦਾ ਸੀ ਹੁਣ ਪੱਕੀਆਂ ਪਕਾਈਆਂ ਤਾਂ ਮਿਲਿਆ ਕਰਨਗੀਆਂ ਕਹਿੰਦੇ ਨੇ ਜਵਾਨੀ ਪਹਿਰੇ ਅੱਗੇ ਵੀ ਐਸੇ ਨੇ 500 ਦੇ ਕੇ ਵਿਆਹ ਕਰਵਾਇਆ ਸੀ ਆਹੋ ਪਰ ਉਹ ਤਾਂ ਚੰਦਰੇ ਨਾਲ ਠੱਗੀ ਹੋ ਗਈ ਸੀ ਉਹ ਤੀਮਤਾ ਦੋਮੀ ਨਵੀਨੀ ਚ ਟਿੱਕੀ ਉਹ ਤਾਂ ਕਹਿੰਦੇ ਨੇ ਬਸ ਚਲਾਉ ਸੀ ਪੈਸੇ ਦੇ ਕੇ ਮਾਪੇ ਕਿਸੇ ਨਾਲ ਤੋੜ ਦਿੰਦੇ ਸੀ ਤੇ ਮਹੀਨੇ ਦੋ ਮਹੀਨੇ ਮਗਰੋਂ ਭੱਜ ਜਾਂਦੀ ਫਿਰ ਪੈਸੇ ਲੈ ਕੇ ਕਿਤੇ ਹੋਰ ਤੋੜ ਦਿੰਦੇ ਉਹਨਾਂ ਦਾ ਤਾਂ ਧੰਦਾ ਹੀ ਇਹ ਸੀ ਕਈਨ ਪੁੱਤੇ ਦੇ ਮਾਪੇ ਹੀ ਵੈਰੀ ਹੁੰਦੇ ਨੇ ਤੈਨੂੰ ਬੇਬੇ ਸੰਤ ਦੀ ਕੀ ਦੱਸਾਂ ਮੈਂ ਕੇਰਾਂ ਕਪਾ ਚੁਗਦੀ ਸੀ ਆਪਣੇ ਪੇਕਿੰਗ ਨਵੇਂ ਪਿੰਡ ਦਾ 나ਈ ਕਿਤੇ ਉਧਰੋਂ ਲੰਘਿਆ ਕੂ ਚਲਦਾ ਦੇਖ ਪਾਣੀ ਪੀਣ ਆ ਗਿਆ ਕਿਸੇ ਦਾ ਨਾਤਾ ਕਰਵਾਉਂਦਾ ਫਿਰਦਾ ਸੀ ਮੇਰੇ ਕੰਨੀ ਦੇਖ ਕੇ ਨਾਲ ਦੇ ਨੂੰ ਕਹਿਣ ਲੱਗਿਆ ਵਖਤ ਆ ਰਿਹਾ ਇਹੋ ਜੀ ਕੁੜੀ ਦਾ ਤਾਂ ਅਗਲੇ 2000 ਵੀ ਦੇਣਾ ਮੰਨ ਜਾਂਦੇ ਨੇ ਪਰ ਉਹਦਾ 500 ਤੋਂ ਇੱਕ ਪੈਸਾ ਵੀ ਵੱਧ ਅਗਲੇ ਨਹੀਂ ਦੇਣਾ ਮੇਰੀ ਬੇਬੇ ਕਿਤੇ ਸੁਣਦੀ ਸੀ ਉਦੋਂ ਹੀ ਭਗਿਆੜੀ ਵਾਂਗੂ ਪਈ ਪਈ ਅਖੇ ਰਾਜਾ ਜੀ ਸਾਡੀ ਕੁੜੀ ਕੰਨੀ ਨਾ ਉਂਗਲੀ ਕਰੋ ਅਸੀਂ ਤਾਂ ਤੁਹਾਨੂੰ ਪਤਾ ਹੀ ਹੈ ਔਖੇ ਦਿਨਾਂ ਵਿੱਚ ਵੀ ਕੁੜੀਆਂ ਪੁੰਨ ਦੀਆਂ ਵਿਆਹੀਆਂ ਨੇ ਹੁਣ ਤਾਂ ਰੱਬ ਨੇ ਘਾਟਾ ਹੀ ਕਾਸੇ ਦਾ ਨਹੀਂ ਰੱਖਿਆ ਹੋਇਆ ਨਹੀਂ ਜਜਮਾਨਣੀ ਤੁਹਾਡਾ ਕੀ ਲੇਖ ਹੈ ਮੈਂ ਤਾਂ ਸਰਸਰੀ ਗੱਲ ਕੀਤੀ ਸੀ ਉਹ ਬੋਲਿਆ ਕੁੜੇ ਬਚਨੀ ਇੱਥੇ ਹੀ ਇੱਥੇ ਹੀ ਤਾਂ ਘਰਾਣੇ ਬੇਘਰਾਣੇ ਪਰਖੇ ਜਾਂਦੇ ਨੇ ਸ਼ਾਂਤੀ ਦੇ ਬਥੇਰੇ ਭੋਰੇ ਚੂਰੇ ਨੂੰ ਚੁਗਣਾਈਆਂ ਕਿੰਨੀਆਂ ਜਿੜੀਆਂ ਆ ਉਤਰੀਆਂ ਸਨ ਬਚਨੀ ਘਰਾਣੇ ਘਰ ਦੀ ਮੜਕ ਵਾਲੀ ਜਨਾਨੀ ਵਾਂਗ ਜਦੋਂ ਸਿਰ ਉੱਪਰਲਾ ਝੋਨਾ ਠੀਕ ਕਰਦੀ ਲੰਗੀ ਤਾਂ ਚਿੜੀਆਂ ਤਰ੍ਹਾਂ ਕੇ ਉੱਡ ਕੇ ਕੰਧਾਂ ਕੋਲਿਆਂ ਉੱਤੇ ਜਾ ਬੈਠੀਆਂ। ਉਹਦੇ ਲੰਘ ਜਾਣ ਮਗਰੋਂ ਮੋੜ ਪੁਰਾ ਚੁਰਾ ਚੁਗਣਾ ਗਈਆਂ। ਕੰਮ ਧੰਦੇ ਤੋਂ ਵਿਹਲੀ ਹੋ ਸੰਤੀ ਨੇ ਕੱਚੀ ਕੰਧ ਦੇ ਉੱਤੋਂ ਦੀ ਝਾਕ ਕੇ ਭਾਨੂ ਦੇ ਘਰ ਵੱਲ ਨਜ਼ਰ ਮਾਰੀ। ਫਿਰ ਖਬਰ ਨਹੀਂ ਕੀ ਚਿੱਤ ਚਾਈ ਉਹ ਜੱਕੋ ਤੱਕੋ ਕਰਦੀ ਉਹਦੇ ਘਰ ਚਲੀ ਗਈ। ਭਾਨੂ ਭਾਂਡੇ ਮਾਂਜਰੀ ਸੀ। ਕੁੜੇ ਬਹੂ ਘਰ ਤਾਂ ਧੀਮੀਆਂ ਨਾਲ ਹੀ ਹੁੰਦੇ ਨੇ। ਨਰੈਣ ਵਿਚਾਰੇ ਦੇ ਕੌਣ ਸੀ? ਘਰ ਦੀ ਖਬਰ ਸਾਰ ਰੱਖਣ ਵਾਲਾ ਚੰਦਰੇ ਦੀ ਮਾਂ ਤਾਂ ਨਿੱਕੇ ਜਿਹੇ ਹੁੰਦੇ ਦੀ ਉਹ ਮਰ ਗਈ ਸੀ ਇੱਕ ਭੈਣਾ ਕਰਤਾਰੀ ਉਹ ਕਿਧਰੇ ਕਹਿੰਦੇ ਨੇ ਯੂਪੀ ਯਾਪੀ ਕੰਨੀ ਰਹਿੰਦੀ ਆ ਜਿੱਦਰ ਲਈ ਭਈਏ ਹੁੰਦੇ ਨੇ ਜਿੱਦਣ ਦਾ ਇਹਦਾ ਪਿਓ ਮਰਿਆ ਰੋਕਣ ਟੋਕਣ ਵਾਲਾ ਕੋਈ ਰਿਹਾ ਨਾ ਬਸ ਮਾੜੀ ਸੰਗਤ ਚ ਪੈ ਕੇ ਵਹਿਲਾਂ ਚ ਪੈ ਗਿਆ ਭੋਂ ਤਰ ਤਰ ਫੂਕੀ ਗਿਆ ਇਹ ਤਾਂ ਭਾ ਚੰਗੇ ਹੋਗੇ ਜਿੰਸਾਂ ਦੇ ਤਾਂ ਕਿਤੇ ਜਾ ਕੇ ਸਾਰੇ ਪੈਸੇ ਥੋੜੇ ਜਿਹੀ ਵਿੱਗਿਆ ਉੱਤੇ ਕਰਕੇ ਚਾਰ ਕਿਾਰੇ ਛੁਡਾ ਲਏ ਨਹੀਂ ਤਾਂ ਬੁਰੇ ਹਾਲ ਹੋ ਚੱਲੇ ਸੀ ਅੱਜ ਕੱਲ ਤੂੰ ਸਿਆਣੀ ਐ ਸਾਕ ਵੀ ਤਾਂ ਅਗਲਾ ਚਾਰ ਡਲਿਆਂ ਨੂੰ ਹੀ ਕਰਦਾ ਐ ਨਾਲ ਅਮਲੀਆਂ ਠਮਲੀਆਂ ਦੇ ਤਾਂ ਉਹੀ ਨਹੀਂ ਕੋਈ ਨੇੜੇ ਖੜਦਾ ਬਹਿ ਜਾ ਬੇਬੇ ਭਾਨੋ ਨੇ ਪੀੜੀ ਦਿੰਦੀ ਨਹੀਂ ਕਿਹਾ ਚੱਲਦੀਆਂ ਕੰਮ ਪਿਆ ਸਾਰਾ ਹੀ ਅਜੇ ਬਾਹਰ ਰੋਟੀ ਦੇਣ ਜਾਣਾ ਮੈਂ ਕਿਹਾ ਦੇਖ ਆਵਾਂ ਨਰੈਣ ਦੀ ਬਹੂ ਕੀ ਕਰਦੀ ਐ ਸੋ ਕਨਲ ਪੇਕੇ ਕਿਹੜੇ ਥਾਂ ਨੇ ਤੇਰੇ ਪੇਕੇ ਪੇਕੇ ਪੜੀ ਦੇ ਕੋਟਲੇ ਨੇ ਭਾਨੂ ਨੇ ਸਵਾਲੇ ਹੱਥ ਧੋਦਿਆਂ ਕਿਹਾ ਫੇਰ ਤਾਂ ਚੰਗੇ ਤਕੜੇ ਨਗਰ ਦੀਆਂ ਕੁੜੇ ਮੈਂ ਤਾਂ ਸਵੇਰੇ ਅੱਗ ਲੈਣ ਆਈ ਦੀ ਤੋਰ ਤੋਂ ਹੀ ਪਛਾਣ ਲਿਆ ਸੀ ਵੀ ਮਾੜੇ ਢੀੜੇ ਪਿੰਡ ਦੀ ਨਹੀਂ ਲੱਗਦੀ ਨਗਰ ਚ ਆਪਣਾ ਕੀ ਐ ਬੇਬੇ ਇੱਕ ਭਰਾ ਸੀ ਲੈ ਦੇ ਕੇ ਉਹ ਵੀ ਰੱਬ ਨੂੰ ਪਿਆਰਾ ਹੋ ਗਿਆ ਭਾਨੂ ਨੇ ਅੱਖਾਂ ਭਰ ਕੇ ਕਿਹਾ ਅੱਛਾ ਇਹ ਤਾਂ ਬੜਾ ਲੋੜਾ ਹੋਇਆ ਹੋ ਕੀ ਗਿਆ ਸੀ ਉਹਨੂੰ ਹੋਣਾ ਕੀ ਸੀ ਮਾੜੀ ਕਿਸਮਤ ਜਰਗ ਦੇ ਮੇਲੇ ਵਾਲੇ ਦਿਨ ਮੁੰਡਿਆਂ ਖੁੰਡਿਆਂ ਨਾਲ ਰਲ ਕੇ ਸ਼ਰਾਬ ਪੀ ਲਈ ਕਿਤੇ ਹੈ ਸੀ ਤੱਤੀ ਘਰ ਦੀ ਕੱਢੀ ਹੋਈ ਬਸ ਅੰਦਰ ਹੀ ਫੂਕਦਾ ਉਹਨੇ ਜਿਉਂ ਲੱਗਿਆ ਬਰੀਕੀ ਤਾਪ ਚੜਨ ਤਿੰਨ ਸਾਲ ਮੁੰਡਾ ਅੱਡੀਆਂ ਰਗੜਦਾ ਰਿਹਾ ਤੁਸੀਂ ਲੁਧੇਾਨੇ ਨੀਚੇ ਦਿਖਾਇਆ ਆਖਦੇ ਨੇ ਉੱਥੇ ਇੱਕ ਬਲੈਤੀ ਡਾਕਦਾਰ ਫੀਸ ਦਾ ਖਾਸੇ ਰੁਪਏ ਲੈਂਦਾ ਪਰ ਬੰਦੇ ਨੂੰ ਨੌਂ ਬਰ ਨੌਂ ਕਰ ਦਿੰਦਾ ਦਿਖਾਇਆ ਸੀ ਬੇਬੇ ਪਰ ਟੁੱਟੀ ਨੂੰ ਕੌਣ ਗੰਢੇ ਖੇਤੀ ਛੱਡਣੀ ਪੈਗੀ ਬਟਾਈ ਵਾਲੇ ਤੂੰ ਸਿਆਣੀ ਐ ਕੀ ਦਿੰਦੇ ਨੇ ਸਾਰਾ ਘਰ ਕੁਲੰਜ ਕੇ ਬਿਮਾਰੀ ਤੇ ਲਾਤਾ ਉਹੋ ਜੇ ਦਿਨ ਤਾਂ ਰੱਬ ਕਿਸੇ ਵੈਰੀ ਉੱਤੇ ਵੀ ਨਾ ਲਿਆਵੇ ਆਹੋ ਸਭ ਚਲਦੇ ਦੇ ਲਾਗੂ ਨੇ ਔਖੇ ਵੇਲੇ ਕੌਣ ਕਿਸੇ ਨੂੰ ਪੁੱਛਦਾ ਕਹਿੰਦੇ ਨੇ ਬੇਬੇ ਮੁਕਦਮਾ ਤੇ ਜਹਿਮਤ ਨਾ ਤੰ ਪਵੇ ਨਾ ਕਿਸੇ ਤੇ ਇਸ ਮੁੰਡੇ ਦੀ ਬਿਮਾਰੀ ਨੇ ਸਾਨੂੰ ਕੌਡਿਓ ਹੌਲਾ ਕਰਤਾ ਪਹਿਲਾ ਮੱਝ ਵੇਚੀ ਫਿਰ ਬਲਦ ਜਿੱਦਣ ਨਿਆਂਈ ਵਾਲੇ ਖੇਤ ਦਾ ਗੁੱਠਾ ਲਾ ਕੇ ਆਇਆ ਬਾਪੂ ਮੁਸੋਸਿਆ ਜਾਂ ਬਿਨਾ ਕੁਝ ਖਾਦੇ ਪੀਤੇ ਹੀ ਅੰਦਰ ਪੈ ਗਿਆ ਜਾ ਕੇ ਕੁਝ ਭਾਨੋ ਆਹੋ ਜ਼ਮੀਨ ਤਾਂ ਜੱਟ ਦੀ ਜਾਨ ਹੁੰਦੀ ਆ ਫਿਰ ਬੇਬੇ ਕਿਸੇ ਨੇ ਕਿਹਾ ਮੁੰਡੇ ਨੂੰ ਦਿੱਲੀ ਲੈ ਕੇ ਜਾਓ ਪੈਸਾ ਘਰ ਇਕ ਨਾ ਮੂੰਹ ਲੱਗਦੇ ਥਾਵਾਂ ਤੋਂ ਅੱਗੇ ਹੀ ਲੈ ਬੈਠੇ ਸੀ ਹਾਰ ਕੇ ਬਾਪੂ ਨੇ ਮੇਰਾ ਵਿਆਹ ਧਰਤਾ ਭਈ ਮੁੰਡਾ ਕਿਵੇਂ ਬਚ ਰਹੀਂ ਪਰ ਬਚਣਾ ਉਹਨੇ ਕੀ ਸੀ ਉਹ ਤਾਂ ਹੁਣ ਰਲੇ ਸਾਂ ਲੈ ਰਿਆ ਸੀ ਭਾਨੋ ਨੇ ਪੋਣੇ ਉੱਤੇ ਦਾਤੀ ਧਰ ਕੇ ਸਾਗ ਚੀਰਦਿਆਂ ਦੱਸਿਆ ਕਿੰਨੇ ਕੁ ਦਿੱਤੇ ਪੈਸੇ ਫਿਰ ਨਰੈਣ ਨੇ ਸੰਤੀ ਨੇ ਗੰਦਲਾਂ ਚੋੱਕ ਕੇ ਚੀਰਨੀ ਬਣਾ ਕੇ ਭਾਨੋ ਨੂੰ ਫੜਾਉਂਦੇ ਆ ਪੁੱਛਿਆ ਕਾਹਨੂੰ ਇਹ ਤਾਂ ਮੈਂ ਮੋਰਾ ਵਾਲੀ ਵਾਲਿਆਂ ਦੀ ਗੱਲ ਕਰਦੀਆਂ ਮੋਰਾ ਵਾਲੀ ਵਿਆਹੀ ਸੀ ਮੈਂ ਅੱਛਾ ਸਰਵਣ ਸੀ ਉਹਦਾ ਨਾਂ ਤੈਨੂੰ ਕੀ ਦੱਸਾਂ ਬੇਬੇ ਨਹੀਂ ਜਮਣਾ ਉਸ ਵਰਗਾ ਦੂਜਾ ਕੋਈ ਭਾਨੋ ਨੇ ਲੰਮਾ ਸਾਰਾ ਸਾਹ ਭਰ ਕੇ ਕਿਹਾ ਕੁੜੇ ਫੇਰ ਕੀ ਭਾਣਾ ਵਰਤਿਆ ਮੈਂ ਤਾਂ ਪਹਿਲਾਂ ਹੀ ਕਹਿੰਦੀ ਸੀ ਇਹ ਕੋਈ ਐਰਗੈਰ ਜਨਾਨੀ ਨਹੀਂ ਲੱਗਦੀ ਉਹੋ ਜੀਆਂ ਦੀ ਤਾਂ ਅੱਖ ਹੀ ਨਹੀਂ ਰਲਦੀ ਹੁੰਦੀ ਪੰਜ ਭਰਾ ਸੀ ਬੇਬੇ ਉਹ ਤੇ ਵਿਆਹ ਹੋਇਆ ਉਹ ਕੱਲਾ ਹੀ ਸੀ ਬੁਰਛਿਆਂ ਵਰਗੇ ਸਾਰੇ ਵੇਲਾ ਕੋ ਵੇਲਾ ਠਕਾਉਂਦੇ ਰਿਹਾ ਕਰਨ ਹੇ ਹੇ ਲੋੜਾ ਸੱਚੇ ਪਾਈ ਕਹਿੰਦੇ ਨੇ ਜਨਾਨੀ ਜਨਾਨੀ ਦੀ ਤਾਂ ਜੂਨ ਹੀ ਬੁਰੀ ਐ ਖਬਰ ਨਹੀਂ ਕਿ ਸਾਥ ਸਰਾਪ ਲੈ ਕੇ ਜੰਮਦੀ ਐ ਵੀ ਜਿਹੜੀ ਥਾਂ ਨਹੀਂ ਪੁੱਛੀ ਉਹ ਭਲੀ ਐ ਸੰਤੀ ਨੇ ਇੱਕ ਸੱਜਰ ਸੂਈ ਕੁੱਤੀ ਜੀ ਨੂੰ ਕਿੰਨੇ ਕਤੂਰੇ ਚੁੰਡੀ ਜਾ ਰਹੇ ਸਨ ਨੂੰ ਸ਼ਸ਼ਕੇਰਦਿਆਂ ਕਿਆ ਮੈਂ ਸਰਵਰ ਨੂੰ ਦੱਸਿਆ ਸਤਿਆਮਾਨ ਉਹਦੋਂ ਹੀ ਮੈਨੂੰ ਲੈ ਕੇ ਅੱਡ ਹੋ ਗਿਆ ਵਰਾ ਪੂਰਾ ਸੀ ਆਪ ਦੇ ਘਰ ਰੰਗੀ ਵਸਤੇ ਰਹੇ ਉਹ ਬਥੇਰੀਆਂ ਦੰਦੀਆਂ ਕਰੀਚਣ ਪਰ ਮੇਰੀ ਜਾਣੇ ਜਿੱਤੀ ਪਾਣੋਂ ਨੇ ਸਾਗ ਵਿੱਚੋਂ ਇੱਕ ਸੁੰਡੀ ਕੱਢ ਕੇ ਪਰਾਂ ਸੁੱਟ ਦਿਆਂ ਦੱਸਿਆ ਫਿਰ ਇੱਕ ਦਿਨ ਪਾਣੀ ਦੀ ਵਾਰੀ ਪਿੱਛੇ ਬਾਹਰ ਖੈਬੜ ਪਏ ਨਰਕੀ ਜਾਣਿਆਂ ਦੇ ਖਬਰ ਨਹੀਂ ਕੀ ਕੀ ਚਿੱਤ ਚ ਬੁਰਾਈ ਸੀ ਕਿਤੇ ਇੱਕ ਸੂਤੇ ਥੋਂ ਸੱਟ ਮਾਰਤੀ ਰੱਬ ਜਾਣੇ ਖਬਰ ਨਹੀਂ ਉਹੀ ਲੱਗ ਗਈ ਫਿਰ ਤਾਂ ਬਾਹ ਜਹਾਨ ਦੀ ਲਾਹ ਹਟੇ ਉਹ ਆਪ ਵੀ ਬਥੇਰੇ ਹਕੀਮਾਂ ਸਿਆਣਿਆਂ ਦੇ ਭੱਜੇ ਫਿਰੇ ਕਿਤੇ ਹੱਥ ਨਾ ਪਿਆ ਅਖੀਰ ਨੂੰ ਦਸਵੇਂ ਦਿਨ ਅਥਨੇ ਜੇ ਗੋਤਾ ਪੈ ਗਿਆ ਬਸ ਉਸੇ ਰਾਤ ਤੁਰਦਾ ਬਣਿਆ ਕਹਿੰਦੇ ਆ ਤ੍ਰਿਪ ਤ੍ਰਿਪ ਪਾਨੋ ਦੇ ਹੰਝੂ ਕਿਰਪਾਏ ਰੋਣਾ ਡਾਡੇ ਮੂਰੇ ਕਿਦਾ ਜੋਰ ਆ ਤੈਨੂੰ ਕੀ ਦੱਸਾਂ ਕੜੀ ਅਰਗਾ ਜਵਾਨ ਪੁੱਤ ਮੈਂ ਵੀ ਢਿੱਡ ਚ ਪਾਈ ਬੈਠੇ ਆ 19ਵੇਂ ਬਰੇ ਚ ਸੀ ਬੱਗਾ ਹੱਥ ਰੁਪਈਆ ਧਰਿਆ ਹੋਇਆ ਬਸ 4 ਦਿਨ ਤਾਪ ਚੜਿਆ ਤੇ ਤੁਰਦਾ ਬਣਿਆ ਬਥੇਰਾ ਹਉ ਕਲਾਬ ਕੀਤਾ ਬੂਇਓ ਆ ਕੇ ਡੋਲੇ ਦਾ ਮੁਰ ਜਾਣਾ ਥੋੜੀ ਘਣੀ ਗੱਲ ਨਹੀਂ ਹੁੰਦੀ ਪਰ ਫੇਰ ਉਹ ਮੈਂ ਧੰਦੇ ਪਿੱਟਦੇ ਫਿਰਦਾ ਕੀ ਕੁਛ ਨਹੀਂ ਛੁੱਟਦਾ ਉਹ ਜੋ ਛੱਡ ਜਾਂਦੇ ਨੇ ਜਿਹੜੇ ਮਰ ਜਾਂਦੇ ਨੇ ਸ਼ਾਂਤੀ ਨੇ ਸਿਰ ਦੇ ਛੋ ਨਿੰਨ ਅੱਖਾਂ ਪੁੰਝਦਿਆਂ ਕਿਹਾ ਹਮਾਂ ਤੁਮਾਂ ਨੇ ਬੱਥੇ ਰਾ ਕਿਹਾ ਬੇਬੇ ਵੀ ਉਹ ਉਸੇ ਦੇ ਭਰਾ ਨੇ ਕਿਸੇ ਇੱਕ ਨੂੰ ਸਿਰ ਧਰ ਲੈ ਮੈਂ ਸੋਚਿਆ ਮਨਾ ਇੱਥੇ ਰਹਿ ਕੇ ਤਾਂ ਅੱਖਾਂ ਮੂਰੇ ਨਿਤ ਸੇਵਾ ਮੱਚਿਆ ਕਰੋ ਤੈਨੂੰ ਕੀ ਦੱਸਾਂ ਬੇਬੇ ਸਰਵਣ ਤਾਂ ਭੁੱਲਣ ਵਾਲਾ ਬੰਦਾ ਹੀ ਨਹੀਂ ਸੀ ਉਹਨੂੰ ਤਾਂ ਜਾਣੀ ਪੰਖੇਰੂ ਵੀ ਰੋਂਦੇ ਨੇ ਕਈ ਵਾਰੀ ਜੀ ਚਾਵੇ ਮਾੜੇ ਕਰਮਾਂ ਵਾਲੀਏ ਖਬਰ ਨਹੀਂ ਤੇਰੇ ਖਾਤਰੀ ਜਾਨ ਚਲੀ ਗਈ ਨਾ ਤੂੰ ਹੁੰਦੀ ਨਾ ਭਾਈਆਂ ਭਾਈਆਂ ਦੇ ਬਟਟ ਟਪੰਦੇ ਨਾ ਉਹਦੀ ਜਾਨ ਤੇ ਬਣਦੀਆ ਭਾਨੋ ਨੇ ਸਾਗ ਚੀਰਦਿਆਂ ਵੱਡੀ ਗਈ ਉਂਗਲ ਨੂੰ ਦੂਜੇ ਹੱਥ ਨਾਲ ਘੁੱਟ ਦਿਆਂ ਕਿਹਾ ਲੱਗੀ ਦਾਤੀ ਤਿੱਖੀ ਹੋਣੀ ਐ ਤਿੱਖੀ ਤਾਂ ਐਡੀ ਨਹੀਂ ਖਬਰ ਨਹੀਂ ਕਿਵੇਂ ਲੱਗੀ ਤੂੰ ਜੀ ਬੁਰਾ ਨਾ ਕਰਿਆ ਕਿਰਪਾ ਨੂੰ ਜਿਹੜੀ ਗੱਲ ਨੇ ਜਿਵੇਂ ਹੋਣਾ ਓਵੇਂ ਹੀ ਹੋਣਾ ਲਿਖੀਆਂ ਨੂੰ ਕੌਣ ਮਿਟੇ ਬਸ ਰੱਬ ਨੇ ਆਪਣੇ ਸਿਰ ਨਹੀਂ ਕੁਝ ਕੁਝ ਵੀ ਲੈਣਾ ਹੁੰਦਾ ਅਸੀਂ ਬੰਦੇ ਭੁਲੇਖਿਆਂ ਚ ਤੁਰੇ ਫਿਰਦੇ ਆ ਪਰ ਬੇਬੇ ਮੈਂ ਕਿਹਾ ਮਨਾ ਆਪਣਾ ਹੁਣ ਇਸ ਨਗਰ ਚ ਕੀ ਐ ਜਦ ਓਹੀ ਨੀ ਰਿਆ ਭਰਾ ਉਹਦੇ ਕਹਿਣ ਤਿਹੋ ਕਾਲ ਕਰ ਦੀ ਗੱਲ ਅਸੀਂ ਬਾਹਰ ਨਹੀਂ ਜਾਣ ਦੇਣੀ ਮੇਰਾ ਖਿਆਲ ਐ ਖਬਰ ਨਹੀਂ ਨਰੈਣ ਆਉਂਦਾ ਚੰਗਾ ਫਿਰ ਮੈਂ ਚੱਲੀ ਆਂ ਹਾਂ ਬੇਲੇ ਕੁਲੇ ਕਿਸੇ ਚੀਜ਼ ਦੀ ਲੋੜ ਹੋਵੇ ਲਵੇ ਹੀ ਆ ਤੇਰੇ ਭਾਵੇਂ ਕੰਦ ਉੱਤੋਂ ਦੀ ਹੱਕ ਮਾ ਹਾਕ ਮਾਰ ਲਈਂ ਕਹਿੰਦੀ ਸੰਤੀ ਬੂਹਾ ਲੰਗ ਚੱਲੀ ਸੀ ਜਦੋਂ ਉਹਨੂੰ ਨਰੈਣ ਮਿਲਿਆ ਮੱਥਾ ਟੇਕਦਾ ਸੰਤੀ ਮੁੜ ਚੱਲੀ ਵੇਝ ਜਿਉਂਦਾ ਰੋ ਰੱਬ ਤੈਨੂੰ ਭਾਗ ਲਾਵੇ ਮੈਂ ਕਿਹਾ ਵੇਖ ਹਵਾਂ ਨਰੈਣ ਦੀ ਬਹੂ ਆ ਗਈ ਫਿਰ ਪਸੰਦ ਚੰਗੀ ਐ ਵਿਚਾਰੀ ਚੰਗੀ ਮਾੜੀ ਹੁਣ ਤਾਂ ਗੰਗਾ ਮਾਈ ਨੇ ਦਿੱਤੀ ਐ ਸੌਂਘਾ ਗਾਂਧੀ ਕੋਈ ਪੈਸਾ ਨਹੀਂ ਦਿੰਦਾ ਗਊ ਦੀ ਸੌ ਸੰਤੀ ਸੱਚੀਓਂ ਗੰਗਾ ਮਾਈ ਨੇ ਦਿੱਤੀ ਐ ਵੀ ਫੇਰ ਤਾਂ ਚੰਗਾ ਰਿਹਾ ਪਰ ਹੁਣ ਖਿਆਲ ਰੱਖੀ ਪਹਿਲੀ ਆਂਗੂ ਨਾ ਹੋਵੇ ਮਸਾ ਕਿਤੇ ਘਰ ਵਸਤਾ ਹੋਇਆ ਉਹ ਤਾਂ ਸੰਤੀ ਮੈਨੂੰ ਆਪ ਨੂੰ ਵੀ ਬਹੁਤੀ ਪਸੰਦ ਨਹੀਂ ਸੀ ਤਾਈਓਂ ਨਹੀਂ ਸੀ ਪੈਰਵਾਈ ਕੀਤੀ ਨਹੀਂ ਪਤਾ ਤਾਂ ਲੱਗ ਹੀ ਗਿਆ ਸੀ ਵੀ ਕਿੱਥੇ ਗਈ ਐ ਤੂੰ ਜਾਣਦੀ ਹੋਈ ਐ ਸੰਤੀ RAM ਗਊਆਂ ਵੀ ਕਦੇ ਕਿੱਲੇ ਵੱਜੀਆਂ ਨੇ ਕਹਿਣ ਨੂੰ ਤਾਂ ਕਹਿਣਾ ਐ ਤੇਰੀ ਇਹ ਬਹੁਤ ਚੰਗੀਉ ਦਿਸਦੀ ਐ ਤਾਈਓ ਤਾਂ ਲੈ ਆ ਨਹੀਂ ਆਪਣਾ ਤਾਂ ਵੇਲਾ ਜਾਂ ਲੰਘ ਗਿਆ ਸੀ ਰੱਬ ਕਰੇ ਤੇਰੀ ਜੜ ਲੱਗ ਜਾਈ ਵੇਲੇ ਕੁ ਵੇਲੇ ਦਾ ਕੀ ਐ ਅੱਜ ਖੂ ਚੱਲਦਾ ਨਰੈਣ ਨੇ ਗੱਲ ਬਦਲੀ ਨਹੀਂ ਗੁੱਡਣ ਗਏ ਨੇ ਨਿੰਮ ਹੁੰਦਾ ਹੁੰਦਾ ਦੀਵਾ ਬੁਝ ਗਿਆ ਲੰਮੀ ਕਾਲੀ ਠਰੀ ਸਿਆਲ ਦੀ ਰਾਤ ਤਬ ਬਿਲੇ ਵਰਗਾ ਪਾਂ ਪਾਂ ਕਰਦਾ ਘਰ ਹਨੇਰੇ ਚ ਭੱਜੇ ਫਿਰਦੇ ਚੂਹਿਆਂ ਕਾਰਨ ਕਦੇ-ਕਦੇ ਕੋਈ ਭਾਂਡਾ ਖੜਕ ਜਾਂਦਾ। ਇੱਕ ਪਾਸੇ ਬੰਨੀ ਮੱਝ ਦੀਆਂ ਅੱਖਾਂ ਹੀ ਅੱਖਾਂ ਲਿਸ਼ਕਦੀਆਂ ਦਿਸਦੀਆਂ ਸਨ। ਪੰਨੋਂ ਨੂੰ ਘਰ ਦੀ ਛੱਤ ਆਪਣੇ ਉੱਪਰ ਡਿੱਗਦੀ ਪ੍ਰਤੀਤ ਹੋਈ। ਉਹਦੇ ਕੋਲ ਦੇ ਮੰਜੇ ਉੱਤੇ ਨਰੈਣ ਦੀ ਬਾਹਂ ਟੋਕੇ ਕਿਹਾ ਮੱਖਾਂ ਜੀ ਸੌਂ ਗਿਆਂ ਤੂੰ ਨਹੀਂ ਕੀ ਗੱਲ ਆ। ਗੱਲ ਤਾਂ ਕੋਈ ਨਹੀਂ ਨੇਰੇ ਚ ਉਈ ਉਈ ਜਾਣ ਮੈਨੂੰ ਭੈ ਲੱਗਣ ਲੱਗ ਜਾਂਦਾ ਹੈ। ਪੈ ਨੂੰ ਵਸਤੇ ਘਰਾਂ ਚ ਕੀ ਹੁੰਦਾ ਸੌਂ ਜਾ ਪਹਿਲਾਂ ਤਾਂ ਮੈਨੂੰ ਵੀ ਨਹੀਂ ਸੀ ਡਰ ਲੱਗਦਾ ਹੁੰਦਾ ਪਰ ਜਿੱਦਣ ਦਾ ਭਾਨੂ ਗੱਲ ਕਹਿੰਦੀ ਕਹਿੰਦੀ ਰੁੱਕ ਗਈ ਭਾਨੂ ਇੱਕ ਗੱਲ ਪੁੱਛਾ ਨਰੈਣ ਨੇ ਆਪਣਾ ਸਾਰਾ ਮੂੰਹ ਨੰਗਾ ਕਰਕੇ ਕਿਹਾ ਤੂੰ ਜੀ ਮੈਨੂੰ ਭਾਨੂ ਨਾ ਕਿਹਾ ਕਰ ਕਿਉਂ ਮੂੰ ਹੀ ਬਸ ਹੋਈ ਭਾਨੂ ਨੇ ਰਜਾਈ ਨੂੰ ਵਾਲੇ ਦਿਵਾਲੇ ਉਨ ਤੱਪਦਿਆਂ ਕਿਹਾ ਸਰਵਣ ਤੈਨੂੰ ਭਾਨੂ ਆਖਦਾ ਹੁੰਦਾ ਸੀ ਹਾਂ ਮੈਂ ਨਾ ਕਿਹਾ ਕਰਾਂ ਮਾਰਗਿਆਂ ਦੀਆਂ ਗੱਲਾਂ ਮਾਰਗਿਆਂ ਦੇ ਨਾਲ ਹੀ ਚਲੀਆਂ ਜਾਣੀਆਂ ਚਾਹੀਦੀਆਂ ਨੇ। ਕਈ ਵਾਰੀ ਤਾਂ ਮੈਨੂੰ ਤੂੰ ਵੀ ਭਾਨੋ ਕੋਈ ਭੂਤ ਚੜੇਲ ਹੀ ਲੱਗਦੀ ਐ। ਵਸ ਕੀਤੀ ਭੂਤ ਚੜੇਲ ਆਂਗ ਮੇਰੇ ਸਾਰੇ ਕੰਮ ਤਾਂ ਕਰ ਦਿੰਨੀ ਐ ਪਰ ਜਦੋਂ ਬੁੱਕਲ ਚ ਲੈਣਾ ਜਾਨੀ ਖਾਲੀ ਜੀ ਰਹਿ ਜਾਂਦੀ ਐ। ਤੂੰ ਜਾਣੂ ਕਿਧਰੇ ਹੋਰੀ ਚਲੀ ਜਾਨੀ ਐ ਭਾਨੋ ਨੇ ਕੋਈ ਉੱਤਰ ਨਾ ਦਿੱਤਾ। ਭਾਨੋ ਜਿਹੜੇ ਨਵੇਂ ਲੀੜੇ ਲਿਆਉਂਦੇ ਨੇ ਉਹ ਪਾ ਲਿਆ ਕਰ। ਸੰਦੂਕ ਚ ਕਾਦੇ ਲਈ ਰੱਖ ਛੱਡੇ ਨੇ। ਜਿਹੜੇ ਮੈਂ ਪਾਏ ਹੋਏ ਨੇ ਉਹ ਵੀ ਪਾਟੇ ਤਾਂ ਨਹੀਂ ਹਲੇ ਕਿਤੋਂ ਤੁਹਾਨੂੰ ਹਾਂਜੀ ਤੂੰ ਖੁਸ਼ ਹੈ ਤੂੰ ਖੁਸ਼ ਹੈ ਇੱਥੇ ਜੇ ਦੇਖਿਆ ਜਾਵੇ ਤਾਂ ਮੈਨੂੰ ਇੱਥੇ ਦੁੱਖ ਹੀ ਭੰਕਾ ਦਾ ਮੈਂ ਕਈ ਵਾਰੀ ਦੇਖਿਆ ਹੈ ਬੜੀ ਰਾਤ ਗਈ ਤੂੰ ਜਾਗਦੀ ਹੋ ਪਈ ਹੁੰਨੀ ਐ ਮੈਂ ਕਿਹਾ ਖਬਰੀ ਕੋਈ ਸੋਚ ਹੋਵੇ ਨੀਂਦ ਮੈਨੂੰ ਵੀ ਥੋੜੀ ਹੋਗੀ ਪਹਿਲੀ ਉਮਰੇ ਬਥੇਰਾ ਸੀ ਬਥੇਰੀ ਸੀ ਉਹ ਜਗਾਉਂਦਾ ਹੀ ਹਾਰ ਜਾਂਦਾ ਸੀ ਕੋਣ ਸਰਵੰਤ ਹਾਂ ਉਠੋਂਦਾ ਉਠਦੀਆਂ ਕਹਿ ਕੇ ਮੈਂ ਫੇਰ ਸੌ ਜਾਂਦੀ ਹਾਰ ਕੇ ਉਹ ਆਪ ਹੀ ਚਾਹ ਧਰ ਦਿੰਦਾ ਭਾਨੋ ਹਾਂ ਜੇ ਭਲਾ ਹੁਣ ਕਿਧਰੇ ਸਰਵਣ ਆ ਜਾਈ ਤੂੰ ਮੈਨੂੰ ਛੱਡ ਕੇ ਚਲੀ ਜਾਵੇਂ ਲੈ ਮਰੇ ਹੋਏ ਵੀ ਕਦੇ ਆਏ ਨੇ ਹੁਣ ਤਾਂ ਅੱਗੇ ਜਾ ਕੇ ਪੁੱਛੂੰਗੀ ਵੀ ਐਸੇ ਖਾਤਰ ਵਿਆਹ ਕੇ ਲਿਆਇਆ ਸੀ ਅੱਗੇ ਕੀ ਬੈਠਾ ਤੈਨੂੰ ਡੀਕਦਾ ਹੋ ਉਦੋਂ ਨੂੰ ਖਬਰੇ ਕਿਹੜੀ ਜੂਨ ਤੱਕ ਤੱਕ ਲੈ ਚੁੱਕਿਆ ਹੋ ਭਾਨੂੰ ਨੂੰ ਇਹ ਗੱਲ ਸੁਣ ਕੇ ਲੱਗਿਆ ਜਿਵੇਂ ਰਾਤ ਦਾ ਸਾਰੇ ਦਾ ਸਾਰਾ ਹਨੇਰਾ ਉਹਦੇ ਉੱਤੇ ਆ ਡਿੱਗਿਆ ਹੋਵੇ। ਕੁਝ ਪਲ ਰਹਿਣ ਚੁੱਪ ਰਹਿਣ ਤੋਂ ਪਿਛੋਂ ਨੇ ਨਰੈਣ ਨੂੰ ਪੁੱਛਿਆ। ਮੱਖਾਂ ਜੀ ਮੈਂ ਤੇਰੇ ਮੰਜੇ ਤੇ ਆ ਜਾ ਇੱਕ ਸ਼ਰਤ ਉੱਤੇ। ਬਈ ਉਦੋਂ ਹੀ ਉਦੋਂ ਹੀ ਨਹੀਂ ਸੌਜੇਂਗੀ। ਮੇਰੇ ਮੰਜੇ ਦਾ ਤਾਂ ਜਿਵੇਂ ਤੈਨੂੰ ਟੂਣਾ ਹੀ ਐ। ਆਈ ਨਹੀਂ ਤੇ ਸੁੱਤੀ ਨਹੀਂ। ਤੇਰੇ ਕੋਲ ਆ ਕੇ ਅਸਲ 'ਚ ਮੈਨੂੰ ਡਰ ਲੱਗਣੋਂ ਹਟ ਜਾਂਦਾ ਹੈ। ਡਰ ਨੂੰ ਤੂੰ ਕੀ ਨਿਆਣੀ ਐ? ਇਹ ਤਾਂ ਮੈਂ ਵੀ ਸੋਚਦੀ ਆਂ ਵੀ ਡਰ ਨੂੰ ਕਿ ਹੁਣ ਮੈਂ ਨਿਆਣੀ ਆਂ। ਭਾਨੋ ਤੂੰ ਆਥਣੇ ਇੰਨਾ ਚਿਰ ਕਿੱਥੇ ਗਈ ਸੀ? ਮੈਨੂੰ ਚਾਹ ਚਾਹੀਦੀ ਸੀ। ਜੋਤਾ ਪਰ ਬੈਠਾ ਉਡੀਕਦਾਰ ਗਿਆ। ਉਡੀਕਦਾਰ ਆ। ਮੈਂ ਬਾਹਰ ਕੰਨੀ ਗਈ ਸੀ। ਇੰਨਾ ਚਿਰ। ਉੱਥੇ ਸ਼ਿਆਮੂ ਮਿਲ ਪੀ। ਕੋਨੇ ਗਿਆ ਦੀ। ਉਹ ਵੀ ਮੋਰਾ ਵਾਲੇ ਦੀ ਐ ਨਾ। ਇੰਨਾ 헤ਜ ਐ ਮੋਰਾ ਵਾਲੇ ਦਾ। ਉੱਥੇ ਜਾ ਰੋ। ਨਰੇਨ ਨੇ ਪਾਸਾ ਲੈ ਕੇ ਮੂੰਹ ਦੂਜੇ ਪਾਸੇ ਕਰਦਿਆਂ ਕਿਆ। ਨਰੇਨ ਜੀ ਨੂੰ ਹੁਣੇ ਭਾਨੂ ਪੁੱਛ ਰਹੀ ਸੀ ਤੇਰੇ ਮੰਜੇ ਤੇ ਆ ਜਾ ਇੱਕਦਮ ਕੋਈ ਉਪਰਾ ਬੰਦਾ ਜਾਪਿਆ ਉਹਨੂੰ ਇਹ ਵੀ ਲੱਗਿਆ ਜਿਵੇਂ ਇਸ ਨਿਰਜਨ ਹਨੇਰੇ ਵਿੱਚ ਉਹ ਕਿਸੇ ਬਗਾਨੇ ਆਦਮੀ ਕੋਲ ਪਈ ਹੈ ਭਾਨੂ ਨੇ ਉੱਠ ਕੇ ਤੇਲ ਪਾ ਕੇ ਦੀਵਾ ਡੰਗ ਲਿਆ ਦੀਵੇ ਦੇ ਚਾਨਣ ਨੇ ਉਹਨੂੰ ਪੀੜੇ ਵਿੱਚ ਪਈ ਭਾਂਡੇ ਦੱਸੇ ਜਿਹੜੇ ਆਥਣੇ ਉਹਨੇ ਮਾਂਜ ਕੇ ਲਿਸ਼ਕਾ ਕੇ ਟਕਾਏ ਸਨ ਸਾਹਮਣੇ ਸੰਦੂਖਾਂ ਕੋਲ ਚਰਖਾ ਪਿਆ ਸੀ ਜਿਸ ਉੱਤੇ ਬੜੀ ਰਾਤ ਗਈ ਤੱਕ ਉਹ ਕੱਤਦੀ ਰਹੀ ਸੀ ਖੁਰਲੀ ਤੇ ਮੱਝ ਖੜੀ ਸੀ ਕੌਲੇ ਕੋਲ ਦੀ ਜੁੱਤੀ ਪਈ ਸੀ ਦੀਵੇ ਦੇ ਚਾਨਣ ਚ ਇਹ ਘਾਰ ਨੂੰ ਐਡਾ ਉਪਰਾ ਨਾ ਲੱਗਿਆ ਉਹਨੇ ਮੈਂ ਦੀ ਖਾਲੀ ਹੋ ਚੁੱਕੀ ਖੁਰਲੀ ਚ ਕੱਖ ਪਾਏ ਮੈਂ ਦੇ ਪਿੰਡੇ ਉੱਤੇ ਹੱਥ ਫੇਰਿਆ ਕੱਟੀ ਉੱਤੇ ਡਿੱਗਿਆ ਪਿਆ ਝੁੱਲ੍ਹਾ ਦਿੱਤਾ ਫੇਰ ਡੰਗ ਲਿਆ ਦੀਵਾ ਨਰੈਣ ਨੇ ਖਿੱਚ ਕੇ ਖਿਜ ਨੂੰ ਦਬਾਉਂਦਿਆਂ ਕਿਹਾ ਮੈਂ ਕਿਹਾ ਮੈਨੂੰ ਨਾ ਕਦੇ ਕਦੇ ਜਾਨੀ ਟੇਕ ਜੀ ਨਹੀਂ ਆਉਂਦੀ ਭਾਨੋ ਨੇ ਚੁੱਲ੍ਹੇ ਚ ਸਵੇਰ ਦੀ ਖਾਤਰ ਗੋਹਾ ਦੱਬਦਿਆਂ ਕਿਹਾ ਨਾਲੇ ਦਾਣਾ ਭਿਉਣਾ ਵੀ ਭੁੱਲ ਗਈ ਸੀ ਭਾਨੋ ਨੇ ਜੂਟਕੂਟ ਵਾਲੇ ਤੋਲੇ ਵਿੱਚ ਦਾਣਾ ਪਾਉਂਦਿਆਂ ਦੱਸਿਆ ਤੇਰੇ ਕੁਝ ਰਹਿੰਦਾ ਵੀ ਆ ਚੇਤੇ ਕਿ ਸਭ ਕੁਝ ਹੀ ਭੁੱਲ ਜਾਂਦਾ ਹੈ ਨਰੈਣ ਨੇ ਪਈ ਨਹੀਂ ਆਪਣੇ ਜੂੜੇ ਵਿੱਚੋਂ ਟੁੱਟੇ ਦੰਦਿਆਂ ਵਾਲਾ ਕੰਗਾ ਵਾਲਾਂ 'ਚ ਵੇੜਦਿਆਂ ਜ਼ਰਾ ਛਿੜਕੇ ਕਿਹਾ ਚੇਤੇ ਨੂੰ ਅੱਗ ਲੱਗਣੇ ਨੂੰ ਖਬਰ ਨਹੀਂ ਕੀ ਹੋ ਗਿਆ ਚੇਤਾ ਇੱਥੇ ਹੋਵੇ ਤਾਂ ਐ ਨਾ ਇੱਥੇ ਨੂੰ ਹੋਰ ਕੀ ਖੋਚ ਜਾਣਾ ਹੈ ਦੋ ਮਹੀਨੇ ਹੋ ਗਏ ਨੇ ਤੈਨੂੰ ਦੇਖਦੇ ਨੂੰ ਮੈਨੂੰ ਤਾਂ ਤੇਰਾ ਕੋਈ ਥੋ ਪਤਾ ਜਾਂ ਨਹੀਂ ਲੱਗਦਾ ਮੱਖਾ ਬਾਪੂ ਦਾ ਪਤਾ ਮੰਗਾਇਆ ਕਿਸੇ ਤੋਂ ਆਹੋ ਚੰਗਾ ਭਲਾ ਤੈਨੂੰ ਅਜੇ ਵੀ ਬਾਪੂ ਦਾ ਹੀਜ ਮਾਰਦਾ ਬਾਪੂ ਦਾ ਦਿਲ ਨਹੀਂ ਮੜਾ ਜਿੱਦਨ ਦਾ ਡੰਗਰ ਮਰਿਆ ਉਦੋਂ ਤਾਂ ਜਾਣੀ ਸੁਰਤ ਜੀ ਨਹੀਂ ਟਿਕਾਣੀ ਜਿਵੇਂ ਕੋਈ ਆਖਦਾ ਉਹ ਮਗਰ ਲੱਗੀ ਜਾਂਦਾ ਤੈਨੂੰ ਤਾਂ ਦੂਜੀ ਵਾਰੀ ਵੀ ਵਿੱਚ ਨੂੰ ਫਿਰਦਾ ਸੀ ਅਜੇ ਤੂੰ ਆਖਦੀਆਂ ਦਿਲ ਦਾ ਨਹੀਂ ਮੜਾ ਉਹਨੂੰ ਦਿਂਦਾ ਸੀ ਵੀ ਭਲਕੇ ਜਦੋਂ ਮੈਂ ਅੱਖਾਂ ਮੀਟ ਗਿਆ ਇਹਦਾ ਕੀ ਬਣੂ ਸ਼ਰੀਕ ਕੀ ਦੇ ਭਲੇ ਹੁੰਦੇ ਨੇ ਮੋਰਾ ਵਾਲੀ ਵਾਲੇ ਅੱਡ ਸੁਨੇਹੀ ਕਲਦੇ ਸੀ ਵੀ ਭਾਨੋ ਨੂੰ ਨਹੀਂ ਤਾਂ ਭਲੀ ਪਤ ਨਾਲ ਤੋੜਦੇ ਨਹੀਂ ਤਾਂ ਅਸੀਂ ਚੱਕ ਕੇ ਲੈ ਜਾਾਂਗੇ ਤਾਂ ਹੀ ਤੇਰੇ ਬਾਪੂ ਨੇ ਸੋਚਿਆ ਬਈ ਉਦੋਂ ਪਹਿਲਾਂ ਪਹਿਲਾਂ ਪੈਸੇ ਵਟ ਲਾਂ ਨਹੀਂ ਤੈਨੂੰ ਕੀ ਪਤਾ ਅਸੀਂ ਬੜੇ ਦਸੌਂਟੇ ਕੱਟੇ ਨੇ ਮੈਂ ਤਾਂ ਡਰਦੀ ਨੇਰੇ ਸਵੇਰੇ ਬਾਹਰ ਨਹੀਂ ਸੀ ਨਿਕਲਦੀ ਵੇ ਬਾਪੂ ਬੁੜੇ ਨੇ ਕੀ ਕਰ ਲੈਣਾ ਕੋਈ ਦੋ ਮਾਰੂ ਇਹਦੇ ਗਲੱਥ ਭਰਾਵਾਂ ਬਹਰੀਆਂ ਦੀ ਕਾਦੀ ਜੂਨ ਐ ਪਿੰਡਾਂ ਚ ਤੂੰ ਤਾਂ ਕਮਲੀ ਐ ਜਦ ਤਾਈ ਤੀਮੀ ਦੀ ਆਪਣੀ ਮਰਜ਼ੀ ਨਾ ਹੋਵੇ ਕੋਈ ਉਹਦੀ ਹਵਾ ਕੰਨੀ ਨਹੀਂ ਝਾਕ ਸਕਦਾ ਨਹੀਂ ਨਹੀਂ ਤੈਨੂੰ ਬੁਰੇ ਬੰਦਿਆਂ ਦਾ ਨਹੀਂ ਪਤਾ ਜਿਹੜੇ ਆਪਣੇ ਸਕੇ ਭਰਾ ਨੂੰ ਛੱਡ ਪਰੇ ਤੂੰ ਸਾਰਾ ਦਿਨ ਉਹਨਾਂ ਦੇ ਨਾ ਝਿਹੜੇ ਲਈ ਬੈਠੀ ਰਿਆ ਕਰ ਕੀ ਕਰਾਂ ਇਹ ਗੱਲਾਂ ਤਾਂ ਜਾਣੀ ਮੇਰੇ ਹੱਡਾਂ ਚ ਬਹਿ ਗਈਆਂ ਨੇ ਮੈਂ ਬਥੇਰਾ ਸਮਝਾਉਣੀ ਆ ਭਈ ਮਨਾ ਉਹ ਵੇਲਾ ਤਾਂ ਹੁਣ ਹੱਥ ਨਹੀਂ ਆਉਣਾ ਰੱਬ ਦਾ ਸ਼ੁਕਰ ਕਰ ਬਈ ਤੂੰ ਕਿਸੇ ਕੰਡੇ ਵੱਟੇ ਲੱਗੀ ਐ ਭਲਾ ਹੋਵੇ ਇਹਦਾ ਜਿਨੇ ਕੁਛ ਨਹੀਂ ਪੁੱਛਿਆ ਤੇ ਬਾਰ ਬਾਰ ਖੋਲਤਾ ਚੰਗਾ ਹੁਣ ਸੌਂ ਜਾ ਮੱਖ ਜਿਹੜੀ ਗੱਲ ਤੈਨੂੰ ਚੰਗੀ ਨਾ ਲੱਗੇ ਤੂੰ ਆਖਦਿਆਂ ਕਰ ਜੀ ਮੇਰੀ ਤਾਂ ਸੁਰਤ ਜੀ ਨਹੀਂ ਟਿਕਾਣੇ ਭਾਨੋ ਹਾਂ ਹਾਂ ਜਿਹੜੀ ਕਦੇ-ਕਦੇ दारू ਦੀ ਘੁੱਟ ਜੀ ਪੀ ਲੈਣਾ ਉਸ ਕਰਕੇ ਚਿੱਟੇਵਾਲ ਆਗੇ ਉਹ ਮੁਰਤਾ ਮੇਰੀ ਅੱਡੀ ਬਹੁਤੀ ਨਹੀਂ ਤੂੰ ਸੋਚਦੀ ਹੋਵੇਂਗੀ ਖਬਰ ਨਹੀਂ ਨਹੀਂ ਭਾਈ ਦੀ ਸੋਂ ਮੇਰੇ ਤਾਂ ਚਿੱਤ ਚਿੱਤ ਚ ਨਹੀਂ ਇਹ ਗੱਲ ਕਦੇ ਆਈ ਨਾਲੇ ਧੋਲੇ ਤਾਂ ਅੱਜ ਕੱਲ੍ਹ ਉਹੀ ਠਰਕੇ ਫਿਰਦੇ ਆ ਨਿੱਕੀਆਂ ਨਿੱਕੀਆਂ ਕੁੜੀਆਂ ਦੇ ਵੀ ਆ ਜਾਂਦੇ ਆ ਤੁਹਾਨੂੰ ਹਾਂ ਆਥਣਿਕ ਬਾਜੀਗਰਨੀ ਜੀ ਬਾਜ਼ੀਆਂ ਜੀਆਂ ਵੇਚਦੀ ਫਿਰਦੀ ਸੀ ਮਿੱਟੀ ਦੀਆਂ ਆਹੋ ਤੂੰ ਲੈ ਲੈਣੀਆਂ ਸੀ ਆਪਣੇ ਕੋਣ ਹੈ ਬਾਜ਼ੀਆਂ ਨਾਲ ਖੇਡਣ ਵਾਲਾ ਨਹੀਂ ਤਾਂ ਹੋਜੂ ਭਾਨੂੰ ਨੇ ਕੋਈ ਜਵਾਬ ਨਾ ਦਿੱਤਾ ਭਾਨੂੰ ਹਾਂ ਤੇਰਾ ਦਿਲ ਨਹੀਂ ਕਰਦਾ ਵੀ ਤੇਰਾ ਵੀ ਕੋਈ ਜਵਾਬ ਹੋਵੇ ਜਦੋਂ ਉਹ ਮਰਿਆ ਸੀ ਤਾਂ ਮੇਰਾ ਬੜਾ ਚਿਤ ਕੀਤਾ ਸੀ ਵੀ ਨਿੱਕੀ-ਮੁਟੀ ਉਹਦੀ ਕੋਈ ਨਿਸ਼ਾਨੀ ਹੋਉਂਦੀ ਜਿਹਦੇ ਸਾਰੇ ਮੈਂ ਆਪਣੇ ਦਿਨ ਕੱਟ ਲੈਂਦੀ ਉਦੋਂ ਪਿੱਛੋਂ ਉਦੋਂ ਪਿੱਛੋਂ ਭਾਨੂੰ ਉਦੋਂ ਦੀ ਨਹੀਂ ਮੈਂ ਹੁਣ ਦੀ ਗੱਲ ਕਰਦਾ ਤੇਰਾ ਜੀ ਕਰਦਾ ਤਾਂ ਰੱਬ ਕਰੇ ਜ਼ਰੂਰ ਹੋ ਜੇ ਉਹ ਮੈਨੂੰ ਲੱਗਦਾ ਜਿਸ ਦਿਨ ਦਾ ਉਹ ਮਰਿਆ ਮੇਰਾ ਤਾਂ ਜਾਨੀ ਅੰਦਰ ਹੀ ਸੁੱਕ ਗਿਆ ਹੁਣ ਉੱਥੇ ਕੀ ਫੁੱਟਣਾ ਰੱਬ ਸਭ ਲੋਟ ਕਰ ਦੋ ਬਸ ਤੂੰ ਦਗਾ ਨਾ ਦੇ ਦਗਾ ਦੇ ਕੇ ਮੈਂ ਕਿਹੜੇ ਖੂਚ ਜਾਣਾ ਨਾ ਅੱਗਾ ਨਾ ਪਿੱਛਾ ਤੀਵੀ ਦਾ ਕੀ ਹੁੰਦਾ ਅੱਗਾ ਪਿੱਛਾ ਬਣਾਉਣ ਤੇ ਆਈ ਘੜੀ ਚ ਬਣਾ ਲੈਂਦੀ ਐ ਦੋ ਮਹੀਨਿਆਂ ਤੋਂ ਪਹਿਲਾਂ ਮੈਨੂੰ ਕਿਹੜਾ ਤੂੰ ਜਾਣਦੀ ਸੀ ਇੱਕ ਪਲ ਭਾਣੋਂ ਦਾ ਜੀ ਕੀਤਾ ਕਹਿ ਦੇਵੇ ਉਹ ਤੀਵੀਆਂ ਹੋਰ ਹੁੰਦੀਆਂ ਨੇ ਪਰ ਫਿਰ ਉਹਨੂੰ ਲੱਗਿਆ ਖਬਰੇ ਉਹ ਮੇਰੇ ਵਰਗੀਆਂ ਹੀ ਹੁੰਦੀਆਂ ਹੁਣ ਤੇ ਚੁੱਪ ਕਰ ਰਹੀ। ਭਾਨੋ ਹਾਂ ਗੁੱਸੇ ਹੋਗੀ। ਨਹੀਂ ਗੁੱਸੇ ਕਾਹਦੇ ਨਾਲ ਹੋਣਾ ਹੈ? ਮੇਰੇ ਨਾਲ? ਨਹੀਂ ਮਖਾਂਜੀ ਰਲੀ ਚ ਮਿਆਰੀ ਪਾਈਆਂ ਪਾਈਆ ਕੋ ਠੰਡਾ ਮੰਗਦੀ ਸੀ। ਆਖਦੀ ਸੀ ਮੁੰਡਾ ਬਿਮਾਰ ਹੈ ਦਵਾਈ ਚ ਪਾਉਣਾ। ਤੂੰ ਦੇ ਦਿੰਦੀ ਫਿਰ ਮੈਂ ਕਿਹ ਪੁੱਛ ਕੇ ਦਵੂੰਗੀ। ਭਾਨੋ ਇਹ ਘਰ ਹੁਣ ਤੇਰਾ ਹੀ ਐ ਜਿਵੇਂ ਮਰਜ਼ੀ ਕਰ ਲਿਆ ਕਰ। ਸਰਵਣ ਨੇ ਤਾਂ ਆਪ ਮੈਨੂੰ ਕਦੇ ਕਿਸੇ ਗੱਲੋਂ ਨਹੀਂ ਰੋਕਿਆ ਪਰ ਤੇਰਾ ਜੀ ਮੈਨੂੰ ਕੁਝ ਪਤਾ じゃ ਨਹੀਂ ਕਿਹਾ ਮੈਂ ਕਿਹਾ ਖਬਰੇ ਭਾਨੋ ਹਾਂਜੀ ਭਾਨੋ ਨੇ ਸਹਿਮ ਕੇ ਮਸਕੀਨ ਦੀ ਹਵਾਲਤ ਕਿਹਾ ਚੰਗਾ ਆਖਦੇ ਆ ਭਾਨੋ ਨੇ ਦੀਵੇ ਉੱਤੇ ਫੂਕ ਮਾਰਤੀ ਤੇ ਢੂੰਢੀ ਢੂੰਢੀ ਹਨੇਰੇ 'ਚ ਆਪਣੇ ਮੰਜੇ ਤਿਆਰ ਟੇਢੀ ਹੋਈ ਫਿਰ ਉਹਨੂੰ ਚੇਤਾ ਆਇਆ ਛੋਟੀ ਹੁੰਦੀ ਨੂੰ ਮਾਂ ਆਖਦੀ ਹੁੰਦੀ ਸੀ ਦੀਵੇ ਨੂੰ ਫੂਕ ਮਾਰ ਕੇ ਨਹੀਂ ਬੁਝਾਈ ਤਾਂ ਮਾੜਾ ਹੁੰਦਾ ਹੱਟੀ ਵਰਗਾ ਲਿਪਿਆ ਪੋਚਿਆ ਕਰ ਤਲੀ ਦਿੱਤਾ ਸੰਭਰਿਆ ਸੂਰਿਆ ਅੰਦਰ ਭਮੀ ਪੁੰਝੇ પાਕੇ ਖਾਲੋ ਕਿਸੇ ਰਕਾਨ ਦੀ ਹੱਥਾਂ ਦਾ ਬਣਾਇਆ ਮੋਰਨੀ ਆਲਾ ਪੀੜਾ ਪੀੜੇ ਵਿੱਚ ਚਿਣਕੇ ਰੱਖੇ ਲਿਸ਼ਕ ਦੇ ਭਾਂਡੇ ਚੱਕਮਾਂ ਚੁੱਲਾ ਚੁੱਲੇ ਉੱਤੇ ਰਜ ਦੇ ਸਾਗ ਵਿੱਚੋਂ ਉੱਠਦੀ ਚਿੱਟੀ ਭਾਫ਼ ਭਾਨੂ ਕੋਲ ਬੈਠੀ ਲਸਣ ਛਿਲ ਰਹੀ ਸੀ ਸਾਗ ਚ ਪਾਉਣ ਲਈ ਵੇ ਨਰੈਣ ਤੇਰੀ ਬਹੁਤ ਬੜੀਓ ਸੁਹਣਰੀ ਐ ਕੰਡਾ ਕਢੋਣ ਲਈ ਆਈ ਸੰਤੀ ਨੇ ਧੋਤੇ ਹੋਏ ਕੱਪੜੇ ਪਾਈ ਬੈਠੀ ਚਿਲੰਪੀ ਰੇ ਨਰੈਣ ਨੂੰ ਕਿਹਾ ਬਾਲੀ ਤਰੀਫ ਕਰਕੇ ਤੂੰ ਇਹਨੂੰ ਬਗਾੜਨਾ ਦੇਈਂ ਸੰਤੀ ਜਾ ਵੀ ਵਿਗੜਿਆ ਹੋਇਆ ਤੋ ਉਹ ਤਾਂ ਤੂੰ ਐਂ ਸਗੋ ਹਰ ਵੇਲੇ ਕੋਈ ਨਾ ਕੋਈ ਅਮਲ ਦੇਖਦਾ ਇਹਦਾ ਕੀ ਹਾਲ ਕਰ ਛੱਡਿਆ ਕਾਨੀਆਂ ਵਰਗੀਆਂ ਟੰਗਾਂ ਪਾਹਾਂ ਸੁੱਕਿਆ ਮੂੰਹ ਬਈ ਬੰਦਾ ਦੁੱਧ ਕਿਉਂ ਖਾਵੇ ਜੇ ਹਰਾ ਐ ਲੇ ਤਾਂ ਛਿੜਕਦੀ ਹੋਈ ਐ ਤੂੰ ਵੀ ਲੱਗ ਗਈ ਮੈਂ ਕਿਹਦੇ ਕੋਲ ਦਾਦ ਫਿਰਿਆ ਦਲਾਵਾ ਜਿਹਦਾ ਨਾਂ ਮਾ ਨਾ ਬਾਬਾ ਚੰਗਾ ਕਰਦੀ ਐ ਜੇ ਛਿੜਕਦੀ ਐ ਹੈਗਾ ਹੀ ਤੂੰ ਇਸ ਲੈਕ ਬਈ ਕੀ ਪਿਆ ਨਾ ਚੀਜ਼ਾਂ ਚ ਲਹੂ ਹੀ ਭੂਗਦੀ ਐ ਕਦੇ ਸੁੱਖਾ ਕਦੇ ਸ਼ਰਾਬ ਕਦੇ ਸੁਲਫਾ ਕੁਛ ਨਾ ਕੁਛ ਝੁਲਸਦਾ ਹੀ ਰਹਿਨੇ ਤੈਨੂੰ ਕੀ ਦੱਸਾਂ ਬੇਬੇ ਕਾਦਸੀ ਵਾਲੇ ਦਿਨ ਮੇਰੇ ਨਾਲ ਜਾ ਕੇ ਗੁਰਦੁਆਰੇ ਨੇਮ ਕਰਕੇ ਆਇਆ ਵੇ ਅੱਜ ਤੋਂ ਨਹੀਂ ਪੀਂਦਾ ਸ਼ਰਾਬ ਪਰ ਦੋ ਦਿਨਾਂ ਨਾ ਕੱਟੇ ਗਏ ਸਗੋਂ ਰੱਬ ਤੋਂ ਵੀ ਝੂਠਾ ਪਿਆ ਭਾਨੂੰ ਨੇ ਜਿਵੇਂ ਸ਼ਿਕਾਇਤ ਲਗਾਈ ਰੱਬ ਆਪ ਸੋਰਾ ਕਿਹੜਾ ਪੀਂਦਾ ਨਹੀਂ ਹੁਣ ਮੈਨੂੰ ਤਾਂ ਲੱਗਦਾ ਹੈ ਸੰਤੀ ਉਹ ਦਿਨ ਨੂੰ ਵੀ ਪੀ ਰੱਖਦਾ ਹੁਣੇ ਤਾਂ ਹੀ ਸੰਸਾਰ ਤੇ ਨਿਰਵਰਤਿਆ ਪਿਆ ਨਰੈਣ ਨੇ ਚਿਲਮ ਝਾੜ ਕੇ ਲੰਮਾ ਸੂਟਾ ਲਾਉਂਦੇ ਆ ਕਿਆ ਚੁੱਪ ਕਰ ਵੇ ਬਾਲਾ ਨਾ ਭੌਂਕ ਰੱਬ ਤੋਂ ਸੱਤ ਵੇਲੇ ਡਰਿਏ ਉਹਦੇ ਰੰਗਾਂ ਦਾ ਕੀ ਪਤਾ ਹੁੰਦਾ ਲੈ ਬੇਬੇ ਨਿਕਲ ਗਿਆ ਕੰਡਾ ਪਾਨੋ ਨੇ ਉਹਨੂੰ ਸੂਈ ਫੜਾਉਂਦੇ ਆਂ ਕਿਆ ਜਿਉਂਦੀ ਵਸਦੀ ਰਹੋ ਰੱਬ ਤੈਨੂੰ ਇੱਕ ਜੀ ਦੇ ਦੇਵੇ ਇਸ ਘਰ ਤੇਰੀ ਜੜ ਮੁਨਿਆਦ ਲੱਗ ਜਾਏ ਫੇਰੇ ਜਿੱਧਰ ਮਰਜੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨਰੇਨ ਨੇ ਚਿਲਮ ਰੱਖ ਕੇ ਤੇਲ ਕੁੱਟਣੇ ਸ਼ੁਰੂ ਕਰਦਿਆਂ ਕਿਆ ਜਾਵੇ ਬੰਦਾ ਬਣਾਤਾ ਤੈਨੂੰ ਜਿੱਦਣ ਦੀ ਆਈ ਹੈ ਹੋਰ ਸੁਣ ਲਓ ਅੱਗੇ ਮੈਂ ਬੰਦਾ ਹੀ ਨਹੀਂ ਸੀ ਵੱਡੀ ਭਾਬੀ ਹੈ ਮਖੌਲ ਕਰ ਲੂ ਤਾਂ ਕੀ ਹੈ ਭਾਨੋ ਨੇ ਚੁੱਲ੍ਹੇ ਵਿੱਚੋਂ ਅੱਗ ਖੁਰਲ ਕੇ ਸੰਤੀ ਵੱਲ ਨੂੰ ਕਰਦਿਆਂ ਕਿਆ ਪਰ ਮੈਂ ਤੈਨੂੰ ਇੱਕ ਗੱਲ ਆਖਾਂ ਨਰੇਨ ਭਾਵੇਂ ਤੈਨੂੰ ਲੱਗੇ ਚੰਗੀ ਭਾਵੇਂ ਲੱਗੇ ਮਾੜੀ ਬਈ ਹੈ ਇਹ ਜਿਹੜੇ ਅਮਲੀ ਥਮਲੀ ਤੂੰ ਕਰ ਲੈ ਉਹਨੇ ਇਹ ਗੱਲ ਨਹੀਂ ਚੰਗੀ ਹੁਣ ਸੁਖ ਨਾਲ ਤੇਰਾ ਵਸਤਾ ਕਰ ਕੋਈ ਛੜੇ ਛੜਾਂਗ ਦੀ ਝੌਂਪੜੀ ਤਾਂ ਹੈ ਨਹੀਂ ਹੁਣ ਤਾਂ ਤੈਨੂੰ ਕਬੀਲਦਾਰ ਵਾਂਗੂ ਰਹਿਣਾ ਚਾਹੀਦਾ ਮੈਂ ਕਿਹੜਾ ਕਿਸੇ ਕੰਜਰ ਨੂੰ ਸੱਦਣ ਜਾਣਾ ਸੰਤੀ ਓਪੇ ਆ ਜਾਂਦੇ ਆ ਨਾ ਤੂੰ ਕਿਹਾ ਕਰ ਫਿਕਟ ਪੀਣੀ ਐ ਤਾਂ ਗੁਰਦੁਆਰੇ ਹਲਤੀ ਉੱਤੇ ਬੈਠ ਕੇ ਪੀ ਲਓ ਜਾ ਜਾਂ ਬਾਵੇ ਦੇ ਡੇਰੇ ਵਗਜੋ ਧੀਆਂ ਭੈਣਾਂ ਵਾਲੇ ਕਰਨੀ ਇਹ ਗੱਲਾਂ ਚੰਗੀਆਂ ਲੱਗਦੀਆਂ ਮੈਂ 20 ਵਾਰੀ ਕਿਹਾ ਸੁਣਦਾ ਕਿਹੜਾ ਬੇਬੇ ਆਪ ਤਾਂ ਇਹ ਦੋ ਕੁੱਟੀ ਕੇ ਗੁੱਟੂ ਹੋ ਕੇ ਪੈ ਜਾਂਦਾ ਹੈ ਅਗਲੇ ਅੱਖਾਂ ਪਾੜ-ਪਾੜ ਕੇ ਝਾਕਦੇ ਨੇ ਸਾਰੇ ਘਰ ਕੰਨੀ ਭਾਨੂੰ ਨੇ ਨਰੈਣ ਤੋਂ ਫੜ ਕੇ ਆਪ ਕਾਲੀ-ਕਾਲੀ ਤੇਲ ਕੁੱਟਦਿਆਂ ਕਿਆ ਲੈ ਝਾਕਦੇ ਨੇ ਅਸੂਹਰਾ ਪਰੇ ਕੰਨੀ ਐਵੇਂ ਭੌਂਕੀ ਜਾਂਦੀ ਹੈ ਵੇ ਪੀ ਕੇ ਕਿਤੇ ਬੰਦੇ ਨੂੰ ਪਤਾ ਰਹਿੰਦਾ ਲੈ ਸੰਤੀ ਪੀ ਕੇ ਕੀ ਹੋਇਆ ਹੁੰਦਾ ਪਰ ਸੌ ਤੂੰ ਜ਼ਰੂਰ ਆਪਣੇ ਘਰ ਦੀ ਮਿੱਟੀ ਪਟਣੀ ਐ ਚੱਲ ਕਹਿ ਦੂੰਗਾ ਗਾਂਹੋਂ ਤੋਂ ਪਰ ਸੰਤੀ ਇਹਨੂੰ ਤੂੰ ਕਹਿ ਤੂੰ ਦੇਖ ਲੈ ਮੜਾ ਜਾ ਕਿਸੇ ਦੇ ਘਰ ਮਹਾਰਾਜ ਖੁੱਲਿਆ ਹੋਵੇ ਸਾਰਾ ਦਿਨ ਉੱਥੇ ਹੀ ਬੈਠੀ ਰੂ ਐਮੀ ਲੋਕਾਂ ਦੇ ਝੂਠੇ ਭਾਂਡੇ ਮਾਂਜਦੀ ਜਾਉ ਜੁੱਤੀਆਂ ਛਾੜੋ ਅਖੇ ਇਹ ਸੇਵ ਹੈ ਘਰ ਭਾਵੇਂ ਮੈਂ ਰੋਟੀ ਨੂੰ ਭੁੱਖਾ ਬੈਠਾ ਰਾਂ ਵੇ ਨਰਨ ਇਹ ਪਾਸਾ ਤਾਂ ਮਾੜਾ ਨਹੀਂ ਕੁਝ ਗਾਂਹ ਵਾਸਤੇ ਵੀ ਬੀਜਣਾ ਚਾਹੀਦਾ ਪਿਛਲੇ ਜਨਮ ਕੋਈ ਚੰਗੇ ਕੰਮ ਕੀਤੇ ਹੁੰਦੇ ਤਾਂ ਇਹ ਸਵਰਗੀਆਂ ਸੁਹਣਰੀਆਂ ਅੱਖ ਦੀ ਸ਼ਰਮ ਵਾਲੀਆਂ ਨੂਹਾਂ ਧੀਆਂ ਦੇ ਤਾਂ ਲੋਕ ਪੈਰ ਧੋਤੋਂ ਪਿੰਦੇ ਨੇ ਆਹੋ ਮੈਨੂੰ ਪਤਾ ਵੀ ਤੂੰ ਤਾਂ ਇਹਦੇ ਵੱਲ ਦੀ ਉਹ ਗੱਲ ਕਰਨੀਂ ਨਹੀਂ ਮੈਂ ਤਾਂ ਰੱਬ ਲੱਗਦੀ ਗੱਲ ਕਰਦੀ ਆ ਮੈਂ ਤਾਂ ਵਿਚਾਰੀ ਇਹ ਤੋਂ ਇਹ ਤੋਂ ਨਹੀਂ ਕੁਝ ਲੈ ਕੇ ਖਾਣਾ ਤੇਥੋਂ ਨਹੀਂ ਲੈ ਬੇਬੇ ਦੇਖ ਹੋ ਗਿਆ ਠੀਕ ਭੁੱਗੇ ਦੀ ਇੱਕ ਪਿੰਨੀ ਸੰਤੀ ਨੂੰ ਫੜਾਉਂਦੀ ਭਾਨੂ ਬੋਲੀ ਕੁੜੇ ਮੈਂ ਕਿਤੇ ਨਿਆਣੀ ਆ ਪਿੰਨੀ ਫੜ ਕੇ ਭੋਰਾ ਤੋੜ ਕੇ ਮੂੰਹ ਚ ਪਾਉਂਦੇ ਆ ਸੰਤੀ ਨੇ ਕਿਹਾ ਬੇਬੇ ਸੰਤੀ ਕੁੜੇ ਬੇਬੇ ਸੰਤੀ ਹੇ ਤਾਂ ਖਬਰ ਨਹੀਂ ਦਿਆਲੂ ਹਾਕਾ ਮਾਰਦੀ ਐ ਕੁੜੀ ਆਈ ਸੰਤੀ ਨੇ ਬੱਚਦੀ ਪਿੰਨੀ ਮੂੰਹ ਚ ਪਾਈ ਮੂੰਹ ਤੋਂ ਦੀ ਹੱਥ ਫੇਰਿਆ ਤੇ ਤੁਰ ਪਈ ਮੱਥਾ ਟੇਕਦੀ ਆ ਬੇਬੇ ਕਿੱਥੇ ਗਈ ਸੀ ਮੈਂ ਜੋਤੇ ਦੀ ਭਾਲਦੀ ਫਿਰਦੀ ਆ ਜਿਉਂਦੀ ਵਸਦੀ ਰਹਿ ਰੱਬ ਤੈਨੂੰ ਭਾਗ ਲਾਵੇ ਮੈਂ ਭਾਨੋ ਤੋਂ ਕੰਡਾ ਘਟਾਉਣ ਗਈ ਸੀ ਫਿਰ ਮੈਂ ਕਿਹਾ ਨਰੈਣ ਨੂੰ ਵੀ ਆਖ ਜਾਮ ਵੀ ਇਹ ਕਬੀਲਦਾਰਾਂ ਦਾ ਵਿਹੜਾ ਐ ਐਵੇਂ ਨਾ ਲੁੱਚੇ ਲੰਡਿਆਂ ਨੂੰ ਇਕੱਠੇ ਕਰਕੇ ਲੈ ਆਇਆ ਕਰੇ ਸਾਰੀ ਧੀਆ ਭੈਣਾਂ ਵਾਲੀ ਐ ਨਹੀਂ ਬੇਬੇ ਤੂੰ ਤਾਂ ਭੋਲੀ ਐ ਨਰੈਣ ਕਰਕੇ ਕਿਹੜਾ ਆਉਂਦਾ ਤੂੰ ਆਪ ਹੀ ਸਿਆਣੀ ਐ ਜਿਹਦੇ ਕਰਕੇ ਆਉਂਦੇ ਨੇ ਉਸ ਕਰਕੇ ਹੀ ਆਉਂਦੇ ਨੇ ਕੁੜੇ ਦੇ ਆਲੂ ਰੱਬ ਨੂੰ ਜਾਨ ਦੇਣੀ ਐ ਭਾਨੋਂ ਤਾਂ ਇਹੋ ਜਿਹੀ ਨਹੀਂ ਲੱਗਦੀ ਲੱਗਣ ਨੂੰ ਹੋਰ ਕੀ ਉਹਦੇ ਭੰਗ ਲੱਗੇ ਹੁਣ ਜਿਹੜੀ ਪੱਕੇ ਸੋਹਰੇ ਛੱਡੀ ਰਾਮ ਗਊ ਬਣੀ ਫਿਰਦੀ ਐ ਉਹ ਤੇਰੇ ਭਾ ਦੀ ਭਲੀ ਹੋਊ ਕੁੜੇ ਨਹੀਂ ਕੀ ਪਤਾ ਹੁੰਦਾ ਹੈ ਅਗਲਾ ਕਿਹੜੀ ਗੱਲੋਂ 11 ਤੋਂ ਦੀ ਤੁਰਦਾ ਨਹੀਂ ਬੇਬੇ ਤੂੰ ਤਾਂ ਸਾਰੇ ਜੱਗ ਨੂੰ ਆਪਣੇ ਵਰਗਾ ਸਮਝਦੀ ਹੈ ਮੈਨੂੰ ਤਾਂ ਇਹਦੇ ਲੱਛਣ ਚੰਗੇ ਨਹੀਂ ਲੱਗਦੇ ਜਿਹਦੇ ਕਿਸੇ ਦੇ ਪਾਠ ਖੁੱਲਿਆ ਹੋ ਮੂਹਰੇ ਭੱਜੀ ਫਿਰੂ ਵੱਡੀ ਭਗਤ ਨਹੀਂ 904 ਖਾ ਕੇ ਬਿੱਲੀ ਹੱਜ ਨੂੰ ਚੱਲੀ ਕੁੜੇ ਦੇ ਆਲੋ ਰੱਬ ਦੀਆਂ ਰੱਬ ਹੀ ਜਾਣੇ ਆਪਾਂ ਕਾਹਨੂੰ یوں ਸੋਚ ਕੇ ਪਾਪਾਂ ਦੇ ਭਾਗੀ ਬਣੀਏ ਕੁੜੇ ਹਾ ਅੱਜ ਛਿੰਗਤ ਵੀਤਾ ਬਲਾ ਸੋਣਾ ਪਾਈ ਫਿਰਦੀ ਐ ਨਮਾ ਕਰਵਾਇਆ ਨਹੀਂ ਬੇਬੇ ਇਹ ਤਾਂ ਮੁੰਡੇ ਹੋਏ ਤੋਂ ਮੇਰੇ ਪੇਕਿਆਂ ਨੇ ਪਾਇਆ ਸੀ ਇਸ ਘਰ ਤਾਂ ਜਿੱਦਨ ਦੀ ਆਈਆਂ ਨੱਕ ਨੂੰ ਮੇਕ ਕਿਹੜਾ ਜੁੜੀ ਐ ਕੁੜੇ ਅੱਜਕੱਲ ਕਬੀਲਦਾਰੀਆਂ ਇਹੋ ਜੀਆਂ ਹੀ ਨੇ ਮੇਰੀ ਵਾਰ ਨੂੰ ਕਬੀਲਦਾਰੀਆਂ ਆ ਜਾਂਦੀਆਂ ਨਹੀਂ ਆਪਦੀ ਭੈਣ ਆਜੇ ਮਟਕ ਦੇਣੇ ਹੱਟੀਆਂ ਲੀੜੇ ਪੜਵਾ ਪੜਵਾ ਦੂਗਾ ਇਹ ਵੀ ਤਾਂ ਦਿੱਤੇ ਸਰਦੇ ਨੇ ਨਹੀਂ ਤਾਂ ਅਗਲੇ ਮਿਹਣੇ ਮਾਰਦੇ ਨੇ ਵੀ ਪੇਕਿਆਂ ਤੋਂ ਝੱਗਾ ਚੁੰਨੀ ਵੀ ਨਾ ਸਰਿਆ ਹੋਰ ਕੀ ਹਾਲ ਹੈ ਤਰੀ ਭਾਨੋਂ ਦਾ ਦਿਆਲੋਂ ਨੇ ਧੁੱਪੇ ਤਰੇ ਕੁੜ ਨਾਲੋਂ ਠੰਡਾ ਆਪਣੇ ਹੱਥਾਂ ਉੱਤੇ ਮਲ ਕੇ ਮੈਲ ਦੀਆਂ ਬੱਤੀਆਂ ਲਾਉਂਦੀਆਂ ਪੁੱਛਿਆ ਚੰਗੀ ਐ ਵਿਚਾਰੀ ਲੈ ਵਿਚਾਰੀ ਵਿਚੂਰੀ ਕੋਈ ਨਹੀਂ ਬੇਬੇ ਸਾਡੇ ਪਿੰਡ ਵੀ ਸੀਗੀ ਕਿਹੋ ਜੀ ਚਲਾਂ ਵਖੇ ਰੋਜ਼ ਗੁਰਦੁਆਰੇ ਪਾਠ ਸੁਣਨ ਜਾਂਦੀ ਐ ਉਸ ਦਿਨ ਹੀ ਪਤਾ ਲੱਗਿਆ ਜਦੋਂ ਜਣਦਿਆਂ ਸਿਹੜਦਿਆਂ ਦੇ ਸਿਰ ਸੁਆ ਪਾ ਕੇ ਭਾਈ ਜੀ ਨਾਲ ਹੀ ਉੱਦਲ ਗਈ ਪਰ ਉਹਦੇ ਤੱਕ ਕਰਦਿਆਂ ਨੇ ਪਿੱਛਾ ਕੀਤਾ ਤੇ ਇਸਨ ਤੋਂ ਹੀ ਜਾ ਪੜੇ ਭਾਈ ਜੀ ਦਾ ਮੂੰਹ ਕਾਲਾ ਕਰਕੇ ਗਲ ਚੇਤਰਾਂ ਦੀ ਮਾਲਾ ਪਾ ਕੇ ਗਦੇ ਤੇ ਬਿਠਾ ਕੇ ਸਾਰੇ ਪਿੰਡ ਦੇ ਦੁਆਲੇ ਢੇੜਾ ਦਿੱਤਾ ਤੇ ਉਸ ਭਜੜੀ ਪਿੱਟੀ ਦੇ ਪਿਓ ਨੂੰ ਸੱਦ ਕੇ ਨਾਲ ਹੱਕ ਦੀ ਵੀ ਆਪਦੀ ਨੂੰ ਖੂਚ ਸੁੱਟ ਖਾਤੇ ਚ ਸੁੱਟ ਸਾਡੇ ਤਾਂ ਹੁਣ ਇਹ ਕੰਮ ਦੀ ਨਹੀਂ ਤੂੰ ਬੈਠ ਦੱਸ ਚਾਹ ਤਰਾ ਨਹੀਂ ਬੇਬੇ ਮੈਂ ਤਾਂ ਇੱਕ ਕੰਮ ਆਈ ਸੀ ਤੇਰੇ ਕੋਲ ਦੱਸ ਘਰ ਹੁੰਦੇ ਦਾ ਜਵਾਬ ਨਹੀਂ ਭੋਰਾ ਕਿ ਸ਼ਰਾਬ ਚਾਹੀਦੀ ਐ ਮੁੰਡੇ ਤੇ ਸੱਟ ਲੱਗੀ ਪੱਟੀ ਬੰਨਣੀ ਐ ਸ਼ਰਾਬ ਆਪਣੇ ਕਿਥੇ ਆਪਣੇ ਕੋਈ ਮੂੰਹ ਨਾ ਲਾਵੇ ਹਾਂ ਨਰੈਣਕੇ ਹੋ ਮੈਂ ਕਿਹਾ ਪਿੱਛੇ ਜੇ ਆਪਣੀ ਸੀਤੋ ਦਾ ਪਰੌਣਾ ਆਇਆ ਹੋਇਆ ਸੀ ਖਬਰੇ ਪੂਰੇ ਪਈ ਹੋਵੇ ਕਿਸੇ ਬੋਤਲ 'ਚ ਲਿਆਂਦੀ ਤਾਂ ਸੀ ਪਰੌਣੇ ਆਏ ਤੋਂ ਪਰ ਬਾਹਰਲੇ ਘਾਰੀ ਪਿੰਦੇ ਪੁੰਦੇ ਰਹੇ ਤੇ ਖਾਲੀ ਬੋਤਲ ਮੋਧੂ ਚ ਮਿਆਰ ਦੀ ਧੀ ਲੈ ਗਈ ਮੰਗ ਕੇ ਤੇਰੇ ਬਾਬੇ ਤੋਂ ਤੈਨੂੰ ਪਤਾ ਜਵਾਬ ਤਾਂ ਦੇ ਹੀ ਨਹੀਂ ਹੁੰਦਾ ਉਹ ਤੋਂ ਕਿਸੇ ਨੂੰ ਅਖੇ ਬਾਬਾ ਜੀ ਹੱਟਿਓ ਮਿੱਟੀ ਦਾ ਤੇਲ ਲਿਆਉਣਾ ਹੈ ਮੈਂ ਕਿਹਾ ਵੀ ਬਈ ਘਰ ਕੰਮ ਆ ਜਾਂਦੀ ਨਹੀਂ ਤਾਂ ਹੁਣ ਚਿੱਟੀ ਬੋਤਲ ਤਾਂ ਵਿਕ ਵੀ ਤਿਉ ਆਨੀਆਂ ਦੀ ਜਾਂਦੀ ਹੈ ਤੂੰ ਭਾਨੋ ਤੂੰ ਪੁੱਛ ਲੈ ਮੇਰਾ ਨਹੀਂ ਉਹਦੇ ਮੱਥੇ ਲੱਗਣ ਨੂੰ ਜੇ ਕਰਦਾ ਮੈਂ ਤਾਂ ਕੱਲ ਸਾਡੇ ਜਾਗਰ ਨਾਲ ਵੀ ਲੜਪੀ ਵੀ ਕੀ ਕੰਮ ਹੈ ਤੇਰਾ ਉਹਨਾਂ ਦੇ ਘਰ ਗੇੜੇ ਮਾਰਨ ਦਾ ਕੁੜੇ ਦਿਆਲੋ ਜਾਗਰ ਨੂੰ ਵਿਆਹ ਲੈ ਹੁਣ ਕਦੋਂ ਤਾਈ ਤੇਰੇ ਹੱਥਾਂ ਕੰਨੀ ਝਾਕਦਾ ਰਹੂ ਬੇਬੇ ਕੋਈ ਕੰਮ ਦਾ ਸਾਖ ਆਵੇ ਤਾਂ ਗੱਲ ਹੈ ਮਾਰੇ ਘਰ ਦੀ ਮੈਂ ਕੋਈ ਲੈਣੀ ਨਹੀਂ ਚਾਹੁੰਦੀ ਜਿਹੜੀ ਆਉਂਦੀ ਉਹ ਲੈ ਕੇ ਅੱਡ ਹੋ ਜੇ ਲੋਕ ਤਾਂ ਕਹਿੰਦੇ ਹੋਣਗੇ ਵੀ ਲਾਲਚ ਦੀ ਮਾਰੀ ਨਹੀਂ ਵਿਆਹਦੀ ਦਿਓਰ ਨੂੰ ਪਰ ਰੱਬ ਨੂੰ ਜਾਣ ਦੇਣੀ ਐ ਮੈਂ ਤਾਂ ਤੇਰੇ ਪੁੱਤ ਨੂੰ ਕਈ ਵਾਰ ਆਖਟੀਆਂ ਵੀ ਲੋਕਾਂ ਨੇ ਕਾਲਸ ਦਾ ਠੀਕਰਾ ਮੇਰੇ ਸਿਰ ਹੀ ਪਨਣਾ ਤੂੰ ਲੈ ਲੈ ਕੋਈ ਸਾਖ ਕੋਈ ਆਵੇ ਤਾਂ ਤੇਰੇ ਨਾਲ ਵੀ ਹੱਥ ਵਟਾਵੇ ਕਲਾਪੀ ਨੂੰ ਤਾਂ ਖਰਾ ਹੀ ਔਖਾ ਹੁੰਦਾ ਹੈ ਬਹੂ ਮੇਰੇ ਨਾਲ ਤਾਂ ਕੀ ਹੱਥ ਵਟਾਉ ਚਲ ਘਰ ਤਾਂ ਵਸਦਾ ਹੋ ਜਾਗਰ ਆਉਂਦਾ ਖਬਰ ਨਹੀਂ ਸੰਤੀ ਨੇ ਮੱਥੇ ਉੱਤੇ ਹੱਥ ਧਰ ਕੇ ਦੂਰੋਂ ਆਉਂਦੇ ਜਾਗਰ ਨੂੰ ਪਛਾਣਿਆ ਆਹੋ ਉਹੀ ਹੈ ਅੱਗ ਲੱਗੀ ਵਾਲਾ ਜਾਂਦਾ ਹੋ ਭਾਨੜੋ ਦੇ ਘਰ ਨੂੰ ਟੁੱਟ ਪੈਣਾ ਕੱਲ ਅਜੇ ਮੇਰੇ ਕੋਲੋਂ ਨੇਮ ਚੱਕ ਕੇ ਹਟਿਆ ਇੰਨੇ ਨੂੰ ਜਾਗਰ ਨੇੜੇ ਆ ਗਿਆ ਵੀ ਕਿੱਧਰ ਨੂੰ ਮੂੰਹ ਚੱਕ ਕੇ ਆਉਣਾ ਹੈ ਜਾਗਰਾ ਦਿਆਲੂ ਨੇ ਖਿੱਚ ਕੇ ਪੁੱਛਿਆ ਮੈਂ ਤੈਨੂੰ ਹੀ ਸੱਦਣ ਆਇਆ ਭਾਬੀ ਮੁੰਡਾ ਕਦੋਂ ਦਾ ਬਿਲਕੀ ਜਾਂਦਾ ਤੂੰ ਮੁੜ ਕੇ ਹੀ ਨਹੀਂ ਆਈ ਦਾਰੂ ਦਾ ਭੋਰਾ ਕਿ ਤੂੰ ਮਿਲਦਾ ਤਾਂ ਆਉਂਦੀ ਮੈਂ ਲੈ ਉਹਨਾਂ ਨਰੈਣ ਤੋਂ ਆਹੋ ਨਰੈਣ ਦੇ ਘਰ ਤੋਂ ਬਿਨਾ ਤੈਨੂੰ ਦਾਰੀ ਦਾਰੂ ਤੇ ਆਉਂਦੀ ਐ ਭਲਾ ਕਿਤੋਂ ਤੂੰ ਚੱਲ ਮੈਂ ਆਇਆ ਆਖ ਜਾਗਰ ਕਾਲੀ ਕਾਲੀ ਭਾਨੂ ਕੇ ਘਰ ਨੂੰ ਤੁਰ ਪਿਆ ਦੇਖ ਲੈ ਬੀਬੇ ਇਸ ਤੀਮੀ ਦੇ ਬਸ ਬਈ ਜਾਗਰ ਸਾਹ ਕਿਹੜਾ ਲੈਂਦਾ ਚੱਲ ਲੈਣ ਦੇ ਅੱਜ ਘਰ ਚੱਲ ਲੈਣ ਦੇ ਅੱਜ ਘਰ ਕਰਦੀਆਂ ਇਸ ਇਸ ਨਾਲ ਤੱਕ ਪਤ ਮੱਖਾਂ ਦੇ ਆਲੇ ਐਮੀ ਨਹੀਂ ਬਾ ਨੂੰ ਮੱਖਾਂ ਦੇ ਆਲੋ ਐਮੀ ਨਹੀਂ ਬਾ ਨੂੰ ਗੰਡਾ ਦੇਈ ਦੀਆਂ ਨਰੈਣ ਨਾਲ ਜਾਗਰ ਦਾ ਬੈਹੰਡ ਉੱਠਣ ਤੱਕ ਕਈ ਸਾਲਾਂ ਦਾ ਹੈ ਨਹੀਂ ਬੇਬੇ ਤੈਨੂੰ ਨਹੀਂ ਪਤਾ ਇਸ ਥੀਮੀ ਦਾ ਨਰੈਣ ਤਾਂ ਉਹੀ ਡੰਗਰ ਹੈ ਉਹ ਤਾਂ ਤੁਰੀ ਜਾਂਦੀ ਅੱਖਾਂ ਨਾਲ ਹੀ ਗੱਲਾਂ ਕਰੀ ਜਾਂਦੀ ਹੈ ਮੈਨੂੰ ਕਿਸੇ ਨੇ ਦੱਸਿਆ ਸੀ ਉਹ ਬਾਹਰ ਕੰਨੀ ਵੀ ਸਾਡੇ ਖੂ ਕੰਨੀ ਵੀ ਜਾਂਦੀ ਹੁੰਦੀ ਹੈ ਮੈਂ ਤਾਂ ਗੁੱਤਣੀ ਪੱਟ ਦੂੰ ਫੜ ਕੇ ਭਜੜੇ ਪਿੱਟੀ ਦੀ ਕੁੜੇ ਦੇ ਆਲੋ ਬਿਨਾਂ ਅੱਖੀ ਦੇਖਿਆ ਕਿਸੇ ਨੂੰ ਕੁਝ ਨਹੀਂ ਕਹੀਦਾ ਅੱਜਕੱਲ ਲਾਈਆਂ 부ਝਾਈਆਂ ਲਾਉਣ ਵਾਲੇ ਵੀ ਬਥੇਰੇ ਨੇ ਤੂੰ ਗਈ ਨਹੀਂ ਭਾਬੀ ਘਰ ਮੁੰਡਾ ਰੋਂਦਾ ਹੋ ਚੱਲ ਐ ਮੈ ਸ਼ਰਾਬ ਤੁਰੇ ਜਾਂਦੇ ਜਾਗਰ ਨੇ ਹੱਥ ਦੇ ਕੇ ਟਕੀ ਸ਼ਰਾਬ ਦੀ ਕੋਲੀ ਦਿਆਲੋ ਨੂੰ ਵਿਖਾਉਂਦੇ ਆ ਗਿਆ ਦਿਆਲੋ ਵੀ ਉਹਦੇ ਨਾਲ ਤੁਰ ਪਈ ਜਾਗਰਾ ਤੇਰੇ ਚੱਲੇ ਮੈਨੂੰ ਨਹੀਂ ਪਸੰਦ ਬੀਹੇ ਤੁਰੇ ਜਾਂਦੇ ਆਂ ਦਿਆਲੋ ਨੇ ਜਾਗਰ ਨੂੰ ਕਿਹਾ ਤੇ ਆਪਣੀ ਭੈੰਗੀ ਅੱਖ ਨਾਲ ਜਾਗਰ ਨੂੰ ਤਾੜਿਆ ਤੂੰ ਤਾਂ ਉਹੀ ਔਖੀ ਹੁੰਨੀ ਆ ਭਾਬੀ ਓ ਕੀ ਤੇਰੇ ਨਾਲੋਂ ਸੋਹਣੀ ਐ ਜਾਗਰ ਨੇ ਹੌਲੀ ਦੇ ਕੇ ਮਸ਼ਕਰੀ ਕੀਤੀ ਆਹੋ ਮੈਂ ਜਾਣਦੀ ਆਂ ਕਹਿੰਦਾ ਹੋਏਗਾ ਵੀ ਭਾਬੀ ਤਾਂ ਹੁਣ ਪੁਰਾਣੀ ਹੋ ਗਈ ਇਹਦਾ ਕੀ ਐ ਦਿਆਲੋਂ ਨੇ ਕੁੜਤੀ ਦਾ ਖੁੱਲ ਗਿਆ ਬਟਨ ਅਡਾਉਨੇ ਆ ਕਿ ਐ ਨਹੀਂ ਮੈਨੂੰ ਤਾਂ ਤੂੰ ਪੁਰਾਣੀ ਹੋਈ ਨਹੀਂ ਲੱਗਦੀ ਬਸ ਇੱਕੋ ਨੁਕਸ ਹੈ ਵੀ ਲੜਦੀ ਰਹਿਣੀ ਐ ਲੜਾਣਾ ਹੋਰ ਤੈਨੂੰ ਰਿਆ ਫਿਰਨਦਿਆਂ ਦੇਖ ਤਾਂ ਤੀਮੀ ਨਹੀਂ ਤੀਮੀ ਦਾ ਵਰਗ ਨਹੀਂ ਖਬਰ ਨਹੀਂ ਕਿਹਦੀ ਕਿਹਦੀ ਝੂਠ ਐ ਤੇਰੀ ਅੱਡੀ ਕਿਹੜੇ ਲੱਗਦੀ ਐ ਫਟ ਉੱਥੇ ਨਹੀਂ ਭਾਬੀ ਭਾਨੂੰ ਇਹੋ ਜਿਹੀ ਆਹ ਉਹ ਵੀ ਮੈਂ ਜਾਣਦੀ ਆ ਆ ਗਿਆ ਭਾਨੂੰ ਦਾ ਵੱਡਾ ਹਮੈਤੀ ਇਹੋ ਜੀਆਂ ਨੂੰ ਤਤੜੇ ਤਾਂ ਬਥੇਰੇ ਲਾਉਣੇ ਆਉਂਦੇ ਹੁੰਦੇ ਨੇ ਹੋਰ ਤਾਂ ਉਹ ਦੁੱਧ ਧੋਤੀ ਐ ਹੁਣ ਤਾਂ ਹੀ ਖਬਰ ਨਹੀਂ ਕਹਿ ਛੱਡੇ ਨੇ ਤੇ ਕਹਿ ਕੀਤੇ ਨੇ ਦੱਸੂ ਅੱਜ ਤੇਰੇ ਬਾਈ ਨੂੰ ਘਰ ਚੱਲ ਕੇ ਕੀ ਦੱਸਾਂਗੀ ਜਾਗਰ ਨੇ ਚੰਮਲ ਕੇ ਬਿਠਿਆ ਵੀ ਨਰੇਨ ਮਾਰੇ ਦੇ ਘਾਰੀ ਬੜਿਆ ਰਹਿੰਦਾ ਮੈਂ ਦੱਸੂਗਾ ਵੀ ਭਾਬੀ ਕਾਤੋਂ ਖਿਜਦੀ ਐ ਖਿਜਦੀ ਐ ਜਣਦਿਆਂ ਨੂੰ ਰੋਣ ਨੂੰ ਤੈਨੂੰ ਤਾਂ ਨਹੀਂ ਮੈਂ ਤੈਨੂੰ ਤਾਂ ਨਹੀਂ ਮੈਨੂੰ ਤਾਂ ਘਰ ਦੀ ਇੱਜ਼ਤ ਦਾ ਖਿਆਲ ਹੈ ਨਿਆਣਾ ਹੋਵੇਂ ਚਪੇੜ ਮਾਰ ਕੇ ਬਿਠਾ ਲਾਂ ਹੈ ਹੀ ਬੁੱਡਵਲੇਟ ਦੀਵੇ ਮਿਲਦਿਆਂ ਨਾਲ ਪੋਲੇ ਪੈਰੀ ਪੈਰ ਧਰਦਾ ਡੱਬ ਵਿੱਚ ਬੋਤਲ ਦੇਈ ਨਰੈਣ ਦੇ ਘਰ ਵੱਲ ਚੋਰਾ ਵਾਂਗ ਤੁਰਿਆ ਜਾਂਦਾ ਜਾਗਰ ਸੋਚ ਰਿਆ ਸੀ ਕਿਤੇ ਠੀਕ ਹੀ ਤਾਂ ਨਹੀਂ ਸੀ ਆਖਦੀ ਭਾਬੀ ਨਹੀਂ ਨਹੀਂ ਨਰੈਣ ਤਾਂ ਆਪਣਾ ਯਾਰ ਹੈ ਭਾਨੋ ਹਾਂ ਭਾਨੋ ਨਹੀਂ ਉਹ ਤਾਂ ਆਪਣੀ ਭਾਬੀ ਹੈ ਜਾਗਰਨੀ ਹੌਲੀ ਦੇ ਕੇ ਭੇੜਿਆ ਹੋਇਆ ਦਰ ਖੜਕਾਇਆ ਰੋਟੀ ਪਕਾਉਂਦੀ ਭਾਨੋ ਨੇ ਉੱਠ ਕੇ ਦਰ ਖੋਲਿਆ ਜਾਗਰ ਦੇ ਕੁਝ ਕਹਿਣ ਤੋਂ ਪਹਿਲਾਂ ਉਹ ਬੋਲੀ ਤੇਰਾ ਬਾਈ ਤਾਂ ਘਰ ਨਹੀਂ ਜਾਗਰਾ ਚੰਗਾ ਮੈਂ ਚੁਬਾਰੇ 'ਚ ਬੈਠ ਦਾਂ ਜਦੋਂ ਆ ਗਿਆ ਭੇਜ ਦੇ ਕਹਿੰਦਾ ਜਾਗਰ ਪੌੜੀ ਚੜ ਗਿਆ ਬਿੰਦ ਕੁ ਮਗਰੋਂ ਫੇਰ ਹੀਠਾਂ ਉਤਰਿਆ ਭਾਬੀ ਪਾਣੀ ਦੀ ਗੜਵੀ ਤਾਂ ਦੇਈ ਨਾਲੇ ਗਲਾਸ ਵੀ ਤੂੰ ਆਪਦੇ ਬਾਈ ਆਏ ਤੂੰ ਆਜੀ ਜਾਗਰਾ ਆਖ ਭੰਨ ਭਾਨੋ ਨੇ ਬੂਹਾ ਪੇੜ ਲਿਆ ਜੱਕੇ ਤੱਕੇ ਕਰਦਾ ਉਹ ਬਾਰ ਖੋਲ ਕੇ ਮਗਰੀ ਚਲਾ ਗਿਆ ਤੂੰ ਸ਼ਾਇਦ ਮੈਨੂੰ ਉਪਰਾ ਬੰਦਾ ਸਮਝਦੀ ਆਂ ਭਾਬੀ ਪਰ ਨਰੈਣ ਅਸਲ 'ਚ ਮੇਰਾ ਚਾਚਾ ਲੱਗਦਾ ਪਰ ਮੁੱਢ ਤੋਂ ਹੀ ਅੜੀ ਰਹੀ ਐ ਇਸ ਖਾਤਰ ਮੈਂ ਉਹਨੂੰ ਬਾਈ ਆਖਦਾ ਉਹਨੇ ਤਾਂ ਮੈਨੂੰ ਨਿੱਕੇ ਹੁੰਦੇ ਨੂੰ ਗੋਦੀ ਚੱਕ ਕੇ ਖੜਾਇਆ ਨਹੀਂ ਮੇਰਾ ਮਤਲਬ ਸੀ ਤੇਰਾ ਬਾਈ ਘਰ ਨਹੀਂ ਤੇ ਆਖਦੀ ਭਾਨੋ ਨੇ ਉਹਨੂੰ ਉੱਥੋਂ ਤੁਰਨ ਦੀ ਖਾਤਰ ਪਾਣੀ ਦੀ ਗੜਵੀ ਤੇ ਖਾਲੀ ਗਲਾਸ ਕੋਲ ਲਿਆ ਤਰਿਆ ਜਾਗਰ ਬਿੰਦਕੂ ਚੁੱਪ ਕਰਿਆ ਬੈਠਾ ਭਾਨੂ ਅਲ ਝਾਕਦਾ ਰਿਹਾ ਜਿਵੇਂ ਉਹਨੇ ਕੁਝ ਆਖਣਾ ਹੋਵੇ ਭਾਨੂ ਨੀਵੀਂ ਪਾਈ ਰੋਟੀਆਂ ਲਾਉਂਦੀ ਰਹੀ ਫਿਰ ਪਾਣੀ ਦੀ ਗੜਵੀ ਤੇ ਖਾਲੀ ਗਲਾਸ ਲੈ ਕੇ ਉਹ ਕੋਠੇ ਜਾ ਚੜਿਆ ਇਕੱਲਾ ਹੀ ਬੈਠਾ ਪੀਂਦਾ ਰਿਹਾ ਭਾਨੂ ਰੋਟੀਆਂ ਪਕਾ ਕੇ ਹੱਟੀ ਸੀ ਜਦੋਂ ਜਾਗਰ ਫਿਰ ਹੇਠਾਂ ਉਤਰ ਆਇਆ ਭਾਨੂ ਨੇ ਚੋਪੜਨ ਲਈ ਰੋਟੀਆਂ ਛਾਬੇ 'ਚ ਖਲੇਰ ਲਈਆਂ ਜੋ ਭਾਫ਼ ਨਿਕਲ ਜਾਏ ਜਾਗਰ ਨੇ ਜਾਣ ਕੇ ਖੰਗੂਰਾ ਮਾਰਿਆ ਜੋ ਭਾਨੂ ਉਸ ਵੱਲ ਵੇਖੇ ਭਾਨੂ ਆਪਣੇ ਧਿਆਨ ਕੁਝੇ 'ਚ ਠੰਡੇ ਦਾ ਹੱਥ ਲਾਲਾ ਰੋਟੀਆਂ ਚੋਪੜਦੀ ਰਹੀ ਮੈਂ ਕਿਹਾ ਭਾਬੀ ਤੂੰ ਸਾਡੇ ਨਾਲ ਗੁੱਸੇ ਆਂ ਜਾਗਰ ਨੇ ਚੌਂਕੇ 'ਚ ਪੀੜੀ ਉੱਤੇ ਬੈਠਦਿਆਂ ਕਿਆ ਸ਼ਰਾਬ ਦੀ ਹਵਾੜ ਪਾਨੋਂ ਦੇ ਸਿਰ ਨੂੰ ਚੜੀ ਉਹਨੇ ਇੱਕ ਵਾਰੀ ਜਾਗਰ ਵੱਲ ਦੇਖਿਆ ਤੇ ਨਿਮੀ ਪਾਈ ਆਪਣੇ ਕੰਮ ਲੱਗੀ ਰਹੀ ਮੈਂ ਕਿਹਾ ਭਾਬੀ ਛੋਟੇ ਦਿਓਰ ਨਾਲ ਕਦੇ ਹੱਸ ਕੇ ਵੀ ਗੱਲ ਕਰ ਲਿਆ ਕਰ ਲੋਕਾਂ ਦੀਆਂ ਭਾਬਾਂ ਭਾਬੀਆਂ ਤਾਂ ਸੋ ਸੋ ਖਾਤਰਾਂ ਕਰਦੀਆਂ ਨੇ ਆਪਣੇ ਦਿਓਰਾਂ ਦੀਆਂ ਪਾਨੋਂ ਜ਼ਰਾ ਕੁ ਘੂਕੂਰੀ ਪਾ ਕੇ ਉਸ ਵੱਲ ਝਾਕੀ ਤੇ ਬੋਲੀ ਜਗਰਾ ਉੱਪਰ ਹੀ ਜਾ ਕੇ ਬਹਿ ਜਾ ਜਦੋਂ ਤਾਈ ਤੂੰ ਨਹੀਂ ਮੰਦੀ ਮੈਂ ਨਹੀਂ ਜਾਂਦਾ ਜਗਰ ਲੱਤਾਂ ਪਸਾਰ ਕੇ ਬੈਠਦਾ ਹੋਇਆ ਬੋਲਿਆ ਜਗਰਾ ਇਹ ਗੱਲ ਚੰਗੀ ਨਹੀਂ ਭਾਨੂੰ ਨੇ ਸੜ ਬਲ ਕੇ ਕਿਹਾ ਭਾਬੀ ਭਾਵੇਂ ਚੰਮ ਦੀਆਂ ਜੁੱਤੀਆਂ ਸਮਾਲ ਐ ਪਰ ਘੂਰ ਕੇ ਨਾ ਦੇਖ ਭਾਨੂੰ ਚੁੱਪ ਕਰ ਰਹੀ ਸਾਰਾ ਦਿਨ ਸੋਚਦੇ ਨੂੰ ਮਸਾ ਕਿਤੇ ਦਿਨ ਛਿਪਦਾ ਤੇਰ ਸਜਾਈਦਾ ਤੇਰਾ ਮੂੰਹ ਦੇਖਣ ਨੂੰ ਮੂੰਹ ਨੂੰ ਕੀ ਮੇਰੇ ਨੂੰ ਫੁੱਲ ਲੱਗੇ ਹੋਏ ਆ ਪਾਨੂ ਨੇ ਰੋਟੀਆਂ ਪੋਣੀ ਵਿੱਚ ਬਲੇਟ ਕੇ ਡੱਬੇ ਚ ਪਾ ਕੇ ਢੇੜੇ ਚ ਧਰ ਦਿਆਂ ਕਿਆ ਇਹੇ ਤਾਂ ਮੈਨੂੰ ਵੀ ਸਮਝ ਨਹੀਂ ਆਉਂਦੀ ਘਰੋਂ ਵੀ ਕੁੱਤੇ ਖਾਣੇ ਕਰਾਈਦੀ ਐ ਤੇ ਤੂੰ ਵੀ ਸ਼ਿਸ਼ਕੇ ਛੱਡਦੀ ਐ ਫੇਰ ਵੀ ਮਨ ਸੋਹਰਾ ਇੱਧਰ ਨੂੰ ਹੀ ਤੋੜ ਲੈਂਦਾ ਪਾਨੂ ਆਟੇ ਵਾਲੀ ਪ੍ਰਾਤ ਵਿੱਚ ਪਾਣੀ ਪਾ ਕੇ ਖੁਰਚਨੇ ਨਾਲ ਆਟਾ ਖੁਰਚਣ ਲੱਗਦੀ ਭਾਬੀ ਸਰਵਣ ਵੀ ਮੇਰਾ ਢੀ ਸੀ ਇੱਕ ਵਾਰੀ ਜਰਗ ਦੇ ਮੇਲੇ ਤੇ ਉਹ ਮੇਰੇ ਨਾਲ ਕੁਲਿਆ ਵੀ ਸੀ ਪਾਨੂ ਗੁੱਸਾ ਭੁੱਲ ਗਈ ਹੌਕਾ ਭਰਿਆ ਰੂਣ ਹੱਕੀ ਹੋ ਕੇ ਜਾਗਰਵਲ ਦੇਖਿਆ ਉਦੋਂ ਹੀ ਪਤਾ ਲੱਗਿਆ ਜਦੋਂ ਜਾਗਰ ਨੇ ਉਹਦੀ ਬਾਹਂ ਫੜ ਲਈ ਨਹੀਂ ਜਾਗਰਾ ਨਹੀਂ ਭਾਨੂੰ ਨੇ ਝੁੰਝਲਾ ਕੇ ਕਿਹਾ ਤੂੰ ਤਾਂ ਲਹੂ ਪੀ ਲਿਆ ਮੇਰਾ ਨਾ ਦਿਨੇ ਚੈਨ ਨਾ ਰਾਤ ਨੂੰ ਦੋ ਮਹੀਨੇ ਹੋ ਗਏ ਢੇੜੇ ਕੱਢਦੇ ਨੂੰ ਨਰੈਣ ਵੀ ਕੋਈ ਬੰਦਾ ਹੈ ਜਿਹਦੀ ਖਾਤਰ ਮੇਰੇ ਨਾਲ ਇਉਂ ਕਰਦੀਆਂ ਜਾਗਰ ਨੇ ਉਹਨੂੰ ਛਟਪਟਾਂਦੀ ਨੂੰ ਬਾਹਾਂ ਚ ਨਿਪੀੜ ਕੇ ਕਿਹਾ ਨਹੀਂ ਨਹੀਂ ਮੈਂ ਰੋਲਾ ਪਾ ਦੇਣਾ ਜਾਗਰਾ ਰੱਬ ਦੇ ਵਾਸਤੇ ਜਾ ਜਾਂਦਾ ਰਹੇ ਕਿੱਥੇ ਜਾਵਾਂ ਮੱਝ ਨੇ ਸਿਰ ਹਿਲਾਇਆ ਸੰਗਲ ਖੜਕਿਆ ਜਗਰ ਨੇ ਸਮਝ ਨਰੇਣ ਆ ਗਿਆ ਉਹ ਭਾਨ ਨੂੰ ਛੱਡ ਕੇ ਪਰਾਂ ਹੋ ਗਿਆ ਭਾਨ ਨੂੰ ਨੱਠ ਕੇ ਅੱਗ ਦੇ ਭੂਕੇ ਵਾਂਗੂ ਬਾਹਰ ਨਿਕਲ ਗਈ ਉਸੇ ਤਰ੍ਹਾਂ ਬਾਰ ਖੁੱਲਾ ਛਾਡੂ ਡਰੀ ਘਬराई ਸ਼ਾਂਤੀ ਦੇ ਘਰ ਜਾਵੜੀ ਕੁੜੇ ਭਾਨ ਨੂੰ ਤੂੰ ਐ ਕਿਵੇਂ ਕੰਦੀ ਕੌਲੀ ਲੱਗਦੀ ਫਿਰਦੀ ਐ ਸ਼ਾਂਤੀ ਨੇ ਦਰਾਂ ਮੂਰੇ ਬੈਠੇ ਇੱਕ ਕਤੂਰੇ ਨੂੰ ਬੁਰਕੀ ਛੁੱਟਦਿਆਂ ਪੁੱਛਿਆ ਮੈਂ ਹੀ ਆ ਬੇਬੇ ਆ ਕੇ ਭਾਨ ਨੂੰ ਉਹਦੇ ਕੋਲ ਜਾ ਕੇ ਰੋ ਪਈ ਹੋ ਕੇ ਗਿਆ ਦੱਸ ਤਾਂ ਸਹੀ ਨਰੇਣ ਨੇ ਕੁਝ ਕਿਹਾ ਸੰਤੀ ਨੇ ਉਹਦੇ ਸਿਰ ਉੱਤੇ ਹੱਥ ਰੱਖ ਕੇ ਵਰਤਾਉਂਦਿਆਂ ਕਿਹਾ ਨਹੀਂ ਬੇਬੇ ਉਹ ਤਾਂ ਕਰਨੀ ਤੇ ਜਾਗਰ ਜਾਗਰ ਅੱਗੋਂ ਗੱਲ ਹਟਕੋਰੀਆਂ ਵਿੱਚ ਖੋ ਗਈ ਅੱਛਾ ਉਹਦੀ ਇਹ ਮਜਾਲ ਮੈਂ ਹੁਣੇ ਪੁੱਟਦੀਆਂ ਦਾੜੀ ਹਰੰਮੀ ਦੀ ਅਖਦੀ ਸੰਤੀ ਦਰਨ ਕੋਲ ਪਏ ਗੰਨੇ ਦੇ ਟੋਟੇ ਨੂੰ ਚੁੱਕ ਕੇ ਤੁਰ ਪਈ ਬੇਬੇ ਡਾਂਡਣਾ ਪਾਈ ਲੋਕੀ ਕੀ ਕਹਿਣਗੇ ਭਾਨੂੰ ਨੇ ਵਾਸਤਾ ਪਿਆ ਜਾਣਦੇ ਨਹੀਂ ਲੋਕਾਂ ਨੇ ਕੀ ਕਹਿਣਾ ਸੀ ਇੱਕ ਗਿੱਜਿਆ ਗਿੱਜਿਆ ਭਲਕੇ ਕਿਸੇ ਹੋਰ ਦੀ ਇੱਜ਼ਤ ਨੂੰ ਹੱਥ ਪਾਊਗਾ ਮੱਖਾਂ ਇਹਦਾ ਕੰਮ ਕੀ ਐ ਇਸ ਵੇਲੇ ਸਾਡੀ ਬੀਹੀ ਵੜਨ ਦਾ ਸ਼ਾਂਤੀ ਬੋਲਦੀ ਜਾ ਰਹੀ ਸੀ ਸ਼ਾਂਤੀ ਦੇ ਜਾਣ ਤੋਂ ਪਹਿਲਾਂ ਹੀ ਜਾਗਰ ਚਾ ਚੁੱਕਿਆ ਸੀ ਪਰ ਜਿਹੜਾ ਵੀ ਕੋਈ ਮਿਲੇ ਸ਼ਾਂਤੀ ਇਹੀ ਆਖੇ ਹੈ ਨਹੀਂ ਹਨੇਰ ਸਾਈਂ ਦਾ ਦਿਆਲੂ ਦਾ ਰੁੜ ਜਾਣਾ ਜਾਗਰ ਸ਼ਰਾਬ ਪੀ ਕੇ ਨਰੇਣ ਦੇ ਘਰ ਜਾ ਵੜਿਆ ਨਹੀਂ ਬੇਬੇ ਤੈਨੂੰ ਕੀ ਪਤਾ ਕਈ ਵਾਰ ਇਹੋ ਜਿਹਾਂ ਆਪ ਹੀ ਪਹਿਲਾਂ ਮਗਰ ਲਾ ਲੈਂਦੀਆਂ ਨੇ ਤੇ ਜੇ ਕੋਈ ਉਹ 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 ਪਰ ਉਹ ਹਾ ਜੇ ਤਾਂ ਡੰਡ ਪਾ ਦਿੰਦੀਆਂ ਨੇ ਸੱਚੀਆਂ ਬਣਨਦੀਆਂ ਮਾਰੀਆਂ ਬਚਨੀ ਨੇ ਸ਼ੰਤੀ ਨੂੰ ਦੱਸਿਆ ਕੁੜੇ ਨਹੀਂ ਇੰਨੇ ਮਹੀਨੇ ਹੋ ਗਏ ਨੇ ਭਾਨੂੰ ਨੂੰ ਆਈ ਨੂੰ ਕਦੇ ਅੱਖ ਚ ਪਾਈ ਨਹੀਂ ਰੜਕੀ ਉਹ ਨਹੀਂ ਇਹੋ ਜੀ ਬੇਬੇ ਕਹਿੰਦੇ ਨੇ ਜਾਗਰ ਸ਼ਹਿਰੋਂ ਸੂਟ ਸਮਾ ਕੇ ਲਿਆਇਆ ਹੋਰ ਐਮੀ ਤਾਂ ਨਹੀਂ ਆਉਂਦੇ ਸੂਟ ਨਹੀਂ ਕੁੜੇ ਤਾਂ ਮੇਰੇ ਸਾਹਮਣੇ ਦੀ ਗੱਲ ਉਹ ਤਾਂ ਨਰੈਣ ਨੇ ਆ ਫੜਾਤਾ ਸੀ ਵੀ ਘਰ ਦੇ ਆਈ ਆਪ ਉਹ ਕਿਸੇ ਕੰਮ ਪਰਥਲੇ ਨੂੰ ਚੱਲਿਆ ਗਿਆ ਸੀ ਆਹੋ ਬੇਬੇ ਹੋਰ ਤੇਰੇ ਬੈਠੀ ਤੋ ਉਹ ਕੀ ਆਖਦਾ ਇਹੀ ਅਖਣਾ ਸੀ ਵੀ ਨਰੈਣ ਨੇ ਫੜਾਇਆ ਫੇਰ ਭਾਈ ਰੱਬ ਦੀਆਂ ਰੱਬ ਜਾਣੇ ਆਖ ਦੀ ਸ਼ਾਂਤੀ ਨੇ ਦਰਾਮੂਰੇ ਖੜੋਤੀ ਡੱਬੀ ਕੁੱਤੀ ਦੇ ਟਕਾ ਕੇ ਗੰਨਾ ਮਾਰਿਆ ਉਚਾਉ ਚਾਉ ਕਰਦੀ ਤਿੰਨਾ ਲੱਤਾ ਨਾਲੀ ਉਥੋਂ ਭੱਜ ਦੁਰੇ ਅੱਜ ਖੂ ਤੇ ਕੋਠੇ ਤੇ ਹੀ ਚੱਲਦੇ ਆ ਨਰੈਣ ਨੇ ਬੋਤਲ ਖੇਸ ਦੀ ਬੁੱਕਲ ਵਿੱਚ ਲੁਕਾਉਂਦੀਆਂ ਦੋਨੋਂ ਜੋੜੀਦਾਰਾਂ ਨੂੰ ਕਿਹਾ ਕਿਉਂ ਅੱਜ ਘਰ ਨਹੀਂ ਚੱਲਣਾ ਬੰਤੇ ਨੇ ਪੁੱਛਿਆ ਕਾਰਪਾ ਨੂੰ ਲੜਦੀ ਹੈ ਬਈ ਪੀਣਾ ਕਿਵੇਂ ਇਹ ਤੂੰ ਬਾਂਮਣੀ ਕਿੱਥੋਂ ਲੈ ਆ ਜਿਹੜੀ ਖਾਣ ਪੀਣ ਤੋਂ ਵੀ ਲੜਦੀ ਹੈ ਬੰਤੇ ਨੇ ਅਮਲ ਬਿਨਾ ਖਿੰਡਦੇ ਹੰਡਾ ਨੂੰ ਹੱਡਾ ਨੂੰ ਕਸੀਟ ਦਿਆਂ ਕਿਆ ਉ ਤਾਂ ਭਾਨੂੰ ਸਿਆਣੀ ਲੱਗਦੀ ਹੈ ਬੰਤਿਆ ਲਾਬੇ ਕੇਂਦਰ ਨੇ ਨਰੈਣਵਲ ਝਾਕੇ ਕਿਆ ਲੈ ਖਾਣਾ ਪੀਣਾ ਰੋਕੂ ਯਾਰਾਂ ਦਾ ਯਾਰ ਨਹੀਂ ਰਹਿ ਜੋ ਯਾਰਾਂ ਬਿਨਾ ਕਾਦੀ ਜੀਵਤ ਹੁੰਦੀ ਹੈ ਨਾਲੇ 4 ਦਿਨ ਜਾਗ ਤੇ ਆਏ ਆ ਕੀ ਲੈ ਜਾਣਾ ਖਾਣ ਪੀਣ ਤੋਂ ਬਿਨਾ ਬੰਤੇ ਨੇ ਦਲੀਲ ਦਿੱਤੀ ਚਲ ਥੋੜੇ ਚਾਰੇ ਚ ਬੈਠ ਜਿਆ ਕਰਾਂਗੇ ਦੋ ਘੜੀ ਬੈਠਣਾ ਹੀ ਹੁੰਦਾ ਨਰੈਣ ਬੁਲਿਆ ਆਹੋ ਮੈਨੂੰ ਕਢਾਓ ਤੁਸੀਂ ਕਰੋ ਦੇਖਿਆ ਨਹੀਂ ਸਾਡੇ ਬੁੜੇ ਦਾ ਖੁੰਡਾ ਇਹ ਖਰੀਕਈ ਨਰੈਣ ਹੁਣੇ ਯਾਰਾਂ ਦਾ ਯਾਰ ਪਰਖਿਆ ਗਿਆ ਲਾਬੇ ਕੇਂਦਰ ਨੇ ਕਿਹਾ ਮੇਰੇ ਯਾਰ ਤੂੰ ਹੁਣੇ ਹੀ ਭਾਨੋ ਤੋਂ ਇੰਨਾ ਡਰਨ ਲੱਗ ਪਿਆ ਹੈ ਬੰਤੇ ਨੇ ਆਪਣੇ ਵੱਲੋਂ ਫਿਰ ਗੱਲ ਨਰੈਣ ਵੱਲ ਮੋੜੀ ਉਹ ਤਾਂ ਠੀਕ ਹੀ ਆਖਦੀ ਐ ਉਹ ਨਾਲੇ ਪੈਸਿਆਂ ਦੀ ਬਰਬਾਦੀ ਨਾਲੇ ਦੇ ਦੇ ਦਾ ਗਾਲਾ ਨਰੈਣ ਨੇ ਸੋਚਾਂ ਚ ਪੈ ਕੇ ਕਿਆ ਛੱਡ ਯਾਰ ਕਮਲੀਆਂ ਗੱਲਾਂ ਆਪਣੇ ਕੀ ਮਗਰ ਜਵਾਕਰਉਂਦੇ ਆ ਜਿਨ੍ਹਾਂ ਖਾਤਰ ਜੋੜਨੇ ਆ ਪੈਸੇ ਬਾਕੀ ਦੇ ਦਾ ਹੁਣ ਕੀ ਗੱਲ ਨਾ ਗੱਲ ਈ ਜਿਹੜੀ ਗੱਲ ਨਹੀਂ ਸੀ ਹੁਣ ਤੱਕ ਕੋਈ ਦਿਨ ਦਾ ਮੌਜ ਮੇਲਾ ਹੀ ਐ ਲੱਭੇ ਕੇ ਇੰਦਰ ਨੇ ਨਰੈਣ ਨੂੰ ਜਿਵੇਂ ਸਮਝਾਇਆ ਪਰ ਭਾਨੂ ਭਾਨੂ ਤਾਂ ਅਜੇ ਬੁੜੀ ਨਹੀਂ ਨਰੈਣ ਨੇ ਇਹ ਗੱਲ ਖਬਰ ਨਹੀਂ ਕਿਨੂੰ ਆਖੀ ਇੰਨੇ ਨੂੰ ਉਹ ਖੂ ਤੇ ਪਹੁੰਚ ਗਏ ਇੰਨਾਂ ਨੇ ਮਸਾਂ ਖੂਹ ਗੇੜ ਕੇ ਪਾਣੀ ਕੱਢਿਆ ਉੱਥੇ ਹੀ ਬੈਠ ਕੇ ਪੀਣ ਲੱਗ ਪਏ ਪੀਂਦੇ ਰਹੇ ਤੇ ਅਮਲੀਆਂ ਵਾਲੇ ਜੜਾਂਗੇ ਛੱਡਦੇ ਰਹੇ ਇੱਕ ਸੀਗੇ ਅਮਲੀ ਨਰੈਣ ਨੂੰ ਕੋਈ ਗੱਲ ਚੇਤੇ ਆਈ ਤੇ ਸੁਣਾਉਣ ਲੱਗ ਪਿਆ ਉਹ ਅਮਲੀ ਆਪਣੇ ਵਾਂਗੂ ਹੀ ਖੂਹ ਤੇ ਬੈਠੇ ਬੈਠਿਆਂ ਨੂੰ ਆ ਗਈ ਧੁੱਪ ਆਖਣ ਲੱਗੇ ਵੀ ਧੁੱਪ ਆ ਗਈ ਖੂਹ ਨੂੰ ਛਾਵੇਂ ਲੈ ਚਲੀ ਕਿ ਕਮਲੀ ਨੇ ਸਲਾਹ ਦਿੱਤੀ ਆਹੋ ਗੱਲ ਤਾਂ ਠੀਕ ਐ ਬਾਕੀਆਂ ਨੇ ਕਿਹਾ ਪਾਉਗੇ ਰਸੇ ਲਗਪੇ ਖੂਨ ਨੂੰ ਖਿੱਚਣ ਖਿੱਚਦੇ ਰਹੇ ਖਿੱਚਦੇ ਰਹੇ ਇਉਂ ਹੀ ਖਿੱਚਦਿਆਂ ਨੂੰ ਆਥਣ ਹੋ ਗਿਆ ਸੂਰਜ ਢਲ ਗਿਆ ਛਾਉ ਆ ਗਈ ਬਸ ਕਰੋ ਬਸ ਕਰੋ ਆ ਗਿਆ ਖੂਹ ਛਾਉਂ ਚ ਇਹ ਕਮਲੀ ਬੋਲੇਆ ਖੂਨ ਨੂੰ ਛਾਉਂ ਚ ਦੇਖ ਕੇ ਸਾਰੇ ਅਮਲੀ ਖੁਸ਼ ਹੋ ਗਏ ਨਰੈਣ ਨੇ ਗੱਲ ਮੁਕਾਈ ਤੇ ਫਿਰ ਤਿੰਨੇ ਬੋਤਲ ਚ ਬਚਦੀ ਘੁੱਟ ਮੁਕਾ ਕੇ ਬੈਠੇ ਹੱਸਦੇ ਰਹੇ ਪਈਓ ਪਈ ਕੋਈ ਖੂਹ ਵੱਲ ਨੂੰ ਵਗਿਆ ਆ ਰਿਹਾ ਸੀ ਤਿੰਨੇ ਉਸ ਪਾਸੇ ਵੇਖਣ ਲੱਗੇ ਕਿਹੜਾ ਬਈ ਓਏ ਬੰਦੇ ਦੇ ਨੇੜੇ ਆਇਤ ਨਰੈਣ ਨੇ ਪੁੱਛਿਆ ਮੈਂ ਆ ਬਾਈ ਜਾਗਰ ਤੁਸੀਂ ਇੱਥੇ ਆ ਗਏ ਮੈਂ ਘਰ ਭਾਲ ਕੇ ਆਇਆ ਤੂੰ ਪਛੜ ਕੇ ਆਇਆ ਅਸੀਂ ਤਾਂ ਮੁਕਾਵੀ ਬੈਠੇ ਨਰੈਣ ਬੋਲਿਆ ਮੁਕਾਨ ਦੇ ਮਾਰ ਗੋਲੀ ਮੈਂ ਤਾਂ ਤੇਰੇ ਨਾਲ ਤੇਰੇ ਨਾਲ ਇੱਕ ਗੱਲ ਕਰਨਾ ਹੈ ਦੱਸ ਫੇਰ ਕੱਲੇ ਨੂੰ ਦੱਸਣ ਵਾਲੀ ਹੈ ਕੋਈ ਭਾਨੋ ਨੂੰ ਤਾਂ ਨਹੀਂ ਲੈ ਗਿਆ ਕੱਢ ਕੇ ਹੋਰ ਕੀ ਕੱਲੇ ਨੂੰ ਦੱਸਣ ਵਾਲੀ ਹੈ ਬੰਤੇ ਨੇ ਮਖੌਲ ਕੀਤਾ ਅਸੀਂ ਆਏ ਬਈਓ ਆਖ ਨਰੈਣ ਜਾਗਰ ਨਾਲ ਪਿੰਡ ਵੱਲੋਂ ਤੁਰ ਪਿਆ ਕੋਚੇ ਰੋ ਦੋਵੇਂ ਚੁੱਪਚਾਪ ਤੁਰਦੇ ਰਹੇ ਕੀ ਗੱਲ ਹੈ ਜਾਗਰ ਨਰੈਣ ਨੇ ਪੁੱਛਿਆ ਨਰੈਣ ਬਾਈ ਤੈਨੂੰ ਕੀ ਦੱਸਾਂ ਤੇਰੀ ਇਹ ਬਹੂ ਨਹੀਂ ਕੰਮ ਦੀ ਨਰੈਣ ਦੇ ਪਾਣੀ ਜਾਣੀ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕੀ ਗੱਲ ਕਹੂਗੀ ਉਹਨੇ ਥਥਲਾ ਕੇ ਪੁੱਛਿਆ ਗੱਲ ਕੀ ਹੋਣੀ ਸੀ ਮੈਂ ਸੋਚਿਆ ਤੂੰ ਘਰ ਹੋਏਂਗਾ ਬੈਠ ਕੇ ਪੀਾਂਗੇ ਦੋ ਘੁੱਟ ਅੱਜ ਹੀ ਲਿਆਂਦੀ ਸੀ ਪਹਿਲੇ ਤੋੜਦੀ ਜਾਗਰਾ ਭਾਨ ਨੂੰ ਲੜਦੀ ਸੀ ਵੀ ਲੋਕਾਂ ਨੂੰ ਘਰ ਲੈ ਆਉਣਾ ਹੈ ਮੈਂ ਕਿ ਅੱਜ ਖੂ ਤੇ ਹੀ ਚਲਦੇ ਆ ਤੈਨੂੰ ਕੀ ਦੱਸਾਂ ਬਾਈ ਸਿਆ ਤੂੰ ਤਾਂ ਘਰ ਹੈ ਨਹੀਂ ਸੀ ਆਖੇ ਜਾਗਰਾ ਰੋਟੀ ਖਾ ਕੇ ਜਾਈ ਮੈਂ ਕਿ ਆ ਭਾਬੀ ਬਾਈ ਆਏ ਤੂੰ ਖਾਊਗਾ ਉਹ ਜਾਗਰਾ ਭਾਨ ਨੂੰ ਸੁਭਾ ਦੀ ਚੰਗੀ ਐ ਕਾਦੀ ਚੰਗੀ ਐ ਤੂੰ ਤਾਂ ਭੋਲਾ ਮੈਂ ਦੱਸਣਾ ਤਾਂ ਨਹੀਂ ਸੀ ਚਾਹੁੰਦਾ ਪਰ ਫੇਰ ਸੋਚਿਆ ਉਹ ਫਵੇ ਕੁੱਟਣੀ ਤੈਨੂੰ ਖਬਰੇ ਕੀ ਕਹੇ ਕਿਤੇ ਸਾਡੇ ਭਾਈਆਂ ਭਾਈਆਂ ਚ ਨਾ ਫਰਕ ਪਾ ਦੇ ਇਹਨਾਂ ਤੀਵੀਆਂ ਦਾ ਕੁਛ ਨਹੀਂ ਪਤਾ ਹੁੰਦਾ ਜਾਗਰ ਕਾਲੇ ਕਾਲੇ ਪਿੰਡ ਨੂੰ ਤੁਰਿਆ ਆਰੇ ਨਰੈਣ ਨੂੰ ਕਹਿੰਦਾ ਗਿਆ ਪਰ ਨਰੈਣ ਨੂੰ ਜਿਵੇਂ ਕੁਝ ਨਹੀਂ ਸੀ ਸੁਣ ਰਿਆ ਤੇਰੇ ਕੋਲ ਘੁੱਟ ਹੈ ਉਹਨੇ ਜਾਗਰ ਨੂੰ ਪੁੱਛਿਆ ਜਾਗਰ ਨੇ ਪਉਆ ਡੱਬ ਚੋਂ ਕੱਢ ਕੇ ਨਰੈਣ ਨੂੰ ਫੜਾਤਾ ਆਥਰਨ ਦੀ ਭਾਬੀ ਦੀ ਗੱਲ ਨੇ ਜਾਣੀ ਸਾਰਾ ਹੀ ਨਸ਼ਾ ਜਾ ਲਾਹਤਾ ਹੋਰ ਲਿਆ ਆ ਕਿਸੇ ਤੋਂ ਨਰੈਣ ਇੱਕੋ ਸਾ ਸਾਰਾ ਪਉਆ ਪੀ ਗਿਆ ਤੇ ਖਾਲੂ ਖਾਲੀ ਪਉਆ ਵਹਾ ਘਾ ਮਾਰਿਆ ਕਿਸੇ ਕੋਲ ਗੱਲ ਨਾ ਕਰੀ ਬਾਈ ਤੇਰੀ ਉਹ ਬਦਨਾਮੀ ਹੋਊ ਜਾਗਰਨੇ ਸਤ ਕੋ ਨੂੰ ਆਪਣੇ ਘਰ ਵੱਲ ਮੁੜਦਿਆਂ ਨਰੈਣ ਨੂੰ ਜਿਵੇਂ ਸਮਝਾਇਆ ਭਰਿਆ ਪੀਤਾ ਨਰੈਣ ਘਰ ਜਾ ਵੜਿਆ ਵੜਦੇ ਹੀ ਅੰਦਰ ਉਹ ਕੁੰਡਾ ਢਾ ਲਿਆ ਭਾਨੋ ਦੁੱਧ ਤੱਤਾ ਕਰ ਰਹੀ ਸੀ ਨਰੈਣ ਨੇ ਭੜੋਲੀ ਕੋਲੋਂ ਆਰੀ ਆਰ ਵਾਲੀ ਪੁਰਾਣੀ ਚੁੱਕ ਲਈ ਹੀਲ ਨਾ ਕੀਤੀ ਹੁਜਤ ਤੇ ਥੇ ਥੇ ਭਾਨੋ ਨੂੰ ਕੁੱਟਣ ਲੱਗ ਪਿਆ ਭਾਨੋ ਡਿੱਡਰੀ ਹੋਈ ਹੱਥਾਂ ਉੱਤੇ ਬਾਹਾਂ ਉੱਤੇ ਸੱਟ ਬੋਚਦੀ ਰਹੀ ਸੁੱਕੇ ਸੜੇ ਨਰੈਣ ਅਮਲੀਚਾ ਜਿੰਨਾ ਜ਼ੋਰ ਖਬਰੀ ਕਿੱਥੋਂ ਆ ਗਿਆ ਸੀ ਪ੍ਰਾਣੀ ਦੀਆਂ ਸੱਟਾਂ ਨੇ ਭਾਨੋਂ ਦੇ ਲਾਸਾਂ ਪਾਤੀਆਂ। ਨਰੈਣ ਕੁੱਟੀ ਵੀ ਜਾ ਰਿਹਾ ਸੀ ਤੇ ਗੰਦੀਆਂ ਗੰਦੀਆਂ ਗਾਲਾਂ ਵੀ ਕੱਢੀ ਜਾ ਰਿਹਾ ਸੀ। ਜਦੋਂ ਨਾ ਹੀ ਹਟਿਆ ਭਾਨੋਂ ਨੇ ਪ੍ਰਾਣੀ ਫੜ ਲਈ ਤੇ ਇੱਕੋ ਝਟਕੇ ਨਾਲ ਖੋਲੀ। ਨਰੈਣ ਡਿੱਗਦਾ ਡਿੱਗਦਾ ਮਸਾਂ ਬਚਿਆ। ਉਹ ਵਾਲੇ ਦਿਵਾਲੇ ਕੋਈ ਡੰਡਾ ਸੁੱਟੀ ਲੱਭਣ ਲੱਗਿਆ। ਭਾਨੋਂ ਨੇ ਭੱਜ ਕੇ ਅੰਦਰਲਾ ਕੁੰਡਾ ਖੋਲਤਾ। ਬਾਹਰਲਾ ਹਨੇਰਾ ਉਹਨੂੰ ਹੋਰ ਵੀ ਡਰਾਉਣਾ ਲੱਗਿਆ। ਉਹ ਜਾਂਦੀ ਜਾਂਦੀ ਖੜੋ ਗਈ। ਮੱਖਾਂ ਭੱਜ ਜਾ ਉਸੇ ਕੋਲ। ਨਰੈਣ ਨੇ ਪ੍ਰਾਣੀ ਖੋ ਕੇ ਦੋ ਤਿੰਨ ਹੋਰ ਮਾਰਤੀਆਂ ਵੇ ਨਰੈਣ ਤੂੰ ਐ ਬਚਨੀ ਨੇ ਭੱਜ ਕੇ ਮੂਰੇ ਹੋ ਕੇ ਹੋਰ ਮਾਰਨ ਨੂੰ ਰੋਕਤਾ ਤਾਂ ਤੂੰ ਉਦੋਂ ਦਾ ਭੰਨੋਂ ਨੂੰ ਹੀ ਕੁੱਟਣ ਲੱਗਿਆ ਪਿਆ ਮੈਂ ਵੀ ਕਹਾ ਬਾਜੀ ਕਿਹੋਂ ਜੀ ਕਿ ਹੋਜੀ ਆਉਂਦੀ ਐ ਮੱਖਾਂ ਕਿਤੇ ਮੈਨੂੰ ਮਾਰਦਾ ਹੋਣਾ ਨਹੀਂ ਮਿਲੀ ਹੋਣੀ ਛੱਡ ਦੇ ਬਚਨੀ ਤੂੰ ਨਹੀਂ ਜਾਣਦੀ ਇਸ ਬਦਕਾਰ ਨੂੰ ਨਰੈਣ ਝੀਆਂ ਲੈ ਲੈ ਪੈ ਰਿਆ ਸੀ ਛੋਟੇ ਦੇ ਬਾਪੂ ਆਈ ਬਚਨੀ ਨੇ ਆਪਣੇ ਘਰ ਵਾਲੇ ਨੂੰ ਆਵਾਜ਼ ਦਿੱਤੀ ਇਹਦੀ ਤਾਂ ਮਤ ਨੂੰ ਅੱਜ ਖਬਰ ਨਹੀਂ ਕੀ ਹੋ ਗਿਆ ਦੇਖ ਕੀ ਚੰਡੀ ਚੜੀ ਹੋਈ ਐ ਵਿਚਾਰੀ ਭੋ ਵਾਂਗੂ ਕੁੱਟਦੀ ਕੋੜੇ ਕੀ ਹੋ ਗਿਆ ਸੰਤੀ ਵੀ ਰੌਲਾ ਸੁਣ ਕੇ ਨੱਠੀ ਆਈ ਦੇਖ ਤਾਂ ਕੋੜਿਆ ਹੋਇਆ ਨਾਰੈਣ ਕੀ ਕਰਨ ਲੱਗਿਆ ਬਈ ਤੂੰ ਕੋਈ ਨਿਆਣਾ ਮੂੰਹ ਤੇ ਤੇਰੇ ਧੌਲੀ ਦਾੜੀ ਐ ਬਚਨੀ ਨੇ ਦੇਲੀ ਉੱਤੋਂ ਗੁੱਛਾ ਮੁੱਛਾ ਹੋਈ ਭਾਨੋ ਵਾਲੇ ਇਸ਼ਾਰਾ ਕਰਕੇ ਕਿਹਾ ਮੇਰਾ ਤਾਂ ਅੱਗੇ ਹੀ ਮੱਥਾ ਠਣ ਗਿਆ ਸੀ ਵੀ ਅੱਜ ਜਿਹੜਾ ਕਾਲੀ ਕਾਲੀ ਪੈਰ ਚੱਕੀ ਬਗਿਆ ਜਾਂਦਾ ਸੁੱਖ ਨਹੀਂ ਸ਼ਾਂਤੀ ਨੇ ਭਾਨੋਂ ਨੂੰ ਵਰਾਉਂਦਿਆਂ ਕਿਹਾ ਤੂੰ ਸ਼ਦਾਈ ਹੋ ਗਿਆ ਨਰੈਣ ਭਗਤੂਓ ਤੋਂ ਪ੍ਰਾਣੀ ਖੋ ਕੇ ਬੋਲਿਆ ਤੈਨੂੰ ਕੀ ਪਤਾ ਬਾਈ ਇਹਦਾ ਮੈਂ ਤਾਂ ਉਸ ਘੜੀ ਨੂੰ ਪਛਤਾਉਂਦਾ ਜਦੋਂ ਇਸ ਕਮਜ਼ਾਤ ਨੂੰ ਆਪਣੇ ਘਰ ਵੜ ਲਿਆ ਨਰੈਣ ਨੇ ਜੁੱਤੀ ਲਾ ਕੇ ਪਰਾਂ ਸੁੱਟਦਿਆਂ ਕਿਹਾ ਵੇ ਨਰੈਣ ਤੀਮੀ ਦਾ ਤੇ ਧਰਤੀ ਦਾ ਕੀ ਮਾਰਨਾ ਹੋਇਆ ਜਿਨੇ ਅੱਗੋਂ ਹਾਥੀ ਨਾ ਚੁੱਕਣਾ ਹੋਇਆ ਸ਼ਾਂਤੀ ਨੇ ਭਾਨੋਂ ਦੇ ਕੋਲ ਹੁੰਦਿਆਂ ਕਿਹਾ ਭਗਤੂ ਨੇ ਸਮਝਾ ਬੁਝਾ ਕੇ ਨਰੈਣ ਨੂੰ ਠੰਡਾ ਕੀਤਾ ਸ਼ਾਂਤੀ ਨੇ ਭਾਨੋਂ ਭਰਾਈ ਲੋਕਾਂ ਦੇ ਚਲੇ ਜਾਣ ਮਗਰੋਂ ਨਰੈਣ ਨੇ ਆਪ ਹੀ ਰੋਟੀ ਪਾਈ ਤੇ ਵੱਡੀਆਂ-ਵੱਡੀਆਂ ਬੁਰਕੀਆਂ ਤੋੜ ਕੇ ਖਾਣ ਲੱਗਿਆ। ਭਾਨੋ ਚੁੱਲ੍ਹੇ ਮੂਰੇ ਬੈਠੀ ਲੋਗੜ ਤੱਤਾ ਕਰ-ਕਰ ਆਪਣੀਆਂ ਸੱਟਾਂ ਨੂੰ ਸੇਕ ਦਿੰਦੀ ਰਹੀ ਨਾਲੇ ਰੋਂਦੀ ਰਹੀ। ਰੋਟੀ ਦਾ ਫਹਾਜ ਹੈ ਵੱਡ ਕੇ ਨਰੈਣ ਆਪਣੇ ਮੰਝੇ ਉੱਤੇ ਜਾ ਪਿਆ। ਕਿੰਨਾ ਹੀ ਚਿਹਰੋ ਛੱਤ ਦੀਆਂ ਕੜੀਆਂ ਵੱਲ ਝਾਕਦਾ ਰਿਹਾ। ਫਿਰ ਪਤਾ ਨਹੀਂ ਉਹਦੇ ਜੀਚ ਕੀ ਆਈ ਉਹ ਉੱਠ ਕੇ ਬੈਠ ਗਿਆ। ਭਾਨੋ ਵੱਲ ਝਾਕਦਾ ਰਿਹਾ ਫਿਰ ਉੱਠ ਕੇ ਉਹਦੇ ਕੋਲ ਚੁੱਲ੍ਹੇ ਮੂਰੇ ਜਾ ਬੈਠਾ। ਭਾਨੋ ਨੇ ਉਸ ਵੱਲ ਨਾ ਤੱਕਿਆ। ਫੇਰ ਆਪੀ ਭਾਨੋ ਦੇ ਹੱਥੋਂ ਫੜ ਆਪ ਲੁਗੜ ਤੱਤਾ ਕਰ ਕਰ ਦੇਣ ਲੱਗਿਆ ਭਾਨੋ ਮੈਨੂੰ ਸੋਹਰਾ ਹਰਖਜਾ ਚੜ ਗਿਆ ਸੀ ਉਹ ਮੂੰਹ ਫੁੱਟਿਆ ਭਾਨੋ ਦੇ ਤ੍ਰਿਪ ਤ੍ਰਿਪ ਹੰਝੂ ਕਿਰ ਪਏ ਪਰ ਮੂੰਹ ਨੇ ਕੁਝ ਨਾ ਕਿਹਾ ਤੂੰ ਮੰਜੇ ਤੇ ਪੈ ਜਾ ਮੈਂ ਦੇਈ ਜਾਣਾ ਲੁਗੜ ਤੱਤਾ ਕਰਕੇ ਭਾਨੋ ਕੁਸੀਸ ਜੀ ਵੱਟ ਕੇ ਉੱਠੀ ਤੇ ਖਿੰਡਦੇ ਹੱਡਾਂ ਪੈਰਾਂ ਨੂੰ ਸੰਭਾਲਦੀ ਹੋਈ ਮੰਜੇ ਉੱਤੇ ਜਾ ਪਈ ਨਰੈਣ ਲੁਗੜ ਤੱਤਾ ਕਰ ਕਰ ਦਿੰਦਾ ਰਿਹਾ ਇੱਕ ਦੋ ਵਾਰੀ ਉਹਨੇ ਭਾਨੋ ਦੇ ਸਿਰ ਉੱਤੇ ਹੱਥ ਵੀ ਫੇਰਿਆ ਪਾਨੋ ਨੇ ਅਖ ਪੁੱਟ ਕੇ ਵੀ ਉਸਵਲ ਨਾ ਦੇਖਿਆ। ਭਾਨੋ ਗੁੱਸਾ ਨਹੀਂ ਕਰੀਦਾ। ਘਰਾਂ 'ਚ ਇਹੋ ਜੀਆਂ ਗੱਲਾਂ ਹੋਈ ਜਾਂਦੀਆਂ। ਤੇ ਖਬਰੇ ਸਹਰਾ ਕੰਜਰ ਹੋਈ ਕਹਿੰਦਾ ਹੋਵੇ। ਨਰੈਣ ਨੇ ਅੱਧੀ ਗੱਲ ਭਾਨੋ ਨੂੰ ਤੇ ਬਾਕੀ ਦੀ ਅੱਧੀ ਆਪਣੇ ਆਪ ਨੂੰ ਕਹੀ। "ਬਸ ਤੂੰ ਪੈ ਜਾ।" ਭਾਨੋ ਨੇ ਉਹਦਾ ਹੱਥ ਪਰਾਂ ਕਰਦੇ ਆ ਕਿਹਾ। "ਨਰੈਣ ਉੱਠ ਕੇ ਆਪਣੇ ਮੰਜੇ ਉੱਤੇ ਤਾਂ ਪੈ ਗਿਆ। ਪਰ ਬੜੀ ਰਾਤ ਗਈ ਤੱਕ ਉਹਦੀ ਅੱਖ ਨਾ ਲੱਗੀ। ਭਾਨੋ ਜਦ ਵੀ ਪਾਸਾ ਲੈਂਦੀ ਹਾਈ ਹਾਈ ਕਰਦੀ। ਹਾਰ ਕੇ ਨਰੈਣ ਉੱਠ ਬੈਠਾ। ਉਹਨੇ ਛਟੀਆਂ ਦੀ ਅੱਗ ਬਾਲ ਕੇ ਦੁੱਧ ਤਰਤਾ ਕੀਤਾ ਵਿੱਚ ਘਿਓ ਦਾ ਭੋਰਾ ਪਾ ਕੇ ਭਾਨੂੰ ਨੂੰ ਪੀ ਲੈਣ ਲਈ ਕਿਹਾ ਨਹੀਂ ਮੇਰਾ ਜੀ ਨਹੀਂ ਕਰਦਾ ਭਾਨੂੰ ਨੇ ਬਿਨਾਂ ਉਸ ਵੱਲ ਤੱਕਿਆ ਕਿਹਾ ਨਹੀਂ ਵੀ ਜੀ ਕਰਦਾ ਮੇਰੇ ਕਹੇ ਤੂੰ ਪੀ ਲੈ ਨਰੈਣ ਨੇ ਗਲਾਸ ਅੱਗੇ ਕਰਦੇ ਆ ਕਿਹਾ ਭਾਨੂੰ ਨੇ ਨਾ ਹੀ ਗਲਾਸ ਫੜਿਆ ਤੇ ਨਾ ਹੀ ਕੋਈ ਉੱਤਰ ਦਿੱਤਾ ਭਾਨੂੰ ਚੱਲ ਮੈਂ ਤੇਰੇ ਪੈਰੀਂ ਹੱਥ ਲਾਉਣਾ ਦੁੱਧ ਪੀ ਲੈ ਨਰੈਣ ਨੇ ਹੱਥ ਉਹਦੇ ਪੈਰਾਂ ਵੱਲ ਜਾਂਦੇ ਆ ਕਿਹਾ ਭਾਨੂੰ ਨੇ ਉੱਠ ਕੇ ਗਲਾਸ ਫੜ ਲਿਆ ਦੋ ਘੁੱਟਾ ਪੀਤੀਆਂ ਦੁੱਧ ਅਜੇ ਉਹਦੇ ਅੰਦਰ ਲੰਘਦਾ ਕਿਹੜਾ ਸੀ ਉਫੇ ਰੋਪਈ ਨਰੈਣ ਨੇ ਉਹਦੇ ਮੋਢਿਆਂ ਉੱਤੋਂ ਦੀ ਬਾਹਵਲਾ ਕੇ ਕਿਆ ਨਾ ਨਾ ਮੇਰੀ ਡੱਡ ਕਈ ਦਿਨ ਪਾਨੋ ਘਰੋਂ ਬਾਹਰ ਨਾ ਨਿਕਲੀ ਕਿਸੇ ਦੇ ਮੂੰਹ ਲੱਗਦਿਆਂ ਜਾਣੀ ਉਹਨੂੰ ਸੰਗ ਆਉਂਦੀ ਸੀ ਬਚਨੀ ਇੱਕ ਦੋ ਵਾਰੀ ਆਈ ਮੇਰੇ ਨਾਲ ਵੀ ਕੇਰਾ ਲੱਗਿਆ ਸੀ ਛੋਟੇ ਦਾ ਬਾਪੂ ਇਹ ਉਹੀ ਕਰਨ ਬੁੜੀ ਜਿਉਂਦੀ ਸੀ ਉਦੋਂ ਸਾਡੀ ਪਿੱਤੀਆਂ ਦਿੰਦੀ ਰਿਹਾ ਕਰੇ ਤੇ ਤੀਏ ਦਿਨ ਡੰਡਾ ਲੈ ਕੇ ਮੇਰੇ ਦੁਆਲੇ ਫੁਜਿਆ ਕਰੇ ਮੈਂ ਤਾਂ ਹਾਰ ਕੇ ਆਪਣੇ ਭਾਈਆਂ ਨੂੰ ਦੱਸਿਆ ਉਦਣੇ ਆ ਗਏ ਤੈਨੂੰ ਆਖਣ ਲੱਗੇ ਸਾਡੀ ਭੈਣ ਦਾ ਕਸੂਰ ਦੱਸ ਫੇਰ ਤਾਂ ਇਹੀ ਇਹੀ ਕਰੇ ਮੂਰੇ ਮੁੜ ਕੇ ਅੱਜ ਹੱਥ ਚੱਕਦਾ ਹੈ ਬਚਨੀ ਨੇ ਦੱਸਿਆ ਭਾਨੂੰ ਸੁਣ ਕੇ ਚੁੱਪ ਕਰ ਗਈ ਸੰਤੀ ਤਾਂ ਕੰਮ ਧੰਦੇ ਤੋਂ ਵਿਹਲੀ ਹੋ ਕੇ ਨੇਤੀ ਉਸ ਕੋਲ ਆ ਬੈੰਦੀ ਮੈਂ ਤੈਨੂੰ ਦੱਸਾਂ ਭਾਨੂੰ ਆਪਣੀ ਬੀਬੀ ਸੀਤੋ ਦਾ ਘਰ ਵਾਲਾ ਵੀ ਪਹਿਲਾਂ ਪਹਿਲਾਂ ਇਉਂ ਹੀ ਦੁਲਤੇ ਮਾਰਦਾ ਸੀ ਫੇਰ ਮੈਂ ਤਾਂ ਮਲੇਰਕੋਟਲੇ ਵਾਲੇ ਸਿਆਣੇ ਤੋਂ ਤਵੀਤ ਕਰਾ ਕੇ ਦਿੱਤਾ ਹੁਣ ਮਾੜਾ ਜਿਹਾ ਲੋਟ ਆ ਤੂੰ ਬਾਂਦੇ ਤੂੰ ਪੁੱਛੀ ਪਵਾ ਲੈਣੀ ਸੀ ਕੋਈ ਗਰਉ ਗਰੂ ਹੀ ਨਾ ਹੋਵੇ ਸੰਤੀ ਭਾਨੋਂ ਨੂੰ ਆਖਦੀ ਭਾਨੋਂ ਕਦੇ ਹਾਂ ਹੋਂ ਕਰ ਛੜਦੀ ਕਦੇ ਚੁੱਪ ਰਹਿੰਦੀ ਇੱਕ ਦਿਨ ਰੋਟੀ ਦੇਈ ਮੁੜੀ ਆਉਂਦੀ ਬਚਨੀ ਨੂੰ ਦਿਆਲੋ ਟੱਕਰ ਗਈ ਨਹੀਂ ਭੈਣੀ ਤੈਨੂੰ ਕੀ ਦੱਸਾਂ ਉਦੋਂ ਤਾਂ ਨਰੈਣ ਚ ਖਬਰ ਨਹੀਂ ਕੀ ਭੂਤ ਆਇਆ ਹੋਇਆ ਸੀ ਛੱਲੀਆਂ ਵਾਂਗੂ ਕੁੱਟੀ ਭਾਨੋਂ ਬਚਨੀ ਨੇ ਘਗਰੇ ਦੀ ਲਾਉਣ ਨਾਲੋਂ ਅਲੇਹਾ ਲਾਉਂਦੀਆਂ ਦੱਸਿਆ ਨਹੀਂ ਚੰਗਾ ਇਹੋ ਜੀ ਨਾਲ ਇਹੋ ਜੀ ਹੋਣੀ ਚਾਹੀਦੀ ਹੈ ਪਰ ਉਹ ਵੀ ਕੁਸਕੀ ਨਹੀਂ ਛੇੜਦੀ ਬੱਚੀ ਆਪਣਾ ਕਸੂਰ ਹੋਵੇ ਤਾਂ ਕੁਸਕਿਆ ਜਾਂਦਾ ਹੀ ਨਹੀਂ ਹੁੰਦਾ ਇਹ ਤਾਂ ਰੱਬ ਨੂੰ ਪਤਾ ਹੈ ਆਪਾਂ ਕਾਹਨੂੰ ਭਾਰ ਤੋਲੀਏ ਰੱਬ ਨੂੰ ਤਾਂ ਹੁਣ ਇਹੋ ਜਿਹਿਆਂ ਨੇ ਖੀਸੇ ਚ ਪਾਇਆ ਹੁੰਦੇ ਮੈਂ ਆਖਦੀ ਨਹੀਂ ਸੀ ਵੀ ਤੈਨੂੰ ਵੀ ਇਸ ਤੀਮੀ ਦੇ ਲੱਛਣ ਚੰਗੇ ਨਹੀਂ ਐਮੀ ਤਾਂ ਨਹੀਂ ਕਿਸੇ ਦਾ ਆਦਮੀ ਕੁੱਟਣ ਲੱਗ ਜਾਂਦਾ ਪਰ ਬੇਬੇ ਸ਼ਾਂਤੀ ਤਾਂ ਆਖਦੀ ਸੀ ਤੁਹਾਡਾ ਜਾਗਰ ਜਾ ਵੜਿਆ ਸੀ ਹਾਂ ਸੁਣ ਲੀਆਂ ਤੂੰ ਬੇਬੇ ਸ਼ਾਂਤੀ ਦੀਆਂ ਜਬਲੀਆਂ ਨਾਲੇ ਜੇ ਜਾ ਵੀ ਵੜਿਆ ਸੀ ਤਾਂ ਬਿਨਾਂ ਬੁਲਾਏ ਤਾਂ ਨਹੀਂ ਵਗ ਗਿਆ ਹੁਣਾਂ ਹੋਰ ਕਿਸੇ ਦੀ ਨਹੀਂ ਜਾਵੜਿਆ ਇਹੋ ਜੀਆਂ ਨੂੰ ਬਥੇਰੇ ਧਤੜੇ ਲਾਉਣੇ ਆਉਂਦੇ ਹੁੰਦੇ ਨੇ ਪਰ ਇਉਂ ਆ ਕੇ ਕੀ ਹੁਣ ਚੰਗੀ ਬਣ ਜੂਗੀ ਉਦਲ ਕੇ ਸੇ ਥੋਂਦੀ ਆਪਾਂ ਨੂੰ ਹੁਣ ਵਿਚਲੀ ਗੱਲ ਦਾ ਕੀ ਪਤਾ ਹੈ ਭੈਣੇ ਮੈਨੂੰ ਤਾਂ ਦੋਹਾਂ ਭਾਈਆਂ ਦੀ ਸੌਹ ਬਚਣੀ ਸਾਡਾ ਜਾਗਰ ਨਹੀਂ ਇਹੋ ਜਾਂਣ ਦੇ ਦੇ ਆਲੋ ਅੱਜ ਕੱਲ ਕਿਸੇ ਦੇ ਜੀ ਦਾ ਕੁਛ ਨਹੀਂ ਪਤਾ ਹੁੰਦਾ ਸੌਹ ਖਾਈਏ ਪੁੱਤ ਦੀ ਨਾਤੀ ਦੀ ਸੌਹ ਖਾਈਏ ਆਪਣੇ ਜੀ ਦੀ ਲੈ ਬਚਣੀ ਮੈਂ ਜਾਗਰ ਨੂੰ ਹੁਣ ਕਿਤੇ ਭੁੱਲੀ ਹੋਈ ਆਂ ਪੰਮਾ ਬਰਾਂ ਜਾਂਦਾ ਮੇਰੇ ਮੁਕਲਾ ਬੀਨੂੰ ਵਿਚਾਰਾ ਸਤਿਆਮਨ ਕਦੇ ਆਖੂਚੀ ਕਰਕੇ ਨਹੀਂ ਝਾਕਿਆ ਨੀ ਜੇ ਝਾਕ ਵੀ ਲਊ ਤਾਂ ਕਿਹੜਾ ਲੂਲਾ ਲਾਲੂ ਬਚਨੀ ਨੇ ਹੱਸ ਕੇ ਦਿਆਲੂ ਦੇ ਧੱਫਾ ਮਾਰਦਿਆਂ ਗਿਆ ਬਿਨਾਂ ਗੱਲ ਨੂੰ ਸਮਝਦਿਆਂ ਦਿਆਲੂ ਵੀ ਹੱਸਣ ਲੱਗ ਪਈ ਦਰਵਾਜ਼ੇ 'ਚ ਬੰਦੇ ਬੈਠੇ ਦੇਖ ਦੋਨਾਂ ਨੇ ਢੰਡ ਕੱਢ ਲਈ ਤੇ ਚੁੱਪ ਕਰਕੇ ਤੁਰਨ ਲੱਗ ਪਈਆਂ ਮੱਖਾਂ ਸੌਣ ਸਿਆਂ ਐਤ ਕੀ ਸਿਆਲ ਸੁੱਕਾ ਹੀ ਲੰਘ ਚੱਲਿਆ ਮੀਂਹ ਨਹੀਂ ਪਿਆ ਦੁਰਾਜੇ ਬੈਠੇ ਰੱਸਾ ਵਟਰੇ ਇੱਕ ਬੁੱਢੇ ਨੇ ਸੁੱਕੇ ਅੰਬਰਵਲ ਝਾਕਦੇ ਚਲੰਪੀਂਦੇ ਸੌਣਸਿਆਂ ਨੂੰ ਕਿਹਾ ਰੱਬ ਮੀ ਕੀ ਪਾਵੇ ਬਿਸ਼ਣਿਆ ਦੁਨੀਆ ਤੇ ਪਾਪ ਹੀ ਬਾਲੇ ਵਧ ਗਏ ਕਲ ਜੁਗ ਹੈ ਸੌਣਸਿਆਂ ਕਲ ਜੁਗ ਸਿਆਣਿਆਂ ਦੀਆਂ ਕਥੀਆਂ ਗੱਲਾਂ ਆਲੀਆਂ ਤਾਂ ਨਹੀਂ ਜਾਣੀਆਂ ਦੇਖ ਲੈ ਰੁਪਈਏ ਸੇਰ ਹੋ ਗਿਆ ਅੰਨ ਰੁਪਈਏ ਵੀ ਤਾਂ ਅੱਜਕੱਲ ਸੋਹਰੇ ਕਾਗਤਾਂ ਦੇ ਨੇ ਕਾਗਤ ਵੀ ਕਹਿੰਦੇ ਨੇ ਪਹਿਲਾਂ ਅੰਗਰੇਜ਼ ਬਲਾ ਤੋਂ ਲਿਆਉਂਦਾ ਸੀ ਇੱਥੇ ਨਹੀਂ ਸੀ ਬਣਾਉਂਦਾ ਵੀ ਕਿਤੇ ਇਹ ਨਾ ਬਣਾਉਣਾ ਸਿੱਖ ਜਾਣ ਬਾਰੇ ਬਾਰੇ ਜੇ ਇਹ ਅੰਗਰੇਜ਼ ਦੀਆਂ ਅਕਲਾਂ ਦੇ ਬਿਜਲੀ ਵੀ ਕਹਿੰਦੇ ਨੇ ਉਸੇ ਨੇ ਬਣਾਈ ਸੀ ਕਹਿੰਦੇ ਨੇ ਮਹਾ ਭਾਰਤ ਦੇ ਵੇਲੇ ਅਰਜਨ ਹੋਰਾਂ ਨੇ ਵੀ ਅਗਨਬਾਨ ਬਣਾਉਣ ਖਾਤਰ ਬਿਜਲੀ ਬਦਲਾ ਚੋ ਲਾਈ ਸੀ ਪਿੱਛੇ ਐਡਾ ਤਾਕਤ ਵਾਲਾ ਕੋਈ ਰਹਾ ਨਾ ਤੇ ਮੁਰਗੀ ਇਹ ਮਾਮੇ ਭਾਂਜੇ ਤੇ ਜ਼ਰੂਰ ਡਿੱਗਦੀ ਹੈ ਜੇ ਇਕੱਠੇ ਥੇ ਆ ਜਾਣ ਕ੍ਰਿਸ਼ਨ ਦੇ ਮਾਮੇ ਨੇ ਪੱਥਰ ਉੱਤੇ ਪਟਕਿਆ ਸੀ ਨਾ ਇਹਨੂੰ ਰੱਬ ਦੀਆਂ ਰੱਬ ਜਾਣੇ ਖਬਰੇ ਸਭ ਬਣਾਈਆਂ ਹੋਈਆਂ ਹੀ ਗੱਲਾਂ ਨੇ ਆਖ ਬਿਸ਼ਨੇ ਨੇ ਚਲਮਦਾ ਵੱਡਾ ਸਾਰਾ ਸੂਟਾ ਲਿਆ ਤੇ ਮੋੜ ਕੇ ਸੌਣ ਸਿਓ ਵੱਲ ਕਰ ਦਿੱਤੀ ਦਿਨ ਦਾ ਤੀਜਾ ਪੈਰ ਕਾਲੀ ਕਾਲੀ ਮੁੜੀ ਜਾਂਦੀ ਧੁੱਪ ਧੁੱਪੇ ਬੈਠੀ ਭਾਨੂ ਕੁੜੀਆਂ ਨਾਲ ਗੀਟੇ ਖੇਡ ਰਹੀ ਸੀ ਜਦੋਂ ਸੰਤੇ ਉੱਧਰ ਆ ਨਿਕਲੀ ਕੁੜੇ ਭਾਨੂ ਤੇਰੀ ਤਾਂ ਮੱਤ ਹੀ ਮਾਰੇਗੀ ਦੇਖ ਤਾਂ ਕੀ ਭੋਰਾ ਭੋਰਾ ਜਵਾਕੜੀਆਂ ਨਾਲ ਗੀਟੇ ਖੇਡਣ ਲੱਗ ਪਈ ਆ ਸੰਤੀ ਨੇ ਗਲੂਟਿਆਂ ਵਾਲਾ ਬੁਈਆ ਤੇ ਅਟੇ ਰੰਚੂਕੀ ਆਉਂਦੀਆਂ ਕਿਹਾ ਲੈ ਬਹਿ ਜਾ ਬੇਬੇ ਧੂਪੇ ਨਾਲੇ ਮੱਥਾ ਟੇਕਦੀਆਂ ਭਾਨੂ ਨੇ ਧੂਪੇ ਮੰਝਾ ਡਾਉਣੀਆ ਕਿਹਾ ਤੂੰ ਕੀ ਦੀਆਂ ਕੁੜੇ ਸੰਤੀ ਨੇ ਗਿੱਟੇ ਖੇਡਣ ਵਾਲੀਆਂ ਵਿੱਚੋਂ ਨਿੱਕੀ ਜੀ ਕੁੜੀ ਨੂੰ ਪੁੱਛਿਆ ਮੈਂ ਅਮਾ ਜੀਤੋ ਆ ਇੰਦੋ ਦੀ ਪੋਤੀ ਚਾਚੀ ਤੋਂ ਸਵਾਟਰ ਬੁਣਨਾ ਸਿੱਖਣ ਆਈ ਸੀ ਕੁੜੀ ਨੇ ਲੋਹੇ ਦੀਆਂ ਸਲਾਈਆਂ ਤੇ ਲੋਗੜੀ ਦਾ ਪਿੰਨਾ ਹੱਥ ਵਿੱਚ ਘਮਾਉਂਦਿਆਂ ਕਿਹਾ ਸੰਤੀ ਮੰਜੇ ਉੱਤੇ ਬੈਠ ਕੇ ਗਲੋਟੇ ਟੇਰਨ ਲੱਗ ਪਈ। ਭਾਨੋ ਨੇ ਜੀਤੋ ਨੂੰ ਕੁੰਡੇ ਪਾ ਦਿੱਤੇ ਤੇ ਫੇਰ ਕਿੰਨੇ ਹੀ ਚਿਹਰੇ ਨੂੰ ਸਵਾਟਰ ਬਣਾਉਂਦੀ ਜਾਂਚ ਦੱਸਦੀ ਰਹੀ। ਦੂਜੀਆਂ ਦੋਵੇਂ ਕੁੜੀਆਂ ਸੰਤੀ ਵੱਲ ਝਾਕਦੀਆਂ ਆਪਣੇ ਆਪਣੇ ਘਰ ਨੂੰ ਤੁਰ ਪਈਆਂ। ਕੁੜੀ ਭਾਨੋ ਤੂੰ ਕਿਸੇ ਹੱਥ ਆਪਣੇ ਬਾਪੂ ਨੂੰ ਸੁਖ ਸੁਨੇਹਾ ਭੇਜ ਦਿੰਦੀ। ਤੜਪਦਾ ਹੋ। ਲੈ ਤੜਫਣਾ ਕੀ ਹੈ ਸਮਝ ਲਿਆ ਹੂ ਮਰਮੁਕ ਵੀ ਕਹੀ। ਭਾਨੋ ਨੇ ਨਵੀਂ ਜੁੱਤੀ ਨਾਲ ਪੈਰ ਉੱਤੇ ਪਏ ਛਾਲੇ ਨੂੰ ਸੂਈ ਨਾਲ ਫੇਂਦਿਆਂ ਕਿਹਾ, ਤੂੰ ਇਹਨੂੰ ਜਮਾ ਹੀ ਨਹੀਂ ਦੱਸਿਆ ਕੁਛ ਪਾਨੋ ਦੱਸਦੀ ਕੀ ਜਣਦਿਆਂ ਦਾ ਸਿਰ ਮੈਨੂੰ ਤਾਂ ਜਦੋਂ ਪਤਾ ਲੱਗਿਆ ਵੀ ਐਰ ਗੈਰ ਬੰਦੇ ਬਾਪੂ ਨਾਲ ਗੰਢ ਧੁੱਪ ਕਰਨ ਲੱਗ ਪਏ ਨੇ ਮੇਰੀ ਤਾਂ ਜਾਣੀ ਸੱਤੀ ਕਪੜੀ ਅੱਗ ਲੱਗ ਗਈ ਮੈਂ ਸੋਚਾਂ ਵੀ ਬਾਪੂ ਤੂੰ ਖਬਰ ਨਹੀਂ ਚਾਰ ਦਿਨ ਹੈ ਖਬਰ ਨਹੀਂ ਨਹੀਂ ਕਾਹਨੂੰ ਅੰਤ ਨੂੰ ਰੱਸੇ ਵੱਟਦਾ ਉਦੋਂ ਤਾਂ ਭਲਾ ਵੀਰ ਬਿਮਾਰ ਸੀ ਔਖ ਸੁਖ ਚੱਲਣੀ ਸੀ ਹੁਣ ਕੀ ਗੱਡਾ ਖੜਾ ਹੈ ਖਬਰੇ ਤੇਰੇ ਭਲੇ ਦੀ ਖਾਤਰ ਹੀ ਸੋਚਦਾ ਹੋਵੇ ਇਹ ਤਾਂ ਹੁਣ ਰੱਬ ਨੂੰ ਹੀ ਪਤਾ ਬੇਬੇ ਪਰ ਮੈਨੂੰ ਤਾਂ ਜਦੋਂ ਪਤਾ ਲੱਗਿਆ ਵੀ ਇਹਨੇ ਮੇਰੇ ਤੋਰਨ ਦੀ ਕਿਸੇ ਨਾਲ ਗੱਲ ਪੱਕੀ ਕਰ ਲਈ ਮੈਨੂੰ ਤਾਂ ਜਾਣੀ ਨਾ ਦਿਨੇ ਟੇਕਾਵੇ ਨਾ ਰਾਤ ਨੂੰ ਸੋਚਾਂ ਮਨਾ ਤੂੰ ਐਸੀ ਜੋਗੀ ਰਹਿ ਗਈ ਉਹਨੇ ਦਿਨੇ ਗੰਗਾ ਦਾ ਨਹਾਉਣ ਆ ਗਿਆ ਸੰਗ ਜਾਂਦਾ ਸੀ ਮੈਂ ਕਿਹਾ ਬਾਪੂ ਮੈਂ ਵੀ ਜਾਵਾਂ ਪਹਿਲਾਂ ਤਾਂ ਕਹਿੰਦਾ ਮੈਂ ਵੀ ਚੱਲਦਾ ਫਿਰ ਖਬਰ ਨਹੀਂ ਪਾੜੇ ਕੰਨੀਆਂ ਚੁੱਪ ਕਰ ਗਿਆ ਤੇ ਫੇਰ ਆਂਦਾ ਜਿਉਣੀ ਹੋਰਾ ਨਾਲ ਚਲੀ ਜਾ ਇਨਾਂ ਦੇ ਨਾਲ ਹੀ ਰਹੀ ਮੇਲੇ 'ਚ ਭੁੱਲ ਨਾ ਜਾਇਂ ਕਿਧਰੇ ਉੱਪਰੋਂ ਤਾਂ ਭਾਵੇਂ ਮੈਂ ਕੁਛ ਨਾ ਕਿਹਾ ਪਰ ਤੁਰਨ ਲੱਗੀ ਤੇ ਜਾਨੀ ਹੌਲ ਚਿਆ ਪਿਆ ਕਿ ਮਨਾ ਮੁੜ ਕੇ ਖਬਰ ਨਹੀਂ ਇਸ ਪਿੰਡ ਨੂੰ ਦੇਖਣਾ ਹੈ ਖਬਰ ਨਹੀਂ ਨਹੀਂ ਮੈਂ ਬੇਬੇ ਸੋਚ ਲਿਆ ਸੀ ਜਾ ਕੇ ਗੰਗਾ 'ਚ ਡੁੱਬ ਜਾਣਾ ਆਖਦੇ ਨੇ ਜਿਹੜਾ ਗੰਗਾ 'ਚ ਜਾ ਕੇ ਮਰੇ ਅਖੀਰ ਵੇਲੇ ਉਹ ਜੋ ਵੀ ਮੰਗੇ ਅਗਲੇ ਜਨਮ ਮਿਲ ਜਾਂਦਾ ਹੈ ਤਾਂ ਕੀ ਮੰਗਣਾ ਸੀ ਗੰਗਾ ਮਾਈ ਤੋਂ ਅਖੀਰ ਵੇਲੇ ਸ਼ਾਂਤੀ ਨੇ ਟੇਰੇ ਨੂੰ ਤੇ ਨਵੇਂ ਗਲੋਟੇ ਦਾ ਧਾਗਾ ਜੋੜਦਿਆਂ ਪੁੱਛਿਆ ਮੈਂ ਆਖਣਾ ਸੀ ਬਈ ਇੱਕ ਵਾਰੀ ਸਰਵੰਟ ਟੱਕਰ ਜੇ ਉਹਨੂੰ ਨਾ ਤੂੰ ਹੋਣਾ ਇੰਨਾ ਯਾਦ ਕਰਿਆ ਕਰ ਮਰੇ ਨਹੀਂ ਕਿਸੇ ਦੇ ਮਿੱਤ ਹੁੰਦੇ ਮੇਰੇ ਪੇ ਕੀ ਕਰਮੋਚੇ ਰਹੀ ਹੁੰਦੀ ਸੀ ਪਹਿਲੀ ਉਮਰੇ ਰੰਡੀ ਹੋ ਗਈ ਨੇਰੇ ਸਵੇਰੇ ਆਪਣੇ ਆਦਮੀ ਦੀ ਮੜੀ ਤੇ ਜਾਇਆ ਕਰੇ ਫਿਰ ਕਿਤੇ ਆਖਦੇ ਨੇ ਉਹਦੀ ਸੁਆਹ ਚੱਕ ਲਈ ਬਸ ਫੇਰ ਆਵੜਿਆ ਉਹ ਘਰ ਭੂਤ ਬਣ ਕੇ ਪਹਿਲਾ ਮੈਂ ਕਿਲੇ ਉੱਤੇ ਬਣੀ ਹੋਈ ਰਹਗੀ ਫਿਰ ਬੁੜੀ ਨੂੰ ਅੱਖਾਂ ਤੋਂ ਜਮਾ ਹੀ ਦਿਸਣੋਂ ਹਟ ਗਿਆ ਅਖੀਰ ਉਸ ਨੂੰ ਆਪ ਨੂੰ ਹੀ ਖੱਲਾਂ ਖੁੰਜਿਆਂ 'ਚ ਖੜਾ ਦਿਸਣ ਲੱਗ ਪਿਆ ਹਾਰ ਕੇ ਸਿਆਣਾ ਸੱਦਿਆ ਘਰ ਕੀ ਲਾਇਆ ਪਹੋਏ ਜਾ ਕੇ ਗਤ ਕਰਾ ਕੇ ਆਈ ਤਾਂ ਕਿਤੇ ਜਾ ਕੇ ਉਹਨੇ ਪਿੱਛਾ ਛੱਡਿਆ ਤਾਈਓ ਮੈਂ ਤੈਨੂੰ ਆਖਦੀ ਆਂ ਭਾਣੋਂ ਮਰਿਆਂ ਦਾ ਤਾਂ ਮੋਹ ਵੀ ਮਾੜਾ ਉਹਨਾਂ ਵਿਚਾਰਿਆਂ ਦੇ ਵੀ ਕਿਹੜਾ ਕੁਝ ਵਸ ਰਹਿ ਜਾਂਦਾ ਹਵਾ ਹੁੰਦੀ ਆ ਪਟਕਦੀ ਫਰੀ ਜਾਂਦੀ ਆ ਸਰਵੰਤਾ ਭਾਵੇਂ ਭੂਤ ਬਣ ਕੇ ਹੀ ਦੇਸ ਚ ਦੇਸ ਚ ਸਹੀ ਕੇਰਾ ਬੀਬੇ ਫੇਰ ਤੂੰ ਗਈ ਗੰਗਾ ਸੰਤੀ ਨੇ ਗੱਲ ਫੇਰ ਪਛਾਣ ਨੂੰ ਮੋੜੀ ਆਹੋ ਗੰਗਾ ਤੇ ਜਾ ਕੇ ਮੈਂ ਜਾਣ ਬੁੱਝ ਕੇ ਜਿਉਣੀ ਹੋਰਾਂ ਨਾਲ ਵੱਡ ਹੋ ਗਈ ਅੱਡ ਹੋ ਕੇ ਪਹਿਲਾਂ ਤਾਂ ਮੈਂ ਰੱਜ ਕੇ ਕੜਾ ਪੂਰੀਆਂ ਖਾਧੀਆਂ ਕਹਿੰਦੇ ਨੇ ਮਰਨ ਲੱਗਿਆ ਜੇ ਕਿਸੇ ਚੀਜ਼ ਚ ਨੀਤ ਰਹਿ ਜੇ ਤਾਂ ਅਗਲਾ ਉਹੋ ਜੀ ਜੂਨ ਚ ਜਾਂਦਾ ਹੈ ਮਹਾਰਾਜ ਵਿੱਚ ਕਹਿੰਦੇ ਨੇ ਲਿਖਿਆ ਅੰਤ ਵੇਲੇ ਜੋ ਲక్ష్ਮੀ ਸਿਮਰੇ ਸੱਪ ਦੀ ਜੂਨ ਪੈਂਦਾ ਹੈ ਕੜਾ ਪੂਰੀਆਂ ਮੇਰੀ ਮਾਂ ਬਣਾਉਂਦੀ ਹੁੰਦੀ ਸੀ ਜਦੋਂ ਦੀ ਮਰੀ ਸੀ ਮੁੜ ਕੇ ਕੜਾ ਪੂਰੀਆਂ ਹੀ ਨਹੀਂ ਸੀ ਖਾਧੀਆਂ ਫਿਰ ਮੈਂ ਬੱਤਾ ਪੀਤਾ ਬੱਤਾ ਇੱਕ ਵਾਰੀ ਸਰਵਣ ਨਾਲ ਮੇਲੇ ਉੱਤੇ ਵੀ ਮੈਂ ਪੀਤਾ ਸੀ ਉਸ ਦਿਨ ਬੇਬੇ ਮੈਂ ਨਵੇਂ ਕਪੜੇ ਪਾਏ ਜਿੱਦਨ ਦਾ ਸਰਵਣ ਮਰਿਆ ਮੈਂ ਨਹੀਂ ਸੀ ਨਵੇਂ ਕਪੜਾ ਅੰਗ ਨੂੰ ਲਾ ਕੇ ਦੇਖਿਆ ਫਿਰ ਦੂਰ ਥਾਈ ਗੰਗਾ ਦੇ ਕੰਡੇ-ਕੰਡੇ ਤੁਰਦੀ ਗਈ ਦੂਰ ਸਾਰੇ ਵਿਰਲਾ ਜਿਹਾਂ ਥਾਂ ਦੇਖ ਕੇ ਮੈਂ ਵਿੱਚ ਛਾਲ ਮਾਰਤੀ ਖਬਰਨੀ ਕਿਵੇਂ ਤੇਰਾ ਦਿਓਰ ਕਿਤੇ ਦੇਖਦਾ ਸੀ ਕੌਣ ਨਰੈਣ ਸ਼ੰਤੀ ਨੇ ਪੁੱਛਿਆ ਆਹੋ ਇਹਨੇ ਰੌਲਾ ਪਾਤਾ ਦੋ ਮੁੰਡਿਆਂ ਨੇ ਡੁਬਕੀਆਂ ਮਾਰ ਕੇ ਮੈਨੂੰ ਕੱਢ ਲਿਆ ਉਸੇ ਵੇਲੇ ਛਪਾਈ ਖਬਰਨੀ ਕਿਧਰੋਂ ਆ ਗਿਆ ਮੈਂ ਤਾਂ ਬੜਾ ਹੀ ਡਰ ਗਈ ਆਖੇ ਤੂੰ ਕੌਣ ਹੈ ਕਿਉ ਮਰਨ ਲੱਗੀ ਸੀ ਚੱਲ ਥਾਣੇ ਮਾਰੇ ਡਰ ਦੇ ਮੇਰਾ ਤਾਂ ਭੁੱਲ ਨਾ ਨਿਕਲੇ ਬਸ ਕੰਬੀ ਜਾਵਾਂ ਫਿਰ ਇਹਨੂੰ ਖਬਰਨੀ ਕਿਵੇਂ ਔੜ ਗਈ ਛਪਾਈ ਨੂੰ ਮਲਕ ਦੇ ਕੇ 2 ਰੁਪਏ ਦਿੱਤੇ ਇਨੇ ਤੇ ਕਹਿਣ ਲੱਗਿਆ ਜੀ ਹੌਲਦਾਰ ਜੀ ਇਹ ਤਾਂ ਮੇਰੇ ਘਰੋਂ ਆਏ ਐ ਬਸ ਪੈਰ ਤਲਕ ਗਿਆ ਸੀ ਛਪਾਈ ਤਾਂ ਬੇਬੇ ਦੋ ਰੁਪਏ ਲੈ ਕੇ ਚਲਾ ਗਿਆ ਫਿਰ ਇਹ ਮੈਥੋਂ ਪੁੱਛਣ ਲੱਗਿਆ ਅਖੇ ਭਲੀਏ ਮਾਨਸੇ ਤੂੰ ਕੀ ਕਰਨ ਲੱਗੀ ਸੀ ਜੇ ਡੁੱਬ ਜਾਂਦੀ ਹੁਣ ਮੈਨੂੰ ਆਪ ਨੂੰ ਵੀ ਇਹ ਸੋਚ ਕੇ ਭੈ ਜਾ ਲੱਗਿਆ ਵੀ ਜੇ ਭਲਾ ਸੱਚੀਓ ਡੁੱਬ ਜਾਂਦੀ ਗਲਤ ਐ ਮੈਨੂੰ ਕੋਈ ਔੜੇ ਨਾ ਬਸ ਰੋਈ ਜਾਵਾਂ ਔਖੇ ਵੇਲੇ ਬੰਦੇ ਨੂੰ ਰੋਣਾ ਹੀ ਆਉਂਦਾ ਹੋਰ ਕੀ ਸ਼ਾਂਤੀ ਨਹੀਂ ਅੱਟੀ ਲਾਉਂਦਿਆਂ ਕਿਆ ਪਤਾ ਲੱਗੇ ਤਾਂ ਤੇਰੇ ਘਰ ਦੇ ਕੀ ਆਖਣ ਇਹ ਕਹਿਣ ਲੱਗਿਆ ਘਰ ਤਾਂ ਮੇਰਾ ਕਿਹੜਾ ਹੈ ਜੇ ਹੁੰਦਾ ਤਾਂ ਇਹ ਨੋਬਤੀ ਕਿਉਂ ਆਉਂਦੀ ਉਹ ਸੌਰੀ ਐ ਤੂੰ ਵੀ ਮੇਰੇ ਮੇਰੇ ਅਰਗੀਆਂ ਹੋਈਆਂ ਚੰਗਾ ਮੇਰੇ ਨਾਲ ਚੱਲ ਜਿੱਥੋਂ ਮੈਂ ਦੋ ਰੋਟੀਆਂ ਖਾਊਂਗਾ ਤੂੰ ਖਾ ਛੱਡਿਆ ਕਰੀ ਮੈਂ ਸੋਚਿਆ ਬੇਬੇ ਗੰਗਾ ਮਾਈ ਨੇ ਦਿੱਤਾ ਹੁਣ ਕੀ ਸੋਚਣਾ ਬਸ ਇੰਨਾ ਹੀ ਪੁੱਛਿਆ ਮਖਾਂ ਜੀ ਆਪਾਂ ਜੱਟ ਹੁੰਨੇ ਆ ਆਹੋ ਹੋਰ ਕੀ ਤੈਨੂੰ ਮੈਂ ਦੱਸਦਾ ਉਹ ਬੋਲੇਆ ਤੇ ਬੇਬੇ ਸ਼ਾਂਤੀ ਓ ਮੈਂ ਤੇਰੇ ਨਗਰ ਆ ਗਈ ਪਰ ਹੁਣ ਕਦੇ-ਕਦੇ ਚਿੱਤ ਚ ਆਉਂਦੀ ਐ ਵੀ ਇਦੋਂ ਤਾਂ ਉਥੇ ਡੁੱਬ ਜਾਂਦੀ ਤਾਂ ਚੰਗੀ ਸੀ ਭਾਣੂ ਨਵੇਂ ਖੇਸ ਦੇ ਦੋਨਾਂ ਪਲੜਾਂ ਨੂੰ ਵੱਟੇ ਹੋਏ ਮੋٹے ਧਾਗੇ ਨਾਲ ਸਿਉਂਦੀ ਬੋਲੀ ਨਾ ਕੋੜੇ ਡੁੱਬ ਕਾ ਨੂੰ ਜਾਂਦੀ ਖਬਰੇ ਰੱਬ ਕਿਹੜੀ ਗੱਲੋਂ ਰਾਜੀ ਐ ਨਾਲੇ ਜਿੰਨੇ ਸਾ ਕਿਸੇ ਨੇ ਲੈਣੇ ਨੇ ਉਨੇ ਤਾਂ ਹਰ ਹੀਲੇ ਲੈਣੇ ਨੇ ਸ਼ਾਂਤੀ ਨੇ ਸਲਾਰੀ ਨੂੰ ਸਵਾਰ ਕੇ ਸਿਰ ਉਤੇ ਲੈਂਦੀਆਂ ਗਿਆ ਕੀ ਲੈਣਾ ਬੇਬੇ ਇਹੋ ਜੇ ਸਾਹਾਂ ਤੋਂ ਆਪਣਾ ਧਰਮ ਵੀ ਛੱਡਿਆ ਤੇ ਖੱਟਿਆ ਵੀ ਕੀ ਭਾਣੋਂ ਬੰਦੇ ਦੇ ਕੀ ਅਖਤਿਆਰ ਜਿੱਥੋਂ ਦਾ ਅੰਜਲ ਲਿਖਿਆ ਹੁੰਦਾ ਹਰ ਹਿਲੇ ਚੁਗਣਾ ਪੈਂਦਾ ਤੇ ਭਾਣੋਂ ਖਬਰੇ ਕਿਸੇ ਜੀ ਨਹੀਂ ਆਉਣਾ ਹੋਵੇ ਤੇ ਉਹਦੇ ਭਾਗੀ ਬੱਚੀ ਹੋਵੇ ਲੈ ਜੀ ਹੁਣ ਕਿੱਥੇ ਬੇਬੇ ਬੈਠ ਕੇ ਤਾਂ ਉੱਠਿਆ ਨਹੀਂ ਜਾਂਦਾ ਤੇਰੇ ਅਮਲੀ ਤੋਂ ਉਹ ਤਾਂ ਠੀਕ ਹੈ ਪਰ ਰੱਬ ਦੇ ਰੰਗਾਂ ਦਾ ਕੀ ਪਤਾ ਹੁੰਦਾ ਖਬਰੇ ਤੇਰੀ ਜੜ ਲਾਉਣੀ ਹੋਵੇ ਇਸ ਪਿੰਡ ਤੂੰ ਨਰੈਣ ਦਾ ਜਰਾ ਖਿਆਲ ਰੱਖਿਆ ਕਰ ਤੂ ਦਾ ਕਮਲੀਆਂ ਬੇਬੇ ਕਦੇ ਸੁੱਕੇ ਦਰਖਤ ਵੀ ਹਰੇ ਹੋਏ ਨੇ ਫੂਕਿਆ ਤਾਂ ਪਿਆ ਉਹ ਅਮਲਾਂ ਦਾ ਕਿਸੇ ਸਾਧੂ ਸੰਤ ਦੀ ਮੰਨਤ ਹੀ ਮੰਨ ਲੈ ਆਪਾਂ ਕਥਾ-ਬਾਤਾਂ ਚ ਸੁਣਦੇ ਆਂ ਪਹਿਲੇ ਵੇਲੇਾਂ ਚ ਜਿਨ੍ਹਾਂ ਦੇ ਔਲਾਦ ਨਹੀਂ ਸੀ ਹੁੰਦੀ ਸਾਧਾ ਸੰਤਾਂ ਤੋਂ ਲੈ ਆਉਂਦੀਆਂ ਸੀ ਤੀਮੀਆਂ ਬੇਬੇ ਇੱਕ ਗੱਲ ਪੁੱਛਾ ਆਹੋ ਪੁੱਛ ਲੈ ਪਹਿਲਾਂ ਰੂਹਾਂ ਸੱਚੀ ਮੁੱਚੀ ਹੁੰਦੀਆਂ ਨੇ ਕਿਹੜਾ ਕਿਸੇ ਨੇ ਦੇਖੀਆਂ ਨਹੀਂ ਪਰ ਸਿਆਣਿਆਂ ਦੀਆਂ ਕਥੀਆਂ ਹੋਈਆਂ ਗੱਲਾਂ ਤੇ ਝੂਠ ਤਾਂ ਨਹੀਂ ਹੋਣੀਆਂ ਕਈ ਵਾਰੀ ਨੇਰੇ ਸਵੇਰੇ ਮੈਨੂੰ ਜਾਨੀ ਪੈੜਚਾਲ ਜੀ ਸੁਣਦੀ ਐ ਖਬਰੀ ਨਰੈਣ ਦੇ ਕਿਸੇ ਵੱਡੇ ਬਡੇਰੇ ਦੀ ਰੂਹ ਫਿਰਦੀ ਹੋਵੇ ਤੂੰ ਐਉਂ ਕਰੀ ਇਸ ਚੰਦਰੇ ਨੇ ਤਾਂ ਕੀ ਕਰਨਾ ਸੀ ਐਤ ਕਿਸ ਰਾਹਦ ਜ਼ਰੂਰ ਖੁਆਈ ਫਿਰ ਵੀ ਵੱਡੇ ਬਡੇਰੇ ਆਸਤਾ ਰੱਖਦੇ ਹੀ ਐ ਸ਼ਾਂਤੀ ਬੋਲੀ ਭਾਨੂ ਨੇ ਕੋਈ ਉੱਤਰ ਨਾ ਦਿੱਤਾ ਜੈ ਸਿਤਾ ਰਾਮ ਜੈ ਸਿਤਾ ਰਾਮ ਪਗਮੀ ਗਿੰਤੀ ਹੱਥ ਚਿੱਪੀ ਖੁੱਲੀਆਂ ਜਟਾ ਨੰਗੇ ਪੈਰਿਕ ਸਾਧੂ ਨੇ ਭਾਨੋਂ ਦੇ ਦਰ ਆ ਮੁਰਿਆ ਅਲਖ ਜਗਾਈ ਪਾਦੇ ਕੁੜੇ ਖੈਰ ਵਸਦੇ ਘਰੋਂ ਸੁਵਾਲੀ ਨਹੀਂ ਕਦੋਂ ਕਦੇ ਖਾਲੀ ਮੂੜੀ ਦਾ ਸੰਤੀ ਨੇ ਉਸੇ ਤਰ੍ਹਾਂ ਢੇੜਦਿਆਂ ਕਿਆ ਆਟਾ ਪਾਉਂਦੀ ਭਾਨੋਂ ਜਣੀ ਤੰਦਕ ਜੀ ਗਈ ਇਹ ਸਾਤ ਤਾਂ ਮੁਰਾਂ ਵਾਲੀ ਵੀ ਆਉਂਦਾ ਹੁੰਦਾ ਸੀ ਪਰ ਬਾਵੇ ਨੇ ਉਸ ਵੱਲ ਕੋਈ ਧਿਆਨ ਨਹੀਂ ਦਿੱਤਾ ਆਟਾ ਬਗਲੀ ਚ ਪਵਾ ਕੇ ਉਹ ਜੈ ਸਿਤਾ ਰਾਮ ਜੈ ਸਿਤਾ ਰਾਮ ਕਰਦਾ ਅਗਲੇ ਘਰ ਵੱਲ ਤੁਰ ਪਿਆ ਲਿਆ ਬੇਬੇ ਮੰਜਾ ਪੋਰਤੂ ਪੇ ਖਿੱਚਦੇ ਅੰਛਾ ਆ ਗਈ ਆਟੇ ਵਾਲੇ ਹੱਥ ਛਾੜਦੀ ਮੁੜੀ ਆਉਂਦੀ ਭਾਨੋ ਨੇ ਕਿਹਾ ਬਸ ਚਲਦੀ ਆਂ ਘਰ ਦੀ ਵੀ ਖਬਰ ਸਾਰ ਲਮਾਂ ਜਾ ਕੇ ਰੋਟੀ ਦੇ ਕੇ ਆਈ ਸੀ ਹਾਰੇ ਚ ਦਾਲ ਤਰੀ ਹੋਈ ਐ ਅਜੇ ਨੂਨ ਮਿਰਚ ਪਾਉਣਾ ਸੋਚਿਆ ਰੁਲਦੇ ਨੇ ਪਏ ਚਾਰ ਗਲੂਟੇ ਟੇਰ ਲਾਂ ਐਤ ਕੀ ਤਾਂ ਕੱਤਿਆ ਹੀ ਨਹੀਂ ਗਿਆ ਕੁਝ ਖਬਰ ਨਹੀਂ ਕ ਤਾਣੀ ਵੀ ਨਾ ਬਣੀ ਝੱਗੇ ਸਾਰੇ ਟੱਬਰ ਦੇ ਪੱਟੇ ਜਾਂਦੇ ਨੇ ਸ਼ਹਿਰੋਂ ਲਿਆਇਓ ਝੱਗਿਆਂ ਦਾ ਕਪੜਾ ਮੁੱਲ ਦਾ ਕਪੜਾ ਦਾ ਚਾਰ ਦਿਨ ਨਹੀਂ ਚੱਲਦਾ ਉਹੀ ਹੁੰਦਾ ਸ਼ਕੀਨੀ ਜੋਗ ਰਹੀ ਸੀਤੋ ਦੇ ਵਿਆਹ ਨੂੰ ਤੇਰੇ ਜੇਠ ਦਾ ਇੱਕ ਮੁੱਲ ਦਾ ਝੱਗਾ ਸਮਾਇਆ ਸੀ ਉਹੀ ਰੱਖਿਆ ਪਿਆ ਕਿਤੇ ਬਾਹਰ ਅੰਦਰ ਜਾਣਾ ਪੈ ਜਾਂਦਾ ਭਾਨੂ ਨੇ ਮੰਜਾ ਧੁੱਪੇ ਚ ਖਿੱਚ ਦਿੱਤਾ ਲੈ ਵੇਖ ਭੋਰਾ ਕੋਈ ਜੂਲੀ ਖਤਾਂ ਨਹੀਂ ਖੁਰਕ ਜੀ ਹੋਈ ਜਾਂਦੀ ਹੈ ਸੰਤੀ ਨੇ ਸਿਰ ਨੰਗਾ ਕਰਕੇ ਭਾਨੂ ਮੂਰੇ ਕਰਦੇ ਆ ਕਿਹਾ ਭਾਨੂ ਉਹਦਾ ਸਿਰ ਫਰੂਲਣ ਲੱਗ ਪਈ ਤੇ ਨਾਲ ਹੀ ਮਲਕ ਮਲਕੇ ਗੀਤ ਛੋ ਲਿਆ ਉੜਦਾ ਵੀ ਜਾਵੀ ਕਾਵਾ ਬੰਦੜਾ ਜਾਵੀ ਵੀ ਬੰਦੜਾ ਜਾਵੀ ਮੇਰੀ ਪੇਕੜੇ ਮੈਂ ਵਾਰੀ ਇਕ ਨਾ ਦਸੀ ਮੇਰੀ ਮਾਂ ਰਾਣੀ ਨੂੰ ਰੋਊਗੀ ਮੇਰੀਆਂ ਗੁੱਡੀਆਂ ਫੁੱਲ ਕੇ ਮੈਂ ਵਾਰੀ ਇਕ ਨਾ ਦਸੀ ਮੇਰੇ ਬਾਬਲ ਰਾਜੇ ਨੂੰ ਰੋਊਗਾ ਭਰੀ ਕਚਹਿਰੀ ਛੋੜ ਕੇ ਮੈਂ ਵਾਰੀ ਇਕ ਨਾ ਦਸੀ ਅੜਿਆ ਭੈਣ ਮੇਰੀ ਨੂੰ ਰੋਊਗੀ ਭਰਿਆ ਤਰਿੰਜਣ ਵੇਖ ਕੇ ਮੈਂ ਵਾਰੀ ਇਕ ਨਾ ਦਸੀ ਅੜਿਆ ਭਾਬੂ ਮੇਰੀ ਨੂੰ ਖਿੜਖਿੜ ਹੱਸੂ ਪੇਕੇ ਜਾ ਕੇ ਮੈਂ ਵਾਰੀ ਦਸੀਵੇ ਦਸੀ ਕਾਵਾਂ ਦਸੀ ਵੀਰ ਮੇਰੇ ਨੂੰ ਆਊਗਾ ਨੀਲਾ ਘੋੜਾ ਬੀੜ ਕੇ ਮੈਂ ਵਾਰੀ ਕੁੜੇ ਭਾਨੋ ਤੂੰ ਤਾਂ ਬਲਾਈਂ ਸੋਣਾ ਗਾਉਣੀ ਐ ਤੈਨੂੰ ਕੀ ਦੱਸਾਂ ਭਾਨੋ ਜਿਹੜਾ ਥਾਂ ਨਹੀਂ ਫਰੋਲਿਆ ਉਹੀ ਚੰਗਾ ਕਦੇ ਕਦੇ ਤਾਂ ਬੱਗਾ ਜਾਨੀ ਮੇਰੇ ਕਾਲਜੇ ਤੇ ਆ ਬੈਠਦਾ ਉਹਦੀ ਮੰਗ ਹੋਣ ਬੁੱਢਣ ਕੇ ਕੈਲੇ ਨੂੰ ਵਿਆਹੀ ਐ ਉਸ ਬੀਹੀ ਕਿਹੜਾ ਲੰਘਿਆ ਜਾਂਦਾ ਦੇਖ ਕੇ ਜਾਨੀ ਲਾਟ ਨਿਕਲਦੀ ਐ ਰੱਬ ਦੀਆਂ ਮਰਜ਼ੀਆਂ ਨੇ ਬੇਬੇ ਬੰਦੇ ਦੀ ਕੀ ਇਖਤਾਰ ਐ ਲੈ ਫੜ ਆ ਇੱਕ ਜੂੰ ਥਾਈ ਐ ਭਾਨੋਂ ਨੇ ਜੂੰ ਉਹਦੇ ਹੱਥ ਉੱਤੇ ਧਰਦਿਆਂ ਕਿਹਾ ਕਿਸੇ ਦੀ ਹਣ ਚੜ ਗਈ ਹੋ ਤਾਈਓ ਖਾਜ ਹੋਈ ਜਾਂਦੀ ਐ ਸ਼ਾਂਤੀ ਨੇ ਜੂੰ ਮਾਰਦਿਆਂ ਕਿਹਾ ਲੈ ਬਸ ਹੋਰ ਨਹੀਂ ਭਾਨੋਂ ਨੇ ਉੱਠ ਕੇ ਪੰਪ ਤੇ ਹੱਥ ਧੋਣਿਆਂ ਕਿਹਾ ਸ਼ਾਂਤੀ ਨੇ ਗੁੱਤ ਕੀਤੀ ਤੇ ਸਿਰ ਟਕ ਲਿਆ ਕੁੜੇ ਭਾਨੋਂ ਤੇਰੇ ਪੀੜੇ ਦੇ ਕਿੰਗਰੇ ਡਿਗ ਪੇ ਸੰਤਨੀ ਉਹ ਦੇ ਅੰਦਰ ਝਾਕਦੇ ਆ ਪੁੱਛਿਆ ਆਹੋ ਬੇਬੇ ਇਹ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਡਿਗ ਪਈ ਇਸ ਤੋਂ ਆਪ ਤੋਂ ਵੱਜਿਆ ਹੋ ਕੁਝ ਲਾਉਂਗੀ ਮਿੱਟੀ ਟੋਬੇ ਤੋਂ ਲਿਆ ਕੇ ਕਿਸੇ ਦਿਨ ਕੁੜੀ ਸੁਣਿਆ ਤੂੰ ਤਾਂ ਪਾਠ ਵੀ ਕਰਨ ਜਾਣਦੀ ਐ ਕਦੇ ਸੁਣਾ ਦਿਆ ਕਰ ਭੋਰਾ ਅਸੀਂ ਤਾਂ ਉਹੀ ਡੰਗਰਾ ਪਸ਼ੂ ਵਾਂਗੂੰ ਜੂਨ ਕੱਟਦੀ ਮੇਰੀ ਮਾਂ ਨੂੰ ਗੁਰਦੁਆਰੇ ਦੀ ਖਾਸੀ ਚੌਪ ਸੀ ਨਾਲ ਲੈ ਜਾਂਦੀ ਸੀ ਮੈਨੂੰ ਵੀ ਫਿਰ ਉਹਨੇ ਸਾਡੇ ਪਿੰਡ ਵਾਲੇ ਭਾਈ ਜੀ ਨੂੰ ਕਿਹਾ ਸਾਡੀ ਕੁੜੀ ਨੂੰ ਵੀ ਪਾਠ ਸਿਖਾ ਦੇ ਬਾਈ ਜੀ ਰੋਜ਼ ਸੰਥਿਆ ਦੇ ਦਿੰਦਾ ਮੂੰਹ ਜਵਾਨੀ ਮੈਂ ਯਾਦ ਕਰਕੇ ਸੁਣਾ ਦਿੰਦੀ ਬਸ ਉਹੀ ਪਾਠ ਮੈਂ ਵੇਲੇ ਕੁਵੇਲੇ ਕਰ ਲੈਨੀ ਆ ਪਰ ਬੇਬੇ ਹੁਣ ਤੱਕ ਖਬਰ ਨਹੀਂ ਕਿ ਰੱਬ ਦੀ ਮਾਰ ਬੱਗ ਗਈ ਪਾਠ ਵਿੱਚ ਜਾਨੀ ਚਿਤ ਹੀ ਨਹੀਂ ਲੱਗਦਾ ਸੋਚੀਦਾ ਵੀ ਮਨਾ ਕੀ ਪਿਆ ਪਾਠ ਫੂਟ ਵਿੱਚ ਹੁਣ ਕੀ ਰੱਬ ਝੋਲੀਆਂ ਭਰ ਦੂਗਾ ਸਰਵਣ ਦੀ ਬਿਮਾਰੀ ਵੇਲੇ ਮੈਂ ਬੜੀਆਂ ਹੀ ਮੰਨਤਾ ਮੰਨੀਆਂ ਬੜੀਆਂ ਹੀ ਮੰਨਤਾ ਮੰਨੀਆਂ ਪਰ ਇੱਕ ਨਾਂ ਵਾਰਾ ਏ ਹੁਣ ਤਾਂ ਰੱਬ ਵੀ ਜਾਨੀ ਝੂਠਾ ਜਿਹਾ ਲੱਗਣ ਲੱਗ ਪਿਆ ਇਹ ਉਹਨਾਂ ਕੈ ਕੁੜੀ ਕੀ ਪਤਾ ਉਹਦੇ ਰੰਗਾਂ ਦਾ ਉਹ ਖਬਰੇ ਕਿਹੜੀ ਗੱਲਾਂ ਰਾਜੀ ਲੈ ਬੇਬੇ ਉਹ ਹੋ ਲਵੇ ਰਾਜੀ ਸਾਡੇ ਨਾਲ ਤਾਂ ਜਿਹੜੀ ਹੋਊ ਦੇਖੀ ਜਾਊ ਨਹੀਂ ਭਾਨੋ ਉਸ ਡਾਡੇ ਤੋਂ ਸੱਤ ਵੇਲੇ ਡਰੀਏ ਹੁਣ ਸੋਧਾਂ ਦੀ ਸੱਸ ਨੂੰ ਸਾਲ ਹੀ ਹੋ ਗਿਆ ਪਈ ਨੂੰ ਨਾ ਮਰਦਿਆਂ ਚ ਨਾ ਜਿਉਂਦਿਆਂ ਚ ਇੱਕ ਪਾਸਾ ਹੀ ਮਰਿਆ ਗਿਆ ਮੈਂ ਤਾਂ ਹਰ ਵੇਲੇ ਇਹੀ ਕਹਿੰਨੀ ਆਂ ਵੀ ਚੱਲਦੇ ਨੈਣ ਪੁਰਾਣੀ ਚੱਕ ਲਈ ਭਾਨੋ ਉੱਠ ਕੇ ਅੰਦਰੋਂ ਥਾਲੀ ਵਿੱਚ ਦਾਲ ਪਾ ਲਈ ਤੇ ਚੁਗਣ ਲੱਗ ਪਈ ਦਣ ਨਰੈਣ ਖਾ ਲੈਂਦਾ ਮਾਂ ਦੀ ਦਾਲ ਇੱਕ ਦਿਨ ਖਬਰ ਨਹੀਂ ਆਖਦਾ ਸੀ ਕਿ ਮਾਂ ਬੈ ਕਰਦੇ ਨਹੀਂ ਸੰਤੀ ਨੇ ਟੇਰਨ ਬੁੱਈਏ ਚ ਰੱਖ ਮੰਜੇ ਤੋਟਦਿਆਂ ਗਿਆ ਹਾਂ ਸੱਚੀ ਤਾਂ ਖਾਂਦਾ ਨਹੀਂ ਮਾਂ ਦੀ ਦਾਲ ਚੇਤਾ ਹੀ ਨਹੀਂ ਸੀ ਰਿਹਾ ਹੋਰ ਆਥ ਨੇ ਕਜੀਆਂ ਕਰਨਾ ਸੀ ਅਸਲ ਚ ਸਰਵਣ ਨੂੰ ਬੜੀ ਚੰਗੀ ਲੱਗਦੀ ਸੀ ਤੀਏ ਦੇ ਨਾਖ ਦਿੰਦਾ ਸੀ ਮਾਂ ਧਰ ਲੈ ਓਨੂੰ ਨਾ ਤੂੰ ਬਹੁਤਾ ਯਾਦ ਕਰਿਆ ਕਰ ਹੁਣ ਉਹ ਤਾਂ ਕੋਈ ਵੈਰੀ ਸੀ ਆਪਣੇ ਰਾਹ ਤੁਰ ਗਿਆ ਅੱਖ ਦੀ ਸੰਤੀ ਤੁਰ ਪਈ ਉਹ ਤਾਂ ਕੋਈ ਵੈਰੀ ਸੀ ਆਪਣੇ ਰਾਹ ਤੁਰ ਗਿਆ ਪੰਨੂ ਨੇ ਮਾਂ ਦੀ ਦਾਲ ਮੋੜ ਕੇ ਤੋਲੇ 'ਚ ਪਾਉਂਦੇ ਆ ਸੋਚਿਆ ਢੋਲੀ 'ਚ ਮੂਠ ਥਾਲੀ ਵਿੱਚ ਪਾਏ ਤੇ ਝੁਗਣ ਬੈਠ ਗਈ ਸਿਆਲ ਲੰਘ ਗਿਆ ਲੋਕਾਂ ਨੇ ਰਜਾਈਆਂ ਵਿਛਾਉਣੇ ਟੰਗਣਿਆਂ ਉੱਤੇ ਸਾਂਭ ਦਿੱਤੇ ਪਾਲੇ ਦੇ ਮਾਰੇ ਠੁੱਠੁਰ ਕਰਦੇ ਜਵਾਬ ਹੁਣ ਭੇਡਾਂ ਵਾਂਗੂ ਬੀਹੇ 'ਚ ਖੇਡਦੇ ਰਹਿੰਦੇ। ਬੀਹੀ ਵਿੱਚਲਾ ਚਿੱਕੜ ਵੀ ਸੁੱਕਣ ਲੱਗਿਆ। ਕਣਕਾਂ 'ਚ ਪੀਲੀ ਪਾ ਮਾਰਨ ਲੱਗੀ। ਦਿਨ ਅੱਗੇ ਨਾਲੋਂ ਵੱਡੇ ਹੋ ਗਏ ਸਨ। ਆਪਾਂ ਐਤਕੀ ਇੱਕ ਸਿਰੀ ਰਲਾ ਕੇ ਥੋੜੀ ਜੀ ਖੇਤੀਉ ਕਰ ਲਈਏ। ਭਾਨੋ ਨੇ ਚਾਂਦੀ ਗੜਵੀ ਤੇ ਕੋਲੀ ਨਰੈਣ ਕੋਲ ਧਰਦਿਆਂ ਗਿਆ। ਬਾਪੂ ਦੇ ਵੇਲੇ ਤਾਂ ਚਾਰ ਖਲਾਂ ਦੀ ਖੇਤੀ ਹੁੰਦੀ ਸੀ। ਥੋਹ ਨਹੀਂ ਸੀ ਹੁੰਦਾ ਦਾਣੇ ਪਾਉਣ ਨੂੰ। ਪਰ ਹੁਣ ਤੂੰ ਸਿਆਣੀ ਏ। ਆਪ ਨਾਲ ਲੱਗੇ ਬਿਨਾਂ ਸਿਰੀ ਕਿਹੜਾ ੜਕਾ ਦੂਰਾ ਕਰਦੇ ਐ ਤੇ ਮੈਂ ਤੈਨੂੰ ਪਤਾ ਹੀ ਐ ساری ਉਮਰ ਨਹੀਂ ਖੇਤੀ ਕੀਤੀ ਹੁਣ ਕੀ ਕਰਨੀ ਐ ਨਾਲੇ ਆਪਣੇ ਕਿਹੜਾ ਜਵਾਕ ਰੋਂਦੇ ਐ ਮਗਰ ਦੋ ਜੀਆਂ ਦੇ ਖਾਂ ਚੋਗੇ ਦਾਣੇ ਬਟਾਈ 'ਚ ਆ ਹੀ ਜਾਂਦੇ ਐ ਬਟਾਈ ਵਾਲੇ ਵੀ ਅੱਜਕੱਲ ਕੀ ਦਿੰਦੇ ਐ ਦੁਨੀਆਂ 'ਚ ਬੇਈਮਾਨੀਆਂ ਵਧੀਆਂ ਹੋਈਆਂ ਨੇਰੇ ਸਵੇਰੇ ਅਗਲਾ ਲਾਣ ਦੇ ਚਾਰ ਭਰੇ ਚੱਕ ਕੇ ਆਪਣੇ ਪਿੜ 'ਚ ਸਿੱਟ ਲੰਦਾ ਐ ਉਹ ਤਾਂ ਤੇਰੀ ਗੱਲ ਠੀਕ ਐ ਪਰ ਪਹਿਲਾਂ ਹੁਣ ਬਲਦ ਖਰੀਦੋ ਖੇਤੀ ਦਾ ਸਾਰਾ ਟਰਾਂਸ ਕਰੋ ਫਿਰ ਸੀਰੀਆਂ ਦੇ ਮਗਰ ਸਾਰਾ ਦਿਨ ਫਿੜੀ ਫਿੜੀ ਕਰਦੇ ਫਿਰੋ ਪਰ ਕਾਦੀ ਖਾਤਰ ਆਪਣੀਆਂ ਕੀ ਕੁੜੀਆਂ ਬਾਰੋਂ ਉਠਾਉਣ ਖੋਣੋਂ ਬੈਠੀਆਂ ਨੇ ਭਈ ਐਡੇ ਔਖੇ ਹੋਈਏ ਕੁੜੀਆਂ ਨਾ ਸਹੀ ਚਾਰ ਪੈਸੇ ਬੰਦੇ ਦੇ ਕੋਲ ਹੋਣ ਤਾਂ ਸਾਰੇ ਪੁੱਛਦੇ ਐ ਨਹੀਂ ਕੋਈ ਨਹੀਂ ਸਿਆਣ ਦਾ ਉਤੋਂ ਵੱਡਾ ਪਾਉਂਦਾ ਤੁਰਿਆ ਮਾਰੂ ਮਾਰ ਕਰਦਾ ਆਪੇ ਫਿਕਰ ਕਰੂ ਜਿਹਨੇ ਬਣਾਏ ਆ ਹੁੰ ਤੱਕ ਜਿਹੜਾ ਦਿੰਦਾ ਰਿਹਾ ਗਾਹ ਨਹੀਂ ਦਉ ਤੇਰੀ ਤੇਰਾ ਖਿਆਲ ਹੈ ਉਹ ਤਾਂ ਪੱਥਰ ਚ ਕੀੜੇ ਨੂੰ ਵੀ ਦਿੰਦਾ ਹੈ ਦਿੰਦਾ ਤਾਂ ਹੈ ਪਰ ਮੂੰਹ ਵਿੱਚ ਬੁਰਕੀ ਤਾਂ ਆਪ ਹੀ ਚੱਕ ਕੇ ਪਾਉਣੀ ਪੈਂਦੀ ਹੈ ਅਸੀਂ ਤਾਂ ਉਹ ਵੀ ਤੇਥੋਂ ਹੀ ਪਵਾ ਲਿਆ ਕਰਾਂਗੇ ਮਖਾ ਤੂੰ ਇੱਕ ਖੁਰਲੀਆਂ ਕਾਸ ਤੇ ਕਾਸ ਤੋਂ ਢੋਂਣ ਲੱਗ ਪਈ ਅੱਜ ਗੰਧਾਲੇ ਨਾਲ ਖਲੇਪੜ ਲਾਉਂਦੀ ਭਾਨੋ ਨੂੰ ਦੇਖ ਕੇ ਨਰੈਣ ਨੇ ਪੁੱਛਿਆ ਮੈਂ ਕਿਹਾ ਵੱਡਿਆਂ ਬਡੇਰਿਆਂ ਦਾ ਕੁਛ ਦੱਬਿਆ ਦਬਾਇਆ ਇਥੇ ਆਜੂ ਭਾਨੋ ਨੇ ਮਸ਼ਕਰੀ ਕੀਤੀ ਬਾਪੂ ਦੇ ਵੇਲੇ ਮੇਰੀ ਦਾਦੀ ਨੇ ਪਿਛਲੀ ਕੋਠੜੀ ਚ ਇੱਕ ਵਾਰੀ ਚਾਂਦੀ ਦੇ ਰੁਪਈਆਂ ਦੀ ਬਾਲਟੀ ਕੱਢੀ ਸੀ ਕਹਿੰਦੀ ਸੀ ਇਹ ਮੇਰੀ ਸੱਸ ਮਰਨ ਲੱਗੀ ਦੱਸ ਕੇ ਗਈ ਸੀ ਜਦੋਂ ਦੇ ਸਾਰੇ ਕਾਗਜ਼ਾਂ ਦੇ ਰੁਪਈਏ ਚੱਲੇ ਨੇ ਕੋਈ ਦੱਬ ਕੇ ਵੀ ਨਹੀਂ ਰੱਖ ਸਕਦਾ ਪਰ ਮਖਾ ਤੂੰ ਸੱਚੀ ਹੋਈ ਕਿਉਂ ਢਾਈ ਜਾਨੀਆਂ ਖੁਰਲੀਆਂ ਵਹਿਲੀ ਸੀ ਮੈਂ ਕਿਹਾ ਖੁਰਲੀਆਂ ਹੀ ਢਾਕੇ ਬਣਾ ਲੈਣੀਆਂ ਮੋੜ-ਮੋੜ ਕੇ ਮਿੱਟੀ ਲਾਉਣ ਕਰਕੇ ਲਿਓੜ ਲੈਣ ਲੱਗ ਪਏ ਸੀ ਚੰਗੀਆਂ ਭਲੀਆਂ ਤਾਂ ਸੀ ਪਰ ਤੇਰੀ ਵੀ ਹੱਡੀ 'ਚ ਚੈਣ ਨਹੀਂ ਆਰਾਮ ਕਰ ਲਿਆ ਕਰ ਦੂ ਘੜੀ ਕੀ ਲੈਣਾ ਐ ਇਸ ਜੱਗ ਤੋਂ ਵੇਹਲੀ ਤੇ ਤਾਂ ਮੇਰਾ ਜੀ ਨਹੀਂ ਲੱਗਦਾ ਕੰਮ ਕਰਦੀ ਸਗੋਂ ਚੰਗੀ ਰਹਿਣੀ ਆ ਉਹ ਤਾਂ ਠੀਕ ਐ ਕੰਮ ਤਾਂ ਬੰਦੇ ਦੇ ਕਰਮ ਹੁੰਦੇ ਨੇ ਪਰ ਦੂ ਘੜੀ ਆਰਾਮ ਵੀ ਚਾਹੀਦਾ ਐ ਅੱਜ ਕੱਪੜੇ ਲਾ ਜੀ ਬਾਹਰ ਨੂੰ ਜਾਂਦਾ ਹੋਇਆ ਸੋਡਾ ਉਬਾਲਿਆ ਪਿਆ ਅਜੇ ਚੰਗੇ ਭਲੇ ਨੇ ਨਰੈਣ ਨੇ ਆਪਣੇ ਤੇਡ ਸਿਰ ਪਾਈ ਕੱਪੜਿਆਂ 'ਵਲ ਝਾਕਦਿਆਂ ਕਿਹਾ ਹੱਡ ਮੈਲ ਪਈ ਹੋਈ ਏ ਫਿਰ ਨਿਕਲਦੀ ਨਹੀਂ ਕਿਦਰੇ ਨਹੀਂ ਹੱਡ ਮੈਲ ਪੈਂਦੀ ਪਿਛਲੀ ਵਾਰੀ ਹੇਟਲੀ ਜੈਕਟ 'ਚ ਹੱਡ ਮੈਲ ਦੀ ਥਾਂ ਜੂਆਂ ਵੀ ਪੈ ਗਈਆਂ ਸੀ ਉਹ ਤਾਂ ਤੇਰੇ ਕੋਲੋਂ ਚੜ ਗਈਆਂ ਸੀ ਅਮਲੀ ਨੇ ਹੱਸ ਕੇ ਕਿਹਾ ਮੈਂ ਤਾਂ ਹਰ ਰੋਜ਼ ਤੜਕੇ ਠੰਡੇ ਪਾਣੀ ਨਾਲ ਨਹਾਉਣੀ ਆ ਮੇਰੇ ਜੂਆਂ ਕਿੱਥੇ ਉਹੀ ਕੇ ਗੱਲ ਤਾਂ ਮਾੜੀ ਏ ਉਹ ਹੈ ਪੰਨੋ ਕਿ ਤੜਕੇ ਉੱਠ ਕੇ ਨਹਾ ਕੇ ਜਿਹੜਾ ਤੂੰ ਪਾਠ ਜਿਆ ਕਰਨ ਲੱਗ ਜਾਨੀਂ ਤੈਨੂੰ ਤਾਂ ਰੱਬ ਲੈ ਜਾ ਸੁਰਗ 'ਚ ਕਿ ਮੈਂ ਕੱਲਾ ਨਰਕ ਚ ਕੀ ਕਰੂੰ ਵਾਧੂ ਛੇਡਾ ਨਾ ਕਰ ਲੈ ਲੋ ਕੱਕੜੀਆਂ ਖਰਬੂਜੇ ਬਾਹਰ ਬੀਚ ਰੈਣ ਨੇ ਮੋਕਾ ਦਿੱਤਾ ਖਰਬੂਜੇ ਤਾਂ ਲੈ ਦੇ ਭਾਨੂ ਨਰੈਣ ਨੇ ਭਾਨੂ ਦਾ ਮਨ ਉਤਰਲਾ ਕੀਤਾ ਤੂੰ ਕੋਈ ਜੁਆਕ ਹੈ ਹੌੜੇ ਹੌੜੇ ਲੈ ਦੇ ਭਾਨੂ ਸੇਰ ਕੁ ਦਾਣੇ ਪੱਲੇ ਚ ਪਾ ਮੁਸਕੜੀਂ ਹੱਸਦੀ ਖਰਬੂਜੇ ਲੈਣ ਚਲੀ ਗਈ ਕੁੜੀ ਭਾਨੂ ਐ ਦਾਣੇ ਤਕੜੀ ਦੇ ਪਲੜੇ ਚ ਪਾਉਂਦੇ ਆ ਸਹਿਰਾ ਰੈਣ ਬੋਲੀ ਆਹੋ ਭਾਨੂੰ ਨੇ ਬਿਨਾ ਸਹਿਰਾਵਲ ਤੱਕ ਦਿਆਂ ਗਿਆ ਕੁੜੀ ਰਾਜੀ ਤਾਂ ਹੈ ਤੂੰ ਤਾਂ ਜਾਣੀ ਸੁਪਨਾ ਹੀ ਹੋਗੀ ਹੁਣ ਵੀ ਜਾਣੀ ਹੁੰਨੀ ਐ ਤੂੰ ਮੋਰਾ ਵਾਲੀ ਖਰਬੂਜੇ ਵੇਚਣ ਭਾਨੂੰ ਨੇ ਝੱਕਦੀ ਝੱਕਦੀ ਨੇ ਪੁੱਛਿਆ ਆਹੋ ਉਹਨਾਂ ਦੇ ਘਰ ਸੁਖਸਾਂਦ ਐ ਸਹਿਰਾ ਸਮਝ ਗਈ ਭਾਨੂੰ ਕਿਹੜੇ ਘਰ ਦੀ ਸੁਖਸਾਂਦ ਪੁੱਛਦੀ ਐ ਜਦ ਤੇਰਾ ਉਸ ਘਰ ਸੀਰ ਹੀ ਨਹੀਂ ਰਿਹਾ ਤੈਨੂੰ ਕੀ ਚੁੱਲ੍ਹੇ ਜਪਵੀਂ ਉਹਨਾਂ ਦੀ ਸੁਖਸਾਂਦ ਸਹਿਰਾ ਦਾਣਿਆਂ ਬਰਾਬਰ ਖਰਬੂਜੇ ਤੋਲਦੀ ਬੋਲੀ ਆਹੋ ਤਾਂ ਆਹੋ ਭਾਨੋ ਜਿਵੇਂ ਆਪਣੇ ਆਪ ਨੂੰ ਹੀ ਕੁਝ ਆਖ ਰਹੀ ਸੀ ਖਰਬੂਜੇ ਭਾਨੋ ਨੇ ਪੱਲੇ 'ਚ ਪਵਾ ਲਏ ਪਿੱਛੋਂ ਇੱਕ ਚਿਬੜੀ ਹੋਰ ਟੋਕਰੇ ਵਿੱਚੋਂ ਚੱਕ ਕੇ ਸੈਰਾ ਨੇ ਭਾਨੋ ਦੇ ਪੱਲੇ 'ਚ ਪਾ ਦਿੱਤੀ ਭਾਨੋ ਉਸ ਵੱਲ ਝਾਕ ਕੇ ਤੇ ਚੁੱਪ ਕਰ ਰਹੀ ਲਵਾਏਂਗੀ ਹੱਥ ਸੈਰਾ ਨੇ ਇੱਕ ਪਾਸਿਓਂ ਟੋਕਰੇ ਨੂੰ ਚੁੱਕਦਿਆਂ ਕਿਹਾ ਆਹੋ ਲੈ ਆਖ ਕੇ ਭਾਨੋ ਨੇ ਸੈਰਾ ਨੂੰ ਟੋਕਰਾ ਚੁਕਵਾ ਦਿੱਤਾ ਪਲ ਦੋ ਪੱਲੇ ਉਹ ਸੈਰਾ ਨੂੰ ਜਾਂਦੀ ਨੂੰ ਦੇਖਦੀ ਰਹੀ ਫਿਰ ਖਰਬੂਜੇ ਪੱਲੇ ਵਿੱਚ ਪਾਈ ਉਹ ਮੁੜ ਗਈ ਥਾਲੀ ਵਿੱਚ ਖਰਬੂਜੇ ਤੇ ਸਾਗ ਚੀਰਨੀ ਦਾਤੀ ਉਹ ਨਰੈਣ ਕੁਲ ਧਰ ਕੇ ਆਪ ਮਿੱਟੀ ਮਿੱਧਣ ਜਾ ਲਗੀ ਤੈ ਨਹੀਂ ਖਾਣੇ ਨਰੈਣ ਨੇ ਖਰਬੂਜਾ ਚੀਰਦਿਆਂ ਪੁੱਛਿਆ ਬਸ ਤੂੰ ਹੀ ਖਾ ਲੈ ਕਿਉਂ ਤੂੰ ਵੀ ਆ ਜਾ ਮੇਰਾ ਤਾਂ ਚਿੱਤ ਜਿਆ ਨਹੀਂ ਮੰਨਦਾ ਚੰਗਾ ਤੇਰਾ ਚਿੱਤ ਜਿਹੜਾ ਕੁਝ ਖਾਣ ਨੂੰ ਵੀ ਨਹੀਂ ਮੰਨਦਾ ਐਤ ਕੀ ਆਪਾਂ ਗੰਗਾ ਦੇ ਨਹਾਉਣ ਤੇ ਚਲੀਏ ਭਾਨੋ ਨੇ ਜਿਵੇਂ ਕਿਦਰੇ ਦੂਰੋਂ ਗੱਲ ਕੀਤੀ ਪਿਛਲੀ ਵਾਰੀ ਤਾਂ ਗੰਗਾ ਮਾਈ ਨੇ ਤੂੰ ਦਿੱਤੀ ਸੀ ਐਤ ਕੀ ਜੇ ਮੋੜ ਲਈ ਮੈਂ ਕੀ ਕਰੂੰਗਾ ਜੇ ਰੱਖਣੀ ਹੁੰਦੀ ਤਾਂ ਗੰਗਾ ਮਾਈ ਉਦੋਂ ਹੀ ਨਾ ਰੱਖ ਲੈਂਦੀ ਸਾਡੇ ਵਰਗੇ ਪਾਪੀਆਂ ਨੂੰ ਰੱਖ ਕੇ ਉਹਨੇ ਕੀ ਕਰਨਾ ਤੂੰ ਕੀ ਪਾਪ ਕੀਤਾ ਨਾਰਾਇਣ ਬੋਲਿਆ ਕੀਤਾ ਹੀ ਹੋ ਕੋਈ ਪਿਛਲੇ ਜਨਮ ਚ ਨਹੀਂ ਤਾਂ ਅੱਗੋਂ ਭਾਨੂ ਚੁੱਪ ਕਰ ਗਈ ਨਾਰਾਇਣ ਬਿੰਦਕੂ ਦੇ ਮੂੰਹ ਹਲ ਵੇਖਦਾ ਰਿਹਾ ਫਿਰ ਫਿਰ ਖਰਬੂਜਾ ਖਾਂਦਾ ਬੋਲਿਆ ਭਾਨੂ ਜਿਸ ਚੀਜ਼ ਦੀ ਲੋੜ ਹੋਵੇ ਦੱਸ ਦਿਆ ਕਰ ਕਿਸੇ ਗੱਲੋਂ ਔਖੀ ਨਾ ਰਹੇ ਹੋਰ ਆਪਾਂ ਕਿਨੂੰ ਦੇਣਾ ਕਦੇ ਬੀਬੀ ਕਰਤਾਰੀ ਕੋਲ ਵੀ ਜਾ ਆਇਆ ਕਰ ਕੀ ਕਹਿੰਦੀ ਹੂ ਵੀ ਮੇਰਾ ਵੀ ਭਰਾ ਐ ਕਦੇ ਕਦੇ ਚਿੱਤ ਜਾ ਤਾਂ ਕਰਦਾ ਪਰ ਰੈਡੀ ਦੂਰ ਜਾਵੇ ਕਿਹੜਾ ਉਹ ਤਾਂ ਜਾ ਬਸੀ ਬਾਰਾਂ ਪਤਨਾ ਤੇ ਪਾਰ 25 ਰੁਪਏ ਤਾਂ ਪਹਾੜੇ ਦੇ ਜਾਣ ਜਾਣ ਦੇ ਲੱਗ ਜਾਂਦੇ ਐ ਤੇਰੇ ਬਾਣੇ ਕਿਤੇ ਨੇੜੇ ਹੀ ਐ ਯੂਪੀ ਭੈਣ ਭਰਾਵਾਂ ਨਾਲੋਂ ਕੋਈ 25 ਰੁਪਏ ਚੰਗੇ ਹੁੰਦੇ ਐ ਨਾਲੇ ਉਹਦੇ ਕਿਹੜਾ 5-7 ਭਰਾ ਨੇ ਬਈ ਇੱਕ ਨਹੀਂ ਦੂਜਾ ਜਾਓ ਤੂੰ ਤਾਂ ਕਮਲੀ ਹੈ ਦੇਖ ਜਿਵੇਂ ਅੰਮਾ ਵੀ ਬੇਬੇ ਵੀ ਭੈਣ ਵੀ ਧੀ ਵੀ ਤੇ ਭਾਨੋ ਵੀ ਸਭੋ ਕੁਝ ਮੈਂ ਤੈਨੂੰ ਹੀ ਸਮਝ ਲਿਆ ਤੇ ਮੈਂ ਉਹ ਵੀ ਆਪਣੇ ਘਰ ਰਾਜੀ ਬਾਜੀ ਹੋਣੀ ਹੈ ਜੇ ਜਾਉ ਹੀ ਨਾ ਆਪੇ ਅਗਲੇ ਢੀਕਣੋਂ ਹਟ ਜਾਂਦੇ ਨੇ ਨਰੈਣ ਨੇ ਉੱਠ ਕੇ ਖਰਬੂਜੇ ਦੀ ਫਾੜੀ ਭਾਨੋ ਦੇ ਕੋਲ ਰੱਖਦੇ ਆ ਕਿਆ ਪਰ ਜਾਉ ਘਾਤੋ ਨਾ ਜਿਉਂਦੇ ਜੀ ਕਾਦੇ ਲਈ ਟੁੱਟ ਕੇ ਬੈਠਣਾ ਹੋਇਆ ਚਲ ਤੂੰ ਕਹਨੀ ਆ ਤਾਂ ਤੀਆਂ ਨੂੰ ਸੰਧਾਰਾ ਦੇ ਆਉਂਗਾ ਤੈਨੂੰ ਪਤਾ ਹੈ ਕਹਿੰਦੇ ਨੇ ਜਦੋਂ ਧੀ ਦਾ ਹੋਕਾ ਭਰਦੀ ਐ ਜਦੋਂ ਧੀ ਹੋਕਾ ਭਰਦੀ ਐ ਘਰ ਦੇ ਚਾਰੇ ਖੁੰਝੇ ਹਿਲਦੇ ਨੇ ਤੁਹਾਡੇ ਘਰ ਤਾਂ ਫਿਰ ਪੁਚਾਲ ਆਇਆ ਹੀ ਰਹਿੰਦਾ ਹੁਣ ਕਿਉਂ ਤੈਨੂੰ ਤਾਂ ਮੈਂ ਦਿਨ ਚ ਕਈ ਵਾਰੀ ਹੋਕੇ ਲੈਂਦੀ ਨੂੰ ਦੇਖਦਾ ਲੈ ਮੈਂ ਹੋਕੇ ਕੱਤੋਂ ਲੈਣੀ ਆ ਅੱਖ ਦੀ ਭਾਨੋਂ ਤੂੜੀ ਪਾ ਕੇ ਮਿੱద్ధి ਹੋਈ ਮਿੱਟੀ ਬਾਹਰ ਲਈ ਕੰਧ ਤੇ ਜਿੱਥੇ ਲੋੜ ਲੱਗਿਆ ਸੀ ਲਾਉਣ ਲੱਗ ਪਈ ਇਹਨੇ ਨੂੰ ਇੱਕ ਵੱਛਾ ਪੀਣ ਲਈ ਧੋ ਕੇ ਸੁਕਣੀ ਪਾਈ ਕਣਕ ਆ ਖਾਣ ਲੱਗਿਆ ਇਸ ਜੈਰੂਏ ਦੇ ਨੇ ਵੀ ਲਹੂ ਪੀ ਛੱਡਿਆ ਸਵੇਰ ਦਾ ਅਖਦੀ ਭਾਨੋ ਮਿੱਟੀ ਵਾਲੇ ਹੱਥੀਆਂ ਨੂੰ ਛਿਸ਼ਕੇ ਰਣ ਲੱਗੀ ਬੱਚਾ ਵਿਹੀ ਵਿੱਚ ਜਾ ਕੇ ਖੜੋ ਗਿਆ ਮੁੜ ਕੇ ਝਾਕਣ ਲੱਗਿਆ ਜਿਵੇਂ ਮੋੜ ਆਉਣ ਦੀ ਸਲਾਹ ਕਰਦਾ ਹੋਵੇ ਭਾਨੋ ਫਿਰ ਉਹਨੂੰ ਭਜਾਉਣ ਗਈ ਕਾਫੀ ਦੂਰ ਤੱਕ ਉਹਦੇ ਮਗਰ ਭੱਜੀ ਗਈ ਵਿਹੀ ਲੰਗ ਸੱਤ ਵਿਚਾਲੇ ਜਾ ਕੇ ਉੱਚੇ ਝੱਕੇ ਖਲੋ ਗਈ ਬਰਿਆਮੀ ਦੀ ਧਨਕੁਰ ਚਾਰਾ ਲਈ ਆਉਂਦੀ ਮਿਲੀ ਕੁੜੇ ਭਾਨੋ ਅਜ ਬਿਨਾਂ ਹੀ ਘਰੇ ਦੇ ਸਾਥ ਵਿੱਚ ਤੁਰੇ ਫਿਰਦੀ ਐ ਇਸ ਪਿੰਡ ਨੂੰ ਪੇਕਪਿੰਡ ਬਣਾਉਣ ਦੀ ਸਲਾਹ ਤਾਂ ਨਹੀਂ ਹੋ ਗਈ ਕਿਤੇ ਉਸ ਪਲ ਭਾਨੂੰ ਦੇ ਗੱਲ ਸਮਝ ਨਾ ਆਈ ਮੱਥਾ ਟੇਕਦੀ ਅਮਾ ਜਿਉਂਦੀ ਵਸਦੀ ਰੋ ਮੈਂ ਕਿਹਾ ਕਿਤੇ ਸਿੰਘ ਸੁਭੈਣ ਤਾਂ ਨਹੀਂ ਬਣ ਗਈ ਬੱਚੇ ਨੂੰ ਸ਼ਸ਼ਕੇ ਰਣਾਈ ਸੀ ਅਮਾ ਪੇਣ ਜਾਂ ਖਾਣ ਲੱਗਿਆ ਸੀ ਚੇਤਾ ਹੀ ਨਹੀਂ ਰਿਹਾ ਉਹਦੇ ਮਗਰੀ ਸਾਥ ਥਾਈ ਆ ਗਈ ਕੋਈ ਨਾ ਹੋਰ ਸਾਲ 6 ਮਹੀਨੇ ਨੂੰ ਇਸ ਧਰਤੀ ਨੇ ਕਾਮਣ ਪਾ ਲੈਣਾ ਫਿਰ ਆਪੇ ਚੇਤਾ ਰਹੂ ਸਭ ਕਾਸੇ ਦਾ ਧਨਕਰ ਨੇ ਹੱਸ ਕੇ ਕਿਹਾ ਭਾਨੂੰ ਨੂੰ ਇਸ ਗੱਲ ਦੀ ਵੀ ਸਮਝ ਨਾ ਲੱਗੀ ਕੋਈ ਹੋਰ ਗੱਲ ਛੁਣ ਖਾਤਰੋ ਬੋਲੀ ਅਮਾ ਬੀਬੀ ਫੇਰ ਤੋਰਤੀ ਤੇ ਫੇਰ ਤੋਰਤੀ ਤੇ ਕੱਲ ਆਹੋ ਮੈਂ ਤਾਂ ਕਿਹਾ ਸੀ ਦੋ ਮਹੀਸਾਂ ਸੁਈਆਂ ਹੋਈਆਂ ਨੇ ਹੋਰ ਰਹਿ ਜਾ ਦੋ ਮਹੀਨੇ ਮਾੜੀ ਜੀ ਹੱਡਾਂ 'ਚ ਪੈ ਜੇ ਜੰਮ ਤੋਂ ਉਠੀ ਐ ਪਰ ਅਗਲੇ ਆਂਦੇ ਵੀ ਸੁਖ ਨਾਲ ਲਾਣੇ ਦਾ ਕੰਮ ਹੈ ਚਾਰ ਦਿਨ ਹੋ ਗਏ ਸੀ ਬੈਠੇ ਨੂੰ ਪਰੋਣੇ ਨੂੰ ਚੰਗਾ ਧੀਆ ਆਪਣੇ ਘਰ ਹੀ ਸੌਂਦੀਆਂ ਨੇ ਭਾਨੋ ਨੇ ਕਿਹਾ ਪਰ ਇਹ ਗੱਲ ਆ ਕੇ ਉਹਨੂੰ ਆਪ ਨੂੰ ਹੀ ਸੰਗ ਜੀ ਆ ਗਈ ਉਹ ਕਾਲੇ ਪੈਰ ਪੁੱਟ ਦੀ ਧਨਕੁਰ ਤੋਂ ਅੱਗੇ ਲੰਘੀ ਸਾਹਮਣੇ ਆਉਂਦੇ ਚਾਰਾ ਵੱਢ ਕੇ ਲਿਆਉਣ ਲਈ ਦਾਤੀ ਤੇ ਰੱਸੀ ਲਈ ਖੇਤ ਨੂੰ ਜਾਂਦੇ ਲਾਬੇ ਕੇ ਅੰਦਰ ਨੇ ਭਾਨੋ ਨੂੰ ਅੱਖ ਮਾਰੀ ਫਿੱਟਿਆ ਹੋਇਆ ਭਾਨੋ ਨੇ ਜੀਚ ਕਿਹਾ ਤੇ ਉਹਦੇ ਕੋਲ ਦੀ ਹੋਰ ਕਾਲੀ ਹੋ ਕੇ ਲੰਘੀ ਕਾਲੀ ਤੁਰਦੀ ਦੇ ਉਹਦੇ ਪੈਰ ਨੂੰ ਠੋਕਰ ਵੱਜੀ ਅੰਗੂਠੇ ਦਾ ਕੱਚਾ ਨõ ਲਹਿ ਗਿਆ ਲਹੂ ਸੇਮ ਆਇਆ ਬਿਨਾ ਪ੍ਰਵਾਹ ਕੀ ਤਿਆਂ ਭਾਨੋ ਕਰ ਆ ਪਹੰਚੀ ਇਕੋ ਦਾ ਦਿਲ ਕੀਤਾ ਨਰੈਣ ਨੂੰ ਦੱਸ ਦੇਵੇ ਕਿ ਲਾਬੇ ਦੇ ਅੰਦਰ ਨੇ ਅੱਜ ਮੈਨੂੰ ਅੱਖ ਮਾਰੀ ਸੀ ਭਲੈ ਕੀ ਕਰ ਲੂ ਉਹਦੇ ਅੰਦਰੋਂ ਹੀ ਜਿਵੇਂ ਕਿਸੇ ਨੇ ਜਵਾਬ ਦਿੱਤਾ ਘਾਰਾਂ ਕੇ ਉਹ ਖੁਰਲੀਆਂ ਨੂੰ ਮਿੱਟੀ ਲਾਉਣ ਲੱਗ ਪਏ ਕੱਲ ਤਾਈ ਮਿੱਟੀ ਨੇ ਸੁੱਕ ਜਾਣਾ ਇਹ ਸੋਚ ਕੇ ਉਹ ਸੂਰਜ ਡੁੱਬਣ ਤੱਕ ਮਿੱਟੀ ਲਾਉਂਦੀ ਰਹੀ ਮਿੱਟੀ ਲਾ ਕੇ ਹਟੀ ਹੱਥ ਪੈਰ ਧੋਤੇ ਹਾਰੇ ਵਿੱਚੋਂ ਕੱਢ ਕੇ ਦਾਲ ਘੋਟੀ ਆਟਾ ਗੁੰਨਿਆ ਧਾਰ ਕੱਢੀ ਦੁੱਧ ਤਤਤਾ ਕੀਤਾ ਰੋਟੀ ਲਾਉਣ ਲਈ ਤਵਾ ਤੇ ਰਹੀ ਸੀ ਜਦੋਂ ਉਹਨੂੰ ਚੇਤਾ ਆਇਆ ਦੁਪਹਿਰੇ ਖੂਹ ਉੱਤੇ ਕੱਪੜੇ ਧੋਣ ਲਈ ਨਰੈਣ ਦੀ ਪੱਗ ਤਾਂ ਉੱਥੇ ਭੁੱਲ ਆਈਆਂ ਖਬਰੇ ਵਾੜੇ ਦੇ ਪਿਛਲੇ ਪਾਸੇ ਡਿੱਗ ਪਈ ਸੀ ਸਾਹਮਣੇ ਹੁੰਦੀ ਤਾਂ ਜ਼ਰੂਰ ਦੇਖ ਪੈਂਦੀ ਭਾਨੂੰ ਨੇ ਸੋਚਿਆ ਕੋਈ ਲਈ ਨਾ ਗਿਆ ਹੋਵੇ ਨਾ ਵੀ ਲੈ ਗਿਆ ਹੋਇਆ ਤਾਂ ਸਵੇਰ ਤਾਈ ਤਾਂ ਜ਼ਰੂਰ ਲੈ ਜੂ ਉਨੇ ਚੱਕ ਲਿਆ ਮਾਂ ਫੇਰ ਤਾਂ ਬਾਲਾ ਨਹੀਂ ਰਹੋ ਜੂ ਸੋਚਦੀ ਭਾਨੋ ਨੇ ਛਟੀਆਂ ਚੁੱਲੇ ਵਿੱਚੋਂ ਬਾਹਰ ਖਿੱਚ ਦਿੱਤੀਆਂ ਆਟੇ ਉੱਤੇ ਪੋਣਾ ਦਿੱਤਾ ਘਗਰਾ ਪਾਇਆ ਬਾਹਰ ਭੇੜਿਆ ਤੇ ਖੂਨ ਨੂੰ ਤੁਰ ਪਈ ਪਿੰਡ ਦਾ ਧਰਮਸ਼ਾਲਾ ਵਾਲਾ ਦਰਵਾਜ਼ਾ ਲੰਘ ਕੇ ਛੱਪੜੀ ਕੋਲ ਇੱਕ ਵਾਰੀ ਉਹਨੂੰ ਭੁਲੇਖਾ ਪਿਆ ਜਿਵੇਂ ਕੋਈ ਉਹਦੇ ਮਗਰ ਮਗਰ ਆ ਰਿਹਾ ਉਹਨੇ ਮੁੜ ਕੇ ਦੇਖਿਆ ਪਰ ਹਨੇਰੇ ਚੋਂ ਕੁਝ ਨਾ ਦੇਖਿਆ ਛੱਪੜੀ ਲੰਘ ਮੜੀਆਂ ਦੇ ਕੋਲ ਦੀ ਉਹ ਖੂਨ ਨੂੰ ਜਾਂਦੀ ਪਹੀ ਪੈ ਗਈ ਖੂਦੀ ਬਾੜ ਦੇ ਪਰਲੇ ਪਾਸਿਓਂ ਜਦੋਂ ਨਰੈਣ ਦੀ ਪੱਗ ਲੈ ਕੇ ਮੁੜੀ ਕਿਸੇ ਨੇ ਖੰਗੂਰਾ ਮਾਰਿਆ। ਭਾਨੋ ਜਰਾ ਕੋ ਡਰ ਗਈ। ਕੋਈ ਨਹੀਂ ਭਾਬੀ ਮੈਂ ਆਂ। ਜਾਗਰ ਨੇ ਉਸ ਵੱਲ ਆਉਂਦੀਆਂ ਕਿਹਾ। ਭਾਨੋ ਨੇ ਆਲੇ ਦੁਆਲੇ ਦੇਖਿਆ। ਡਰਨ ਭਾਬੀ ਮੈਂ ਤੈਨੂੰ ਕੁਝ ਨਹੀਂ ਆਖਦਾ ਸੌਂ ਗਉਦੀ। ਭਾਨੋ ਚੁੱਪ ਕਰ ਗਈ। ਅਜੀ ਗੁੱਸਾ ਤੇਰਾ ਹਟਿਆ ਨਹੀਂ। ਭਾਨੋ ਨੇ ਹੋਰ ਵੀ ਕੁਝ ਨਾ ਆਖਿਆ। ਤੇਰੀ ਸੌਂ ਭਾਬੀ ਮੈਨੂੰ ਜਦੋਂ ਪਤਾ ਲੱਗਿਆ ਵੀ ਨਰੈਣ ਬਾਈ ਨੇ ਤੈਨੂੰ ਕੁੱਟਿਆ। ਜੀ ਕਰੇ ਜਾਣੀ ਹੱਡੀਆਂ ਝੱਭ ਜਾਉਂਦੀਆਂ। ਭਾਬੀ ਭਾਵੇਂ ਜਾਨ ਵੀ ਲੈ ਲੈ ਪਰ ਰੱਬ ਦੇ ਵਾਸਤੇ ਇੰਉ ਗੁੱਸੇ ਨਾ ਹੋ ਜਾਗਰ ਨੇ ਰੋਣ ਹਾਕਾ ਹੋ ਕੇ ਕਿਆ ਜਾਗਰਾ ਤੂੰ ਤਾਂ ਸਰਬੰਨ ਦਾ ਆੜੀ ਸੀ ਭਾਨੋਂ ਨੇ ਨਹੋਰਾ ਦਿੱਤਾ ਤਾਈਆਂ ਤੋਂ ਭਾਬੀ ਤੇਰਾ ਇੰਨਾ ਖਿਆਲ ਰਹਿੰਦਾ ਧਰਮ ਨਾਲ ਮੈਂ ਸੱਚ ਕਹਿਣਾ ਤੇਰੀ ਖਾਤਰ ਮੈਂ ਜਾਨ ਵੀ ਦੇਣ ਨੂੰ ਤਿਆਰ ਆ ਹਾਂ ਬਥੇਰਾ ਰਹਿੰਦਾ ਜਾਗਰਾ ਰੱਬ ਕਿਸੇ ਨੂੰ ਔਖਾ ਵੇਲਾ ਦਿਖਾਵੇ ਨਾ ਤੂੰ ਮੂੰਹੋਂ ਤਾਂ ਕੱਢ ਮੈਂ ਤੇਰੀ ਖਾਤਰ ਸਭ ਕੁਝ ਕਰਨ ਨੂੰ ਤਿਆਰ ਆ ਹਾਂ ਮੈਂ ਜਾਣਦੀ ਆ ਤੈਨੂੰ ਤੂੰ ਸੱਚ ਨਹੀਂ ਮੰਨਣਾ ਪਹਿਲੇ ਦਿਨ ਹੀ ਜਿੱਦਣ ਮੈਂ ਤੈਨੂੰ ਦੇਖਿਆ ਮੇਰਾ ਜਾਣੀ ਕਾਲਜਾ ਜਾ ਖੁਸਿਆ ਬਈ ਮਨਾ ਕਿੱਥੇ ਨਰੈਣ ਅਮਲੀ ਤੇ ਕਿੱਥੇ ਇਹ ਤੂੰ ਭਾਬੀ ਪੁਰਾਣਾ ਮਨਾਈ ਹੁਣ ਤੇਰੀ ਕੋਈ ਜੂਨ ਤਾਂ ਨਹੀਂ ਤੂੰ ਸ਼ਰਾਬ ਪੀਤੀ ਹੈ ਹੁਣ ਤਾਂ ਲੱਗ ਗਈ ਤੈਨੂੰ ਦੇਖ ਕੇ ਕਿਦਣ ਦਾ ਮੈਂ ਵੇਲਾ ਠਕਾਉਂਦਾ ਸੀ ਵੀ ਕਿਤੇ ਕੱਲੀ ਟੱਕਰੇ ਤਾਂ ਕੋਈ ਗੱਲ ਕਰਾਂ ਆਹੋ ਗੱਲ ਕਰੇ ਭਾਨੂ ਨੇ ਗਾਂ ਨੂੰ ਪੈਰ ਪੁੱਟਦਿਆਂ ਹਰਖ ਨਾਲ ਕਿਹਾ ਇਉਂ ਨਹੀਂ ਭਾਬੀ ਗੱਲ ਕਰਕੇ ਜਾ ਜਾਗਰ ਨੇ ਭਾਨੋ ਦੇ ਅੱਗੇ ਹੋ ਕੇ ਉਹਨੂੰ ਜਾਣੋ ਰੋਕਦਿਆਂ ਕਿਆ ਕੀ ਗੱਲ ਦੱਸ ਭਾਨੋ ਨੇ ਖਿੱਚ ਕੇ ਕਿਆ ਚੱਲ ਕਿਧਰੇ ਭੱਜ ਚਲੀਏ ਤੂੰ ਕਮਲਾ ਹੋ ਗਿਆ ਜਾਗਰ ਮਿਰਜੇ ਵਾਂਗੂ ਭਾਵੇਂ ਤੀਰਾਂ ਨਾਲ ਮਰਵਾ ਦੇ ਪਰ ਮੈਂ ਦਗਾ ਨਹੀਂ ਦੇਣ ਲੱਗਿਆ ਐਵੇਂ ਨਹੀਂ ਚਿਹੜਾਂ ਕਰੀ ਦੀਆਂ ਭਾਨੋ ਨੇ ਗੱਲ ਟਾਲਣ ਦੀ ਸੋਚੀ ਚਿਹੜਾਂ ਕਿਹੜਾ ਕੰਜਰ ਕਰਦਾ ਹੈ ਮੇਰੇ ਨਾਨਕਿਆਂ ਦਾ ਇੱਕ ਮੁੰਡਾ ਬੰਬਈ ਟਰੱਕ ਵਾਹੁੰਦਾ ਹੈ ਉੱਥੇ ਚਲੇ ਚੱਲਾਂਗੇ ਕਿਸੇ ਨੂੰ ਵੀ ਕੀ ਪਤਾ ਲੱਗੂ ਨਹੀਂ ਜਾਗਰਾ ਤੂੰ ਸ਼ਾਇਦ ਮੈਨੂੰ ਕੋਈ ਐਰਗਰ ਤਿਮੀ ਸਮਝ ਲਿਆ ਭਾਨੂੰ ਨੇ ਉਦਾਸ ਹੁੰਦੀ ਨਹੀਂ ਕਿਹਾ ਐਰਗਰ ਤਿਮੀ ਲਈ ਕੋਣ ਆਪਣਾ ਘਰ-ਬਾਰ ਛੱਡਣ ਨੂੰ ਤਿਆਰ ਹੁੰਦਾ ਮੈਨੂੰ ਤੇਰੇ ਨਾਲ ਸੱਚੀਓ ਮੋਹ ਜਾ ਹੋ ਗਿਆ ਇਹ ਗੱਲ ਝੂਠ ਹੁਣ ਤਾਂ ਇਸ ਵਿੰਡੂ ਵਰਤੀ ਨਿਕਲੋ ਭਾਨੂੰ ਨੇ ਦ੍ਰਿੜ ਕੋਕੇ ਕਿਹਾ ਚੰਗਾ ਜਿਵੇਂ ਤੇਰੀ ਰਜ਼ਾ ਪਰ ਇੱਥੇ ਰਹਿ ਕੇ ਮੇਰੇ ਨਾਲ ਗੁੱਸਾ ਤਾਂ ਨਾ ਰੋ ਮੇਰਾ ਕਾਹਦਾ ਗੁੱਸਾ ਜਾਗਰਾ ਕਿਸੇ ਨਾਲ ਤੂੰ ਕਿਹਜੇ ਤਾ ਹੁਣੇ ਖੂਚ ਛਾਲ ਮਿਰਦਨ ਮਾਰ ਦਿਨਾ ਜੇ ਨਾ ਮਾਰਾਂ ਤਾਂ ਜੱਟ ਦਾ ਪੁੱਤ ਨਹੀਂ ਪਰ ਕਾ ਤੂੰ ਤੂੰ ਜੋ ਗੁੱਸੇ ਆਂ ਭਾਨੋ ਚੁੱਪ ਕਰ ਰਹੀ nde ਗੁੱਸੇ ਨਹੀਂ ਤਾਂ ਇੱਕ ਗੱਲ ਹੋਰ ਪੁੱਛ ਲਾ ਫੇਰ ਤਾਂ ਪਤਾ ਨਹੀਂ ਕਦੋਂ ਕੱਲੀ ਟਕਰਾਂਗੇ ਪੁੱਛ ਲੈ ਭਾਨੋ ਨੇ ਬੇਚੈਨੀ ਨਾਲ ਬਾਰੀ-ਬਾਰੀ ਪੈਰ ਚੁੱਕਦਿਆਂ ਰੱਖਦਿਆਂ ਕਿਆ ਇਉਂ ਹੀ ਤੁਰ ਜਾਣਾ ਜੱਗ ਤੋਂ ਭਾਨੋ ਨੇ ਕੋਈ ਉੱਤਰ ਨਾ ਦਿੱਤਾ ਧੀਆ ਪੁੱਤ ਨਹੀਂ ਚਾਹੀਦੇ ਜਾਗਰ ਨੇ ਭਾਨੋ ਦਾ ਪੋਲੇ ਜੇ ਹੱਥ ਫੜ ਕੇ ਕਿਆ ਇਕ ਕੈਕ ਪਾਨੋ ਦਾ ਜਾਗਰ ਗਲਣ ਲੱਗ ਕੇ ਰੋਣ ਨੂੰ ਜੀ ਕੀਤਾ। ਉਹਨੇ ਆਪਣਾ ਹੱਥ ਜਾਗਰ ਦੇ ਹੱਥਾਂ ਵਿੱਚੋਂ ਨਾ ਖਿੱਚਿਆ। ਉਹ ਸੰਮਲੀ ਦੀ ਖਾਤਰ ਤੂੰ ਕਿਉਂ ਖਾਲੀ ਜਾਵੇਂਂ ਜੱਗ ਤੋਂ? ਭਲਕੇ ਉਹ ਮਰ ਗਿਆ ਤੇਰਾ ਕੌਣ ਆਪਣਾ ਹੋਊ? ਜਾਗਰ ਨੇ ਉਹਨੂੰ ਆਪਣੇ ਵੱਲ ਖਿੱਚਦਿਆਂ ਕਿਹਾ, ਨਹੀਂ ਜਾਗਰਾ ਨਹੀਂ। ਪਾਨੋ ਨੇ ਆਪਣਾ ਹੱਥ ਪਿਛਾਂ ਖਿੱਚਦਿਆਂ ਕਿਹਾ, ਚੰਗਾ ਤੇਰੀ ਮਰਜ਼ੀ ਆ ਭਾਬੀ ਪਰ ਕਦੇ-ਕਦੇ ਮਿਲਤਾ ਲਿਆ ਕਰ ਹੋਰ ਕੀ ਲੈ ਜਾਣ ਲੈ ਜਾਣਾ ਇਸ ਜਹਾਨ ਤੋਂ? ਜਾਗਰ ਨੇ ਹੌਕਾ ਭਰ ਕੇ ਕਿਹਾ, ਚੰਗਾ ਪੰਨੂ ਨੇ ਮਰੀ ਹੋਈ ਆਵਾਜ਼ ਚ ਕਿਹਾ ਖਾ ਸੌ ਸਰਵਣਦੀ ਵੀ ਕੱਲ ਨੂੰ ਏਸੇ ਵੇਲੇ ਇੱਥੇ ਆ ਕੇ ਮਿਲेंगी ਸਰਵਣਦੀ ਇੱਕ ਪਲ ਪੰਨੂ ਨੂੰ ਜਿਵੇਂ ਧੱਕਾ ਜਿਹਾ ਵੱਜਿਆ ਤੇਰਾ ਮੇਰਾ ਧਰਮ ਰਿਆ ਭਾਬੀ ਤੇਰੀ ਮਰਜ਼ੀ ਤੋਂ ਬਿਨਾ ਮੈਂ ਤੈਨੂੰ ਉਂਗਲ ਨਹੀਂ ਲਾਉਂਦਾ ਪਰ ਮਿਲ ਤਾਂ ਲਿਆ ਕਰ ਚੰਗਾ ਪੰਨੂ ਨੇ ਕਾਲੀ ਪੈ ਕੇ ਕਿਹਾ ਖਾ ਫਿਰ ਸੌ ਸੌ ਖਾਦੇ ਬਿਨਾ ਮੈਂ ਜਾਣ ਨਹੀਂ ਦੇਣਾ ਚੰਗਾ ਸੌ ਸਰਵਣਦੀ ਨਾ ਆਹੋ ਨੇਰੇ ਚ ਕੱਲੀ ਪੈਰ ਹਿਟਲੇ ਰਾਜ ਤੱਕ ਦੀ ਘਰ ਨੂੰ ਮੁੜੀ ਆਉਂਦੀ ਭਾਨੂ ਸੋਚ ਰਹੀ ਸੀ ਮੈਂ ਸਰਵਣ ਦੀ ਝੁੱਠੀ ਸੌਂ ਕਾ ਨੂੰ ਖਾਣੀ ਸੀ ਦਿਨ ਦਾ ਚਪਾ ਉਹ ਤੋਂ ਘਟਾ ਟੋਪ ਹੋਇਆ ਬੱਦਲ ਕਿਤੇ ਕਿਤੇ ਡਿਗਦੀ ਕਣੀ ਨਾਲ ਉੱਡੀ ਧਰਤੀ ਦੀ ਖੁਸ਼ਬੂ ਭਿੱਜੀ ਪੀਜੀ ਤੁਰੀ ਆਉਂਦੀ ਆਥਣ ਭਾਨੂ ਚੁੱਲ੍ਹੇ ਮੂਰੇ ਬੈਠੀ ਰੋਟੀਆਂ ਲਾ ਰਹੀ ਸੀ ਬਿੰਦੇ ਛੱਟੇ ਆਉਂਦੀ ਹਵਾ ਦੇ ਬੁੱਲੇ ਨਾਲ ਗਿੱਲੇ ਗੋਹਿਆਂ ਦੀ ਚੁੱਲ੍ਹੇ ਵਿੱਚੋਂ ਅੱਗ ਕਦੇ ਬਲ ਪੈਂਦੀ ਕਦੇ ਬੁਝ ਜਾਂਦੀ ਆਟਾ ਧੜਕਿਆ ਪੰਨੋ ਨੂੰ ਖਿਆਲ ਆਇਆ ਕੋਈ ਪ੍ਰੌਣਾ ਆਉ ਪਰ ਸਾਡੇ ਕੀ ਨਹੀਂ ਆਉਣਾ ਉਹਨੇ ਆਪ ਹੀ ਸੋਚ ਲਿਆ ਗੱਲ ਜੇ ਉਹਦੇ ਮਨ ਵਿੱਚ ਹੀ ਸੀ ਜਦੋਂ ਕਰਤਾਰੀ ਹੱਥ ਵਿੱਚ ਢੋਲਾ ਫੜੀ ਬਾਰ ਬਾਰ ਮੂਰੀ ਆਵੜੀ ਕਰਤਾਰੀ ਦਾ ਸਰੀਰ ਛਾਂਟਮਾ ਕਦ ਨਰੇਣ ਵਾਂਗੀ ਮਦਰਾ ਸੀ ਪਰ ਉਹਦੇ ਮੂੰਹ ਤੇ ਚੰਗੀ ਰੌਣਕ ਸੀ ਜਿਵੇਂ ਰੱਜ ਦੇ ਖਾਂਦੇ ਘਰ ਦੀ ਨੂੰਹ ਤੀ ਹੋਵੇ। ਛੀਂਟ ਦੀ ਸਲਵਾਰ, ਚਿੱਟੀ ਲੀਲਣ ਦੀ ਕਮੀਜ਼ ਤੇ ਉੱਤੇ ਬੂਟੀਆਂ ਵਾਲੀ ਵੈਲ ਦੀ ਚੁੰਨੀ ਲਈ ਹੋਈ ਸੀ। ਪਾਨੋਵਾਲ ਦੇਖ ਕੇ ਉਹ ਇੱਕ ਪਲ ਸ਼ਸ਼ੂਪੰਜੀ ਚ ਖੜੀ ਰਹੀ। ਜੁੱਤੀ ਕੋਲੇ ਕੋਲ ਲਾ ਝੋਲਾ ਸੰਦੂਕ ਉੱਤੇ ਧਾਰੋ ਬੋਲੀ। ਕੁੜੇ ਸਾਉ ਤੂੰ ਕਿੱਥੋਂ ਐ? ਮੇਰੀ ਤਾਂ ਤੂੰ ਸਿਆਣ ਚ ਨਹੀਂ ਆਈ। ਮੈਂ ਮੈਂ ਬੀਬੀ ਪਾਨੋ ਆ। ਪਾਨੋ ਨੇ ਕਰਤਾਰੀ ਦਾ ਨਰੈਣ ਨਲ ਮਢੰਗਾ ਮਿਲਦਾ ਦੇਖ ਕੇ ਤੇ ਉੱਠ ਕੇ ਮੱਥਾ ਟੇਕਿਆ ਜਿਉਂ ਦੀ ਵਸਤੀ ਰਹਿ ਰੱਬ ਤੈਨੂੰ ਭਾਗ ਲਾਵੇ ਬੁੱਢ ਸੁਹਾਗਣ ਹੋਏ ਰੱਬ ਤੈਨੂੰ ਬੱਚਾ ਦੇਵੇ ਨਰੈਣ ਰਾਜੀ ਹੈ ਹਾਂ ਰਾਜੀ ਹੈ ਕਈ ਵਾਰ ਤੇਰੀਆਂ ਬੀਬੀ ਗੱਲਾਂ ਕਰਦਾ ਹੁੰਦਾ ਹੈ ਪਾਨੋ ਨੇ ਤੋੜੀ ਵਿੱਚੋਂ ਦੁੱਧ ਕੱਢ ਕੇ ਵਿੱਚ ਪੱਕਾ ਮਿੱਠਾ ਪਾ ਕੇ ਛੰਨਾ ਕਰਤਾਰੀ ਦੇ ਅੱਗੇ ਲਿਆ ਤੇ ਰਿਹਾ ਕੁੜੇ ਸਾਉ ਦੁੱਧ ਦੀ ਤਾਂ ਇੰਨੀ ਲੋੜ ਨਹੀਂ ਸੀ ਕਹਿੰਦੇ ਆ ਕਰਤਾਰੀ ਨੇ ਛੰਨਾ ਆਪਣੇ ਝੋਨੇ ਦੇ ਲੜੂ ਤੇ ਧਰ ਲਿਆ ਤੇ ਘੁੱਟ-ਘੁੱਟ ਭਰ ਕੇ ਪੀਣ ਲੱਗੀ ਅਸੀਂ ਤਾਂ ਯੂਪੀ ਕਾਦੇ ਬਾਗੇ ਭੈਣ ਭਾਈਆਂ ਨੂੰ ਮਿਲਣੋਂ ਵੀ ਰਹਿ ਗਏ ਨਰੈਣ ਕੋੜੀ ਐਡਾ ਘੋਲੀ ਐ ਇਉਂ ਨਹੀਂ ਬਈ ਕਦੇ ਕਾਟ ਹੀ ਪਾ ਦੇ ਹੁਣ ਵੀ ਕਦੋਂ ਦੀ ਠਕਾਉਂਦੀ ਸੀ ਪਰ ਘਰਾਂ ਦੇ ਖਲਜਗਣ ਵਿੱਚੋਂ ਨਿਕਲ ਕਿਹੜਾ ਹੁੰਦਾ ਇਹ ਤਾਂ ਤੂੰ ਬੜਾ ਹੀ ਚੰਗਾ ਕੀਤਾ ਬੀਬੀ ਪੰਨੋਂ ਨੇ ਸਬਜ਼ੀ ਲਈ ਆਲੂ ਛਿਲਦਿਆਂ ਕਿਆ ਕੁੜੇ ਸਾਉ ਬੀਬੋ ਆਪਣੀ ਬੀਬੀ ਮੰਗੀ ਐ ਗੁਆਰੋ ਆਪਣੀ ਮੰਗੀ ਐ ਗੁਆਰੇ ਵਿਆਹ ਕਰਨਾ ਸੀ ਮੈਂ ਕਿਹਾ ਇੱਥੇ ਪਰਦੇਸਾਂ ਚ ਆਪਣਾ ਕੌਣ ਐ ਮੈਂ ਤਾਂ ਹੋਰ ਨਹੀਂ ਆਪਣੇ ਪੇਕਿੰਗ ਜਾ ਕੇ ਦੇ ਦੂੰ ਚਾਰ ਭੁਟਣੀਆਂ ਉਹ ਆਪ ਤਾਂ ਆਖਦਾ ਸੀ ਲਾਟ ਮੱਜ ਰਹੀ ਚਲਦੇ ਆ ਮੈਂ ਕਿਹਾ ਕੀ ਸ਼ਰੀਕਾਂ ਦੇ ਭਾਂਡੇ ਪੈਂਦੇ ਫਿਰਾਂਗੇ ਚੰਗਾ ਮਾੜਾ ਆਪਣੇ ਭਾਈ ਦਾ ਘਰ ਹੀ ਚੰਗਾ ਜੀ ਸਦਕੇ ਬੀਬੀ ਹੋਰ ਭੈਣ ਭਾਈ ਹੁੰਦੇ ਹੀ ਕਾਦੇ ਲਈ ਨੇ ਭਾਨੋ ਨੇ ਆਲੂਆਂ ਦੀ ਸਬਜ਼ੀ ਨੂੰ ਤੜਕਾ ਲਾਉਂਦੇ ਆਂ ਕਿਆ ਕੁੜੇ ਬਹੂ ਹੱਥਾਂ ਦੀ ਤਾਂ ਤੂੰ ਸੁਹੰਰੀ ਲੱਗਦੀ ਐ ਕਰਤਾਰੀ ਨੇ ਘਰ ਦੀ ਕਾਇਆ ਪਲਟੀ ਦੇਖਦੇ ਆਂ ਕਿਆ ਭਾਨੋ ਚੁੱਪ ਕਰ ਰਹੀ ਕਿਹੜੇ ਥਾਂ ਉਹਨੇ ਪੇਕੇ ਤੇਰੇ ਪੜੀ ਕੇ ਕੋਟਲੇ ਸੀ ਭਾਨੋ ਨੇ ਨਿਮੋ ਝੁਣੀ ਆਵਾਜ਼ ਚ ਕਿਹਾ ਚੱਲ ਕੋਈ ਨਹੀਂ ਬੰਦੇ ਦੇ ਕੀ ਵਾਸਾ ਐ ਜਿਵੇਂ ਲਿਖਿਆ ਤੇਵੇਂ ਭੋਗਣਾ ਕਰਤਾਰੀ ਨੇ ਜਿਵੇਂ ਉਹਦੀ ਅੰਦਰਲੀ ਗੱਲ ਸਮਝਦੇ ਆਂ ਆਖਿਆ ਤਰਕਾ ਲਾ ਕੇ ਭਾਨੂੰ ਸ਼ੱਕਰ ਛਾਨਣ ਬੈਠ ਗਈ ਕੁੜੇ ਬਹੂ ਮਿੱਠੇ ਨੂੰ ਮੈਂ ਕੋਈ ਉਪਰੀ ਆ ਤੂੰ ਰਹਿਣ ਦੇ ਲੈ ਬੀਬੀ ਤੇਰੇ ਬਹਾਨੇ ਅਸੀਂ ਵੀ ਖਾ ਲਾਂਗੇ ਜੇ ਮੈਨੂੰ ਪਤਾ ਹੁੰਦਾ ਕੋਈ ਝੱਗਾ ਚੁੰਨੀ ਲੈ ਆਉਂਦੀ ਲੈ ਬੀਬੀ ਕੁੜੀਆਂ ਨੂੰ ਦੇਈਦਾ ਕਿ ਲਈਦਾ ਕੁੜੀਆਂ ਨੂੰ ਦੇਈਦਾ ਤਾਂ ਸਾਰੀ ਉਮਰ ਹੈ ਲੈਣ ਦਾ ਤਾਂ ਕੋਈ ਕੋਈ ਮੌਕਾ ਹੀ ਹੁੰਦਾ ਕੋਈ ਨਹੀਂ ਜਿਉਂਦੇ ਜੀਆਂ ਨੂੰ ਮੌਕੇ ਬਥੇਰੇ ਕਹਿੰਦੀ ਭਾਨੂੰ ਆਟਾ ਗੁੰਨਣ ਲੱਗ ਪਈ ਚਲੋ ਜਿਵੇਂ ਵੀ ਹੈ ਮੇਰੇ ਭਾਈ ਦਾ ਘਰ ਤਾਂ ਵੱਸਿਆ ਕਰਤਾਰੀ ਨੇ ਮਨ ਵਿੱਚ ਸੋਚਿਆ ਭਾਣੋਂ ਤੋਂ ਕਰਤਾਰੀ ਦੇ ਆਉਣ ਦਾ ਚਾਹ ਕਿਹੜਾ ਚੱਕਿਆ ਜਾਂਦਾ ਸੀ ਲੈ ਅੱਜ ਤੱਕ ਕਰਤਾਰੀ ਆਈ ਬੈਠੀ ਐ ਮੱਥਾ ਟੇਕਦਾ ਆਥ ਨੇ ਬਾਰ ਵੜਦਿਆਂ ਹੀ ਨਰੈਣ ਬੋਲਿਆ ਜਿਉਂਦਾ ਵਸਤਾ ਰਹਿ ਤੂੰ ਤਾਂ ਕਦੇ ਬੱਤੀ ਨਹੀਂ ਪਹੁੰਦਾ ਹਾਰ ਕੇ ਆਪ ਹੀ ਆਈਦਾ ਤੇਰੇ ਕੋਲ ਤਾਂ ਜਾਂਦਾ ਜਾਂਦਾ ਹੀ ਅਗਲਾ ਬੁढ़ा ਹੋ ਜਾਂਦਾ ਨੇੜੇ ਨਾ țeੜੇ ਜਾ ਰਹੀ ਭਈਆਂ ਦੇ ਦੇਸ਼ ਚ ਵਿਪਰਾ ਤਾਂ ਨਦੀਆਂ ਚੀਰ ਮਿਲਦੇ ਨੇ ਆ ਖੜੀ ਐ ਯੂਪੀ ਤਾਂ ਕੋਈ ਨਹੀਂ ਬੀਬੀ ਹੁਣ ਆਵਾਂਗੇ ਅਸੀਂ ਨਰੈਣ ਨੂੰ ਗੱਲ ਔੜਦੀ ਨਾ ਦੇਖ ਭਾਨੂ ਨੇ ਜਵਾਬ ਦਿੱਤਾ ਜਮ ਜਾ ਮਾਓ ਮੈਂ ਵੀ ਅਗਲੇ ਦਿਜੁੱਤੀਆਂ ਮਾਰਨ ਜੋਗੀ ਹੋਵਾਂ ਵੀ ਹੈਗੇ ਮੇਰੇ ਵੀ ਕੋਈ ਕਰਤਾਰੀ ਨੂੰ ਚਾਚੂਕ ਦਿੱਤੀ ਕਰਕੇ ਨਰੈਣ ਨੇ ਭਾਨੋ ਵੱਲ ਮੁਹਂ ਕਰਕੇ ਪੁੱਛਿਆ ਨਹੀਂ ਮੈਂ ਕਿਹਾ ਤੇਰਾ ਭਾਈ ਉਹਦੇ ਹੋਊਗਾ ਕੀ ਕਰਕੇ ਭਾਨੂ ਨੇ ਮਸ਼ਕਰੀ ਕੀਤੀ ਘਰ ਦੀ ਮੁਖਤਿਆਰਨ ਤਾਂ ਤੂੰ ਐ ਭਾਈ ਤਾਂ ਵਿਚਾਰਾ ਤੇਰੇ ਹੱਥੀ ਹੱਤ ਤੱਕ ਨੀਚਾ ਆਕਦਾ ਰਹਿੰਦਾ ਨਰੈਣ ਨੇ ਕਰਤਾਰੀ ਦੇ ਕੋਲ ਮੰंजे ਤੇ ਬੈਠਦੀਆਂ ਕਿਆ ਹੂੰ ਤਾਂ ਰਾਜੀ ਆ ਨਰੈਣ ਆਹੋ ਤੂੰ ਦੱਸ ਬਾਲ ਬੱਚੇ ਦਾ ਕੀ ਹਾਲ ਹੈ ਰੱਬ ਦੀ ਮਿਹਰ ਹੈ ਮੈਂ ਤਾਂ ਇਸ ਖੱਤਰ ਆਈਆਂ ਵਿਆਹ ਹੈ ਬਈ ਬੀਬੋ ਦਾ ਤੇਰੇ ਘਰ ਕਰਨਾ ਹੈ ਅੱਜ ਸਵਾ ਮਹੀਨਾ ਗੁਆਰੇ ਹੈ ਫੌਜ ਚ ਨੌਕਰ ਹੈ ਪੁਰਾਣਾ ਉਹ ਘਰ ਵੀ ਚੰਗਾ ਹੈ ਚੱਲਦਾ ਪੁਰਜ ਹੈ ਹਰੀਏ ਨੇ ਕਰਾਇਆ ਸਾ ਕਰਤਾਰੀ ਨੇ ਇੱਕੋ ਸਾ ਸਭ ਕੁਝ ਦੱਸਦਾ ਚੰਗਾ ਚੰਗਾ ਤਾਂ ਤਾਂ ਫਿਰ ਸਾਨੂੰ ਵੀ ਲੱਡੂ ਮਿਲਣਗੇ ਖਾਣ ਨੂੰ ਨਰੈਣੇ ਮੂੰਹ ਤੇ ਹੱਥ ਫੇਰਦਿਆਂ ਕਿਆ ਬੀਬੋ ਦਾ ਬਾਪੂ ਤਾਂ 10 ਕੋ ਦਿਨ ਪਹਿਲਾਂ ਆਊਗਾ ਮੈਂ ਕਿਹਾ ਮੈਂ ਅੱਗੇ ਜਾ ਕੇ ਤਿਆਰੀ ਕਰਵਾ ਲਾਂ ਪਿੱਛੇ ਘਰ ਵੀ ਤਾਂ ਬਹੁਤਾ ਚਿਰ ਕੱਲਾ ਨਹੀਂ ਛੱਡਿਆ ਜਾਂਦਾ ਇਹ ਸਵਾ ਮਹੀਨਾ ਭਾਨੋਂ ਲਈ ਜਿਵੇਂ ਅੱਖ ਦੇ ਫੋਰਚ ਲੰਘਿਆ ਕਦੇ ਪੀਣ ਛੱਡ ਕਦੇ ਦਾਲਾਂ ਦਾਲ ਕਦੇ ਪਾਂਡੂ ਫੇਰ ਕਦੇ ਸ਼ਹਿਰ ਲੱਕੇ ਤੁਕੇ ਨੂੰ ਜਾ ਕਦੇ ਤਿਉਰ ਜੋੜ ਕਦੇ ਚੁਰਾਂ ਪਟਵਾ ਕਦੇ ਥਾਂ ਥਾਈ ਕੰਮ ਸੰਭਾਲ ਉਹਨੂੰ ਸਿਰ ਖੁਰਕਣ ਦੀ ਕਿਹੜਾ ਵੇਲ ਸੀ ਕਰਤਾਰੀ ਹਰਤੇ ਕਰਤੇ ਆਖਦੀ ਭਾਬੀ ਤੇਰੇ ਬਿਨਾਂ ਤਾਂ ਮੈਂ ਉਹੀ ਰੁਲ ਜਾਣਾ ਸੀ ਮੇਰੇ ਕੋਲ ਹੋਣਾ ਸੀ ਕਿਤੇ ਇੰਨਾ ਕੰਮ ਭਾਨੋ ਤਾਂ ਕੰਮ ਕਰਦੀ ਜਿਵੇਂ ਥੱਕਦੀ ਨਹੀਂ ਸੀ ਸਭ ਤੋਂ ਪਿੱਛੋਂ ਸੌਂਦੀ ਸਭ ਤੋਂ ਪਹਿਲਾਂ ਉੱਠ ਖੜਾਉਂਦੀ ਸਾਰਾ ਦਿਨ ਕਦੇ ਆ ਕਰ ਕਦੇ ਓ ਕਰ ਅੱਡੀ ਕਿਹੜਾ ਭੋਏ ਤੇ ਲੱਗਦੀ ਸੀ ਫਿਰ ਸਤਿਆਮਾਨ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ ਮੇਲ ਆ ਗਿਆ ਫਿਰ ਜਨ ਜਾਈ ਫੇਰੇ ਹੋ ਗਏ ਭਾਨੇ ਭਾਨੋ ਦੀ ਤਾਂ ਕੰਮ ਧੰਦੇ ਚ ਸੁਰਤ ਭੁੱਲੀ ਪਈ ਸੀ ਨਵਾਂ ਸੂਟ ਪਾਈ ਉਹ ਪੱਜੀ ਨੱਠੀ ਸਾਰੇ ਕੰਮ ਕਰਦੀ ਫਿਰ ਰਹੀ ਸੀ ਸੁਖ ਸਾੰਦ ਨਾਲ ਕੁੜੀ ਵਿਦਾ ਹੋ ਗਈ ਕਰਤਾਰੀ ਨੇ ਭਾਨੋ ਨੂੰ ਵਧਾਈਆਂ ਦਿੱਤੀਆਂ ਕੁੜੀ ਨੂੰ ਵਿਦਾ ਕਰਕੇ ਮੇਲਣਾ ਗਿੱਧਾ ਪਾਉਣ ਲੱਗ ਪਈਆਂ ਇੱਕ ਜਣੀ ਨੇ ਮੱਲੋ ਮੱਲੀ ਭਾਨੋ ਨੂੰ ਫੜ ਕੇ ਨੱਚਣ ਲਾ ਦਿੱਤਾ ਥੱਕੀ ਟੁੱਟੀ ਭਾਨੋ ਵਿੱਚ ਖਬਰ ਨਹੀਂ ਕਿਥੋਂ ਲੋੜੇ ਦਾ ਜੋਰ ਆ ਗਿਆ ਉਹਨੇ ਨੱਚ ਨੱਚ ਧਰਤੀ ਪੱਟਦੀ ਬੋਲੀਆਂ ਦੀ ਤਾਂ ਜਾਣੀ ਉਹਦਾ ਬੋਲੀਆਂ ਦਾ ਤਾਂ ਜਾਣੀ ਉਹਦੇ ਅੰਦਰ ਭਰਿਆ ਪਿਆ ਸੀ ਮੁੱਕਣ ਚ ਕਿਹੜਾ ਆਉਂਦੀਆਂ ਸਨ ਨੱਕੇ ਛੱਡੂੰਗੀ ਕਣਕ ਦੇ ਤੇਰੇ ਰੱਖ ਲੈ ਕੁਆਰੀ ਬਾਬਲਾ ਤੇਰੀ ਵੀ ਸਿਹੇੜ ਬਾਬਲਾ ਸਾਥੋਂ ਹਾਈ ਨਿੰਦਿਆ ਨਾ ਜਾਵੇ ਸੋਹਰਾ ਸਾਡਾ ਵਣਜ ਕਰੇ ਟਿੱਡੀਆਂ ਦੀ ਹੀੜ ਲਿਆ ਆ ਸ਼ਾਵਾ ਇੱਕ ਟਿੱਡੀ ਮਰ ਵੀ ਗਈ 900 ਘਾਟਾ ਪਾਇਆ ਸ਼ਾਵਾ ਇੱਕ ਟਿੱਡੀ ਸੂ ਵੀ ਪਈ ਜੀਨੇ ਮਰਦਾ ਟੱਬਰ ਬਚਾਇਆ ਟਿੱਡੀਆਂ ਦਾ ਮੈਂ ਦੁੱਧ ਰਿੜਕਾਂ ਥਾਣੇਦਾਰ ਲੱਸੀ ਨੂੰ ਆਇਆ ਰੱਬ ਨੇ ਭਾਨੋ ਨੂੰ ਆਵਾਜ਼ ਕੀ ਦਿੱਤੀ ਸੀ ਬਸ ਲੋੜਾ ਮਾਰਦੀ ਸੀ ਮੇਰੀ ਭਾਬੀ ਤਾਂ ਡੱਬੀ ਚ ਪਾ ਕੇ ਰੱਖਣ ਵਾਲੀ ਐ ਦੇਖ ਦੇ ਖੁਸ਼ ਹੁੰਦੀ ਕਰਤਾਰੀ ਕਹਿ ਰਹੀ ਸੀ ਅਗਲੇ ਦਿਨ ਗੀਤ ਗਾਉਂਦਾ ਮੇਲ ਵੀ ਵਿਦਾ ਹੋ ਗਿਆ ਚਾਰ ਕੁ ਦਿਨ ਮਗਰੋਂ ਕਰਤਾਰੀ ਤੇ ਉਹਦਾ ਟੱਬਰ ਵੀ ਜਾਣ ਲਈ ਤਿਆਰ ਹੋ ਗਿਆ ਭਾਬੀ ਤੁਸੀਂ ਜ਼ਰੂਰ ਆਇਓ ਸਾਡੇ ਕੋਲ ਮੇਰੀ ਸੌਣ ਲੱਗੇ ਤੁਰਨ ਲੱਗੀ ਕਰਤਾਰੀ ਨੇ ਭਾਨੋਂ ਦੇ ਗਲ ਮਿਲਦੇ ਆ ਫੇਰ ਤਾਕੀਦ ਕੀਤੀ ਆਹੋ ਬੀਬੀ ਹੋਰ ਸਾਡਾ ਜਾਣ ਆਉਣ ਨੂੰ ਥੋਈ ਕਿਹੜਾ ਭਾਨੋਂ ਨੇ ਉਹਦੇ ਪੈਰੀ ਹੱਥ ਲਾਉਂਦਿਆਂ ਕਿਆ ਨਰੈਣ ਲੜਦਾ ਨਹੀਂ ਪੈਂਦਾ ਹੁੰਦਾ ਤੇਰੇ ਨਾਲ ਜੀ ਚੋ ਨਹੀਂ ਮੜਾ ਸੁਭਾਅ ਦਾ ਹੀ ਤੱਤ ਹੈ ਕਰਤਾਰੀ ਨੇ ਜਾਂਦੀ ਨੂੰ ਪੁੱਛਿਆ ਇਸ ਨਾਲ ਲੜ ਕੇ ਮੈਂ ਮਰਨਾ ਕੁੜੇ ਨਰੈਣ ਨੇ ਹੱਸਦਿਆਂ ਕਿਆ ਚੰਗਾ ਬੀਬੀ ਜਿਉਂਦੇ ਰਹੇ ਤੈਤ ਕੀ ਸੰਧਾਰਾ ਲੈ ਕੇ ਅਸੀਂ ਦੋਵੇਂ ਆਵਾਂਗੇ ਜਰੂਰ ਆਇਓ ਕਦੇ ਮੈਂ ਵੀ ਆਪਣੇ ਆਦੇ ਚੌ ਲਾੜ ਕਰਾਂ ਨਹੀਂ ਸੁਖ ਰੱਖੇ ਜਰੂਰ ਆਵਾਂਗੇ ਭਾਨੋਂ ਨੇ ਸੂਏ ਕੋਲੋਂ ਕਰਤਾਰੀ ਨੂੰ ਫੇਰ ਮੱਥਾ ਟੇਕ ਕੇ ਮੁੜਦਿਆਂ ਕਿਆ ਭਾਨੋਂ ਕਿੰਨਾ ਚਿਰ ਕਰਤਾਰੀ ਨੂੰ ਜਾਂਦੀ ਨੂੰ ਦੇਖਦੀ ਰਹੀ ਨਰੈਣ ਉਹਨਾਂ ਨੂੰ ਸਟੇਸ਼ਨ ਤੱਕ ਛੱਡਣ ਆਇਆ ਚਲਿਆ ਗਿਆ ਭਾਨੋਂ ਘਰ ਨੂੰ ਮੁੜ ਗਈ ਕਰਤਾਰੀ ਉਹ ਰਣੂ ਤੋੜ ਕੇ ਆ ਕੇ ਭਾਨੋਂ ਦਾ ਘਰ ਵੜਨ ਨੂੰ ਕਿਹੜਾ ਚਿੱਤ ਕਰੇ ਭਾਂ ਭਾਂ ਕਰਦਾ ਕਾਰ ਜਾਨੀ ਖਾਨ ਨੂੰ ਆਉਂਦਾ ਸੀ ਉਹ ਸ਼ੰਤੀ ਵਾਲਾ ਲੋਲੀ ਦੁਰਗੀ ਕਰਤਾਰੀ ਸ਼ੰਤੀ ਨੇ ਭਾਨੋ ਨੂੰ ਪੀੜੀ ਦਿੰਦਿਆਂ ਪੁੱਛਿਆ ਆਹੋ ਆਖਰ ਜਾਣਾ ਹੀ ਸੀ ਆਪਣੇ ਘਰ ਨੂੰ ਉਹ ਆਖਣ ਨੂੰ ਤਾਂ ਕੀ ਆਖਣਾ ਪਰ ਸ਼ਾਬਾਸ਼ੇ ਭਾਨੋ ਤੇਰੀ ਜੰਮਣ ਵਾਲੀ ਦੀ ਏਡੇ ਵੱਡੇ ਕਾਰਜ ਵਿੱਚ ਚੂਹ ਨਹੀਂ ਨਿਕਲਣ ਦਿੱਤੀ ਕਿਸੇ ਪਾਸਿਓ ਨਹੀਂ ਤੇ ਇਨਾਮ ਲੀਆਂ ਦੇ ਟੱਬਰ ਤੋਂ ਕੀ ਸਵਾਲ ਲੁੱਟਣੀ ਸੀ ਕਾਰਜ ਕਰਨ ਵਾਲਾ ਤਾਂ ਬੇਬੇ ਸਭ ਦਾ ਰੱਬ ਹੁੰਦਾ ਆਪਾਂ ਕੀ ਕਰਨ ਚੋਗੇ ਮਗਾ ਕੁੜੀ ਰੱਬ ਵੀ ਤਾਂ ਬੰਦਿਆਂ ਥਾਣੀ ਕਰਦਾ ਹੈ ਹੋਰ ਉਹਦੇ ਕਿਹੜਾ ਹਲ ਚਲਦੇ ਨੇ ਉਹ ਬੇਬੇ ਕੁੜੀਆਂ ਦਾ ਹੁੰਦਾ ਕੁਛ ਨਹੀਂ ਬਿੰਦ ਚ ਪਰਾਈਆਂ ਹੋ ਕੇ ਤੁਰ ਜਾਂਦੀਆਂ ਸੰਸਾਰ ਦੀ ਇਹੋ ਰੀਤ ਹੈ ਕਿਸੇ ਦੇ ਕੀ ਵਸਦੀ ਗੱਲ ਹੈ ਵਿਆਹ ਨੂੰ ਤੁਰਨ ਵੇਲੇ ਜਦੋਂ ਮੈਂ ਰੋਣ ਲੱਗ ਪਈ ਆਖਦੇ ਨੇ ਸਰਬਣ ਵੀ ਰੋ ਪਿਆ ਉਹਦੇ ਘਰ ਦੇ ਹੁਣ ਤਾਂ ਹੀ ਛੇੜਦੇ ਹੁੰਦੇ ਸੀ ਤੂੰ ਕਾਹ ਤੋਂ ਹਰ ਤੱਕ ਕਰਤੇ ਯਾਦ ਕਰਦੀ ਰਹਿਣੀ ਹੈ ਉਹਨੂੰ ਮਰ ਗਿਆ ਨਾਲ ਪ੍ਰੀਤ ਕੋਹੀ ਜਿਨਾ ਆ ਕੇ ਸਾਰੀ ਨਾ ਲੈਣੀ ਹੋਈ ਕਦੀ ਹੂੰ ਤਾਂ ਤੇਰੀ ਗੱਲ ਸਿਆਣੀ ਆ ਬੀਬੇ ਮਰ ਜਾਣੇ ਮਰ ਜਾਣੀ ਚੰਦਰਾ ਭੁੱਲਦਾ ਜਾਣੇ ਐਤ ਕੀ ਪੰਚਮੀ ਦੇ ਪਟਿਆਲੇ ਚੱਲਾਂਗੇ ਮੇਲੇ ਉੱਥੇ ਆਖਦੇ ਨੇ ਪੰਜ ਪੰਜ ਪੰਚਮੀਆਂ ਕੋਈ ਨਾਵੇ ਸੁਖਪੂਰੀ ਹੋ ਜਾਂਦੀ ਐ ਆਪਾਂ ਨੇ ਕੀ ਸੁਖ ਸੁਖਣੀਆਂ ਬੀਬੇ ਭਾਨੋਂ ਨੇ ਦਾਣੇ ਪਣਾਉਣ ਲਈ ਛੱਲੀਆਂ ਭੁਰ ਰਹੀ ਸ਼ਾਂਤੀ ਦੇ ਗੋਲੇ ਚੋਂ ਇੱਕ ਛੱਲੀ ਚੁੱਕ ਕੇ ਦੋ ਟੁਕ ਕਰਦੀਆਂ ਕਿਆ ਕਿਉਂ ਕੁੜੇ ਅੱਪਾ ਸੁਖ ਕੇ ਆਵਾਂਗੇ ਵੀ ਅਗਲੇ ਵੇਰੇ ਜਦ ਅਸੀਂ ਆਈਏ ਇੱਕ ਬੂਜਾ ਤੇਰੀ ਗੋਦੀ ਹੋਵੇ ਗੱਲ ਸੁਣ ਕੁੜੇ ਕਿਸੇ ਦਾਈ ਦੂਈ ਨੂੰ ਤਾਂ ਦਿਖਾਉਣਾ ਸੀ ਕੀ ਲੈਣਾ ਬੇਬੇ ਇਹਨਾਂ ਕਜੀਆਂ ਤੋਂ ਮੱਖਾ ਨਹੀਂ ਕੁੜੇ ਪਾਨੋ ਜੜ ਮੁਨਿਆਦ ਬਿਨਾ ਤਾਂ ਤੀਵੀ ਜਿਹੋ ਜੀ ਜਗਤ ਆਈ ਜਿਹੋ ਜੀ ਨਾ ਆਈ ਕੀ ਮੁੱਲ ਹੈ ਉਹਦਾ ਆਪਣਾ ਜਗਤ ਆਉਣਾ ਤਾਂ ਸਸਤੇ ਭਾਈ ਗਿਆ ਬੇਬੇ ਕਿਸਮਤ ਐ ਆਪੂ ਆਪਣੀ ਜੋ ਬੀਜਿਆ ਸੋਈ ਵਧਣਾ ਅਕੇ ਮਾਂ ਦੇ ਮਾਂ ਨੇ ਜਾਇ ਪੰਜ ਪੁੱਤ ਕਰਮ ਨੇ ਦਿੱਤੇ ਵੰਡ ਜੇ ਜਾ ਵੱਡਾ ਰੱਬ ਕਿਤੇ ਟੱਕਰ ਜੀ ਉਹਨੂੰ ਪੁੱਛਾਂ ਦਸਈ ਵੀ ਐਡਾ ਕੀ ਮੈਂ ਭੁੰਨ ਕੇ ਬੀਜਿਆ ਰੱਬ ਕਾਨੂੰ ਟੱਕਰਦਾ ਕਦੇ ਕਿਸੇ ਨੂੰ ਆਪ ਤਾਂ ਭੇ ਉਹਨੇ ਕਿਸੇ ਨੂੰ ਦਿੱਤਾ ਹੀ ਨਹੀਂ ਸਾਰੇ ਜੀ ਸੰਸੇ ਨੇ ਜਿਵੇਂ ਮਰਜੀ ਕਰੀ ਚੱਲੋ ਭਾਨੂੰ ਵੇਲੀ ਐ ਮੇਰੇ ਸਿਰ ਤਾਂ ਫੁੱਲ ਨਹੀਂ ਜ਼ਰਾ ਕੋਈ ਜੂਂ ਜਾਈ ਨਾ ਹੋਵੇ ਖਾਜੀ ਹੁੰਦੀ ਸੀ ਬਚਨੀ ਨੇ ਗਿੱਲੇ ਵਾਲੀ ਪਾਨੋ ਦੇ ਅੱਗੇ ਬੈਠਦੀਆਂ ਕਿਆ ਪਾਨੋ ਨੇ ਅੱਧੀ ਪੂਰੀ ਹੋਈ ਛੱਲੀ ਗੋਲੇ 'ਚ ਰੱਖ ਦਿੱਤੀ ਤੇ ਹੱਥ ਛਾੜ ਕੇ ਬਚਨੀ ਦਾ ਸਿਰਫ ਰੋਲਣ ਲੱਗ ਪਈ। ਸ਼ਾਂਤੀ ਕੁਟੀਵੱਟੀ ਜੀ ਬੈਠੀ ਛੱਲੀਆਂ ਭੁਰਦੀ ਰਹੀ। ਕੁਛ ਨਹੀਂ ਤੇਰੇ ਸਿਰ 'ਚ ਤਾਂ ਸਾਰਾ ਸਿਰਫ ਰੋਲ ਕੇ ਪਾਨੋ ਨੇ ਕਿਆ। ਅੱਛਾ ਚੱਲ ਜਿਉਂਦੀ ਰਹਿ ਭਰਮ じゃ ਨਿਕਲ ਗਿਆ। ਕਹਿੰਦੀ ਬਚਨੀ ਸ਼ਾਂਤੀ ਵੱਲ ਝਾਕ ਕੇ ਆਪਣੇ ਘਰ ਨੂੰ ਤੁਰ ਪਈ। ਕਾਨੂੰ ਫੋਲਣਾ ਸੀ ਤੂੰ ਸਿਰ ਬਚਨੀ ਦੇ ਚਲੇ ਜਾਣ ਮਗਰੋਂ ਸ਼ਾਂਤੀ ਨੇ ਤਿਉੜੀਆਂ ਪਾ ਕੇ ਪਾਨੋ ਨੂੰ ਕਿਆ। ਲਾ ਤਾਂ ਕੀ ਹੋ ਗਿਆ ਬੇਬੇ ਤੈਨੂੰ ਕੀ ਪਤਾ ਇਹ ਤਾਂ ਸਿਆਣੀਆਂ ਸਿਆਣਿਆਂ ਤੋਂ ਧਾਗੇ ਤਵੀਤ ਕਰਾਉਂਦੀ ਫਿਰਦੀ ਏ ਪਿੱਛੇ ਜੇ ਸਤ ਮਾਹਾ ਮੁੰਡਾ ਹੋ ਕੇ ਮਰ ਗਿਆ ਸੀ ਨਾ ਮੈਨੂੰ ਕੁਝ ਨਹੀਂ ਹੋ ਚੱਲਿਆ ਭਾਨੋ ਨੇ ਥੰਦੇ ਹੱਥ ਧਰਤੀ ਉੱਤੇ ਘਸਾਉਨੇ ਆ ਕਿਆ ਕਾ ਨੂੰ ਕਿਸੇ ਨੂੰ ਕੁਝ ਹੋਵੇ ਕੁੜੇ ਤੈਨ ਤਾਂ ਜੱਗ ਤੇ ਆ ਕੇ ਜੇ ਦੇਖਿਆ ਹੀ ਕੀ ਏ ਤੇਰਾ ਕੁਝ ਦੇਖ ਲਿਆ ਹੁਣ ਤਾਂ ਜਾਣੀ ਰੱਬ ਚੱਕ ਲੇ ਲੈ ਸੁਣ ਲੈ ਅਖੇ ਕੋ ਨਾ ਚੱਲੀ ਬਾਬਾ ਤੇਈ ਆਈ ਤਰਮਨਲ ਬੇਬੇ ਹੁਣ ਤਾਂ ਐਂ ਲੱਗਦਾ ਜਿਵੇਂ ਸਾਰੇ ਕੋ ਲੰਘ ਆਈਆਂ ਬਸ ਇੱਕ ਅੱਧਾ ਹੀ ਕੋ ਰਹਿੰਦਾ ਹੈ ਕਦੇ ਕਦੇ ਉਹੀ ਚਿਤ ਉਤਰ ਜਾਂਦਾ ਹੁੰਦਾ ਹੈ ਕੋਈ ਨਹੀਂ ਤੂੰ ਵੀ ਸੱਚੀ ਐ ਇੱਕ ਵਾਸੀ ਤਾਂ ਰੋਟੀ ਵੀ ਜਲ ਜਾਂਦੀ ਹੈ ਡੋਗਰ ਜਿਉਂਦਾ ਹੁੰਦਾ ਤਾਂ ਮੈਨੂੰ ਕੋਈ ਫਿਕਰ ਨਹੀਂ ਸੀ ਹੁਣ ਹੁਣ ਤਾਂ ਕਦੇ ਕਦੇ ਬਾਪੂ ਜਾਣੀ ਸਮਰਤ ਤੱਕ ਖੱਖਾ ਮੂਰੇ ਆ ਖੜਦਾ ਜਿਵੇਂ ਕਹਿੰਦਾ ਹੋਵੇ ਨਿੱਜੜੀਏ ਤੂੰ ਵੀ ਧੋਖਾ ਦੇਗੀ ਖਬਰ ਨਹੀਂ ਕਿ ਮੈਂ ਠੇਡੇ ਖਾਂਦਾ ਫਿਰਦਾ ਹੂੰ ਆਪਣੀਆਂ ਆਪਣੀਆਂ ਲਿਖਣੀਆਂ ਲਿਖੀਆਂ ਭੋਗਣੀਆਂ ਨੇ ਉਹਦੀ ਕਿਸਮਤ 'ਚ ਨਹੀਂ ਸੀ ਧੀਆਂ ਪੁੱਤਾਂ ਦਾ ਸੁੱਖ ਕਿਸੇ ਦੇ ਕੀ اختیار ਹੈ ਕੋਲ ਹੁੰਦੀ ਸੀ ਦੁੱਖ ਦੇ ਸੁੱਖ ਦੇ ਪਾਣੀ ਤਾਂ ਪੜਾਉਂਦੀ ਸੀ ਹੁਣ ਤਾਂ ਕਿਸੇ ਨੇ ਮਰੇ ਦੀ ਵੀ ਖਬਰ ਨਹੀਂ ਕਰਨੀ ਭਾਨੋ ਨੇ ਕੰਮ ਭਰ ਕੇ ਕਿਹਾ ਨਾ ਮੇਰੀ ਸਾਹੂ ਇਹਨਾਂ ਨੇ ਉਦਰੀ ਦਾ ਮੈਂ ਆਖ ਦੂੰਗੀ ਜੇਠੂ ਨਾਈ ਨੂੰ ਵੀ ਕਿਤੇ ਜਾਂਦਾ ਆਉਂਦਾ ਪਤਾ ਸੁਤਾ ਕਰ ਆਵੇ ਕਾ ਨੂੰ ਬੇਬੇ ਮੁੜ ਕੇ ਕਾਓ ਕਾਦੇ ਲਈ ਛੇੜਨੇ ਨੀ ਉਸ ਖਾਤਰ ਤਾਂ ਮੈਂ ਮਰ ਮੁੱਕ ਗਈ ਪਰਨ ਤੂੰ ਵੀ ਮੇਰੇ ਵਾਂਗੂ ਕਿਸੇ ਤੱਤੇ ਥੋਂ ਦੀ ਮਿੱਟੀ ਲਈ ਹੋਈ ਐ ਪ੍ਰਾਲਬਦ ਬੇਬੇ ਅੱਪੂ ਆਪਣੀ ਆਹੋ ਇੱਥੇ ਆ ਕੇ ਗੱਲ ਮੁੱਕਦੀ ਐ ਉਂਝੇ ਦੇਖਿਆ ਜਾਵੇ ਬਣਾਉਣ ਵਾਲੇ ਨੇ ਬਣਾਉਣ 'ਚ ਤੈਨੂੰ ਕੋਈ ਕਸਰ ਨਹੀਂ ਰੱਖੀ ਕਾਮੀ ਐਡੀ ਵੀ ਕਮਾਂ ਨੂੰ ਹੱਥਾਂ ਪੈਰਾਂ ਨੂੰ ਹੀ ਲਾ ਕੇ ਲੈ ਜਾਣੀ ਐ ਅਕਲ ਸ਼ੌਰ ਦੇਣ ਲੱਗੇ ਨੇ ਕੋਈ ਹੋਥਾ ਨਹੀਂ ਰੱਖੀ ਬਸ ਜੱਜ ਦੇ ਲੇਖ ਲਿਖਣੇ ਹੀ ਭੁੱਲ ਗਿਆ ਅਨਪੜ ਸੀ ਨਾ ਜਿਹੋ ਜੀ ਮਰਜ਼ੀ ਲਿਖੀ ਗਿਆ ਪੜ੍ਹੀ ਹੁੰਦੀ ਤਾਂ ਉਸੇ ਵੇਲੇ ਅੱਖਰ ਉਠਾ ਕੇ ਗੱਲ ਸਾਫਾ ਨਾ ਪਾ ਲੈਂਦੀ ਉਹਦੇ ਵੀ ਮੈਂ ਕੀ ਤੇਰੀ ਚਰੀ ਮਿੱਦੀ ਐ ਭਾਣੋ ਜੇ ਬੁਰਾ ਨਾ ਮਨਾਏ ਤਾਂ ਇੱਕ ਗੱਲ ਆਖਾਂ ਮੈਂ ਤਾਂ ਜਦੋਂ ਦੀ ਸੁਣੀ ਐ ਜਾਨੀ ਠਿੱਡ ਰਿੱਜੀ ਜਾਂਦਾ ਸੋਚਿਆ ਸੀ ਤੇਰੇ ਕੋਲ ਗੱਲ ਨਹੀਂ ਕਰੂੰਗੀ ਪਰ ਮੇਰੇ ਕੋਲੋਂ ਤਾਂ ਜਾਣੀ ਰਹਿਾ ਨਹੀਂ ਜਾਂਦਾ ਸੰਤੀ ਨੇ ਗੋਲੇ ਇਕੱਠੇ ਕਰਕੇ ਚੁੱਲ੍ਹੇ ਮੂਰੇ ਸੁੱਟਦਿਆਂ ਕਿਹਾ ਤੁਹਾਨੂੰ ਤਾਵਲੀ ਮੂੰਹ ਨਾਲ ਉਸ ਵੱਲ ਤੱਕਣ ਲੱਗੀ ਬੀਬੋ ਦੇ ਵਿਆਹ 'ਚ ਹਰੀਆ ਮਾਰਿਆ ਆਇਆ ਸੀ ਨਾ ਕਰਤਾਰੀ ਦੇ ਪ੍ਰੋਣੇ ਦਾ ਭਾਈ ਉਹਦੀ ਇੱਕ ਸਾਲੀ ਐ ਪ੍ਰੋਣਾ ਲਜਾਂਦਾ ਨਹੀਂ ਕਈ ਸਾਲ ਹੋਏ ਇਹ ਤਾਂ ਹੁਣ ਅਗਲਿਆਂ ਜੀ ਨੁਕਸ ਕੱਢਦੇ ਨੇ ਪਰ ਉਹ ਆਪ ਵੀ ਚੰਗੀ ਨਹੀਂ ਸੁਣੀਂਦੀ ਵਿਆਹ ਦੇ 7ਵੇਂ ਮਹੀਨੇ ਮਗਰੋਂ ਸਾਬਤ ਸਬੂਤ ਮੁੰਡਾ ਜੰਮ ਪਿਆ ਸੀ ਪਤਾ ਲਾਉਣ ਵਾਲੇ ਛੱਡਦੇ ਨੇ ਸਾਰੀ ਗੱਲ ਦਾ ਪਤਾ ਲਾ ਲਿਆ ਮੁੰਡਾ ਮਰ ਗਿਆ 2 ਮਹੀਨਿਆਂ ਦਾ ਹੋ ਕੇ ਪਰ ਅਗਲਿਆਂ ਨੇ ਮੁੜ ਬੱਤੀ ਨਹੀਂ ਬਾਈ ਮੈਂ ਤੈਨੂੰ ਦੱਸਾਂ ਭਾਨੋ ਹਰੀਆ ਮਾਰਿਆ ਬਹਿ ਜੇ ਉਹਦੀ ਬੇੜੀ ਤੇਰਾ ਜੇਠ ਦੱਸਦਾ ਸੀ ਨਰੈਣ ਨਾਲ ਗੰਢ ਧੁੱਪ ਜੀ ਕਰਦਾ ਸੀ ਅਖੇ ਭਾਨੋ ਦੇ ਕੁਝ ਹੋਣਾ ਹੁੰਦਾ ਤਾਂ ਹੁਣ ਤਾਂ ਹੀ ਹੋ ਜਾਂਦਾ 2 ਸਾਲ ਹੋ ਗਏ ਘਰ ਵਸਤੇ ਨੂੰ 600 ਚ ਗੱਲ ਪੱਕੀ ਕਰ ਗਿਆ ਮੈਨੂੰ ਤਾਂ ਲੱਗਦਾ ਤੇਰਾ ਭਰਿਆ ਭਕੁੰਨਿਆ ਘਰ ਦੇਖ ਕੇ ਉਸ ਚੰਦਰੇ ਦੀ ਨੀਤ ਭਟ ਗਈ। ਨਰੈਣ ਦੇ ਤਾਂ ਵਟਾਈ ਵਟਾਈ ਵਾਲੇ 10 ਮਣ ਦਾਣੇ ਨਹੀਂ ਸੀ ਪੱਲੇ ਪਾਉਂਦੇ ਹੁੰਦੇ ਤੇ ਹੁਣ ਤੂੰ ਆਪ ਸੁਰਤ ਰੱਖਦੀ ਐ। ਤਾਂ ਸੁਖ ਨਾਲ ਛੱਤ ਤਾਂ ਹੀ ਦਾਣਿਆਂ ਦੀਆਂ ਬੂਰੀਆਂ ਹੀ ਬੂਰੀਆਂ ਚਿਣੀਆਂ ਪਈਆਂ। ਨਾਲੇ ਉਂ ਵੀ ਤਾਂ ਨਰੈਣ ਬੰਦਾ ਬਣਾਤਾ ਤੂੰ ਆ ਕੇ ਅੱਗੇ ਤਾਂ ਅੱਖ ਹੀ ਨਹੀਂ ਸੀ ਖੋਲਦਾ ਕਿਸੇ ਵੇਲੇ। ਤੁਹਾਨੂੰ ਦੌਰ ਭੌਰ ਹੋਈ ਸ਼ਾਂਤੀ ਦੇ ਮੂਹਲ ਤੱਕ ਦੇ ਰਹੀ। ਫੇਰ ਜਿਵੇਂ ਕੁਝ ਚੇਤੇ ਆ ਗਿਆ ਹੋਵੇ ਉਹ ਇਕਦਮ ਹੀ ਉੱਠ ਕੇ ਖੜੀ ਹੋ ਗਈ ਤੁਹਾਨੂੰ ਮੇਰੇ ਨਾ ਨ ਲਈ ਹੜੇ ਮਰੀਤੀ ਐਵੇਂ ਹੋਰ ਨਰੈਣ ਮੇਰੇ ਛਾਟੇ ਨੂੰ ਚਿੰਬੜੂਗਾ ਨਾਲੇ ਤੇਰਾ ਜੇਠ ਕਜੀਆ ਕਰੂਗਾ ਵੀ ਗੱਲ ਗਾਹਾਂ ਕਰਤੀ ਮੇਰੇ ਕੋਲੋਂ ਤਾਂ ਜਾਣੀ ਰਿਹਾ ਨਹੀਂ ਗਿਆ ਤੁਹਾਨੂੰ ਆਪਣੇ ਘਰ ਵੱਲੋਂ ਤੁਰ ਪਈ ਤੁਹਾਨੂੰ ਤੈਨੂੰ ਸੌਣ ਲੱਗੇ ਜੇ ਗੱਲ ਕਰੇ ਸ਼ਾਂਤੀ ਨੇ ਪਿੱਛੋਂ ਫੇਰ ਤਾਕੀਦ ਕੀਤੀ ਤੁਹਾਨੂੰ ਨੇ ਬਾਹਰ ਨਾਲੋਂ ਜੰਦਰਾ ਖੋਲਿਆ ਅੰਦਰ ਜਾ ਕੇ ਕਗਰਾ ਲਾਇਆ ਘੜੇ ਵਿੱਚੋਂ ਪਾਣੀ ਪੀਣ ਲੱਗੀ ਘੜਾ ਤਾਂ ਖਾਲੀ ਪਿਆ ਸੀ ਹੋਰ ਨਾ ਦਿਨ ਵਰਗਾ ਹੀ ਦਿਨ ਪੌ ਫੁੱਟੀ ਦੁੱਧਾਂ ਪੁੱਤਾਂ ਵਾਲੀਆਂ ਜਾਗੀਆਂ ਉੱਗਿਆਂ ਵਿੱਚ ਦੀ ਧੂਏ ਨਿਕਲਣ ਲੱਗੀ ਮਧਾਨੀਆਂ ਖੜਕੀਆਂ ਦੋ ਤਿੰਨ ਵਾਰੀ ਮੈਂਸ ਰੰਗੀ ਤਾਂ ਨਰੈਣ ਦੀ ਅੱਖ ਖੁੱਲ ਗਈ ਉਹਨੇ ਦੇਖਿਆ ਤਾਂ ਦੀਵਾ ਡੰਗਿਆ ਹੋਇਆ ਸੀ ਨਾ ਚਾਤਰੀ ਹੋਈ ਸੀ ਮਹਿੰਦੀ ਧਾਰ ਵੀ ਨਹੀਂ ਸੀ ਕੱਢੀ ਜਿਸ ਕਰਕੇ ਉਹ ਰੰਗ ਰਹੀ ਸੀ ਭਾਨੋ ਉਸੇ ਤਰ੍ਹਾਂ ਸੁੱਤੀ ਹੋਈ ਸੀ ਅੱਗੇ ਤਾਂ ਕਦੇ ਹੋਣੀ ਸੀ ਹੋਇਆ ਥੱਕ ਗਈ ਵਿਆਹ ਚ ਕੰਮ ਕਰਦੀ ਨਰੈਣ ਨੂੰ ਖਿਆਲ ਆਇਆ ਭਾਨੋ ਉੱਠ ਦਿਨ ਚੜ ਗਿਆ ਉਹਨੇ ਭਾਨੋ ਦੀ ਬਾਹਂ ਲੂਣ ਕੇ ਆਖਿਆ ਭਾਨੋ ਹੜਬੜਾ ਕੇ ਉੱਠ ਬੈਠੀ ਕਾਲੀ ਕਾਲੀ ਉਹਨੇ ਦੀਵਾ ਡੰਗਿਆ ਅੱਗ ਬਾਲ ਕੇ ਚਾਤਰੀ ਦੁੱਧ ਪਰੋਣਿਆ ਚਾਰਕੂ ਗੇੜੇ ਦੇਖ ਕੇ ਉਹਨੇ ਨਰੈਣ ਨੂੰ ਕਿਹਾ ਅੱਜ ਜੀ ਤੂੰ ਨਹੀਂ ਰਿੜਕ ਲਵੇਂਗਾ ਦੁੱਧ ਮੇਰੀਆਂ ਤਾਂ ਬਾਹਾਂ ਜਾਣੇ ਕੰਮਾਂ ਜਾਣੀ ਕਰਦੀਆਂ ਬਾਹਾਂ ਨੂੰ ਕੀ ਦੋਸ਼ ਐ ਥੋੜਾ ਟੁੱਟ-ਫੁੱਟ ਮਰੀਆਂ ਵਿਆਹ ਚ ਐਡਾ ਕੀ ਕਿਸੇ ਸਹੁਰੇ ਤੋਂ ਆ ਨਾਮ ਲੈਣਾ ਸੀ ਤੂੰ ਪਹਿਲਾਂ ਚਾਹ ਕਰਦੇ ਅਮਲ ਦਾ ਭੋਰਾ ਲੈ ਕੇ ਮੈਂ ਦੇ ਦੇਣਾ ਚਾਰ ਢੇੜੇ ਪਾਨੂ ਉੱਠ ਕੇ ਧਾਰ ਕੱਢਣ ਜਾਣ ਲਗੀ ਮੱਝ ਨੇ ਕਈ ਵਾਰੀ ਬੂਥੀ ਪਾਨੂ ਵੱਲ ਮੋੜੀ ਉਹਨੂੰ ਅੱਗੇ ਵਾਂਗ ਮੱਝ ਦੇ ਮੂੰਹ ਤੇ ਇੱਕ ਦੋ ਧਾਰਾਂ ਮਾਰਨ ਦਾ ਅੱਜ ਖਬਰੀ ਚੇਤਾ ਹੀ ਨਹੀਂ ਸੀ ਰਿਹਾ ਉੱਛਪੁ ਕੀਤੀ ਧਾਰਕੜ ਦੀ ਰੀ ਹਾਰ ਕੇ ਮੱਧ ਨੇ ਲੱਤ ਜੀ ਮਾਰੀ ਸਾਰੀ ਬਾਲਟੀ ਮੁਦ ਗਈ ਭਾਨੋ ਪਵਤਰਿਆ ਵਾਂਗ ਉੱਠ ਖੜੀ ਹੋਈ ਫੁੱਟੇ ਹੋਏ ਨੇ ਤੇਰੇ ਧੀਦੇ ਸਾਰਾ ਦੁੱਧ ਡੁਲਾਤਾ ਨਰੈਣ ਨੇ ਮੰਜੇ ਤੋਂ ਉੱਠਦਿਆਂ ਗਿਆ ਭਾਨੋ ਗੁਨਾਹਗਰਾਂ ਵਾਂਗ ਚੁੱਲ੍ਹੇ ਮੁਰਿਆ ਬੱਠੀ ਤੇ ਪਤੀਲੀ 'ਚ ਚਾਹ ਤੇ ਗੁੜ ਪਾਇਆ ਨਰੈਣ ਨੇ ਮੋਗਰੀ ਚੱਕ ਕੇ ਪੰਜ ਸੱਤ ਖਾਸੀਆਂ ਕਰਾਰੀਆਂ ਮੱਝ ਦੀਆਂ ਟੰਗਾਂ ਉੱਤੇ ਲਾਈਆਂ ਫਾਨੋ ਵਿੱਚ ਉੱਠ ਕੇ ਹਟਾਉਣ ਦੀ ਵੀ ਜਿਵੇਂ ਹਿੰਮਤ ਨਹੀਂ ਸੀ ਉਸ ਦਿਨ ਉਹਨੇ ਚਾਹ ਵੀ ਮਾਰੂਈ ਪੀਤੀ ਫਾਨੋ ਨੇ ਖਿੰਡਦੇ ਹੱਡਾਂ ਪੈਰਾਂ ਨਾਲ ਘਰ ਦਾ ਕੰਮ ਧੰਦਾ ਮੁਕਾਇਆ ਫਿਰ ਉਹ ਨਰੈਣ ਦੀ ਮਾਂ ਦਾ ਸੰਦੂਕ ਖੋਲ ਕੇ ਬੈਠ ਗਈ ਸੰਦੂਕ ਚ ਦੋ ਖੱਦਰ ਦੀਆਂ ਫੁਲਕਾਰੀਆਂ ਸਨ ਇੱਕ ਨੀਲੇ ਚਿੱਟੇ ਡੱਬਿਆਂ ਦੀ ਦਰੀ ਸੀ ਦੋ ਕੁੜਤੀਆਂ ਝੋਨੇ ਪਏ ਸਨ ਇੱਕ ਸੂਫ ਦਾ ਦੋ ਰਾਣਾ ਜੈ ਕਾ ਗਰਾ ਸੀ ਚਾਰ ਕੁ ਘਰ ਬੁਣੇ ਫਿੱਟ ਚੁੱਕੇ ਰੰਗਾਂ ਵਾਲੇ ਨਾਲੇ ਸਨ ਇੱਕ ਬੋਈਆ ਸੀ ਬੋਈਏ ਚ ਇੱਕ ਛੇਂਟ ਦੀ ਲੀਰ ਦੇ ਲੜ ਇੱਕ ਚਾਂਦੀ ਦਾ ਤਵੀਤ ਸੀ ਇੱਕ ਸਿੱਪੀ ਸੀ ਇੱਕ ਕਾਲਾ ਮਣਕਾ ਸੀ ਇੱਕ ਸ਼ੇਰ ਦੀ ਨੰਦਰ ਸੀ ਜਿਵੇਂ ਕਿਸੇ ਜਵਾਕ ਦੇ ਗਲ ਪਾਉਣ ਲਈ ਸਭ ਚੀਜ਼ਾਂ ਇਕੱਠੀਆਂ ਕਰਕੇ ਰੱਖੀਆਂ ਹੋਣ ਭਾਨੂ ਕਿੰਨਾ ਚਿਰ ਸੰਦੂਕ ਚੋਂ ਨਿਕਲੀਆਂ ਚੀਜ਼ਾਂ ਨੂੰ ਸਵਾਰ-ਸਵਾਰ ਕੇ ਦੇਖਦੀ ਰਹੀ ਫਿਰ ਜਿਵੇਂ ਕੱਡੀਆਂ ਸਨ ਉਹਵੇਂ ਮੋੜ ਕੇ ਸੰਦੂਕ ਚ ਪਾ ਦਿੱਤੀਆਂ ਸੰਦੂਕ ਨੂੰ ਮੋੜੋ ਸੇ ਤਰਾਂ ਜੰਦਰਾ ਮਾਰ ਦਿੱਤਾ ਕੁੰਜੀ ਕੋਠੀ ਵਿੱਚੀ ਕੁਜੇ 'ਚ ਧਰ ਦਿੱਤੀ ਜਿੱਥੇ 1-2 ਹੋਰ ਵੀ ਪੁਰਾਣੀਆਂ ਕੁੰਜੀਆਂ ਪਈਆਂ ਸਨ ਲੈ ਲਓ ਕੋਈ ਤਕਲਾ ਸੁਆ ਸੂਈ ਝਰਨੀ ਚਾਨਣਾ ਚਿਮਟਾ ਖੁਰਚਣਾ ਬਾਹਰ ਬਹੀ ਵਿੱਚ ਗੱਡੀਆਂ ਵਾਲੀ ਨੇ ਆਵਾਜ਼ ਦਿੱਤੀ ਆ ਜਾ ਕੁੜੇ ਇੱਧਰ ਆ ਜਾ ਭਾਨੋ ਦੇ ਦਰਬਾਰ ਦੀ ਸੰਤੀ ਨੇ ਉਹਨੂੰ ਹਾਕ ਮਾਰੀ ਭਾਨੋ ਘਾਰੀ ਹੈ ਕਹਿੰਦੀ ਸੰਤੀ ਉਹਦੇ ਵਿਹੜੇ 'ਚ ਜਾ ਖੜੀ ਆਹੋ ਬੇਬੇ ਆ ਜਾ ਪੰਨੋਂ ਨੇ ਬਾਹਰ ਨਿਕਲ ਕੇ ਸੰਤੀ ਲਈ ਮੰਝਾ ਡੋਂਦਿਆਂ ਕਿਹਾ ਪਿੰਜੜੀਆਂ ਤੱਕ ਦੀ ਕਾਲੀ ਕਗਰੀ ਪਾਈ ਪੈਰੋਂ ਨੰਗੀ ਚਾਂਦੀ ਦੇ ਗਿੱਟਕੜਿਆਂ ਵਾਲੀ ਉੱਤੇ ਠੇਕੀ ਹੋਈ ਚੁੰਨੀ ਲਈ ਗੱਡੀਆਂ ਵਾਲੀ ਸਿਰ ਉੱਤੇ ਗੰਢ ਚੁੱਕੀ ਹੱਥ ਵਿੱਚ ਇੱਕ ਚਿਮਟਾ ਖੁਰਚਣਾ ਫੜੀ ਅੰਦਰ ਆਵੜੀ ਕਿਵੇਂ ਦਿੱਤਾ ਖੁਰਚਣਾ ਸੰਤੀ ਨੇ ਪੁੱਛਿਆ ਦੋ ਸੇਰ ਦਾਣਿਆਂ ਕੀ ਹੋਰ ਤੇਰੇ ਕੋਲੋਂ ਮਣ ਤਾਉਣ ਲੈਣਾ ਲੰਬੜਦਾਰ ਨੇ ਗੱਡੀਆਂ ਵਾਲੀ ਨੇ ਗੰਡ ਲਾ ਕੇ ਹੀਠਾਂ ਧਰਦਿਆਂ ਪੁੰਜੇ ਬੈਠ ਕੇ ਖੁਰਚਣਾ ਸੰਤੀ ਨੂੰ ਫੜਾਦਿਆਂ ਕਿਆ ਦੋ ਸੇਰ ਨਾ ਪੰਜ ਸੇਰ ਤੇਰੇ ਭਾ ਦੀ ਲੁੱਟ ਪਈ ਆ ਭਾ ਤਾਂ ਦੇਖ ਦਾਣਿਆਂ ਦਾ ਬੇਬੇ ਥੰਮ ਪਈਆ ਘਾਟ ਦੇਦੀ ਮੈਂ ਤਾਂ ਸੇਰ ਇੱਕ ਦੇਉ ਤੇਰੀ ਮਰਜ਼ੀ ਹੈ ਦੇਣੇ ਦੇ ਜਾ ਨਹੀਂ ਤਾਂ ਆ ਚੱਕ ਸੰਤੀ ਨੇ ਖੁਰਚਣਾ ਉਸ ਵੱਲ ਸੁੱਟਦਿਆਂ ਕਿਆ ਨਾ ਥਾਰੀ ਨਾ ਮਾਰੇ ਚੱਲ ਤੂੰ ਡੂੜ ਸੇਰ ਦੇ ਦੇ ਨਾ ਪੂਰਾ ਇੱਕ ਸੇਰ ਚੱਲ ਲੈ ਤੂੰ ਸਵਾ ਸੇਰ ਦੇ ਗੱਡੀਆਂ ਵਾਲੀ ਨੇ ਖੁਰਚਣਾ ਉਹਦੇ ਹੱਥ ਫੜਾਉਨੇ ਆ ਕਿਆ ਮੈਂ ਤਾਂ ਇੱਕੋ ਗੱਲ ਆਖਦੀ ਵੀ ਸੇਰ ਇੱਕ ਦਾਣੇ ਦੇਉ ਮਰਜੀ ਐ ਲੈ ਲੈ ਨਹੀਂ ਤਾਂ ਹੋਰ ਬਥੇਰੀਆਂ ਆ ਜਾਣੀਆਂ ਤੇਰੀਆਂ ਭੈਣਾ ਚੱਲ ਤੂੰ ਲੈ ਇੱਕ ਰੋਟੀ ਦੇ ਦੇਂਗੀ ਆਹੋ ਇਹ ਮੰਨੀ ਨਾਲ ਲੱਸੀ ਵੀ ਪਿਆ ਦੂੰ ਆਖ ਸੰਤੀ ਖੁਰਚਣਾ ਫੜੀ ਆਪਣੇ ਘਰ ਵੱਲ ਨੂੰ ਤੁਰ ਪਈ ਥੰਬੀ ਲੈ ਲੈ ਇੱਕ ਚਿਮਟਾ ਚਾਰਨਾ ਗੱਡੀਆਂ ਵਾਲੀ ਨੇ ਗੰਢ ਚੁੱਕਦੇ ਆ ਭਾਨੋਂ ਨੂੰ ਪੁੱਛਿਆ ਅਗਲੀ ਵਾਰੀ ਜਦੋਂ ਤੂੰ ਆਈ ਫੇਰ ਲਵਾਂਗੀ ਭਾਨੋ ਨੇ ਹੱਸ ਕੇ ਆਖਿਆ ਅਗਲੀ ਵਾਰੀ ਕੀ ਰਾਮ ਜਾਣੇ ਕੌਣ ਹੋਗਾ ਕੌਣ ਨਿਆ ਹੋਗਾ ਤੂੰ ਹੀ ਵੀ ਲੈ ਲੇ ਨਾ ਭੈਣੇ ਕੁਛ ਨਹੀਂ ਚਾਹੀਦਾ ਭਾਨੋ ਨੇ ਧਰਤੀ ਨੂੰ ਹੱਥ ਲਾ ਕੇ ਉੱਠਦਿਆਂ ਗਿਆ ਫਿਰ ਉਹਨੇ ਹੱਥ ਚੁੱਕ ਕੇ ਹਾਥ-ਹਾਥ ਕਰਕੇ ਥਮਲੇ ਉੱਤੇ ਬੈਠੇ ਬੋਲਦੇ ਕਬੂਤਰਾਂ ਨੂੰ ਡਾਇਆ ਉਹਨੇ ਸੁਣਿਆ ਹੋਇਆ ਸੀ ਘਰ ਚ ਕਬੂਤਰ ਬੋਲਦੇ ਮਾੜੇ ਹੁੰਦੇ ਨੇ ਇਹ ਉਜਾੜ ਭਾਲਦੇ ਨੇ ਅਖਸਣੇ ਉਹ ਗੁਰਦੁਆਰੇ ਚਲੀ ਗਈ ਥੋੜਾ ਚਿਰ ਬੈਠੀ ਉਹ ਪਾਠ ਸੁਣਦੀ ਰਹੀ ਫਿਰ ਉਹਨੇ ਗੁਰਦੁਆਰੇ ਦਾ ਬਗਲ ਸੰਭਰਿਆ ਹਲਤੀ ਦੇ ਔਲੀ ਚੋਂ ਪਾਣੀ ਦੀਆਂ ਬਾਲਟੀਆਂ ਭਰ-ਭਰ ਬੂਟਿਆਂ ਚ ਪਾਉਂਦੀ ਰਹੀ। ਮੇਰੀ ਕੋਠੜੀ ਵੀ ਸੰਭਰ ਜਾਇਆ ਕਰ ਭਾਈ ਅੱਧ ਖੜ ਜੇ ਭਾਈ ਨੇ ਗੁਰਦੁਆਰੇ ਤੋਂ ਬਗਲ ਵਿੱਚ ਆ ਕੇ ਉਹਨੂੰ ਪ੍ਰਸ਼ਾਦ ਦਿੰਦਿਆਂ ਕਿਆ। ਚੰਗਾ ਬਾਬਾ ਜੀ। ਭਾਨੋ ਨੇ ਬਿਨਾਂ ਉਸ ਵੱਲ ਤੱਕਿਆ ਪ੍ਰਸ਼ਾਦ ਲੈਣੇ ਆਖਿਆ। ਮੇਰਾ ਖਿਆਲ ਹੈ ਵਿਆਹ ਚ ਬੜਾ ਕੰਮ ਕਰਦੀ ਥੱਕ ਗਈ। ਭਾਨੋ ਨੂੰ ਹੌਲੀ-ਹੌਲੀ ਤੁਰੀ ਆਉਂਦੀ ਦੇਖ ਬਚਨੀ ਨੇ ਆਪਣੇ ਵੇੜੇ ਚ ਹੀ ਕਿਹਾ। ਨੀ ਬਚਨੀ ਮੇਰਾ ਜਾਣੀ ਕੁਛ ਚਿੱਤ ਜਾਂ ਨਹੀਂ ਰਾਜੀ ਖਬਰ ਨਹੀਂ ਪਖ ਜੀ ਹੋ ਗਈ ਪਾਨੋ ਨੇ ਨਵੀਂ ਜੁੱਤੀ ਕారణ ਪੇ ਛਾਲੀਆਂ ਕਰਕੇ ਲੰਗੜਾਉਂਦਿਆਂ ਦੱਸਿਆ ਮੈਨੂੰ ਤਾਂ ਲੱਗਦਾ ਤੈਨੂੰ ਨજર ਲੱਗੀ ਕਿਸੇ ਦੀ ਕੰਮ ਵੀ ਤਾਂ ਚੌਥੀਵੀਆਂ ਜਨਾ ਕੀਤਾ ਪਰ ਮੈਂ ਤੈਨੂੰ ਦੱਸਾਂ ਕੋਈ ਇਨਾਮ ਨਹੀਂ ਦੇ ਜਾਂਦਾ ਹੁੰਦਾ ਸਭ ਤੁਰਦੇ ਨੈਣ ਪਰੈਣਾ ਦੇ ਲਾਗੂ ਹੈ ਤੂੰ ਮੜੂ ਦਾਸ ਦੀ ਗੁਫਾ ਚ ਜਾ ਕੇ ਹਥੌਲਾ ਕਰਾ ਫੋਰੇ ਚ ਆ ਰਾਮ ਆਜੂ ਮੇਰੀ ਵੀ ਕੁੜੀ ਦੀਆਂ ਇੱਕ ਵਾਰੀ ਜਿਉ ਆਇਆ ਅੱਖਾਂ ਦੁੱਖਣ ਹਟਣ ਚ ਆਉਣ ਹੀ ਨਾ ਫੇਰ ਕਿਸੇ ਨੇ ਦੱਸਿਆ ਵੀ ਕੁੜੀ ਕੰਨੀ ਤਾਂ ਕਿਸੇ ਦੀ ਝਾਕ ਹੋਗੀ ਚਾਰ ਡੰਗ ਹਥੌਲਾ ਕਰਾਇਆ ਅੱਖਾਂ ਚਰਾਗਾ ਨੂੰ ਖੁੱਲ ਗਈਆਂ ਕੁੜੀ ਨੇ ਉਹ ਤਾਂ ਆਪੇ ਡਾਕਦਾਰ ਦੇੋਂ ਦਾਰੂ ਵੀ ਲਿਆਇਆ ਸੀ ਪਰ ਮੈਨੂੰ ਪਤਾ ਰਾਮ ਬਾਵੇ ਦੇ ਹਥੌਲੇ ਨਾਲ ਹੀ ਆਇਆ ਸੀ ਲੈ ਆਪੇ ਆਜੂ ਰਾਮ ਕੀ ਹੁੰਦਾ ਆਪਾਂ ਨੂੰ ਕਹਿੰਦੀ ਭਾਨੂ ਨੇ ਬਚਨੀ ਦਾ ਪੰਪ ਗੇੜ ਕੇ ਓਕ ਨਾਲ ਹੀ ਕਿੰਨਾ ਸਾਰਾ ਪਾਣੀ ਪੀਤਾ ਤੂ ਗਲਾਸ ਲੈ ਲੈ ਬਚਨੀ ਨੇ ਸੰਨੀ ਰਲਾਉਂਦੀਆਂ ਨੇ ਕਿਹਾ ਬਸ ਕੋਈ ਨਹੀਂ ਭਾਨੂ ਨੇ ਕਿਹਾ ਕੁੜਤੀ ਦੀਆਂ ਕੋਹਣੀਆਂ ਤੱਕ ਚਲਿਆ ਗਿਆ ਪਾਣੀ ਨਿਚੋੜਦੀ ਆਪਣੇ ਘਰ ਨੂੰ ਤੁਰ ਪਈ ਘਾਰਾ ਕਿ ਉਹਨੇ ਘਗਰਾ ਲਾ ਕੇ ਟੰਗਣੇ ਉੱਤੇ ਧਰਿਆ ਸੰਦੂਖ ਖੇਠਾਂ ਜੁੱਤੀ ਖੋਲੀ ਹਾਰੇ ਵਿੱਚੋਂ ਕੱਢ ਕੇ ਦਾਲ ਘੋਟੀ ਰੋਟੀ ਲਈ ਫਿਰ ਜਿਵੇਂ ਉਹਦੇ ਕਾਲਜੇ ਚ ਖੋਜੀ ਪਈ ਉਹਨੇ ਕੌਲੀ ਚ ਦਾਲ ਪਾਈ ਤੇ ਹੱਥ ਉੱਤੇ ਹੀ ਦੋ ਰੋਟੀਆਂ ਧਰ ਕੇ ਖਾਣ ਲੱਗ ਪਈ ਅੱਜ ਤਾਂ ਬੁਰਖੀ ਜਾਣੀ ਉਹਦੇ ਮੂੰਹ ਚ ਫੁੱਲਦੀ ਸੀ ਅੱਧਿਕ ਰੋਟੀ ਖਾ ਕੇ ਬਾਕੀ ਦੀ ਡੂਢ ਰੋਟੀ ਉਹਨੇ ਕੁੱਤੇ ਨੂੰ ਪਾ ਦਿੱਤੀ ਉੱਠ ਕੇ ਹੱਥ ਤੋਂ ਲੈ ਫਿਰ ਖਬਰੇ ਉਹਦੇ ਕੀ ਚਿਤਾਈ ਚੱਕੀ ਉੱਤੇ ਮਹਾਂ ਦਾ ਦਾਣਾ ਦਲਣ ਬੈਠ ਗਈ ਅੱਗੇ ਨਾ ਕਦੇ ਪਿੱਛੇ ਪਰ ਅੱਜ ਭਾਨੋ ਦਾਣਾ ਦਲ ਰਹੀ ਸੀ ਛੱਡ ਪਰੇ ਭਾਨੋ ਮਸ਼ੀਨ ਤੇ ਦਲਾ ਲਾਵਾਂਗੇ ਨਰੈਣ ਨੇ ਉਹਨੂੰ ਦਾਣਾ ਦਲਦੀ ਨੂੰ ਦੇਖ ਕੇ ਕਿਹਾ ਖਬਰੇ ਚੱਕੀ ਦੇ ਖੜਕੇ 'ਚ ਗੱਲ ਭਾਨੋ ਨੂੰ ਸੁਣੀ ਨਹੀਂ ਜਾਂ ਸੁਣ ਕੇ ਉਹਨੇ ਗੋਲੀ ਨਹੀਂ ਉਸੇ ਤਰ੍ਹਾਂ ਦਾਣਾ ਦਲਦੀ ਰਿਹਾ ਭਾਨੂੰ ਅੱਜ ਤੈਨੂੰ ਕੀ ਹੋ ਗਿਆ ਨਰੈਣ ਨੇ ਚੱਕੀ ਦਾ ਹੱਥਾ ਫੜਦਿਆਂ ਕਿਆ ਭੱਖ ਜੀ ਹੋ ਗਈ ਸੀ ਮੈਂ ਕਿਹਾ ਪਸੀਨਾ ਆ ਕੇ ਰਾਮ ਆ ਜੂਗਾ ਆਪ ਦੀ ਉਹ ਡਾਕਦਾਰੀ ਘੋਟਣ ਬੈਠ ਜਾਨੀ ਐ ਭੱਖ ਜੀ ਹੋ ਗਈ ਤਾਂ ਚੱਕੀ ਪੀਣ ਬੈਠ ਚੋ ਦੇਖ ਤਾਂ ਮੂੰਹ ਜਿਵੇਂ ਦੱਬ ਕੇ ਕੱਢੀ ਹੁੰਦੀ ਐ ਨਰੈਣ ਨੇ ਉਹਨੂੰ ਪੀੜੀ ਤੋਂ ਉਠਾਲਦਿਆਂ ਕਿਆ ਐ ਨਹੀਂ ਮੈਨੂੰ ਕੁਝ ਹੁੰਦਾ ਬੇ ਲੋੜਿਆਂ ਬੰਦਿਆਂ ਦੀ ਤਾਂ ਰੱਬ ਨੂੰ ਵੀ ਲੋੜ ਨਹੀਂ ਲੋੜ ਨਹੀਂ ਮੈਂ ਤਾਂ ਤੇਰੇ ਬਿਨਾਂ ਯਤੀਮ ਆ ਯਤੀਮ ਜਿਹਦਾ ਨਾਂ ਹੋਰ ਕੋਈ ਅੰਮਾ ਨਾ ਬਾਬਾ ਤੂੰ ਪੈ ਜਾ ਲੀੜਾ ਲੈ ਕੇ ਮੈਂ ਜੇਠੂ ਨਾਈ ਤੋਂ ਕੁੜੀਆਂ ਲੈ ਕੇ ਆਉਣਾ ਚਾਹ ਤਰ ਲੈ ਕੈੜੀ ਜੀ ਫੋਰੇ ਚ ਰਾਮ ਆਜੂ ਆਖਦਾਂ ਨਰੈਣ ਬਾਦ ਨੂੰ ਤੁਰ ਪਿਆ ਚੂੜੀਆਂ ਛਡਾ ਲਓ ਚੂੜੀਆਂ ਬਾਹਰ ਬਹੀ ਚ ਮੁਨਿਆਰੇ ਨੇ ਹੋਕਾ ਦਿੱਤਾ ਭਾਣੂ ਬਾਹਰ ਨਿਕਲੀ ਚੂੜੀਆਂ ਵਾਲੇ ਨੂੰ ਸੱਦ ਲਿਆ ਕਿੰਨਾ ਚਿਰ ਚੂੜੀਆਂ ਪਸੰਦ ਕਰਦੀ ਰਹੀ ਭਾ ਬਣਾਉਂਦੀ ਰਹੀ ਫੇਰ ਆਪ ਹੀ ਖਬਰ ਨਹੀਂ ਕੀ ਚਿੱਤ ਚਾਇਆ ਉੱਠ ਕੇ ਖੜੀ ਹੋ ਗਈ ਤੇ ਕਹਿਣ ਲੱਗੇ ਚੱਲ ਰਹਿਣ ਦੇ ਵੀ ਭਾਈ ਜਿਉਂਦੇ ਰਹੇ ਤਾਂ ਕਦੇ ਫੇਰ ਦੇਖੀ ਜਾਓ ਮੁਨਿਆਰਾ ਕੁਝ ਕਹਿਣ ਹੀ ਵਾਲਾ ਸੀ ਕਿ ਉਹ ਬਹੀ ਚੋ ਆਪਣੇ ਅੰਦਰ ਜਾਵੜੀ ਬਾਹਰ ਭੇੜ ਲਿਆ ਬੁੜਬੁੜ ਕਰਦੇ ਮੁਨਿਆਰੇ ਨੇ ਖੁੱਲੀਆਂ ਚੂੜੀਆਂ ਗੁੱਚੀਆਂ ਚ ਪਾਈਆਂ ਤੇ ਡੱਗੀ ਬਨ ਕੇ ਚੂੜੀਆਂ ਚੜਾ ਲਉ ਦਾ ਹੋਕਾ ਦਿੰਦਾ ਆਵਾਜ਼ ਅਗਾ ਤੁਰ ਗਿਆ ਚੜਦੇ ਛਿਪਦੇ ਦਿਨ ਦਿਨ ਦੇ ਮਗਰ ਮਗਰ ਤੁਰੀਆਂ ਫਿਰਦੀਆਂ ਰਾਤਾਂ ਇਹ ਸਭ ਪਾਨੋਂ ਦੇ ਕੋਲ ਕੋਲ ਦੀ ਲੰਗੇ ਜਾ ਰਹੇ ਸਨ ਤਾਨੂੰ ਜਿੱਥੇ ਬੈਠਦੀ ਸੁੰਨਿਆਂ ਮੰਗ ਬੈਠੀ ਰਹਿੰਦੀ ਜਿੱਧਰ ਝਾਕਦੀ ਝਾਕੀ ਜਾਂਦੀ ਗੁਰਦੁਆਰੇ ਹੁਣ ਦੋ ਵੇਲੇ ਜਾਣ ਲੱਗ ਪਈ ਬੈਠੀ ਮਹਾਰਾਜ ਦਾ ਪਾਠ ਸੁਣਦੀ ਰਹਿੰਦੀ ਕਦੇ ਕੁਝ ਸੁਣ ਜਾਂਦਾ ਕਦੇ ਕੁਝ ਨਾ ਵੀ ਸੁਣਦਾ ਇੱਕ ਦਿਨ ਬਾਹਰ ਮਹਾਰਾਜ ਦੀ ਬੀੜ ਸੰਤੋਖ ਦੇ ਆ ਭਾਈ ਜੀ ਨੇ ਦੇਖਿਆ ਤੁਹਾਨੂੰ ਵਗਲਾ ਸੰਭਰ ਰਹੀ ਸੀ ਤੇ ਨਾਲ ਹੀ ਬੜੀ ਉਦਰੀ ਆਵਾਜ਼ ਚ ਹੌਲੀ-ਹੌਲੀ ਗਾ ਰਹੀ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਬੀੜ ਸੰਤੋਖ ਕੇ ਭਾਈ ਜੀ ਆਪਣੀ ਕੋਠੜੀ ਚ ਆ ਗਿਆ ਭੌਨੋਂ ਦਾ ਉਸ ਪਾਸੇ ਕੋਈ ਧਿਆਨ ਨਹੀਂ ਸੀ ਬਾਗਲਾ ਸੰਬਰ ਉਹ ਕੋਠੜੀ ਸੰਭਰਨ ਗਈ ਭਾਈ ਜੀ ਨੂੰ ਉੱਥੇ ਦੇਖ ਮੂੜੀ ਚੱਲੀ ਸੀ ਜਦੋਂ ਉਹਨਾਂ ਆਵਾਜ਼ ਦੇ ਕੇ ਕਿਹਾ ਸੰਬਰ ਜਾ ਭਾਈ ਤੇ ਆਪ ਗੁਟਕਾ ਲੈ ਕੇ ਮੰंजे ਤੇ ਬਹਿ ਗਏ ਗਰਦ ਪੈਣ ਦੇ ਡਰੋਂ ਭਾਨੋਂ ਨੇ ਹੌਲੀ-ਹੌਲੀ ਕੋਠੜੀ ਸੰਭਰੀ ਸੰਬਰ ਕੇ ਸੂਣ ਬਾਹਰ ਲਿਆ ਤਰੀ ਹਲਟੀ ਤੋਂ ਹੱਥ ਤੋਤੇ ਪ੍ਰਸ਼ਾਦ ਲੈ ਜਾ ਕੁੜੇ ਭਾਈ ਜੀ ਨੇ ਹਾਕ ਮਾਰ ਕੇ ਕਿਹਾ ਤੁਹਾਨੂੰ ਮੋੜਾਈ ਤੇਰਾ ਗੁਰੂ ਘਰ ਨਾਲ ਖਾਸਾ ਹੀ ਪੇਮ ਲੱਗਦਾ ਹੈ ਤੁਹਾਨੂੰ ਚੁੱਪ ਰਹੀ ਹੋਰ ਕੀ ਲੈ ਜਾਣਾ ਜੱਗ ਤੋਂ ਗੁਟਕਾ ਰੁਮਾਲ ਚੂਬਲੇਟ ਦੇ ਆਪੀ ਭਾਈ ਜੀ ਨੇ ਕਿਹਾ ਤੂੰ ਭਾਈ ਨਰੈਣ ਅਮਲੀ ਦੇ ਘਰੋਂ ਹੈ ਨਾ ਹਾਂਜੀ ਬੱਚਾ ਹੈ ਕੋਈ ਨਹੀਂ ਜੀ ਅੱਛਾ ਮਨ ਲਾ ਕੇ ਕਰਿਆ ਕਰ ਸੇਵਾ ਰੱਬ ਦੇ ਘਰ ਕਾ ਦਾ ਘਟਾ ਤੁਹਾਨੂੰ ਚੁੱਪ ਕਰ ਗਈ ਮੈਂ ਤੈਨੂੰ ਇੱਕ ਬਾਣੀ ਦੱਸਾਂ ਕਤਰ ਸੌ ਵਾਰੀ ਨਿਤ ਪਾਠ ਕਰਿਆ ਕਰ ਸਭ ਕੰਮ ਸਿੱਧ ਹੋ ਜਾਣਗੇ ਲਿਖਦਿਆਂ ਜੀ ਪੜ੍ਹਨਾ ਤਾਂ ਮੈਨੂੰ ਆਉਂਦਾ ਨਹੀਂ ਤੁਸੀਂ ਮੂੰਹ ਜਵਾਨੀ ਦੱਸ ਦਿਓ ਚੰਗਾ ਸੁਣ ਬਾਣੀ ਹੈ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਕਹਿਗਾ ਪੰਜ ਵਾਰੀ ਭਾਨੂ ਨੇ ਪੰਜ ਵਾਰੀ ਕਿਹਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਲੈ ਪ੍ਰਸ਼ਾਦ ਲੈ ਭਾਈ ਜੀ ਨੇ ਮੱਥਾ ਟੇਕ ਕੇ ਗੁਟਕਾ ਆਲੇ ਵਿੱਚ ਰੱਖ ਪੀਪੀ ਵਿੱਚੋਂ ਪਤਾਸਿਆਂ ਦੀ ਮੁੱਠੀ ਭਰ ਭਾਨੂੰਵਲ ਕਰਕੇ ਗਿਆ ਭਾਨੂੰ ਬੁੱਕੜ ਭਾਨੂੰ ਨੇ ਬੁੱਕੜ ਦਿੱਤੀ ਭਾਈ ਜੀ ਨੇ ਪਤਾਸੇ ਉਹਦੀ ਬੁੱਕ ਚ ਪਾ ਕੇ ਉਹਦੀ ਬਾਹਮ ਫੜ ਲਈ ਗੁਰੂ ਦੱਛਣਾ ਨਹੀਂ ਦੇਣੀ ਭਾਈ ਜੀ ਨੇ ਦਾੜੀ ਮੁੱਛਾਂ ਦੇ ਵਿੱਚ ਹੀ ਮੁਸਕਰਾਉਂਦਿਆਂ ਕਿਹਾ ਭਾਨੂੰ ਹੱਕੀ ਬੱਕੀ ਰਹਿ ਗਈ ਹੱਥ ਖਿੱਚੇ ਤਾਂ ਪ੍ਰਸ਼ਾਦ ਡੁੱਲਦਾ ਸੀ ਬਾਹਰ ਕੋਈ ਉੱਤੇ ਡੋਲ ਖੜ ਗਿਆ ਭਾਈ ਜੀ ਨੇ ਪਾਨੋ ਦੀ ਬੰਨ ਛੱਡ ਦਿੱਤੀ ਮੈਂ ਤਾਂ ਤੈਨੂੰ ਪਰਖਦਾ ਸੀ ਸੇਵਾ ਨਾ ਗੁਰੂ ਘਰ ਦੀ ਛੱਡ ਦੇਈ ਹੋਰ ਇਸ ਜੱਗ ਤੋਂ ਕੀ ਲੈ ਜਾਣਾ ਕਾਲੀ ਕਾਲੀ ਬਾਹਰ ਨੂੰ ਜਾਂਦੀ ਪਾਨੋ ਨੂੰ ਮਗਰੋਂ ਭਾਈ ਜੀ ਨੇ ਕਿਹਾ ਪਾਨੋ ਬਿਨਾ ਮੱਥਾ ਟੇਕਿਆ ਹੀ ਤੁਰ ਪਈ ਸਤਨਾਮ ਸ੍ਰੀ ਵਾਹਿਗੁਰੂ ਪਿੱਛੇੋਂ ਭਾਈ ਜੀ ਨੇ ਉੱਚੀ ਸਾਰੀ ਆਖਿਆ ਘਰ ਨੂੰ ਮੁੜੀ ਆਉਂਦੀ ਪਾਨੋ ਨੇ ਦੇ ਇੱਕ ਮੋਟੀ ਸਰੀ ਸੂਲ ਪੈਰ ਵਿੱਚ ਲੱਗੀ ਸੂਲ ਜਦੋਂ ਉਹਨੇ ਖਿੱਚ ਕੇ ਕੱਢੀ ਨਾਲੀ ਮੈਲੀ ਦੀ ਤਤੀਰੀ ਵਗ ਪਈ ਝੋਨੇ ਨਾਲ ਨੀਰ ਪਾੜ ਕੇ ਭਾਨੋਂ ਨੇ ਆਪਣੇ ਪੈਰ ਉੱਤੇ ਬਨੀ ਲੰਗੜਾਉਂਦੀ ਲੰਗੜਾਉਂਦੀ ਉਹ ਘਰ ਨੂੰ ਤੁਰ ਪਈ ਘਰ ਆ ਕੇ ਉਹਨੇ ਦਾਲ ਤਰੀ ਰੋਟੀ ਲਈ ਥਾਂ ਸੰਭਰਿਆ ਪੀਣ ਕਰਨ ਲਈ ਜਦੋਂ ਭੜੋਲੀ ਚੋਂ ਨੇ ਕਣਕ ਕੱਢੀ ਤਾਂ ਉਹਨੂੰ ਸੁਸਰੀ ਸੁਸਰੀ ਲੱਗੀ ਪਈ ਸੀ ਅੱਜ ਨਰੈਣ ਜਦੋਂ ਰੋਟੀ ਖਾਣ ਬੈਠਾ ਤਾਂ ਉਹਨੇ ਥਾਲੀ ਵਗਾ ਕੇ ਮਾਰੀ ਨੂਨ ਨਾਲ ਜ਼ਹਿਰ ਕੀਤੀ ਪਈ ਹੈ ਦਾਲ ਉਹਨੇ ਖਿਜ ਕੇ ਕਿਹਾ ਭਾਨੂ ਨੇ ਆਪ ਪੁਰਾ ਮੂੰਹ ਨੂੰ ਲਾ ਕੇ ਦੇਖੇ ਸੱਚੀ ਦਾਲ ਤਾਂ ਲੂਣ ਨਾਲ ਕੋੜੀ ਹੋਈ ਪਈ ਸੀ ਖਬਰ ਨਹੀਂ ਭੁੱਲ ਕੇ ਦੋ ਵਾਰੀ ਪੈ ਗਿਆ ਉਹਨੇ ਖਬਰੇ ਆਪਣੇ ਆਪ ਨੂੰ ਖਬਰੇ ਨਰੈਣ ਨੂੰ ਕਿਹਾ ਕਹੇਂ ਜੀ ਤਾਂ ਸ਼ੱਕਰ ਚ ਠੰਡਾ ਪਾ ਦਿਆਂ ਭਾਨੂ ਨੇ ਵਿਚਾਰੀ ਜੀ ਹੋ ਕੇ ਪੁੱਛਿਆ ਕੱਚੇ ਮਿੱਠੇ ਨਾਲ ਤੈਨੂੰ ਪਤਾ ਹੈ ਮੇਰੇ ਮਸੂੜੇ ਫੁੱਲ ਜਾਂਦੇ ਆ ਨਰੈਣ ਨੇ ਉਸੇ ਖਿਜ ਨਾਲ ਕਿਹਾ ਚੰਗਾ ਬੀਬੇ ਸੰਤੀ ਦਿਓ ਲਿਆ ਦੇਨੀ ਆ ਆਖ ਭਾਨੂ ਨੇ ਕੋਲੀ ਚੁੱਕ ਸੰਤੀ ਦੀੋਂ ਦਾਲ ਮੰਗਣ ਤੁਰ ਪਈ ਮੱਥਾ ਟੇਕਦੀ ਐ ਬੇਬੇ ਕੀ ਧਰਿਆ ਤੂੰ ਅੱਜ ਭਾਨੋ ਨੇ ਘਿਓ ਤੱਤਾ ਕਰਦੀ ਸੰਤੀ ਨੂੰ ਪੁੱਛਿਆ ਮੈਂ ਤਾਂ ਕੁੜੀ ਅੱਜ ਮਿਸੀਆਂ ਪਾਣੀ ਹੱਥੀਆਂ ਹੀ ਲਾਈਆਂ ਨੇ ਆਪ ਤਾਂ ਇਹ ਅੱਜ ਸ਼ਹਿਰ ਗਿਆ ਹੋਇਆ ਤੇ ਬਾਕੀ ਮੁੰਡਿਆਂ ਨੂੰ ਜਿਸ ਕਾਸੀ ਨਾਲ ਮਰਜ਼ੀ ਦੇ ਦਿਓ ਉਹ ਨਹੀਂ ਵਿਚਾਰੇ ਸਤਿਆਮਾਨ ਕੁਛ ਆਖ ਦੇ ਮੈਂ ਕਿ ਆਪੇ ਗੰਡੇ ਗੁੰਡੇ ਨਾਲ ਖਾ ਲੈਣਗੇ ਧਰੇ ਵੀ ਨਿੱਤ ਕਾਦੀ ਜਾਂ ਛੋਲਿਆਂ ਦੀ ਦਾਲ ਐ ਜਾਂ ਕੱਦੂ ਐ ਮੇਰੇ ਕੋਲ ਤਾਂ ਅੱਜ ਦਾਲ ਚ ਨੂਨ ਹੀ ਬਹੁਤਾ ਪੈ ਗਿਆ। ਹੁਣ ਕਜੀਆ ਕਰਦਾ ਮੈਂ ਕਿਹਾ ਬੇਬੇ ਨੇ ਕੁਛ ਧਰਿਆ ਹੋ। ਬਹਿ ਜਾ। ਚਲਦੀਆਂ। ਆਖ ਭਾਨੋ ਉਸੇ ਤਰ੍ਹਾਂ ਖਾਲੀ ਕੌਲੀ ਲੈ ਕੇ ਮੋੜਾਈ। ਇਹਨੇ ਚ ਨੂਨ ਨਰੈਣ ਅਮਲੀ ਨੇ ਚੁੱਲ੍ਹੇ ਉੱਤੇ ਚਾਹ ਧਰ ਦਿੱਤੀ ਸੀ। ਮੈਂ ਕਿਹਾ ਚਾਹ ਨਾਲ ਹੀ ਖਾ ਲਾਂਗੇ। ਜਰਾ ਕੈੜੀ ਰੱਖ ਦੇ। ਉਹਨੇ ਚੁੱਲ੍ਹੇ ਮੋੜੇ ਉੱੜਦੇ ਆ ਕੇ। ਭਾਨੋ ਨੇ ਕਾੜ-ਕਾੜ ਕੇ ਦੋ ਸੁਦੀ ਦਾ ਦੁੱਧ ਪਾ ਕੇ ਚਾਹ ਬਣਾਈ। ਪਰ ਕਿਸਮਤੀ ਮਾਰ ਲਾਉਣ ਲੱਗੀ ਤਾਂ ਪਤੀਲੀ ਹੱਥੋਂ ਛੁੱਟ ਗਈ। ਤੱਤੀ ਚਾਹ ਉਹਦੇ ਪੈਰਾਂ ਤੇ ਵੀ ਪੈ ਗਈ। ਨਰੈਣ ਨੂੰ ਉਸੇ ਵੇਲੇ 2 ਥੋਲਾ ਉਸ ਦੇ ਮੋਰਾ ਚ ਧਰ ਦਿੱਤੀਆਂ ਤੇ ਨਾਸਾਂ ਬੰਕਰ ਦਾ ਬੋਲਿਆ। "ਸਾਲੀ ਕੰਜਰ ਦੀ ਸੁਰਤਖਾਨੀ ਕਿੱਥੇ ਗਈ ਰਹਿੰਦੀ ਐ? ਇਹ ਆਪ ਦੀ ਮਾਂ ਡੋਲਣ ਵਾਸਤੇ ਬਣਾਈ ਸੀ।" ਭਾਨੋ ਨੇ ਛੜਦੇ ਛੜਦੇ ਪੈਰਾਂ ਉੱਤੇ ਆਪਣੇ ਜਾਣੇ ਤੱਕ ਠੰਡਾ ਪਾਣੀ ਪਾਇਆ ਸੀ। ਪਰ ਉਹ ਸਗੋਂ ਹੋਰ ਮੱਚਣ ਲੱਗ ਪਏ ਸੀ। ਪਾਤ ਛੜਦੀ ਰੁੱਤ ਰੁੱਖੀਆਂ ਵਗਦੀਆਂ ਲੋਆਂ ਵੇਲੇ ਕੁਵਲੇ ਉੱਠਦੇ ਘੁੰਮਣ ਘੇਰੀਆਂ ਖਾਂਦੇ ਬਾਬ ਰੋਲੇ ਕੋਂ ਅੱਖ ਨਿਕਲਦੀ ਧੁੱਪ ਕੰਧ ਦੇ ਪਰਛਾਵੇਂ ਕੱਪੜਾ ਵਿਛਾਈ ਸਿਆਲਾਂ ਦੀ ਪਈ ਕਪਾਹ ਵੇਲ ਦੀ ਪਾਨੂ ਥਿੰਦੇ ਛੱਟੇ ਬਿੰਦੇ ਛੱਟੇ ਥੱਕ ਜਾਂਦੀ ਸੀ ਕੁੜੇ ਪਾਨੂ ਕਿਹੜੀ ਰੁੱਤੇ ਵੇਲਣਾ ਡਾ ਲਿਆ ਬਚਨੀ ਨੇ ਕੰਧ ਉੱਤੋਂ ਦੀ ਪੱਠਿਆ ਮੈਂ ਲਈ ਬੜੇਵੇਂ ਚਾਹੀਦੀ ਸੀ ਬਚਨੀ ਵੇਲਣਾ ਥੰਮ ਕੇ ਪਾਣੀ ਪੀਣ ਉਠੀ ਭਾਨੋ ਨੇ ਜਵਾਬ ਦਿੱਤਾ ਪਿਛਲੀ ਨਾਲੋਂ ਇਹ ਮੈਂ ਥੋੜੀ ਚੰਗੀ ਐ ਨਾਲੇ ਮਗਰ ਕੱਟੀ ਐ ਚੌਹ ਸਾਲਾਂ ਨੂੰ ਬਰਾਬਰ ਦੀ ਮਹਿਮ ਬਣੀ ਲੈ ਬਚਣੀ ਨੇ ਕੰਧ ਉੱਤੇ ਲੀੜੇ ਸੁੱਕਣੇ ਪਾਉਂਦਿਆਂ ਕਿਆ ਚੌਹ ਸਾਲਾਂ ਨੂੰ ਖਬਰੇ ਕਿਹੜੇ ਰਾਜ ਦੀ ਪਰਜਾ ਹੋਣੀ ਐ ਬਚਣੀ ਸਾਲਾਂ ਜਾਂਦਿਆਂ ਦਾ ਨਹੀਂ ਪਤਾ ਲੱਗਦਾ ਹੁੰਦਾ ਅੱਖ ਦੇ ਫੋਰਚੀ ਲੰਘ ਜਾਂਦੇ ਨੇ ਸਾਡੀ ਬੁੜੀ ਮਰੀ ਨੂੰ ਚੌਥਾ ਸਾਲ ਗਿਆ ਯਾਨੀ ਅੱਜ ਕੱਲ ਦੀ ਗੱਲ ਲੱਗਦੀ ਐ ਪੰਪਾਂ ਕਰਦੀ ਫਿਰਦੀ ਹੁੰਦੀ ਸੀ ਇੱਥੇ ਬੰਦਾ ਤਾਂ ਪਾਣੀ ਦਾ ਬੁਲਬਲਾ ਐਮੀ ਉਹ ਮੇਰੀ ਮੇਰੀ ਕਰਦਾ ਤੁਰਿਆ ਫਿਰਦਾ ਰਹਿੰਦਾ ਭਾਨੂ ਨੇ ਮੁੜ ਕੇ ਵੇਲਣੇ ਉੱਤੇ ਬੈਠਦੇ ਆ ਕਿਆ ਆਹੋ ਭੈਣੀ ਮਰਨਾ ਸੱਚ ਬਾਕੀ ਸਭ ਕੂੜ ਕਹਿੰਦੀ ਬਚਣੀ ਕੱਪੜੇ ਸੁੱਕਣੇ ਪਾ ਕੇ ਵਿਹੜੇ ਵਿੱਚੋਂ ਮੁੜ ਗਈ ਇੰਨੇ ਨੂੰ ਨਰੈਣਾ ਬਾਹਰੋਂ ਆ ਗਿਆ ਚਿਲਮ ਭਰ ਕੇ ਭਾਨੂ ਦੇ ਕੋਲ ਹੀ ਬੈਠ ਗਿਆ ਕੁਛ ਚਿਰ ਚਿਲਮ ਪੀਂਦਾ ਰਿਹਾ ਫਿਰ ਜਿਵੇਂ ਉਹਨੂੰ ਹੱਥੂ ਜਿਹਾ ਆ ਗਿਆ ਚਿਲੰਪਰਾ ਰੱਖ ਕੇ ਸਾਫੀ ਨਾਲ ਮੂੰਹ ਪੂੰਝਦਾ ਬੋਲਿਆ ਭਾਨੂ ਕੱਪੜੇ ਤਾਂ ਧੋ ਲਿਆ ਕਰ ਕਦੇ ਅੱਗੇ ਮੈਨੂੰ ਚਿਹੜਾ ਕਰਦੀ ਹੁੰਦੀ ਸੀ ਹੁਣ ਆਪ ਮੇਰੇ ਨਾਲੋਂ ਵੀ ਘੋਰੀ ਹੋਗੀ ਅੱਛਾ ਮੇਰੇ ਕੱਪੜੇ ਬਹੁਤੇ ਮਲੇ ਹੋਗੇ ਉਹਨੇ ਆਪਣੇ ਕੱਪੜਿਆਂ ਵੱਲ ਨਜ਼ਰ ਮਾਰ ਕੇ ਆਖਿਆ ਮਖਾ ਅੱਜਕੱਲ ਤੂੰ ਉਪਰੀ ਉਪਰੀ ਜੀ ਕੀ ਤੁਰੇ ਫਿਰਦੀ ਰਹਿੰਨੀ ਐ ਜਿਵੇਂ ਪੁਰਾਣੀ ਆਈ ਹੋਵੇ ਨਹੀਂ ਤਾਂ ਨਹੀਂ ਤਾਂ ਭਾਨੂ ਨੇ ਕਪਾਹ ਵਿਲਦਿਆਂ ਕਿਆ ਮੈਨੂੰ ਲੱਗਦਾ ਤੂੰ ਮੇਰੇ ਨਾਲ ਆ ਤਾਂ ਗਈ ਪਰ ਜੀ ਤੇਰਾ ਜੀ ਵੀ ਪਿੱਛੇ ਹੀ ਪਿਆ ਪਿੱਛੇ ਮੇਰਾ ਕੌਣ ਹੈ ਜੀ ਤੁਹਾਨੂੰ ਨੇ ਬੇਦਲੀ ਨਾਲ ਕਿਹਾ ਫਿਰ ਉਦਰੀ ਕਿਹੜੀ ਗੱਲਾਂ ਰਹਿਣੀਆਂ ਖਾਣ ਦਾ ਨਹੀਂ ਘਾਟਾ ਪੀਣ ਦਾ ਨਹੀਂ ਘਾਟਾ ਨਹੀਂ ਤਾਂ ਤੁਹਾਨੂੰ ਨੇ ਵੇਲੇ ਨੂੰ ਮਸਾਂ ਗੇੜਾ ਦਿੰਦੇ ਆ ਕਿਹਾ ਤੁਹਾਨੂੰ ਹਾਂ ਮੱਖਾ ਤੂੰ ਕਿਸੇ ਗੱਲੋਂ ਮੇਰੇ ਨਾਲ ਗੁੱਸੇ ਹੈ ਚੱਜ ਨਾਲ ਗੱਲ ਜੀ ਨਹੀਂ ਕਰਦੀ ਨਹੀਂ ਮੈਂ ਗੁੱਸੇ ਕਿਸ ਦੇ ਨਾਲ ਹੋਣਾ ਕੁਝ ਪਲ ਟਪੁਰਤੇ ਰਿ ਨਰੈਣ ਉਟਕੇ ਖੜੋ ਗਿਆ ਫਿਰ ਪਤਾ ਨਹੀਂ ਕੀ ਸੋਚ ਕੇ ਬੈਠ ਗਿਆ ਅਸਮਾਨ ਉੱਤੇ ਕੋਈ ਕੋਈ ਬੱਦਲ ਦਿਸਿਆ ਖਬਰ ਨਹੀਂ ਵਾਰੀ ਪਵੇ ਰਾਤਾਂ ਹੀ ਨਰੈਣ ਨੇ ਖਬਰੇ ਆਪਣੇ ਆਪ ਨੂੰ ਕਿਹਾ ਕਿ ਭਾਨੋ ਨੂੰ ਭਾਨੋ ਨੇ ਕੋਈ ਉੱਤਰ ਨਾ ਦਿੱਤਾ ਭਾਨੋ ਹਾਂ ਚੱਲ ਕੁਛ ਨਹੀਂ ਆਪ ਨਰੈਣ ਨੇ ਫੇਰ ਚਲਮ ਚੋਕ ਲਈ ਤੇ ਪੀਣ ਲੱਗ ਪਿਆ ਭਾਨੋ ਨੇ ਵੇਲਣਾ ਥੰਮ ਦਿੱਤਾ ਭਾਨੋ ਨਰਨਿ ਚੇ ਲੰਬੀ ਚੁੱਠੰਡੀ ਹੁੰਦੀ ਹੁੰਦੀ ਜਾ ਰਹੀ ਅੱਗੇ ਕਿ ਪਾਸੇ ਡੋਲਦਿਆਂ ਕਿਆ ਹਾਂ ਆਪਣੀ ਬੀਬੋ ਦੇ ਵਿਆਹ ਚ ਹਰੀ ਆਇਆ ਸੀ ਨਾ ਆਹੋ ਭਾਨੋ ਨੇ ਕਪਾ ਚ ਹੱਥ ਫੇਰਦਿਆਂ ਕਿਆ ਉਹਦੀ ਇੱਕ ਸਾਲੀ ਐ ਦੇਖੇ ਨਾ ਭਾਨੋ ਰੱਬ ਨੂੰ ਜਾਣ ਦੇਣੀ ਐ ਭਾਵੇਂ ਤੂੰ ਮੇਰੇ ਕੋਲੋਂ ਗੰਗਾ ਜਲੀ ਝਕਾ ਲੈ ਮੈਂ ਤੈਨੂੰ ਨਹੀਂ ساری ਉਮਰ ਪਿੱਠ ਦੇਣੀ ਦੇਖੇ ਨਾ ਘਰ ਦੀ ਮੁਖਤਿਆਰਨ ਤੂੰ ਹੀ ਰਹੇਂਗੀ ਭਾਵੇਂ ਗੂਠਾ ਲਵਾ ਲੈ ਦੇਖੇ ਨਾ ਭਾਨੋ ਆਪਾਂ ਨੂੰ ਬੁੜੇ ਹੋਿਆਂ ਨੂੰ ਕੋਈ ਪਾਣੀ ਦੇਣ ਵਾਲਾ ਵੀ ਤਾਂ ਚਾਹੀਦਾ। ਬਸ ਇੱਕ ਜਵਾਕ ਦੀ ਖਾਤਰ ਐ ਸਭ ਕੁਝ। ਮੈਂ ਉਹਨੂੰ ਸਾਫ਼ ਆਖਤਾ ਸੀ ਵੀ ਜੇ ਭਾਨੋ ਮੰਨੂਗੀ ਤਾਂ ਐ। ਭਾਨੋ ਨੇ ਕੋਈ ਜਵਾਬ ਨਾ ਦਿੱਤਾ। ਉਹ ਨੌ ਨਾਲ ਹੀ ਆਪਣੇ ਹੱਥ ਵਿੱਚ ਵੱਜੀ ਛਿਲਤ ਕੱਢਣ ਲੱਗ ਪਈ। ਭਾਨੋ ਮੈਂ ਤਾਂ ਉਮਰ ਜੀ ਲੰਘਾ ਲਈ ਸੀ। ਤੇ ਤੈ ਆਪ ਹੀ ਆ ਕੇ ਸਾਰੇ ਮੋਹ ਜਿਹਾ ਜਗਾਤੇ। ਭਾਨੋ ਨੇ ਕੋਈ ਜਵਾਬ ਨਾ ਦਿੱਤਾ। ਦੇਖ ਨਾ ਭਾਨੋ ਜੇ ਇੱਕ ਜਵਾਕ ਹੋ ਜਾਂਦਾ ਬਸ ਨੌਂ ਰਹਿ ਜਾਂਦਾ ਆਪਣਾ ਫੇਰ ਨਹੀਂ ਸੀ ਕਦੇ ਮੈਂ ਇਹ ਗੱਲ ਸੋਚਣੀ ਪਰ ਹੁਣ ਮੈਂ ਵੀ ਗਊ ਦੀ ਸੌਂ ਖਾ ਕੇ ਕਹਿੰਨਾ ਵੀ ਚੱਲੂਗੀ ਤੇਰੀ ਉਹ ਘਰ ਚ ਭੱਜੇ ਜਾਂਦੇ ਬੱਦਲ ਜਿਵੇਂ ਬਿੰਦ ਦੀ ਬਿੰਦ ਖਲੋ ਗਏ ਦੂਰ ਕਿਤੇ ਡੂੰਗਾ ਜਿਆ ਕੋਰੀਆ ਮੋਟੀਆਂ-ਮੋਟੀਆਂ ਦੋ ਚਾਰ ਕਣੀਆਂ ਡਿੱਗੀਆਂ ਉੱਠੀਏ ਨਰੈਣ ਨੇ ਭਾਨੋਵਾਲ ਤੱਕ ਕੇ ਪੁੱਛਿਆ ਪੋਰ ਦੇਖ ਦੇਖ ਲੈਨੇ ਆ ਬਿੰਦ ਖਬਰੀ ਬਦਲ ਲੰਘ ਹੀ ਜਾਵੇ ਬਦਲਦੀ ਰੁੱਤ ਢਲਦੀ ਦੁਪਹਿਰ ਰੁੱਖੀ ਜੀ ਹਵਾ ਉਦਰਿਆ ਉਦਰਿਆ ਜੀ ਭਾਨੋ ਸੰਤੀ ਕੋਲ ਬੈਠੀ ਸੀ ਬੇਬੇ ਸੰਤੀ ਤੈਨੂੰ ਕੀ ਦੱਸਾਂ ਰਾਤ ਤਾਂ ਮੈਂ ਜੇ ਰੋਟੀ ਲਾ ਕੇ ਹਟੀ ਸੀ ਖਾਸਾ ਨੇਰਾ ਹੋਇਆ ਪਿਆ ਸੀ ਹੂੰ ਮੈਨੂੰ ਨਾ ਜਾਣੇ ਕਿਸੇ ਨੇ ਬੀਹੀ ਵਿੱਚੋਂ ਹਾਕ ਮਾਰੀ ਮੈਂ ਨਾ ਬੇਬੇ ਸੰਤੀ ਝੱਟ ਦੇ ਕੇ ਬਾਹਰ ਆਈ ਮੈਨੂੰ ਨਾ ਜਿਵੇਂ ਕੋਈ ਬੁਲਾਉਂਦਾ ਪਰ ਬਾਹਰ ਆ ਕੇ ਦੇਖਿਆ ਤਾਂ ਕੋਈ ਨਹੀਂ ਸੀ ਮੈਂ ਸੋਚਾਂ ਵੀ ਮਨਾ ਮੈਨੂੰ ਇਹ ਭੋਜਲ ਜਾ ਕਿਉਂ ਦਿਖਾਈ ਦਿੱਤਾ ਉਹੀ ਭਾਨੋ ਤੈਨੂੰ ਭੁਲੇਖਾ ਲੱਗਿਆ ਹੋਣਾ ਨਾਲੇ ਅਗਲੀ ਪਿਛਲੀ ਮਤ ਇਉਂ ਹਾਕ ਪਈ ਤੇ ਜਾਈਦਾ ਨਹੀਂ ਹੁੰਦਾ ਫੇਰ ਨਾ ਬੇਬੇ ਰਾਤ ਸੁਪਨੇ ਚ ਮੈਨੂੰ ਮੇਰੀ ਮਾਂ ਦਿਖਾਈ ਦਿੱਤੀ ਜਾਣੀ ਨਾ ਕਹਿੰਦੀ ਐ ਕੁੜੇ ਭਾਨੋ ਮਰ ਗਈ ਕੁੜੇ ਮੈਂ ਤੈਨੂੰ ਟੋਲਦੀ ਮੈਨੂੰ ਤਾਂ ਪਾਣੀ ਪਿਆ ਮੈਂ ਤਾਂ ਬਾਲੀ ਉਤਿਹਾਈਆਂ ਫਿਰ ਪਿਆਤਾ ਤਾਂ ਪਾਣੀ ਸੰਤੀ ਨੇ ਚਟਨੀ ਕੁੱਟਦੀ ਨੇ ਸੋਟਾ ਪਰਾ ਰੱਖਦੇ ਆ ਪੁੱਛਿਆ ਲੈ ਕਾ ਨੂੰ ਉਦੋਂ ਹੀ ਮੁਰਗੇ ਨੇ ਬਾਗ ਦੇ ਦਿੱਤੀ ਮੇਰੀ ਅੱਖ ਖੁੱਲ ਗਈ ਚੰਗਾ ਹੋਇਆ ਮੁਰਦੇ ਨੂੰ ਕੁਝ ਖਵਾਣਾ ਪਿਉਣਾ ਤਾਂ ਬਾਹਲਾ ਹੀ ਮਾੜਾ ਹੁੰਦਾ ਹੈ ਬੇਬੇ ਚੰਗਾ ਹੋਵੇ ਮਾੜਾ ਹੋਵੇ ਆਪਦੀ ਮਾਂ ਨੂੰ ਸੁਪਨੇ ਚ ਮਿਲ ਕੇ ਨਾ ਜਾਣੀ ਜੀ ਜੈ ਰਾਜੀ ਹੋ ਗਿਆ ਚੰਦਰੀ ਜਿੱਦਣ ਦੀ ਮਰੀ ਸੀ ਕਦੇ ਕਿਹੜਾ ਵਿਖਾਈ ਦਿੱਤੀ ਸੀ ਕਿਉਂ ਨਹੀਂ ਜਿੱਥੇ ਵੀ ਹੋਊ ਅੰਦਰ ਤਾਂ ਭੁੱਜਦਾ ਹੀ ਹੋਊ ਫੇਰ ਵੀ ਮਾਂ ਸੀ ਲੈ ਸੱਚ ਮੈਂ ਤਾਂ ਤੇਰਾ ਰੁਪਈਆ ਮੋੜਨ ਆਈ ਸੀ ਜਿਹੜਾ ਉਧਰੋਂ ਪਾਂਦੇ ਨੂੰ ਦਿੱਤਾ ਸੀ ਤੇ ਆਥੋਂ ਲੈ ਕੇ ਭਾਨੋ ਨੇ ਗਿੱਜੇ ਵਿੱਚੋਂ ਇੱਕ ਲੀਡ ਦੇ ਲੜ ਬਣਿਆ ਇੱਕ ਦਾ ਨੋਟ ਖੋਲ ਕੇ ਦਿੰਦਿਆਂ ਕਿਆ ਲੈ ਆ ਜਾਂਦਾ ਰੁਪਈਆ ਕਿਹੜਾ ਕਿਧਰੇ ਪੱਜ ਚਲਿਆ ਸੀ ਰੁਪਈਆ ਫੜਦਿਆਂ ਸੰਤੀ ਬੋਲੀ ਬੈ ਜਾ ਪਾਨੋ ਚਲਦੀਆਂ ਬੇਬੇ ਦੇਖ ਤਾਂ ਉਪਰੋਂ ਕਿਹੋ ਜੀ ਕਾਲੀ ਬੋਲੀ ਨੇਰੀ ਚੜੀ ਆਉਂਦੀ ਏ ਮੋਗਾ ਵੀ ਟਕਣਾ ਹੈ ਨਹੀਂ ਤਾਂ ਅੰਦਰ ਪੈਜੂ ਸਾਰਾ ਮਿੱਟੀ ਘਟਾ ਇਸ ਰੱਬ ਨੇ ਖਬਰ ਨਹੀਂ ਕੀ ਕਰਨਾ ਇਸ ਰੁੱਤ ਦੀ ਨੇਰੀ ਤਾਂ ਉਹੀ ਮਾਰ ਲੂ ਫਸਲਾਂ ਨੂੰ ਚੱਲ ਉਸ ਕਰਤੇ ਦੀ ਮਰਜ਼ੀ ਐ ਆਖ ਭਾਨੋ ਤੁਰ ਪਈ ਸੱਚ ਮੁੱਚੀ ਕਾਲੀ ਬੋਲੀ ਨੇਰੀ ਚੜੀ ਆ ਰਹੀ ਸੀ ਪਹਿਲੇ ਧਰਤੀ ਉਤਲਾ ਪੱਤ ਸੋ ਟੁੱਟਿਆ ਫਿਰ ਬਾਰ-ਬਾਰੀਆਂ ਖੜਕਣ ਲੱਗ ਗਈ ਤੇ ਫਿਰ ਤਾਂ ਹੱਥ ਨੂੰ ਹੱਥ ਮਾਰਿਆ ਕਿਹੜਾ ਦਿਸਦਾ ਸੀ ਜੜਾ ਜੜਾ ਦਰਖਤਾਂ ਦੀ ਟਾਹਣ ਟੁੱਟਣ ਲੱਗੇ ਚੱਲ ਦੇਖੂ ਥੰਮ ਗਏ ਰਾਹੀ ਦਰਖਤਾਂ ਦੀ ਓਟ ਲੱਭਣ ਲੱਗੇ ਜਾਨਵਰਾਂ ਨੇ ਚੀਕ ਚਹਾੜਾ ਪਾ ਛੱਡਿਆ ਸੀ ਬੜੇ ਲੋਕ ਘਰਾਂ 'ਚ ਬੈਠੇ ਰੱਬ ਨੂੰ ਚਿਤਾਰ ਰਹੇ ਸਨ ਜੁਆਕਾਂ ਨੂੰ ਇਹ ਇੱਕ ਤਮਾਸ਼ਾ ਜਿਹਾ ਲੱਗ ਰਿਹਾ ਸੀ ਭਾਨੋ ਕੋਠੇ ਉੱਤੇ ਮੋਗਾ ਟਕਣ ਚੜੀ ਮੋਗਾ ਟੱਕ ਕੇ ਬੋਝ-ਬੋਝ ਕੇ ਪੈਰ ਧਰਦੀ ਉਹ ਬਨੇਰੇ ਕੋਲ ਆ ਕੇ ਢੇੜਾ ਜਿਹਾ ਖਾ ਕੇ ਧੜੰਮ ਦੇ ਕੇ ਵੇੜੇ ਚੜ ਡਿੱਗੀ ਡਿੱਕ ਕੇ ਪਲ ਦੇ ਪਲ ਉੱਠ ਬੈਠੀ ਫਿਰ ਗੁੰਮ ਸਮਝੀ ਹੋ ਕੇ ਉੱਥੇ ਲੁੜਕ ਗਈ ਨਹੀਂ ਬੇਬੇ ਖੰਨੀ ਭਾਨੋ ਡਿੱਗ ਪੀ ਬਚਨੀ ਨੇ ਉੱਚੀ ਦੇ ਕੇ ਸੰਤੀ ਨੂੰ ਹਾਕ ਮਾਰੀ ਤੇ ਆਪ ਆਕੇ ਭਾਨੋ ਨੂੰ ਸੰਭਾਲਿਆ ਸੰਤੀ ਨੱਠੇ ਆਈ ਦੋਵਾਂ ਨੇ ਭਾਨੋ ਨੂੰ ਮਸਾਂ ਚੁੱਕ ਕੇ ਮੰਜੇ ਤੇ ਪਾਇਆ ਸਿਰ ਵਿੱਚੋਂ ਖੂਨ ਵਗ ਰਿਆ ਸੀ ਸੰਤੀ ਨੇ ਆਪਣੀ ਸਿਰ ਦੀ ਚਾਦਰ ਪਾੜ ਕੇ ਛੇਤੀ ਦੇ ਕੇ ਲੋਗੜ ਰੱਖ ਕੇ ਪੱਟੀ ਬੰਨੀ ਫਿਰ ਬਿੰਦ ਵਿੱਚ ਹੀ ਉਹ ਸਾਰੀ ਲਹੂ ਨਾਲ ਭਿੱਜ ਗਈ ਦਰਵਾਜ਼ੇੋਂ ਨਰੈਣ ਨੂੰ ਸੱਦ ਕੇ ਲਿਆਂਦਾ ਗਿਆ ਉਸੇ ਵੇਲੇ ਉਹਨੇ ਭਗਤੂ ਨੂੰ ਸ਼ਹਿਰੋਂ ਡਾਕਟਰ ਲੈ ਆਉਣ ਲਈ ਭਜਾ ਦਿੱਤਾ ਪਾਨੋ ਨੂੰ ਘੋ ਪਾ ਕੇ ਦੁੱਧ ਪਿਲਾ ਗਿਆ ਉਹਨਾ ਹੈ ਕਰਦੀ ਸੀ ਨਾ ਥੂ ਬਸ ਨਢਾਲ ਜੀ ਪਈ ਸੀ ਡਾਕਟਰ ਦੇ ਆਉਣ ਤੱਕ ਪਾਨੋ ਦੇ ਸਿਰ ਉੱਤੇ ਬੰਨਿਆ ਸਾਰਾ ਲੋਗੜ ਮੈਲੇ ਨਾਲ ਭਿੱਜ ਚੁੱਕਿਆ ਸੀ ਕਿੱਥੇ ਮੋਗਾ ਠਕਣ ਚੜੂਗੀ ਬਦਲਿਆਂ ਵਾਲੀ ਸੰਤੀ ਨੇ ਉਹਦੇ ਠਰੇ ਜਾਂਦੇ ਹੱਥ ਘੁੱਟ ਦਿਆਂਗੇ ਡਾਕਟਰ ਜੀ ਭਾਵੇਂ ਮੇਰਾ ਸਾਰਾ ਘਰਬਾਰ ਲੱਗ ਜੇ ਕਿਰ ਪਾਨੋ ਨੂੰ ਬਚਾ ਲਓ ਨਰੇਨ ਨੇ ਹੱਥ ਬੰਨ ਕੇ ਤਰਲਾ ਪਾਇਆ ਡਾਕਟਰ ਨੇ ਉਹਦੇ ਤਾਕਤ ਦਾ ਸੂਆ ਲਾਤਾ ਬਿੰਦ ਕੁਮਗਰੁਪਾਨੋਂ ਨੂੰ ਜਾਣੀ ਸੁਰਤ ਜੀ ਆ ਗਈ। ਉਹਨੇ ਅੱਖਾਂ ਉਹ ਗੇੜ ਕੇ ਆਪਣੇ ਵਾਲੇ ਦਵਲੇ ਦੇ ਲੋਕਾਂ ਨੂੰ ਦੇਖਿਆ। ਬੇਬੇ ਪਾਣੀ ਉਹਨੇ ਸ਼ਾਂਤੀ ਦੇ ਹੱਥ ਘੁੱਟ ਕੇ ਫੜਦਿਆਂ ਗਿਆ। ਸ਼ਾਂਤੀ ਨੇ ਚਮਚਾ ਪਾਣੀ ਦਾ ਉਹਦੇ ਮੂੰਹ ਚ ਪਾਇਆ। ਫਿਰ ਉਹਦੀ ਨਿਗਾਹ ਨਰੈਣ ਉੱਤੇ ਆ ਟਿੱਕੀ। ਬਾਖਰੂ ਬਾਖਰੂ ਪਾਨੋਂ ਨੇ ਹਟ ਕੋ ਰਾਜਾ ਲੈ ਕੇ ਗਿਆ। ਡਾਕਟਰ ਨੇ ਇੱਕ ਤਾਕਤ ਦਾ ਸੂਆ ਹੋਰ ਲਾਇਆ ਤੇ ਕਿਹਾ ਇਸ ਕੋ ਹਸਪਤਾਲ ਲੈ ਚਲੋ। ਪਾਣੋਂ ਨੇ ਸੁਰਤ ਜੀ ਸੰਭਾਲ ਲਈ ਉਹਨੂੰ ਗੱਡੀ 'ਚ ਪਾ ਕੇ ਹਸਪਤਾਲ ਲੈ ਗਏ ਜ਼ਖਮ ਨੂੰ ਟਾਂਕੇ ਲਾਏ ਪੱਟੀਆਂ ਬੰਨ੍ਹੀਆਂ ਬਾਕੀ ਦੇ ਹੱਡ ਪੈਰ ਟੋ ਟੋ ਕੇ ਦੇਖੇ ਦਵਾਈ ਪਲਾਈ ਵਾਰਡ ਵਿੱਚ ਬੈੱਡ ਉੱਤੇ ਪਾਤੀ ਡੇਢ ਮਹੀਨਾ ਹਸਪਤਾਲ ਪਈ ਰਹੀ ਨਰੈਣ ਹਰ ਰੋਜ਼ ਪਿੰਡੋਂ ਪਤਲਾ ਪੋਲਾ ਕੁਝ ਪਾਣੋਂ ਦੇ ਖਾਣ ਨੂੰ ਤੇ ਦੁੱਧ ਚਾਹ ਲੈ ਕੇ ਆਪੜਦਾ ਤੂੰ ਜੀ ਰੋਜ਼ ਨਾ ਖੇਚਲ ਕਰਿਆ ਕਰੇ ਕਦੇ ਰਾਮ ਵੀ ਕਰ ਲਿਆ ਕਰ ਮੈਂ ਕਿਸੇ ਹੱਥ ਦੁਕਾਨ ਤੋਂ ਹੀ ਚਾਹ ਚੂ ਮੰਗਾ ਲੂੰ ਪਾਨੂੰ ਆਖਦੀ ਨਹੀਂ ਪਾਨੂੰ ਖੇਚ ਲਗਾਦੀ ਹੈ ਤੂੰ ਜੀ ਰੋਟੀ ਲਾਉਂਦਾ ਵੀ ਔਖਾ ਹੁੰਦਾ ਹੋਏਗਾ ਪਾਨੂੰ ਨੇ ਫਿਕਰਮੰਦ ਹੋ ਕੇ ਕਿਹਾ ਨਹੀਂ ਕੋਈ ਨਹੀਂ ਨਰੈਣ ਨੇ ਮਲਮੀ ਜੀ ਜੀਵ ਨਾਲ ਕਿਹਾ ਤੇ ਜਾਣ ਲਈ ਉੱਠ ਖੜਾ ਹੋਇਆ ਇੱਕ ਦਿਨ ਉਹਨੂੰ ਸ਼ਾਂਤੀ ਵੀ ਮਿਲਣ ਆਈ ਪਾਨੂੰ ਨੂੰ ਲੱਗਿਆ ਜਿਵੇਂ ਉਹ ਕੁਝ ਕਹਿੰਦੀ ਕਹਿੰਦੀ ਜੱਕ ਗਈ ਸੀ ਡੇਡ ਮਹੀਨੇ ਮਗਰੋਂ ਜਦੋਂ ਪਾਨੂੰ ਰਾਹ ਵਿੱਚ ਕਈ ਵਾਰੀ ਬੈਠ ਬੈਠ ਕੇ ਪਿੰਡ ਅਪੜੀ ਤਾਂ ਉਹਨੇ ਦੇਖਿਆ ਹਰੀਏ ਦੀ ਸਾਲੀ ਭਗਵੰਤੀ ਚੁੱਲੇ ਮੂਰੇ ਬੈਠੀ ਰੋਟੀ ਲਾ ਰਹੀ ਸੀ। ਭਾਨੋਂ ਲਾਣੀ ਮੰਜੀ ਉੱਤੇ ਟੇਢੀ ਹੋ ਗਈ। ਚਾਹ ਤਰ੍ਹਾਂ ਭਗਵੰਤੀ ਨੇ ਭਾਨੋਂ ਦੀ ਥੰਨ ਰਹਿਣ ਨੂੰ ਪੁੱਛਿਆ। ਪੀਣੀ ਐ ਭਾਨੋਂ? ਨਰੈਣ ਨੇ ਅੱਗੇ ਪੋ ਅੱਗੋਂ ਭਾਨੋਂ ਨੂੰ ਪੁੱਛਿਆ। ਨਹੀਂ ਭਾਨੋਂ ਬੋਲੀ। ਕੁਝ ਪਲ ਚੁੱਪ ਵਰਤੀ ਰਹੀ। ਫੇਰ ਭਾਨੋਂ ਨੇ ਪਾਣੀ ਪੀਣ ਲਈ ਉੱਠ ਕੇ ਢੀੜੇ ਵਿੱਚੋਂ ਗਲਾਸ ਚੁੱਕਿਆ। ਮੈਂ ਦੇ ਦਿੰਨੀ ਆ ਪਾਣੀ। ਕਹਿੰਦੀ ਭਗਵੰਤੀ ਨੇ ਉਹਦੇ ਹੱਥੋਂ ਗਲਾਸ ਫੜ ਲਿਆ। ਤੇ ਬਚਣੀ ਦੇ ਪੰਪ ਤੋਂ ਸਜਰਾ ਪਾਣੀ ਲੈਣ ਚਲੀ ਗਈ। ਭਾਨੋ ਨੇ ਨਰੈਣਵਲ ਤੱਕਿਆ। ਨਰੈਣ ਨੇ ਅਗੋਂ ਨੀਵੀਂ ਪਾ ਲਈ। ਪਾਣੀ ਲੈ ਕੇ ਭਗਵੰਤੀ ਛੱਟ ਦੇ ਕੇ ਮੋੜਾਈ। ਮੈਂ ਕਿਹਾ ਜੀ ਤੂੰ ਇੱਥੇ ਬੈਠਾ ਕੀ ਕਰਦਾ? ਤੂੰ ਜਾ ਕੇ ਹੱਠੀਆਂ ਸਾਬਣ ਦੀ ਗਾਚੀ ਲਿਆ ਦੇ। ਭਗਵੰਤੀ ਨੇ ਭਾਨੋ ਨੂੰ ਪਾਣੀ ਦਾ ਗਲਾਸ ਫੜਾਉਂਦਿਆਂ ਨਰੈਣ ਨੂੰ ਕਿਹਾ। ਨਰੈਣ ਬਿਨਾਂ ਕੁਝ ਵੀ ਕਹੇ ਉੱਠ ਕੇ ਸਾਬਣ ਲੈਣ ਤੁਰ ਪਿਆ। ਮੈਂ ਕਿਹਾ ਜੀ ਕੋਈ ਕੋਈ ਚੰਗੀ ਲਿਆਈ ਸਾਬਣ ਦੀ ਗਾਚੀ ਜਿਸ ਚੋਂ ਨਾਲੇ ਮੁਸ਼ਕ ਵੀ ਸੋਨਾ ਆਉਂਦਾ ਹੋਵੇ ਪਿਛੇੋਂ ਭਗਵੰਤੀ ਨੇ ਉਹਨੂੰ ਸਮਝਾਇਆ ਕੋਠੇ 'ਚ ਮੇਰੇ ਦੋ ਕੁ ਲੀੜੇ ਪਏ ਸੀ ਭਾਨੋ ਨੇ ਆਪਣੇ ਗਲ ਦੇ ਮੈਲੇ ਲੀੜਿਆਂ ਵੱਲ ਤੱਕ ਕੇ ਕਿਹਾ ਉਹ ਤਾਂ ਪਾਟੇ ਜੇ ਸੀ grain ਵਾਲੇ ਦਿਨ ਮੈਂ ਸਾਸੀਆਂ ਦੀ ਬੁੜੀ ਨੂੰ ਪੁੰਨ ਕਰਤੀ ਸੀ ਤੂੰ ਮੇਰੀ ਕੋਈ ਕੁਰਤੀ ਪਾ ਕੇ ਧੋ ਲਈ ਲੀੜੇ ਭਗਵੰਤੀ ਨੇ ਥਮਲੇ ਉੱਤੇ ਸੋਟੀ ਨਾਲ ਅੱਧ ਬਣੇ ਚਿੜੀ ਦੇ ਆਲਣੇ ਨੂੰ ਦੇਖਦਿਆਂ ਕਿਹਾ ਜਾ ਵੱਡੀ ਨਿਤ ਡੱਕੇ ਕਢਾਉਂਦੀ ਰਹਿੰਦੀ ਐ। ਵੇ ਚਾਂਡੇ ਨਾ ਹੋਣ ਕਿਤੇ ਭਾਨੋ ਬੋਲੀ। ਜੇ ਹੋਣਗੇ ਤਾਂ ਚਿੜੀ ਦੇ ਹੀ ਹੋਣਗੇ ਤੇਰੇ ਤਾਂ ਨਹੀਂ। ਭਗਵੰਤੀ ਨੇ ਮਸ਼ਕਰੀ ਕੀਤੀ। ਭਾਨੋ ਨੂੰ ਕੋਈ ਜਵਾਬ ਨਾ ਆੜਿਆ। ਪੀੜੀ ਢਾਕੇ ਨਮਾ ਪਾਲਿਆ। ਭਾਨੋ ਨੇ ਪੀੜੇ ਵੱਲ ਝਾਕਦਿਆਂ ਪੁੱਛਿਆ। ਆਹੋ ਘੁੱਗੀਆਂ ਵਾਲਾ ਅੱਜਕੱਲ ਕੋਣ ਬਣਾਉਂਦਾ ਐ? ਨਰੈਣ ਸਾਬਣ ਦੀਆਂ ਦੋ ਟਿੱਕੀਆਂ ਲੈ ਆਇਆ। ਇਕੋ ਨੇ ਭਗਵੰਤੀ ਨੂੰ ਦੇਤੀ ਦੂਸਰੀ ਪਾਨੋ ਦੇ ਕੋਲ ਰਖਤੀ ਜਾ ਜਾਂਦੀ ਰਹਿ ਨਪੁੱਤੇ ਦੀਏ ਭਗਵੰਤੀ ਨੇ ਦਰਮੂਰੇ ਖੜੀ ਹੋਈ ਕੁੱਤੀ ਦੇ ਵਘਾਵਾ ਖੁਰਚਣਾ ਮਾਰਦਿਆਂ ਕਿਆ ਖੁਰਚਣਾ ਲੱਗਣ ਉੱਤੇ ਡੱਬੀ ਕੁੱਤੀ ਜ਼ਰਾ ਕੁ ਤਰਬ ਕੀ ਬਾਹਰ ਵੱਲੋਂ ਤੁਰ ਪਈ ਦੋ ਕੁ ਕਦਮ ਜਾ ਕੇ ਖੜੋ ਗਈ ਫਿਰ ਮੁੜ ਪਈ ਫਿਰ ਦਰਮੂਰੇ ਯਾ ਖੜੀ ਹੋਈ ਕੁੱਤੀ ਨੂੰ ਉੱਥੇ ਹੀ ਖੜੀ ਦੇਖ ਕੇ ਭਗਵੰਤੀ ਕਚੀਚੀ ਲੈ ਕੇ ਉੱਠੀ ਤੇ ਦਾਲ ਘੋਟਣਾਈ ਚੁੱਕ ਕੁੱਤੀ ਦੇ ਲੱਕ ਚ ਮਾਰਿਆ ਉਹ ਚੌਂ ਚੌਂ ਕਰਦੀ ਬਾਹਰ ਨੂੰ ਨੱਟ ਤੁਰੇ। ਤਾ ਨੂੰ ਮਾਰਦੀਆਂ ਦਰਵੇਸ਼ਣੀ ਨੂੰ। ਕੁੱਤੇ ਦੀ ਕੂਕ ਤਾਂ ਕਹਿੰਦੇ ਨੇ ਦਰਗਾਹੇ ਸੁਣੀਂਦੀ ਐ। ਭਾਨੂ ਨੇ ਆਪਣੇ ਬੇਮਾਲੂਮੀ ਜੇ ਕੰਬ ਦੇ ਹੱਥਾਂ ਨੂੰ ਚੁੰਨੀ ਹੀਟ ਕੱਜਦੇਆਂ ਕਿਆ। ਭਗਵੰਤੀ ਨੇ ਕੋਈ ਉੱਤਰ ਨਾ ਦਿੱਤਾ। ਕੁੱਤੇ ਦਾ ਤਾਂ ਕੋਈ ਨਹੀਂ ਭਗਵੰਤੀ ਤੂੰ ਕਿਸੇ ਦਿਨ ਮੈਨੂੰ ਨਾ ਆਇਓ ਕੁੱਟਣ ਡੈ ਜੀ। ਹੁਣ ਤਾਂ ਹੈਗੀਆਂ ਵੀ ਤੁਸੀਂ ਦੋ ਨਰੈਣ ਨੇ ਮਸ਼ਕਰੀ ਕੀਤੀ। ਟੋਡੇ ਹੀ ਹੋ ਇਹ ਰਿਵਾਜ ਸਾਡੇ ਨਹੀਂ ਭਾਗਵੰਤੀ ਨੇ ਨਰੈਣ ਨੂੰ ਚਾਹ ਦਾ ਗਲਾਸ ਫੜਾਉਂਦਿਆਂ ਕਿਹਾ ਭਾਨੋ ਨੂੰ ਵੀ ਲਿਆ ਦੇ ਜੇ ਉਹ ਨੂੰ ਨਹੀਂ ਲੋੜ ਤਾਂ ਮੈਂ ਮੱਲੋ ਮੱਲੀ ਦੇਣੀ ਹੈ ਲੋੜ ਕਿਉਂ ਨਹੀਂ ਥੱਕ ਕੇ ਆਈ ਹੈ ਤੈਨੂੰ ਜੀ ਉਹਦੀ ਲੋੜ ਦਾ ਬਹੁਤਾ ਪਤਾ ਹੈ ਨਹੀਂ ਜਿਤ ਮੰਨਦਾ ਹੋ ਲੈ ਭਾਨੋ ਚਾਹ ਨਰੈਣ ਨੇ ਆਪਣਾ ਗਲਾਸ ਨੂੰ ਫੜਾਉਂਦਿਆਂ ਕਿਹਾ ਭਾਨੋ ਨੇ ਗਲਾਸ ਫੜ ਲਿਆ ਅਸਲ ਗੱਲ ਤਾਂ ਇਹ ਸੀ ਵੀ ਭਾਨੋ ਨੇ ਤਾਂ ਤੈਥੋਂ ਲੈਣੀ ਸੀ ਚਾਹ ਭਾਗਵੰਤੀ ਨੇ ਹੱਸ ਕੇ ਨਰੈਣ ਨੂੰ ਚਾਹ ਦਾ ਦੂਜਾ ਗਲਾਸ ਫੜਾਉਂਦੇ ਆ ਕਿ ਕਮਲਿਏ ਹੁਕਮ ਮੰਨੀਦਾ ਪਤੀ ਪਰਮੇਸ਼ਰ ਦਾ ਹੇਖਾ ਪਰਮੇਸ਼ਰ ਭਾਗਵੰਤੀ ਨੇ ਠੋਠ ਵਖਾਇਆ ਪਰਮੇਸ਼ਰ ਦੇ ਕੀ ਹੋਰ ਸਿੰਘ ਲੱਗੇ ਹੋਣਗੇ ਨਰੈਣ ਘਟੋ ਘਟ ਗੱਲਾਂ ਵਿੱਚ ਤਾਂ ਭਾਗਵੰਤੀ ਤੋ ਹਾਰਨਾ ਨਹੀਂ ਸੀ ਚਾਹੁੰਦਾ ਚੰਗਾ ਚੰਗਾ ਮਖਾ ਪਾਨੋਂ ਦੇ ਪਰਮੇਸ਼ਰਾ ਚ ਮਾਰਾਂ ਵੇੜਿਓ ਜਾ ਕੇ ਜੁੱਤੀ ਲਿਆ ਦੇ ਮੇਰੀ ਮੁੱਧੂ ਚ ਮਾਰ ਤੂੰ ਕੈ ਦਿਨ ਹੋ ਗਏ ਮੇਚ ਲੈ ਕੇ ਗਏ ਨੂੰ ਇਹ ਤਾਂ ਜਮਾਈ ਟੁੱਟ ਗਈ ਅੱਜ ਤਾਂ ਬਾਹਰ ਵੀ ਮੈਂ ਨੰਗੇ ਪੈਰੀ ਗਈ ਸੀ ਦੇਖੇ ਨਹੀਂ ਗਿਆ ਮੋਦੂ ਕਾਨੂੰ ਦੇ ਕੇ ਗਿਆ ਚੰਗਾ ਮੈਂ ਪੁੱਛਦਾ ਆਪਕੇ ਨਰੈਣ ਜੁੱਤੀ ਲੈਣ ਜਾਂਦਾ ਜਾਂਦਾ ਰੁੱਕ ਕੇ ਭਾਨੋਬਲ ਮੂੰਹ ਕਰਕੇ ਬੋਲਿਆ ਤੂੰ ਵੀ ਧਾਗਾ ਮਿੰਕੇ ਦੇ ਦੇ ਭਾਨੋ ਹੁਣ ਕਹਿਆ ਹਾਂਗਾ ਨਹੀਂ ਤਾਂ ਕੱਲ ਨੂੰ ਤੂੰ ਭੇਜੇਂਗੀ ਨਹੀਂ ਮੇਰੀ ਤਾਂ ਜੇ ਚੰਗੀ ਭਲੀ ਐ ਭਾਨੋ ਬੋਲੀ ਤੇ ਨਰੈਣ ਨੂੰ ਜਾਂਦੇ ਨੂੰ ਕਿੰਨਾ ਚਿਰ ਵੇਖਦੀ ਰਹੀ ਭਗਵੰਤੀ ਇੱਕ ਦੋ ਵਾਰੀ ਉਸ ਵੱਲ ਝਾਕੀ ਕੁਝ ਪਲ ਚੁੱਪ ਵਰਤੀ ਰਹੀ ਤੇਰਾ ਮੰਝਾ ਚ ਬਾਰੇ ਚ ਡਾਦਿਆਂ ਪਾਨੋ ਹਵਾ ਹਾਰੇ ਨਾਲੇ ਦਾਦੇ ਪਾਨੋ ਨੇ ਬੇਦਲੀ ਜੀ ਨਲਕਿਆ ਚ ਬਾਰੇ ਚ ਪਈ ਪਾਨੋ ਨੂੰ ਬੜੀ ਰਾਤ ਗਈ ਤੱਕ ਠੇਠਾ ਭਗਵੰਤੀ ਤੇ ਨਰੈਣ ਦੀਆਂ ਗੱਲਾਂ ਕਰਨ ਦੀਆਂ ਫਿਰ ਹੱਸਣ ਦੀਆਂ ਆਵਾਜ਼ਾਂ ਆਉਂਦੀਆਂ ਰਹੀਆਂ ਗਰਮੀ ਦੀ ਰੁੱਤ ਲੰਘ ਗਈ ਸਰਦੀ ਦੀ ਰੁੱਤ ਆ ਗਈ ਹੁਣ ਸਰਦੀ ਵੀ ਲੰਘ ਚੱਲੀ ਸੀ ਨਰੈਨ ਬਾਰ ਬੜੀ ਆਈ ਸੀ ਜਤਪਾ ਨੂੰ ਬਾਹਰ ਨੂੰ ਤੁਰ ਚਲੀ ਮਖਾ ਭਾਣੂ ਕਿੱਥੇ ਚਲੀ ਨਰੈਨ ਨੇ ਜ਼ਰਾ ਖਿਜ ਕੇ ਪੁੱਛਿਆ ਮੈਂ ਮੈਂ ਪ੍ਰਤਾਪੀ ਦਾ ਬੁढ़ा ਮਰ ਗਿਆ ਨਾ ਉਹਨਾਂ ਦੇ ਬੈਠਣ ਚੱਲੀ ਆ ਤੈਂ ਠੇਕਾ ਤਾਂ ਨਹੀਂ ਲਿਆ ਹੋਇਆ ਬਈ ਜਿਹਦੇ ਵੀ ਕੋਈ ਮਰ ਜਾਏ ਉਹਨੂੰ ਤੂੰ ਹੀ ਜਾ ਕੇ ਰੋਣਾ ਅਗਲਾ ਭਾਵੇਂ ਰੋਵੇ ਭਾਵੇਂ ਨਾ ਇਹ ਉਹੀ ਅੱਖਾਂ ਸੁਜਾਈ ਫਿਰੂ ਕਿਸੇ ਨੂੰ ਕੋਈ ਕੌਣ ਰੋਂਦਾ ਸਭ ਆਪਣੇ ਆਪਣੇ ਨੂੰ ਰੋਂਦੇ ਆ ਮੈਨੂੰ ਲੱਗਦਾ ਮੈਨੂੰ ਤਾਂ ਤੂੰ ਜਿਉਂਦੇ ਨੂੰ ਹੀ ਰੋਣ ਲੱਗ ਪਈ ਬੇ ਮਰੇ ਤੋਂ ਖਬਰੇ ਰੋਣ ਆਵੂ ਕੇ ਨਾ ਮੱਖਾਂ ਦੀ ਸੁਖ ਦੇ ਬੋਲ ਬੋਲ ਕੀ ਬੁਰੇ ਬਚਨ ਮੂੰਹ ਕੱਢੀ ਜਾਣਾ ਭਾਨੋ ਨੀ ਨਹੂਰੇ ਨਾਲ ਕਿਆ ਤਾਂ ਮੈਂ ਪੁੱਛਦਾ ਵੀ ਜਦੋਂ ਮੈਂ ਘਰ ਵੜਦਾ ਤਾਂ ਤੂੰ ਬਾਹਰ ਨੂੰ ਕਿਉਂ ਤੁਰ ਪੈਨੀ ਆ ਮੇਰੇ ਨਾਲ ਜੀ ਜਾਨੀ ਹਾਲ ਜੇ ਉੱਠਦੇ ਰਹਿੰਦੇ ਐ ਫਿਰ ਜੀ ਕਰਦਾ ਜਾਨੀ ਰੋਈਏ ਚੜਦਾ ਮੈਂ ਕਿਹਾ ਜੀ ਘਰ ਰਹੂ ਤਾਂ ਕੋਈ ਡੱਕਾ ਦੂਰਾ ਕਰਨਾ ਪੈਜੂ ਦੇਖ ਲੈ ਮੇਰਾ ਅੰਤ ਹੀ ਲੈਣਾ ਨਾ ਉੱਤੋਂ ਕਿਹੜੇ ਹਾਲ ਆ ਫੇਰ ਵੀ ਸਾਰਾ ਪਟਣਾ ਆਪ ਹੀ ਫੂਕਣਾ ਪੈਂਦਾ ਭਗਵੰਤੀ ਨੇ ਅੰਦਰੋਂ ਸੰਭਰ ਕੇ ਕੂੜਾ ਬਾਹਰ ਸੁੱਟ ਦਿਆਂ ਕਿਆ ਭਾਨੋ ਤੂੰ ਹੁਣ ਪਰੌਣੀ ਤਾਂ ਨਹੀਂ ਆਈ ਹੋਈ ਅੱਗੇ ਵੀ ਤਾਂ ਸਾਰਾ ਕੰਮ ਕਰਦੀ ਸੀ ਹੁਣ ਕਰਦੀ ਨੂੰ ਕੀ ਵੱਡ ਪੈਂਦੀ ਐ ਨਰੈਣ ਨੇ ਜ਼ਰਾ ਖਿੱਚ ਕੇ ਕਿਆ ਜਿਹੜਾ ਕੁਛ ਭਗਵੰਤੀ ਆਖਦੀ ਐ ਉਹ ਤਾਂ ਕਰ ਹੀ ਦਿੰਨੀ ਆ ਗੋਹਾ ਕੂੜਾ ਕਰ ਦਿੰਨੀ ਆ ਭਾਂਡੇ ਮਾਂਜ ਦਿੰਨੀ ਆ ਲੀੜੇ ਧੋ ਦਿੰਨੀ ਆ ਜਦੋਂ ਕਹਿੰਦੀ ਐ ਰੋਟੀ ਵੀ ਲਾਹ ਦਿੰਨੀ ਆ ਭਾਨੋ ਨੇ ਕਾਲੀ ਕਾਲੀ ਆਪਣੇ ਹੱਥਾਂ ਦੀਆਂ ਉਂਗਲਾਂ ਮਟਕਾਉਂਦਿਆਂ ਕਿਆ ਭਗਵੰਤੀ ਕਨੱਖੀ ਕਨੱਖੀ ਤੁਹਾਨੂੰ ਵੱਲ ਝਾਕਦੀ ਬੋਲੀ ਮੈਂ ਤਾਂ ਜੀ ਰੱਬ ਜੱਗ ਤੋਂ ਡਰਦੀ ਕਦੀ ਤੈਨੂੰ ਦੱਸਦੀ ਨਹੀਂ ਭਾਨੋ ਤਾਂ ਜਦੋਂ ਤੂੰ ਘਰ ਨਹੀਂ ਹੁੰਦਾ ਕਦੇ ਆਪੇ ਬੈਠ ਕੇ ਗੀਤ ਗਾਉਣ ਲੱਗ ਜਾਂਦੀ ਹੈ ਕਦੇ ਕੀਤ ਦੇ ਪਉਣ ਬੈਠ ਜਾਂਦੀ ਹੈ ਖਬਰ ਨਹੀਂ ਕੀ ਦੇ ਗੀਤ ਗਾਉਂਦੀ ਹੈ ਤੇ ਕੌਣ ਮਰ ਗਿਆ ਇੱਥੇ ਜਿਹਦੇ ਕੀਤ ਨੇ ਪਉਂਦੀ ਰਹਿੰਦੀ ਹੈ ਦੇਖਣਾ ਜੀ ਲੋਕ ਆਪਣੇ ਘਰਾਂ ਦੀ ਸੌ ਸੌ ਸੁੱਖ ਮਨਾਉਂਦੇ ਨੇ ਤੇ ਇਹ ਹੈ ਕਿਉਂ ਭਾਨੋ ਦੇ ਰੈਣ ਉਸ ਵੱਲ ਖੁਰ ਕੇ ਝਾਕਿਆ ਪੰਨੋ ਨੂੰ ਡਰ ਜਿਆ ਲੱਗਿਆ ਫੇਰ ਨਾ ਕਿਤੇ ਨਰੈਣ ਕੁੱਟਣ ਲੱਗ ਜਾਈ ਉਹ ਸੰਤੀ ਦੇ ਘਰ ਵੱਲ ਚੱਕੇ ਜਾਂ ਫਿਰ ਸੰਤੀ ਥਿਆਈ ਹੋਈ ਐ ਇਹਨੂੰ ਸਾਰਾ ਦਿਨ ਘਰ ਦੀਆਂ ਚੁਗਲੀਆਂ ਕਰਨੋਂ ਭਗਵੰਤੀ ਨੇ ਸੂਣ ਤਖਤੇ ਕੋਲ ਰੱਖਦਿਆਂ ਕਿਹਾ ਪੰਨੋ ਅੰਦਰ ਜਾ ਕੇ ਮੱਝ ਹੇਟਲਾ ਤਾਂ ਸਵਾਰਨ ਲੱਗ ਪਈ ਦੇਖ ਜੀ ਮੈਂ ਤੈਨੂੰ ਖਰੀ ਗੱਲ ਦੱਸਦੀ ਆਂ ਵੀ ਬਥੇਰਾ ਚਿਰ ਪਕਾ ਪਕਾ ਖਵਾਤੀ ਆਂ ਮੈਂ ਕੋਈ ਗੋਲੀ ਨਹੀਂ ਰੱਖੀ ਹੋਈ ਕਿਸੇ ਦੀ ਇਹ ਸਾਰਾ ਦਿਨ ਨੈਸ਼ਨ ਲੁੱਟਦੀ ਰਹੇ ਤੇ ਮੈਂ ਚੁੱਲ੍ਹੇ ਵਿੱਚ ਝੋਕੀ ਰਹਾ ਮਸ ਮਿਰੀਆਂ ਨਾ ਪਕਾਵੇ ਇਹ ਆਪਣੀਆਂ ਪਕਾਵੇ ਤੇ ਖਾਵੇ ਮੇਰੇ ਕੋਲੋਂ ਨਹੀਂ ਕਿਸੇ ਦਾ ਗੋਲਾ ਠੰਡਾ ਹੁੰਦਾ ਭਗਵੰਤੀ ਨਰੈਣ ਨੂੰ ਰੋਟੀ પાਕੇ ਦਿੰਦੀ ਹੋਏ ਬਲੇ ਤੂੰ ਕਰਵਾ ਲਿਆ ਕਰ ਨਾਲ ਕੰਮ ਭੰਨੋ ਨਰੈਣੇ ਭਗਵੰਤੀ ਦੀ ਗੱਲ ਦਾ ਹੁੰਗਾਰਾ ਨਾਂ ਦੇ ਕੇ ਭੰਨੋ ਨੂੰ ਕਿਹਾ ਮੈਂ ਕਿਹਾ ਜੀ ਕਹਿਣ ਨੂੰ ਤਾਂ ਲੋਕ ਕਹਿੰਦੇ ਹੋਣਗੇ ਵੀ ਸੌਕਣ ਐ ਪਰ ਰੱਬ ਵੀ ਜਾਣਦਾ ਹੈ ਕਦੇ ਕਿਸੇ ਗੱਲੂਏ ਨੂੰ ਰੋਕਿਆ ਟੋਕਿਆ ਹੋਵੇ ਪੁੱਛ ਲੈ ਤੇਰੇ ਮੂੰਹ ਤੇ ਬੈਠੀ ਹੈ ਅੱਬਲਾ ਤਾਂ ਮੈਂ ਕਿਸੇ ਕੰਮ ਨੂੰ ਕਹਿੰਦੀ ਨਹੀਂ ਜੇ ਭੁੱਲ ਚੁੱਕੇ ਕਹਿ ਬੈਠਾ ਉਹੀ ਨਹੀਂ ਪੱਦਰਕਾਰੀ ਪਰਸੋਂ ਕਿਹਾ ਭਾਨੋ ਜਰਾ ਚੁੱਲ੍ਹੇ ਕੋਲ ਬੈਠ ਜਾ ਮੈਂ ਪਿੰਡੇ ਪਾਣੀ ਪਾਵਾਂ ਆ ਕੇ ਦੇਖਿਆ ਕੁੱਤਾ ਦੁੱਧ ਦੁੱਧ ਲਈ ਲੱਕੀ ਜਾਵੇ ਬਈ ਸੋਨੀਏ ਮੈਂ ਤੈਨੂੰ ਬਿਠਾ ਕੇ ਕੰਦੇ ਲਈ ਗਈਆਂ ਕੋਈ ਨਹੀਂ ਭਗਵੰਤੀ ਜਿੱਦਣ ਦੀ ਇਹਦੀ ਸਿਰ 'ਚ ਸੱਟ ਲੱਗੀ ਹੈ ਇਹਦੀ ਜਾਣੀ ਸੁਰਤ ਜੀ ਨਹੀਂ ਟਿਕਾਣੀ ਤੇ ਦੇਖਿਆ ਹੀ ਹੈ ਵੀ ਇੱਕ ਰੋਟੀ ਦੇ ਦੇ ਉਹ ਇੱਕ ਖਾ ਕੇ ਉੱਠ ਜੂ ਦੋ ਦੇ ਦਿਓ ਦੋ ਖਾ ਲੂ ਨਾ ਦਿਓ ਤਾਂ ਮੰਗਣੀ ਨਹੀਂ ਕਮਲਿਆਂ ਵਾਂਗੂੰ ਹੀ ਬੀਹਾਂ ਚ ਤੁਰੀ ਫਿਰੂ ਬਿਨਾਂ ਗੱਲ ਤੋਂ ਹੀ ਰੋ ਪੂ ਤੂੰ ਗੁੱਸਾ ਨਾ ਕਰਿਆ ਕਰ ਕਿਸੇ ਗੱਲ ਦਾ ਭਾਨੂੰ ਮੱਝ ਦਾ ਥਾਂ ਸਵਾਰ ਕੇ ਉੱਠ ਖੜੇ ਢੇੜੇ ਵਿੱਚੋਂ ਗਲਾਸ ਚੁੱਕਿਆ ਘੜੇ ਵਿੱਚੋਂ ਪਾਣੀ ਪਾਉਣ ਲੱਗੇ ਨਹੀਂ ਹੱਥ ਤਾਂ ਧੋਪ ਫੂਕ ਲੈ ਪਹਿਲਾਂ ਭਗਵੰਤੇ ਨੇ ਕੋੜ ਹੋ ਕੇ ਕਿਹਾ ਭਾਨੂੰ ਠਠੰਬਰ ਗਈ ਹਾਂ ਹੱਥ ਧੋਣੇ ਤਾਂ ਉਹਨੂੰ ਯਾਦ ਹੀ ਨਹੀਂ ਸੀ ਰਹਿ ਬੱਚਣੀ ਦੇ ਪੰਪ ਤੋਂ ਤਸਲੇ 'ਚ ਪਾਣੀ ਲਿਆਈ ਫਿਰ ਕਿੰਨਾ ਹੀ ਚੇਰੂ ਬੈਠੀ ਹੱਥ ਧੋਂਦੀ ਰਹੀ। ਨਰੈਣ ਨੇ ਰੋਟੀ ਖਾਧੀ, ਰੋਟੀ ਖਾ ਕੇ ਚੇਲਮ ਪੀਤੀ, ਫਿਰ ਧੁੱਪੇ ਬੈਠ ਕੇ ਆਪਣੇ ਵਾਲ ਵਾਉਣ ਲੱਗ ਪਿਆ। ਭਾਨੂੰ ਅਜੇ ਵੀ ਹੱਥ ਧੋਰੇ ਸੀ। ਹੁਣ ਬੱਸ ਵੀਕਰ ਹੱਥ ਧੋਣੇ, ਨਰੈਣ ਨੇ ਖਿੱਚ ਕੇ ਕਿਹਾ, "ਭਾਨੂੰ ਚੌਂਕੀ। ਹਾਂ ਇਨੇ ਚੇਰ ਤੋਂ ਹੱਥ ਹੀ ਕਿਉਂ ਧੋਏ ਜਾ ਰਹੀ ਸੀ? ਇਨਾ ਹੀ ਦਿਨਾਂ 'ਚ ਭਗਵੰਤੀ ਦੇ ਮੁੰਡਾ ਹੋ ਗਿਆ।" ਕੁੜੇ ਵਧਾਈਆਂ। ਭਾਨੂੰ ਸੰਤੀ ਨੇ ਭਾਨੂੰ ਤੋਂ ਗੁੜ ਫੜਦਿਆਂ ਕਿਹਾ, हां बेबे ਰੱਬ ਸਭ ਨੂੰ ਵਧਾਵੇ ਰੱਬ ਤੇਰੇ ਕੰਨੀ ਵੀ ਕਿਤੇ ਭੁੱਲ ਜਾਂਦਾ ਪਰ ਕਹਿੰਦੇ ਨੇ ਭਗਤਾਂ ਨੂੰ ਹੀ ਭੇੜਾ ਨੇ ਭਗਵੰਤੀ ਵਰਗੀ ਹੁੰਦੀ ਤਾਂ ਕਦੋਂ ਦੀ ਨਹੀਂ ਬੇਬੇ ਉਹ ਵੀ ਮੇਰਾ ਹੀ ਐ ਸਾਡੇ ਘਰ ਦੀ ਜੜ ਲੱਗੇ ਰੱਬ ਸਭ ਦੇ ਇਉਂ ਦਿਨ ਫੇਰੇ ਮੈਂ ਤਾਂ ਬਲਾਈ ਸੁਖਣਾ ਸੁਖੀਆਂ ਸੀ ਵੀ ਰੱਬ ਮੁੰਡਾ ਦੇਵੇ ਪਰ ਹੁਣ ਤਾਂ ਉਹ ਸਾਰੇ ਘਰ ਦੀ ਮਾਲਕਣ ਬਣ ਗਈ ਤੈਨੂੰ ਉਹਨੇ ਕੀ ਵਿਦਣਾ ਤੈਂ ਤਾਂ ਕਮਲੀ ਨੇ ਕਾਗਤ ਵੀ ਨਹੀਂ ਸੀ ਕਰਵਾਇਆ ਉਹਨੇ ਤਾਂ ਦੇਖ ਲੈ ਪਹਿਲਾਂ ਪੰਚਾਇਤ ਵਿੱਚ ਗੁੱਠਾ ਲਵਾਇਆ ਤਾਂ ਆਏ ਹੁਣ ਆਪੇ ਉਹ ਘਰ ਦੀ ਮਾਲਕਣ ਐ ਆਪਾਂ ਤਾਂ ਬੇਬੇ ਬਸ ਦੇਣੇ ਪੂਰੇ ਕਰਨੇ ਆ ਉਹ ਜਮ ਜਮ ਰਹੇ ਘਰ ਦੀ ਮਾਲਕਣ ਆਹ ਹੋਤੀ ਐ यूं ਸਬਰ ਕਰਕੇ ਹੀ ਗੁਜ਼ਾਰਾ ਤੈਂ ਆਕੇ ਤਾਂ ਇਸ ਘਰ ਦੀ ਦਸ਼ਾਈ ਪਲਟਤੀ ਮੂੰ ਬੇਬੇ ਭਗਵੰਤੀ ਦਿਲ ਦੀ ਮਾੜੀ ਨਹੀਂ ਬਸ ਬੋਲਣ ਦਾ ਹੀ ਬਹੁਤਾ ਥੋ ਨਹੀਂ ਨਾਲੇ ਦੇ ਤੈਨੂੰ ਛਾਪ ਦਿਖਾਵਾਂ ਭਾਨੂੰ ਇੱਕ ਹੱਥ ਨਾਲ ਗੋੜ ਵਾਲੀ ਪਰਾਤ ਸੰਭਾਲਦੀ ਦੂਜਾ ਹੱਥ ਸ਼ਾਂਤੀ ਦੇ ਅੱਗੇ ਕਰਕੇ ਬੋਲੀ ਮੁੰਡੇ ਹੋਏ ਦੀ ਤੇਰੇ ਦਿਓਰ ਨੇ ਕਰਾ ਕੇ ਦਿੱਤੀ ਐ ਉਹ ਤਾਂ ਕਹਿੰਦਾ ਸੀ ਭਗਵੰਤੀ ਨਾਲ ਦੇ ਸਿੰਘਤ ਵੀਤ ਵੀ ਕਰਾ ਦੇਣਾ ਮੈਂ ਕਿਹਾ ਨਹੀਂ ਮੈਂ ਕਿਹੜਾ ਨਿਆਣੀ ਆ ਛਾਪ ਤਾਂ ਸੋਹਣੀ ਆ ਕੁੜੇ ਹੋ ਉਹਦੇ ਤੋਲੇ ਦੀ ਤਾਂ ਸ਼ਾਂਤੀ ਨੇ ਛਾਪ ਨੂੰ ਹੱਥ ਲਾ ਕੇ ਦੇਖਦੇ ਆ ਕਿਆ ਇਹਨਾਂ ਤਿਉਹ ਸਾਲਾਂ ਚ ਸਾਡਾ ਬੈਂਕ ਵਿੱਚ ਵੀ 220 ਉੱਤੇ 1500 ਰੁਪਈਆ ਹੋ ਗਿਆ ਹੌਲੀ ਹੌਲੀ ਗਹਿਣੇ ਵਾਲੀ ਭੁਏ ਵੀ ਸਾਰੀ ਛੁਡਾ ਲੈਣੀ ਹੈ। ਹੋਰ ਗਾਂ ਨਹੀਂ ਤਾਂ ਸਾਡੇ ਮੁੰਡੇ ਨੂੰ ਲੋਕ ਮਿਹਨੇ ਮਾਰਿਆ ਕਰਨਗੇ। ਹੈ ਅਜੇ ਚੰਦਰਾਪੁਰਾ ਕੁ ਪਰ ਪਰ ਜਦੋਂ ਗੋਦੀ 'ਚ ਲੈਣੀਆਂ ਜਾਣੀ ਅੰਦਰ ਜਾ ਠਰ ਜਾਂਦਾ। ਸੰਤੀ ਕਿੰਨਾ ਚਿਰ ਭਾਨੋਂ ਦੇ ਮੂਹਲ ਤੱਕ ਦੀ ਰਹੀ। ਸੰਤੀ ਗੱਲ ਸੰਤੀ ਦੀ ਗੱਲ ਠੀਕ ਹੀ ਨਿਕਲੀ। ਜਦੋਂ ਤਾਂ ਮੁੰਡਾ ਹੋਇਆ ਸੀ ਭਾਗਵੰਤੀ ਹੋਰ ਦੀ ਹੋਰ ਹੀ ਹੋ ਗਈ ਸੀ। ਹੁਣ ਤਾਂ ਗੱਲ-ਗੱਲ ਉੱਤੇ ਨਰੈਣ ਨੂੰ ਵੀ ਆਕੜ ਆਕੜ ਪੈਂਦੀ ਸੀ। ਨਰੈਣ ਵੀ ਅੱਗੋਂ ਕੁਝ ਨਹੀਂ ਸੀ ਆਖਦਾ ਇੱਕ ਦਿਨ ਨਹਾਉਣ ਵੇਲੇ ਕਾਲਾ ਭਾਨੋ ਦੇ ਹੱਥੋਂ ਛੁੱਟ ਜਾਣ ਉਤੇ ਭਗਵੰਤੀ ਨੇ ਭਾਨੋ ਦੇ ਧੌਲ ਵੀ ਮਾਰੀ ਸੀ ਇੱਕ ਦਿਨ ਰਾਤ ਨੂੰ ਕਾਲਾ ਰੋ ਰਿਹਾ ਸੀ ਭਾਨੋ ਚਬਾਰੇ ਚ ਨੱਠੀ ਆਈ ਏਠਾਂ ਬਾਹਰ ਅੰਦਰੋਂ ਬੰਦ ਸੀ ਜੱਕੋ ਤੱਕੋ ਕਰਦੀ ਭਾਨੋ ਨੇ ਕੁੰਡਾ ਖੜਕਾਇਆ ਤੇ ਕਿਹਾ ਭਗਵੰਤੀ ਕਾਲਾ ਕਾ ਤੂੰ ਰੋਂਦਾ ਮੈਨੂੰ ਫੜਾ ਦੇ ਨਹੀਂ ਤਾਂ ਮੈਂ ਆਪੇ ਵਰਾ ਲੂੰਗੀ ਭਗਵੰਤੀ ਨੇ ਅਦਰੋਂ ਹੀ ਅੰਦਰੋਂ ਹੀ ਖਿੱਚ ਕੇ ਕਿਹਾ ਕੁਛੇਰ ਭਾਨੋ ਉੱਥੇ ਖੜੀ ਰਹੀ ਫੇਰ ਕੋਠੇ ਉੱਤੇ ਜਾ ਕੇ ਆਪਣੇ ਮੰਜੇ ਉੱਤੇ ਪੈ ਗਈ ਪਰ ਇਸ ਤੋਂ ਪਿੱਛੋਂ ਨੂੰ ਨੀਂਦ ਕੋਈ ਨਾ ਆਈ। ਮੁੰਡਾ ਅਗਲੇ ਦਿਨ ਦਿਨ ਵਿੱਚ ਵੀ ਰੋਂਦਾ ਰਿਹਾ। ਮੈਨੂੰ ਲੱਗਦਾ ਇਹਨੂੰ ਕਿਸੇ ਦੀ ਨਜ਼ਰ ਲੱਗ ਗਈ। ਵੇਲੇ ਜ ਭਗਵੰਤੀ ਕੋਲ ਬੈਠੀ ਚੂਹਿਆਂ ਨੂੰ ਮਾਰਨ ਵਾਲੀਆਂ ਗੋਲੀਆਂ ਆਟੇ 'ਚ ਲਪੇਟਦੀ ਬਚਣੀ ਬੋਲੀ। ਆਹੋ ਭਾਵੇਂ ਭਾਨੋਂ ਦੀ ਲੱਗੀ ਹੋਵੇ ਸਾਰਾ ਦਿਨ ਆਨੇ ਪਾੜ ਪੜ ਝਾਕਦੀ ਰਹਿੰਦੀ ਐ। ਮੈਂ ਜੇ ਪਰਾਂ ਵੀ ਲੈ ਕੇ ਲੈ ਕੇ ਬੈਠੂ ਤਾਂ ਵੀ ਸਿਰ ਤੇ ਆ ਚੜਦੀ ਐ। ਔਤ ਪ੍ਰੇਤ ਦੀ ਨજર ਹੁੰਦੀ ਵੀ ਬਾਲੀ ਉਹ ਮਾੜੀ ਐ ਤੂੰ ਹੱਥ ਔਲਾ ਕਰਾ ਬਾਲਾ ਬਾਵੇ ਤੂੰ ਜਾ ਕੇ ਤੂੰ ਆਪ ਸਿਆਣੀ ਐ ਬੱਚਣੀ ਹੁਣ ਦੱਸ ਮੈਂ ਕਿਹੜੇ ਖੂਚ ਉਤਰ ਜਾ ਜਵਾਕ ਨੂੰ ਲੈ ਕੇ ਤੂੰ ਔਖੇ ਸੌਖੀ ਜਵਾਕ ਦੇ ਨਾਲ ਹੀ ਕਰ ਲਿਆ ਕਰ ਕੰਮ ਉਹਨੂੰ ਨਾ ਫੜਾਇਆ ਕਰ ਕੀ ਕਰਾਂ ਨਾ ਫੜਾ ਮਾਂ ਤਾਂ ਉ ਮਗਰ ਮਗਰ ਤੂਰੀ ਫਿਰਦੀ ਐ ਫਿਰ ਕਈ ਵਾਰੀ ਚਿਤ ਚਾਉਂਦਾ ਵੀ ਮਨਾਂ ਕਿਤੇ ਵੇਲੇ ਕਿ ਵੇਲੇ ਦੀ ਇਸ ਦੀ ਹਾਈ ਨਾ ਲੱਗ ਜੇ ਇਹ ਤਾਂ ਠੀਕ ਹੈ ਪਰ ਬੁਰੀ ਨਜ਼ਰ ਤਾਂ ਪੱਥਰਾਂ ਨੂੰ ਪਾੜ ਦਿੰਦੀ ਹੈ ਫੁੱਲ ਵਰਗਾ ਜਵਾਕਿਆ ਕਈ ਦਿਨ ਕਾਲਾ ਠਿਲਾ ਰਿਆ ਭਗਵੰਤੀ ਭਾਨੋ ਨੂੰ ਭੱਜ-ਭੱਜ ਪੈਂਦੀ ਰਹੀ ਨਰੈਣ ਦੀ ਵੀ ਉਹਨੇ ਕਈ ਵਾਰੀ ਆਣੀ ਬਹਾਨੇ ਲਾਪਾ ਕੀਤੀ ਭਾਨੋ ਨੂੰ ਪਤਾ ਨਹੀਂ ਸੀ ਗੱਲ ਕੀ ਹੈ ਪਰ ਘਰ ਵਿੱਚ ਕੋਈ ਖਾਸਾ ਗੁੱਜਰ ਝਗੜਾ ਪਿਆ ਲੱਗਦਾ ਸੀ ਇੱਕ ਦੋ ਵਾਰੀ ਤਾਂ ਭਗਵੰਤੀ ਨਰੈਣ ਨਾਲ ਲੜ ਕੇ ਰੋਈ ਵੀ ਸੀ ਇੱਕ ਦਿਨ ਉਹਨੇ ਦੋ ਹਥੜਾ ਨਾਲ ਆਪਣਾ ਸਿਰ ਹੀ ਪਿੱਟ ਲਿਆ ਸੀ ਨਰੈਣ ਆਪਣੇ ਆਪ ਨੂੰ ਗਾਲਾਂ ਕੱਢਦਾ ਬਾਹਰ ਨੂੰ ਤੁਰ ਪਿਆ ਸੀ ਉਸ ਦਿਨ ਘਰ 'ਚ ਨਾ ਕਿਸੇ ਪਕਾਈਆਂ ਨਾ ਖਾਧੀਆਂ ਭਾਨੋਂ ਨੇ ਇੱਕ ਵਾਰੀ ਭਾਗਵੰਤੀ ਨੂੰ ਪੁੱਛ ਲਿਆ ਸੀ ਭਾਗਵੰਤੀ ਰੋਟੀ ਲਾਹ ਇਹਨੂੰ ਸਾਰਾ ਦਿਨ ਰੋਟੀਆਂ ਦੀ ਅੱਗ ਲੱਗੀ ਰਹਿੰਦੀ ਹੈ ਭਾਗਵੰਤੀ ਝਿੜਕ ਕੇ ਪਈ ਭਾਨੋਂ ਚੁੱਪ ਕਰਕੇ ਕੋਠੇ ਉੱਤੇ ਚਲੀ ਗਈ ਦਿਨ ਡੁੱਬਦੇ ਨਾਲ ਨਰੈਣ ਉੱਤੇ ਆਇਆ ਭਾਨੋਂ ਦੇਖ ਖੁਸ਼ੀ ਹੋ ਗਈ ਫਿਰ ਪਤਾ ਨਹੀਂ ਕੀ ਸੋਚ ਕੇ ਉਹਦਾ ਜੀ ਬੜਾ ਉਦਾਸ ਹੋ ਗਿਆ ਨਰੈਣ ਆ ਕੇ ਉਹਦੇ ਕੋਲ ਮੰਝੇ ਤੇ ਬੈਠ ਗਿਆ। ਕੁਝ ਚਿਰ ਚੁੱਪ ਵਰਤੀ ਰਹੀ। ਭਾਨੂ ਨਰੈਣ ਨੇ ਆਪਣੇ ਹੱਥ ਦੀਆਂ ਲਿਖੀਰਾਂ ਵੱਲ ਤੱਕਦਿਆਂ ਕਿਹਾ। ਭਾਨੂ ਪਵਿੱਤਰਿਆ ਵਾਂਗ ਉਹਦੇ ਮੂੰਹ ਵੱਲ ਦੇਖ ਤੱਕਣ ਲੱਗੀ। ਭਾਨੂ ਮੈਂ ਦੇਖਦਾ ਭਾਗਵੰਤੀ ਕਦੇ ਤੇਰੀ ਖਾਤਰ ਰੋਟੀ ਰੱਖਦੀ ਐ ਕਦੇ ਨਹੀਂ। ਮੈਨੂੰ ਇਹ ਵੀ ਪਤਾ ਹੈ ਵੀ ਕਈ ਵਾਰੀ ਤੂੰ ਪਾਣੀ ਦੀ ਘੁੱਟ ਪੀ ਕੇ ਹੀ ਪੈ ਰਹਿਣੀ ਐ। ਕਾਲੇ ਨੂੰ ਰਾਮ ਐ। ਭਾਨੂ ਨੇ ਉਹਦੀ ਗੱਲ ਵੱਲ ਧਿਆਨ ਨਾ ਦੇ ਕੇ ਪੁੱਛਿਆ। ਤੈਂ ਕੀ ਲੈਣਾ ਕਿਸੇ ਕਾਲਿਆਂ ਕੁੜਿਆਂ ਤੋਂ? ਇਹ ਤਾਂ ਤੇਰੇ ਨਾਲ یوں ਕੁੱਤੇ ਖਾਣੀ ਕਰਦੀ ਐ ਮੈਨੂੰ ਤਾਂ ਨਾ ਜਾਣੀ ਉਹਦਾ ਬਲਾਈ ਮੋਝਾ ਹੁੰਦਾ ਹੈ ਭਗਵੰਤੀ ਤਾਂ ਮੈਨੂੰ ਚੱਕਣ ਨਹੀਂ ਦਿੰਦੀ ਭਾਨੋ ਨੇ ਜਿਵੇਂ ਸ਼ਿਕਾਇਤ ਲਗਾਈ ਉਹ ਤਾਂ ਕਹਿੰਦੀ ਐ ਮੈਂ ਆਪਣੇ ਪੇਕੇ ਚਲੀ ਜਾਣਾ ਮੁੜ ਕੇ ਨਹੀਂ ਆਉਣਾ ਤੈਨੂੰ ਪਤਾ ਹੀ ਐ ਪੇਕੇ ਆਉਧਿਆਂ ਦਾ ਕੰਦਰਾ ਨੇ ਪੈਸੇ ਲੈ ਕੇ ਕਿਸੇ ਹੋਰ ਥਾਂ ਤੋਰ ਦੇਣੀ ਐ ਪਰ ਕਾ ਤੂੰ ਭਾਨੋ ਨੇ ਹੈਰਾਨ ਹੋ ਕੇ ਪੁੱਛਿਆ ਤੇਰੇ ਉਸ ਨੇ ਇੱਕ ਦੋ ਵਾਰੀ ਤੇਰੇ ਉਸ ਨੇ ਇੱਕ ਦੋ ਵਾਰੀ ਧੌਲ ਧੱਫਾ ਵੀ ਕੀਤਾ ਨਾ ਮੈਨੂੰ ਸੰਤੀ ਦੱਸਦੀ ਸੀ ਚਲ ਉਹ ਜਾਣੇ ਉਹਦੀ ਮਰਜ਼ੀ ਹੈ ਭਾਨੋ ਮੇਰੇ ਕੋਲ ਉਹ ਦੇਖਿਆ ਨਹੀਂ ਜਾਂਦਾ ਵੀ ਮੇਰੇ ਜਿਉਂਦੇ ਜੀ ਤੂੰ ਇਉਂ ਰੁਲ ਜੇ ਹੁਣ ਤਾਂ ਨਾ ਰੱਬ ਜਾਣੀ ਚੱਕ ਲਏ ਭਾਨੋ ਨੇ ਹੌਕਾ ਭਰ ਕੇ ਗਿਆ ਭਾਨੋ ਉਹਨੇ ਸੱਚੀ ਮੁੰਡਾ ਲੈ ਕੇ ਚਲੀ ਜਾਣਾ ਕਹਿੰਦੀ ਹੈ ਜਦ ਭਾਨੋ ਰਹੂਗੀ ਇਸ ਘਰ ਚ ਜਦ ਮੈਂ ਜੀ ਨੂੰ ਮਰਜ਼ੀ ਰੱਖ ਲੈ ਭਾਨੋ ਨੂੰ ਜਾਣੀ ਗੱਲ ਦੀ ਸਮਝ ਹੀ ਨਾ ਲੱਗੀ ਉਹ ਬੰਦ ਲਈ ਅਮੰਗ ਨਰੈਣ ਦੇ ਮੂਹਲ ਧੱਕਣ ਲੱਗੇ ਜੇ ਮੁੰਡਾ ਨਾ ਹੁੰਦਾ ਮੈਂ ਸਾਲੀ ਨੂੰ ਆਖਦਾ ਜਾਂ ਜਿੱਧਰ ਮਰਜੀ ਧੱਕੇ ਖਾ ਪਰ ਹੁਣ ਦੇਖ ਨਾ ਭਾਨੋ ਭਾਨੋ ਕੁਛ ਨਾ ਬੋਲੇ ਭਾਨੋ ਦੇਖ ਨਾ 14 ਆਲਾ ਫੱਤਾ ਹੈ ਨਾ ਜਿਹਦੇ ਐਕੀ ਆਪਾਂ ਮੈਂ ਖਰੀਦੀ ਸੀ ਬੜਾ ਹੀ ਚੰਗਾ ਆਦਮੀ ਹੈ ਵਿਚਾਰੇ ਦੇ ਕੋਈ ਨਹੀਂ ਇੱਕੋ ਜਵਾਨ ਮੁੰਡਾ ਸੀ ਉਹਨੂੰ ਮਰੇ ਨੂੰ ਕਈ ਸਾਲ ਹੋ ਗਏ ਭੁਏ ਵੀ ਚੰਗੀ ਹੈ ਮੈਂ ਉਸ ਨਾਲ ਗੱਲ ਕੀਤੀ ਸੀ ਕਹਿੰਦਾ ਸੀ ਜੇ ਭਾਨੋ ਮੰਨੇ ਤਾਂ ਉਹ ਇੱਕ ਅੱਧ ਵਾਰੀ ਆਪਣੇ ਘਰ ਵੀ ਆਇਆ ਤਾਨੂੰ ਉਹਨੇ ਦੇਖਿਆ ਹੋਇਆ ਭਾਨੋ ਦੀ ਜਿਵੇਂ ਜੀ ਵੀ ਠਾਕੀ ਗਈ ਭਾਨੋ ਮੈਨੂੰ ਇਸ ਵਿੱਚ ਕੋਈ ਲੋਭ ਲਾਲਚ ਨਹੀਂ ਤੇਰੇ RAM ਦੀ ਖਾਤਰ ਹੀ ਐਥੇ ਤਾਂ ਹੁਣ ਤੇਰੀ ਜੂਨ ਖਰਾਬ ਖਰਾਬ ਹੀ ਹੈ ਭਗਵੰਤੀ ਨੇ ਤਾਂ ਮੇਰਾ ਜਿਉਣਾ ਤੋਂ ਪਰਕਾਰ ਛੱਡਿਆ ਤੂੰ ਤਾਂ ਹੈ ਹੀ ਕਿਹਦੇ ਪਾਣੀ ਹਾਰ ਭਾਨੋ ਜਿਵੇਂ ਸੁੱਨ ਹੋ ਗਈ ਸੀ ਉਨਾ ਹਾਂ ਕਹਿੰਦੀ ਸੀ ਨੰਨਾ ਕਹਿੰਦੀ ਸੀ ਬਿਟਰ ਬਿਟਰ ਨਰੈਣ ਦੇ ਮੂੰਹ ਹਲ ਚੱਕੀ ਜਾ ਰਹੀ ਸੀ ਕੱਲ ਨੂੰ ਆਊਗਾ ਉਹ ਮੈਂ ਕਿਹਾ ਸੀ ਭਾਨੋ ਤੋਂ ਪੁੱਛ ਕੇ ਦੱਸੂਗਾ ਭਾਨੋ ਦੇ ਤਾਂ ਜਿਵੇਂ ਆਸਾਨ ਹੀ ਮਾਰੇ ਗਏ ਸਨ ਦੇਖਣਾ ਭਾਨੋ ਤੂੰ ਭਾਵੇਂ ਕਾਂ ਹੱਥ ਸੁਨੇਹਾ ਭੇਜੀ ਮੈਂ ਤੇਥੋਂ ਕਿਸੇ ਗੱਲੋਂ ਨਹੀਂ ਭਜਿਆ ਹੋਇਆ ਨਾਲੇ 14 ਕਿਹੜਾ ਦੂਰ ਹੈ ਮੈਂ ਆਪ ਵੀ ਢੇੜਾ ਮਾਰਦਾ ਰਹੂੰਗਾ ਉਹ ਫੱਤਾ ਬੰਦਾ ਵੀ ਬਾਲਾ ਹੀ ਨੇਕ ਹੈ ਨਾਲੇ ਹੁਣ ਪਜਾਹਾਂ ਨੂੰ ਢੋਕਿਓ ਮਾੜਾ ਹੋਊਗਾ ਵੀ ਕੀ ਭਾਨੂ ਨੇ ਕੋਈ ਉੱਤਰ ਨਾ ਦਿੱਤਾ ਭਾਨੂ ਜੀ ਬੁਰਾ ਨਾ ਕਰੇ ਜੇ ਮੁੰਡਾ ਨਾ ਹੁੰਦਾ ਫੇਰ ਨਹੀਂ ਸੀ ਮੈਂ ਕਦੇ ਉਹਦੀ ਪਰਵਾਹ ਕਰਦਾ ਨਾਲੇ 14 ਤੂੰ ਇੱਥੇ ਨਾਲੋਂ ਤਾਂ ਸੁਖੀ ਰਹੇਂਗੀ ਬਾਕੀ ਭਾਨੂ ਬੰਦੇ ਦੇ ਕੋਈ ਸ਼ਕਤੀਆਰ ਨਹੀਂ ਹੁੰਦਾ ਜਿੱਥੋਂ ਦਾਨ ਜਲ ਚੁਗਣਾ ਹਰ ਹੀਲੇ ਚੁਗਣਾ ਕਹਿੰਦਿਆਂ ਨਰੈਣਿਕ ਗੁਮਸਮ ਬੈਠੀ ਭਾਨੂ ਦਾ ਮੋਢਾ ਥਾਪੜਿਆ ਤੇ ਪੌੜੀ ਲੈ ਗਿਆ ਦਿਨ ਛਿਪ ਗਿਆ ਰਾਤ ਆ ਗਈ ਰਾਤ ਲੰਘ ਗਈ ਤੜਕਾ ਹੋ ਗਿਆ ਭਾਨੇ ਭਾਨੋ ਨੂੰ ਸਮਝ ਨਹੀਂ ਸੀ ਆ ਰਹੀ ਉਹ ਸੁੱਤੀ ਹੋਈ ਹੈ ਕਿ ਜਾਗਦੀ ਗੋਹਾ ਕੋੜਾ ਕਰਨ ਲਈ ਵੀ ਅਜ ਉਹ ਨਾ ਉਤਰੀ ਨਾ ਹੀ ਭਗਵੰਤੀ ਨੇ ਉਹਨੂੰ ਇਸ ਲਈ ਹਾਕ ਮਾਰੇ ਇੱਕ ਵਾਰੀ ਤਾਂ ਉਹਨੂੰ ਸਾਰਾ ਘਰ ਹਿਲਦਾ ਜਿਹਾ ਪ੍ਰਤੀਤ ਹੋਇਆ ਜਿਵੇਂ ਪੁਚਾਂ ਲ ਆ ਗਿਆ ਹੋਵੇ ਫਿਰ ਉਹਨੂੰ ਲੱਗਿਆ ਨਹੀਂ ਉਹਨੂੰ ਆਪ ਆਪ ਨੂੰ ਹੀ ਅੰਧਾਲੀ ਜੀ ਆ ਗਈ ਹੈ ਉਹਦੇ ਦੇਖਦਿਆਂ ਦੇਖਦਿਆਂ ਬਿੱਲੀ ਨੇ ਅਲਮਾਰੀ ਉੱਤੇ ਛਾਲ ਮਾਰੀ ਤੇ ਚਿੜੀ ਨੂੰ ਮਰੋੜ ਕੇ ਮੂੰਹ ਵਿੱਚ ਲੈ ਕੇ ਬਾਹਰ ਨੂੰ ਨਸ ਗਈ। ਬਿੱਲੀ ਨੂੰ ਛਿਸ਼ਕੇਰਨ ਦੀ ਵੀ ਅੱਜ ਜਿਵੇਂ ਉਹਦੇ 'ਚ ਹਿੰਮਤ ਨਹੀਂ ਸੀ। ਭਾਨੋ ਚਾਹ ਪੀ ਲੈ। ਤੋਂ ਭਾਗਵੰਤੀ ਨੇ ਹਾਕ ਮਾਰੀ। ਭਾਨੋ ਹੌਲੀ-ਹੌਲੀ ਪੌੜੀ ਉਤਰੀ। ਅਦੋ ਸੁੱਧੀ ਦਾ ਦੁੱਧ ਪਾ ਕੇ ਚਾਹ ਨਾਲ ਇੱਕ ਪਰੌਂਠਾ ਜਿਸ ਉੱਤੇ ਮੱਖਣੀ ਧਰੀ ਹੋਈ ਸੀ ਭਾਗਵੰਤੀ ਉਹਦੇ ਅੱਗੇ ਰੱਖੀ। ਭਾਨੋ ਨੇ ਦੋ ਕੁ ਕੁੱਟਾਂ ਚਾਹ ਦੀਆਂ ਪੀਤੀਆਂ ਰੋਟੀ ਦੀ ਤਾਂ ਬੁਰਕੀ ਕਿਹੜਾ ਅੱਜ ਉਹਦੇ ਲੰਘਦੀ ਸੀ। ਅੱਦਾ ਕੋ ਗਲਾਸ ਪੀ ਕੇ ਚਾਹ ਵੀ ਉਹਨੇ ਕੁੱਤੇ ਅੱਗੇ ਰੱਖ ਦਿੱਤੀ। ਕੁਝ ਪਲ ਉਹ ਚੁੱਪ ਕੀਤੀ ਕੰਮ ਕਰਦੀ ਫਿਰ ਰਹੀ ਭਗਵੰਤੀ ਵੱਲ ਦੇਖਦੀ ਰਹੀ। ਹਾਲੇ ਭਗਵੰਤੀ ਛਾਪ ਮੇਰੇ ਤਾਂ ਮੁਕਲੀ ਹੋ ਗਈ। ਭਾਨੂ ਨੇ ਉਹਨੂੰ ਛਾਪ ਫੜਾਉਂਦਿਆਂ ਕਿਹਾ ਤੂੰ ਪਾਈ ਰੱਖਦੀ। ਚੰਗਾ ਫਿਰ ਤੇਰੀ ਅਮਾਨਤ ਹੈ ਜਦੋਂ ਮਰਜ਼ੀ ਆ ਕੇ ਲੈ ਜਾਈਂ। ਆਖਦਿਆਂ ਭਗਵੰਤੀ ਨੇ ਛਾਪ ਲੀਰ ਦੇ ਲੜਬਨ ਕੇ ਸੰਦੂਕ ਚ ਰੱਖ ਦਿੱਤੀ। ਦੁਪਹਿਰੇ ਜੇ ਫੱਤਾ ਆ ਗਿਆ। ਅਸੀਂ ਖੂਹ ਤੇ ਨੂੰ ਚੱਲਦੇ ਆਂ। ਪਪਾ ਨਵਾ ਜੀ ਆਖ ਨਰੈਣ ਅਮਲੀ ਫੱਤੇ ਨੂੰ ਨਾਲ ਲੈ ਕੇ ਤੁਰ ਗਿਆ। ਭਾਨੂ ਸਾਂ ਮਾਰਿਆ ਵਾਂਗ ਬੈਠੀ ਰਹੀ। ਭਾਗਵੰਤੀ ਨੇ ਇੱਕ ਦੋ ਵਾਰੀ ਕੰਮ ਛੱਡ ਕੇ ਉਸ ਵੱਲ ਦੇਖਿਆ। ਨਾਲ ਨੂੰ ਰੋਟੀ ਲਾ ਦੇਆ। ਉਹਨੇ ਭਾਨੂ ਨੂੰ ਪੁੱਛਿਆ, "ਨਹੀਂ।" ਆਖ ਭਾਨੂ ਉੱਠ ਕੇ ਬਾਅਦ ਚਲੀ ਗਈ। ਫੇਰ ਅੰਦਰ ਮੁੜਾਈ। ਬਿਨਾਈ ਕੰਮ ਤੋਂ ਦੋ ਤਿੰਨ ਵਾਰੀ ਅੰਦਰ ਗਈ, ਦੋ ਤਿੰਨ ਵਾਰੀ ਬਾਹਰ ਆਈ। "ਕੁਛ ਚਾਹੀਦਾ?" ਭਾਗਵੰਤੀ ਨੇ ਪੁੱਛਿਆ। "ਨਹੀਂ।" ਫਿਰ ਉਹ ਡੀਕਦੇ ਹੋਣਗੇ ਭਲੇ ਮਾਨਸ ਬੈਠੇ ਭਾਨੂ ਅੰਦਰ ਗਈ ਟੰਗਣੇ ਉੱਤੋਂ ਘਗਰਾ ਲਾਇਆ ਫਿਰ ਪਤਾ ਨਹੀਂ ਕੀ ਸੋਚ ਕੇ ਉੱਥੇ ਧਰ ਦਿੱਤਾ ਬਾਹਰ ਵਿਹੜੇ 'ਚ ਕਾਲਾ ਪਿਆ ਅੰਗੂਠਾ ਚੁੰਗ ਰਿਆ ਸੀ ਭਾਨੂ ਨੇ ਉਹਦਾ ਸਿਰ ਪਲੋਸੀਆ ਤੇ ਕਿਹਾ ਕਾਲਿਆ ਮੈਂ ਜਾਨੀ ਆ ਪੁੱਤ ਬੀਹੀ 'ਚ ਪਹੁੰਚ ਕੇ ਉਹਨੇ ਇੱਕ ਵਾਰੀ ਫਿਰ ਮੁੜ ਕੇ ਘਰ ਵੱਲ ਦੇਖਿਆ ਸੰਤੀ ਦੇ ਬਾਹਰ ਮੂਰੇ ਉੜ ਕੇ ਪਰਤੁਰ ਪਈ ਬਿਨਾ ਕਗਰੇ ਤੋਂ ਬਿਨਾ ਖੁੰਡ ਕੱਢਿਆ ਅੱਜ ਪਾਨੋ ਸੱਤ ਵਿੱਚੋਂ ਦੀ ਪਰਦੇਸਣਾ ਵਾਂਗ ਲੰਗੀ ਜਾ ਰਹੀ ਸੀ ਦਿਨ ਛਿਪ ਗਿਆ ਰਾਤ ਆ ਗਈ ਰਾਤ ਲੰਗੀ ਤੜਕਾ ਹੋ ਗਿਆ ਪਾਨੋ ਨੂੰ ਸਮਝ ਨਹੀਂ ਸੀ ਆ ਰਹੀ ਉਹ ਸੁੱਤੀ ਹੋਈ ਹੈ ਕਿ ਜਾਗਦੀ ਗੋਹਾ ਕੂੜਾ ਕਰਨ ਲਈ ਵੀ ਅਜ ਉਹ ਨਾ ਉਤਰੀ ਨਾ ਹੀ ਭਗਵੰਤੀ ਨੇ ਉਹਨੂੰ ਇਸ ਲਈ ਹਾਕ ਮਾਰੀ ਇੱਕ ਵਾਰੀ ਤਾਂ ਉਹਨੂੰ ਸਾਰਾ ਘਰ ਹਿਲਦਾ ਜਾ ਪ੍ਰਤੀਤ ਹੋਇਆ ਜਿਵੇਂ ਪੋਚਾਲ ਆ ਗਿਆ ਹੋਵੇ ਫਿਰ ਉਹਨੂੰ ਲੱਗਿਆ ਨਹੀਂ ਉਨ ਨੂੰ ਆਪ ਨੂੰ ਹੀ ਅੰਧਾਲੀ ਜੀ ਆ ਗਈ ਆ ਉਹਦੇ ਦੇਖਦਿਆਂ ਦੇਖਦਿਆਂ ਬਿੱਲੀ ਨੇ ਅਲਮਾਰੀ ਉੱਤੇ ਛਾਲ ਮਾਰੀ ਤੇ ਚਿੜੀ ਨੂੰ ਮਰੋੜ ਕੇ ਮੂੰਹ ਵਿੱਚ ਲੈ ਕੇ ਬਾਹਰ ਨੂੰ ਨੱਸ ਗਈ ਬਿੱਲੀ ਨੂੰ ਛਸ਼ਕੇਰਨ ਦੀ ਵੀ ਅੱਜ ਜਿਵੇਂ ਉਹਦੇ 'ਚ ਹਿੰਮਤ ਨਹੀਂ ਸੀ ਤੁਹਾਨੂੰ ਚਾਹ ਪੀ ਲੈ ਤੋਂ ਭਗਵੰਤੀ ਨੇ ਹਾਕ ਮਾਰੀ ਤੁਹਾਨੂੰ ਹੌਲੀ-ਹੌਲੀ ਪੌੜੀ ਉਤਰੀ ਅੱਦੋ ਸੁੱਧੀ ਦਾ ਦੁੱਧ ਪਾ ਕੇ ਚਾਹ ਨਾਲ ਇੱਕ ਪਰੌਂਠਾ ਜਿਸ ਉੱਤੇ ਮੱਖਣੀ ਧਰੀ ਹੋਈ ਸੀ ਭਗਵੰਤੀ ਉਹਦੇ ਅੱਗੇ ਰੱਖ ਕੇ ਪੰਨੂ ਨੇ ਦੋ ਕੁ ਕੁੱਟਾਂ ਚਾਹ ਦੀਆਂ ਪੀਤੀਆਂ ਰੋਟੀ ਦੀ ਤਾਂ ਬੁਰਕੀ ਕਿਹੜਾ ਅੱਜ ਉਹਦੇ ਲੰਘਦੀ ਸੀ ਅੱਧਾ ਕੁ ਗਲਾਸ ਪੀ ਕੇ ਚਾਹ ਵੀ ਉਹਨੇ ਕੁੱਤੇ ਅੱਗੇ ਰੱਖ ਦਿੱਤੀ ਕੁਝ ਪਲ ਉਹ ਚੁੱਪ ਕੀਤੀ ਕੰਮ ਕਰਦੀ ਫਿਰ ਰਹੀ ਭਗਵੰਤੀ ਵੱਲ ਦੇਖਦੀ ਰਹੀ ਹਾਲੇ ਭਗਵੰਤੀ ਛਾਪ ਮੇਰੇ ਤਾਂ ਮੁੱਕਲੀ ਹੋ ਗਈ ਪੰਨੂ ਨੇ ਉਹਨੂੰ ਛਾਪ ਫੜਾਉਂਦੀਆਂ ਕਿਹਾ ਤੂੰ ਪਾਈ ਰੱਖਦੀ ਚੰਗਾ ਫਿਰ ਤੇਰੀ ਅਮਾਨਤ ਹੈ ਜਦੋਂ ਮਰਜ਼ੀ ਆ ਕੇ ਲੈ ਜੀ ਆਖਦਿਆਂ ਭਗਵੰਤੀ ਨੇ ਛਾਪ ਲੀਰ ਦੇ ਲੜ ਬਨ ਕੇ ਸੰਦੂਕ ਚ ਰੱਖਤੇ ਦੁਪਹਿਰੇ ਜੇ ਫੱਤਾ ਆ ਗਿਆ ਅਸੀਂ ਖੂਤੇ ਨੂੰ ਚਲਦੇ ਆਂ ਤੂੰ ਭਾਨੋ ਆ ਜੀ ਆਖ ਨਰੈਣ ਅਮਲੀ ਫੱਤੇ ਨੂੰ ਨਾਲ ਲੈ ਕੇ ਤੁਰ ਗਿਆ ਭਾਨੋ ਸਾਂ ਮਾਰਿਆ ਵਾਂਗ ਬੈਠੀ ਰਹੀ ਭਗਵੰਤੀ ਨੇ ਇੱਕ ਦੋ ਵਾਰੀ ਕੰਮ ਛੱਡ ਕੇ ਉਸ ਵੱਲ ਦੇਖਿਆ ਨਾਲ ਨੂੰ ਰੋਟੀ ਲਾਧਿਆ ਉਹਨੇ ਭਾਨੋ ਨੂੰ ਪੁੱਛਿਆ ਨਹੀਂ ਆਖ ਭਾਨੋ ਉੱਠ ਕੇ ਬਾਹਰ ਚਲੀ ਗਈ ਫੇਰ ਅੰਦਰ ਮੁੜਾਈ ਬੇਨਾਈ ਕੰਮ ਤੋਂ ਦੋ ਤਿੰਨ ਵਾਰੀ ਅੰਦਰ ਗਈ ਦੋ ਤਿੰਨ ਵਾਰੀ ਬਾਹਰ ਆਈ ਕੁਛ ਚਾਹੀਦਾ ਹੈ ਭਗਵੰਤੀ ਨੇ ਪੁੱਛਿਆ ਨਹੀਂ ਫਿਰ ਉਹ ਡੀਕਦੇ ਹੋਣਗੇ ਭਲੇ ਮਾਨਸ ਬੈਠੇ ਭਾਨੂ ਅੰਦਰ ਗਈ ਟੰਗਣੇ ਉੱਤੋਂ ਘਗਰਾ ਲਾਇਆ ਫਿਰ ਪਤਾ ਨਹੀਂ ਕੀ ਸੋਚ ਕੇ ਉੱਥੇ ਧਰ ਦਿੱਤਾ ਬਾਹਰ ਵੇੜੇ 'ਚ ਕਾਲਾ ਪਿਆ ਅੰਗੂਠਾ ਚੁੰਗ ਰਿਆ ਸੀ ਭਾਨੂ ਨੇ ਉਹਦਾ ਸਿਰ ਪਲੋਸੀਆ ਤੇ ਕਿਹਾ ਕਾਲਿਆ ਮੈਂ ਜਾਣੀ ਆ ਪੁੱਤ ਬਿਹਿਤ ਪੰਚ ਕਿਉਂ ਨਹੀਂ ਇੱਕ ਵਾਰੀ ਫੇਰ ਮੁੜ ਕੇ ਘਰ ਵੱਲ ਦੇਖਿਆ ਸੰਤੀ ਦੇ ਬਾਹਰ ਮੂਰੇ ਉੜ ਕੇ ਪਰਤੁਰ ਪਈ ਬਿਨਾ ਕਗਰੇ ਤੋਂ ਬਿਨਾ ਖੁੰਡ ਕੱਢਿਆਂ ਅੱਜ ਪਾਣੂ ਸੱਤ ਵਿੱਚੋਂ ਦੀ ਪਰਦੇਸਣਾ ਵਾਂਗ ਲੰਗੀ ਜਾ ਰਹੀ ਸੀ